ਅੱਜ ਦੇ ਸਮਾਗਮ ਵਿੱਚ ਸ਼ਾਮਿਲ ਸਾਡੇ ਹਰਮਨ ਪਿਆਰੇ ਨੈਣ ਸੁਖ ਜੀ ਪਰਮਜੀਤ ਸਿੰਘ ਮੀਸ਼ਾ ਜੀ ਸਾਡੇ ਪ੍ਰਵੇਸ਼ ਸਿੰਘ ਜੀ ਤੇ ਸਾਡੇ ਨਾਲ ਆਨਲਾਈਨ ਜੁੜੇ ਤਿੰਨਾਂ ਪੰਜਾਬਾਂ ਤੋਂ ਮੈਂ ਸੋਚਦਾ ਕਿਉਂਕਿ ਵਿਦੇਸ਼ਾਂ ਵਾਸਤੇ ਪੰਜਾਬੀ ਵੀ ਸਾਡਾ ਪ੍ਰੋਗਰਾਮ ਦੇਖਦੇ ਹਨ ਮੈਂ ਸਭ ਨੂੰ ਜੀ ਆਇਆਂ ਆਖਦੇ ਹਾਂ ਇਸ ਪੁਸਤਕ ਦੇ ਲੇਖਕ ਜਿਹੜੇ ਹਨ ਬੜੇ ਹਰਮਨ ਪਿਆਰੇ ਜਾਣੇ ਪਹਿਚਾਣੇ ਵਿਦਵਾਨ ਦੋਸਤ ਹਨ ਇਸ ਤੋਂ ਪਹਿਲਾਂ ਅਸੀਂ ਇਹਨਾਂ ਦੀ ਪੁਸਤਕ ਆਈ ਪੂਰੇ ਦੀ ਵਾਹ ਤੇ ਚਰਚਾ ਕੀਤੀ ਸੀ ਸ਼ਾਇਦ ਪਹਿਲਾ ਐਕਸਪੈਰੀਮੈਂਟ ਸੀਗਾ ਸਕਾਈਪ ਨਾਲ ਹੁਣ ਤੇ ਕਾਮਨ ਹੋ ਗਿਆ ਸਾਨੂੰ ਖੁਸ਼ੀ ਹੈ ਕਿ ਇਹਨਾਂ ਨੇ ਸਾਨੂੰ ਮੌਕਾ ਦਿੱਤਾ ਇਹਨਾਂ ਦੀ ਨਵੀਂ ਕਿਤਾਬ ਤੇ ਚਰਚਾ ਕਰਨ ਲਈ ਸਭ ਨੂੰ ਜੀ ਆਇਆ ਜਿਵੇਂ ਆਪ ਸਭ ਜਾਣਦੇ ਹੋ ਇਹ ਜਿਹੜਾ ਪ੍ਰੋਗਰਾਮ ਹੈ ਭਾਈ ਵੀਰ ਸਿੰਘ ਸਾਹਿਤ ਸਦਨ ਵੱਲੋਂ ਹੋ ਰਿਹਾ ਹੈ ਭਾਈ ਵੀਰ ਸਿੰਘ ਸਭ ਨੂੰ ਪਤਾ ਪੰਜਾਬੀ ਦੇ ਬਹੁਤ ਵੱਡੇ ਲੇਖਕ ਸਨ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਭਾਈ ਵੀਰ ਸਿੰਘ ਉਹਨਾਂ ਦੇ ਛੋਟੇ ਦਾਇਰੇ ਤੋਂ ਕੱਢ ਕੇ ਵੱਡੇ ਲੇਖਕ ਵੱਲੋਂ ਉਭਾਰ ਕੇ ਦੇਸ਼ਾਂ ਵਿਦੇਸ਼ਾਂ ਵਿੱਚ ਪੰਜਾਬੀਆਂ ਨਾਲ ਸਾਂਝ ਪਾਈ ਜਾਏ ਅਸੀਂ ਵੱਡੇ ਪ੍ਰੋਗਰਾਮਾਂ ਤੋਂ ਇਲਾਵਾ ਹਰੇਕ ਮਹੀਨੇ ਇੱਕ ਵਧੀਆ ਲੈਕਚਰ ਇੱਕ ਚੰਗੀ ਕਿਤਾਬ ਤੇ ਚਰਚਾ ਕਰਦੇ ਹਾਂ ਤੇ ਇਸ ਕਰਕੇ ਅੱਜ ਉਸ ਪ੍ਰੋਗਰਾਮ ਵਿੱਚ ਅਸੀਂ ਨੈਣ ਸਿੰਘ ਜੀ ਦੀ ਕਿਤਾਬ ਜਿਹੜੀ ਹੈ ਉਸ ਤੇ ਚਰਚਾ ਕਰ ਰਹੇ ਹਾਂ ਪਿਛਲਾ ਸਾਲ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਜਨਮ ਸ਼ਤਾਬਦੀ ਦੇ 400 ਸਾਲਾਂ ਨਾਲ ਮਨਾਇਆ ਇੱਕ ਅੰਤਰ ਸੀ ਜਿਹੜੇ ਡਾਕਟਰ ਅਮੇਰ ਸਿੰਘ ਸਾਡੇ ਕਨਵੀਨਰ ਹਨ ਕਿ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਹਰ ਥਾਂ ਦੇ ਲੈਕਚਰ ਹੋਏ ਪਰ ਉਹ ਉਹਨਾਂ ਦੇ ਡਿਵੋਟਿਡ ਸਿੱਖ ਜਿਹੜੇ ਹਨ ਜਿਹਨਾਂ ਨੂੰ ਪਤਾ ਸੀ ਉਹਨਾਂ ਦੇ ਨਾਲ ਦਿੱਲੀ ਜਾਣ ਲਈ ਭਾਈ ਦਿਆਲ ਦਾਸ ਸਤੀ ਦਾਸ ਮਤੀ ਦਾਸ ਨੂੰ ਕਿ ਉਹਨਾਂ ਨਾਲ ਜਾਣ ਦਾ ਕੀ ਕੰਸੀਕੁਐਂਸਿਸ ਕੀ ਅਸਰ ਹੋਏਗਾ ਉਹਨਾਂ ਨੂੰ ਯਾਦ ਕਰੀਏ ਮੱਖਣ ਸ਼ਾਹ ਲੁਬਾਣਾ ਲੱਖੀ ਸ਼ਾਹ ਲੁਬਾਣਾ ਤੇ ਭਾਈ ਜੈਤਾ ਜੀ ਨੂੰ ਉਹਨਾਂ ਦੇ ਲੈਕਚਰ ਕਰਾਇਆ ਤੇ ਹੁਣ ਅਸੀਂ ਇਹ 6 ਜਿਹੜੇ ਕੁਰਬਾਨੀ ਦੇਣ ਵਾਲੇ ਸਾਡੇ ਮਹਾਨ ਨਾਇਕ ਹਨ ਉਹਨਾਂ ਦੀ ਜੀਵਨੀ ਲਿਖਵਾ ਰਹੇ ਹਾਂ ਅੱਜ ਦੀ ਪੁਸਤਕ ਧਰਤੀ 5 ਦੇ ਦਰਾਈ ਸ਼ਾਹਮੁਖੀ ਵਿੱਚ ਲਿਖੀ ਗਈ ਨੈਣ ਸਿੰਘ ਜੀ ਨੇ ਬੜੀ ਸਾਡੀ ਸੇਵਾ ਕੀਤੀ ਆ ਤੇ ਨਾਲ ਹੀ ਡਾਕਟਰ ਪਰਮਜੀਤ ਸਿੰਘ ਮੀਸ਼ਾ ਉਹਨਾਂ ਦੀ ਸੇਵਾ ਉਤਨੀ ਮਕਬੂਲ ਹੈ ਕਿ ਜੇ ਉਹ ਪੰਜਾਬੀ ਰੂਪਾਂਤਰਿਤ ਨਾ ਕਰਦੇ ਸ਼ਾਇਦ ਮੇਰੇ ਵਰਗੇ ਬੰਦੇ ਜਿਹੜੇ ਸ਼ਾਹਮੁਖੀ ਨਹੀਂ ਪੜ੍ਹ ਸਕਦੇ ਉਹ ਇਸ ਤੋਂ ਵੰਚਿਤ ਰਹਿ ਜਾਂਦੇ ਦੋਨਾਂ ਦਾ ਧੰਨਵਾਦ ਪੈਨਲ ਨੂੰ ਜੁਆਇਨ ਕੀਤੇ ਸਾਡੇ ਦੋਸਤ ਡਾਕਟਰ ਅਮਨਪ੍ਰੀਤ ਗਿੱਲ ਐਮਏ ਤਾਂ ਉਹਨੇ ਪੰਜਾਬੀ ਪੋਲੀਟੀਕਲ ਸਾਇੰਸ ਦੀ ਕੀਤੀ ਹੈ ਪਰ ਮੈਂ ਉਹਨੂੰ ਇਤਿਹਾਸਕਾਰ ਮੰਨਦਾ ਬਹੁਤ ਖੋਜ ਕੀਤੀ ਹੈ ਸਾਡੀ ਬੜੀ ਸਾਡੇ ਨਾਲ ਜੁੜੇ ਹੋਏ ਹਨ ਸਾਨੂੰ ਖੁਸ਼ੀ ਹੈ ਕਿ ਉਹ ਸਾਡੇ ਨਾਲ ਅੱਜ ਇਸ ਪੁਸਤਕ ਚਰਚਾ ਕਰਨ ਲਈ ਸ਼ਾਮਿਲ ਹੋਏ ਹਨ ਤੇ ਮੇਰੇ ਦੋਸਤ ਡਾਕਟਰ ਅਮੇਰ ਸਿੰਘ ਜਿਹਨਾਂ ਦੇ ਸਹਿਯੋਗ ਨਾਲ ਅਸੀਂ ਸਦਨ ਨੂੰ ਪੰਜਾਬੀਆਂ ਤੱਕ ਪਹੁੰਚਾਉਣ ਵਿੱਚ ਕਾਮਯਾਬ ਹੋਏ ਹਾਂ ਸੱਚ ਜਾਣਨਾ ਇਹ ਪੜ੍ਹ ਕੇ ਮੈਨੂੰ ਬੜਾ ਆਨੰਦ ਆਇਆ ਕਿਤਾਬ ਇੱਕ ਮੈਨੂੰ ਆਪਣਾ ਵਤਨ ਯਾਦ ਆਇਆ ਜਿਹੜਾ ਵੀਜ਼ਾ ਨਹੀਂ ਲੱਗਾ ਤੇ ਮੈਂ ਵਤਨ ਨਹੀਂ ਦੇਖ ਸਕਿਆ ਮੈਂ ਉਸ ਏਰੀਏ ਦੇ ਜੰਮ ਪਾਲਾ ਹੈਗਾ ਹਰੀਪੁਰ ਦੇ ਕੋਲ ਦੁਰਖੇਰ ਪਿੰਡ ਉਹ ਬੋਲੀ ਜਿਹੜੀ ਮੇਰੀ ਭੂਆ ਮੇਰੇ ਬਜ਼ੁਰਗ ਬੋਲਦੇ ਸਨ ਉਹ ਬੋਲੀ ਇਸ ਕਿਤਾਬ ਵਿੱਚ ਮੈਨੂੰ ਪੜ੍ਹ ਕੇ ਆਪਣੇ ਬਜ਼ੁਰਗ ਸਾਰੇ ਯਾਦ ਆਇਆ ਪੰਜਾਬੀਆਂ ਦੀ ਖੂਬੀ ਜਿਹੜੀ ਜ਼ਿਕਰ ਕਰਦੇ ਨੇ ਨੈਣ ਸਿੰਘ ਜੀ ਕਿ ਉਹ ਕਿਸੇ ਨੂੰ ਪੰਜਾਬੀ ਜਿਹੜੇ ਦੂਸਰਿਆਂ ਨੂੰ ਵੱਡਾ ਨਹੀਂ ਮੰਨਦੇ ਜਿਹੜੇ ਆਪਣੀ ਛੱਡ ਕੇ ਰਾਜਪੂਤ ਰਾਏ ਸਾਹਿਬ ਬਣ ਗਏ ਉਹਨਾਂ ਬਾਰੇ ਲਿਖਦੇ ਨੇ ਮੈਂ ਉਹ ਗੱਲ ਨਹੀਂ ਕਹਿਣਾ ਚਾਹੁੰਦਾ ਕਿ ਉਹਨੂੰ ਸਰਦਾਰੀ ਨਹੀਂ ਮੰਨਦੇ ਤੇ ਉਹਨੂੰ ਜਿਹੜੇ ਛੋਟੀ ਜਿਹੀ ਗਾਹ ਲਿਖਦੇ ਉਹਨਾਂ ਬਾਰੇ ਕਿ ਰਾਏ ਜਿਹੜੇ ਨੇ ਉਹਨੂੰ ਕੀ ਪੰਜਾਬੀ ਕੀ ਸਮਝਦੇ ਹਨ ਇੱਕ ਨਵੀਂ ਗੱਲ ਮੈਨੂੰ ਪਤਾ ਲੱਗੀ ਜਿਹੜੇ ਸ਼ਾਇਦ ਤੁਸੀਂ ਹੋਰ ਜਾਣਨਾ ਪਾਓਗੇ ਕਿ ਜਿਹੜੀ ਜ਼ਮੀਨ ਸੀ ਨਾ ਬਾਬੇ ਨਾਨਕ ਨੂੰ 750 ਰੁਪਏ ਬਾਬੇ ਨਾਨਕ ਦੇ ਨਾਮ ਤੇ ਲਾ ਦਿੱਤੀ ਉਹਨਾਂ ਨੇ ਤੇ ਸਾਡੇ ਦੋਸਤ ਹਰਪਾਲ ਸਿੰਘ ਪੰਨੂ ਵੀ ਜ਼ਿਕਰ ਕਰਦੇ ਹਨ ਕਿ ਇਹਨਾਂ ਦੀ ਕਿਤਾਬ ਤੋਂ ਪਤਾ ਲੱਗਿਆ ਕਿਤਾਬ ਇਹਨਾਂ ਲਿਖੀ ਹੈਗੀ ਬੇਸਡ ਔਨ ਮੈਮਰੀਜ਼ ਆਫ ਮਾਈਆਂ ਤੇ ਬਾਬੇ ਅੱਛਾ ਅਸੀਂ ਇਤਿਹਾਸ ਵਿੱਚ ਤਬਦੀਲੀ ਕਰ ਸਕਦੇ ਹਾਂ ਲੇਕਿਨ ਲੋਕਾਂ ਦੀ ਜ਼ਬਾਨ ਮੈਮਰੀ ਤਬਦੀਲੀ ਨਹੀਂ ਕਰ ਸਕਦੇ ਮੈਨੂੰ ਇੱਕ ਗੱਲ ਯਾਦ ਆਉਂਦੀ ਹੈ ਮੇਰੇ ਉਸਤਾਦ ਪ੍ਰਿੰਸੀਪਲ ਐਮਐਲ ਖੋਸਲਾ ਨੇ ਸੁਣਾਈ ਸੀ ਉਹ ਕਹਿੰਦੇ ਮੈਂ ਗਵਰਨਮੈਂਟ ਕਾਲਜ ਫਰੀਦਕੋਟ ਦਾ ਪ੍ਰਿੰਸੀਪਲ ਸੀ ਮਹਾਰਾਜ ਨੇ ਬੁਲਾਇਆ ਕਿ ਕਿਸੇ ਜਿਹੜੇ ਜਿੱਥੇ ਪਾੜਾ ਸਿੰਘ ਸੀ ਯਾਰ ਫਰੰਗੀਆਂ ਦਾ ਨਾਲ ਖਾਲਸਾ ਉਸਦਾ ਵੈਰ ਭਾਈ
ਉਹ ਕਹਿੰਦੇ ਕਿੱਸੇ ਸਾਰੇ ਖਤਮ ਕਰਾ ਦਿਓ, ਸਾੜ ਦਿਓ। ਉਹਨੇ ਕੋਸ਼ਿਸ਼ ਕਰ ਕਿੱਸੇ ਸਾਰੇ ਸਾੜਤੇ। ਲੋਕ ਗਲੀਆਂ 'ਚ ਫਿਰ ਵੀ ਗਾਈ ਜਾਂਦੇ ਸੀ। ਪਾੜਾ ਸਿੰਘ ਸੀ ਯਾਰ ਫਰੰਗੀਆਂ ਦਾ, ਉਹਨੇ ਮਹਾਰਾਜ ਜੀ ਨੇ ਬੁਲਾਇਆ ਵੀ ਕੀ ਹੋਇਆ ਤੇਰਾ? ਕਹਿੰਦਾ ਹਜ਼ੂਰ ਮੈਂ ਲੋਕਾਂ ਦੀ ਜ਼ਬਾਨ ਨਹੀਂ ਕੱਟ ਸਕਦਾ, ਕਿਸੇ ਸਾੜ ਸਕਦਾ। ਸੋ ਚੰਗਾ ਕੀਤਾ ਨਿਆਣ ਸ਼ੁਕਰਾਂ ਨੇ, ਲੋਕਾਂ ਦੀ ਜ਼ਬਾਨ ਤਾਂ ਸੁਣਿਆ, ਕਿੱਸੇ ਜਿਹੜੇ ਦਰਜ ਕੀਤੇ ਹਨ। ਮੇਰੇ ਖਿਆਲ ਅਮਨਪ੍ਰੀਤ ਤੇ ਬਾਕੀ ਇਤਿਹਾਸਕਾਰ ਮੰਨਣਗੇ ਇਹ ਸੱਚੀਆਂ ਕਹਾਣੀਆਂ। ਸਾਡੀਆਂ ਕਹਾਣੀਆਂ ਸ਼ਾਇਦ ਬਾਇਸ ਹੋ ਸਕਦੀਆਂ, ਲੇਕਿਨ ਲੋਕਾਂ ਦੀ ਬੋਲੀ ਜਿਹੜੀ ਉਹ ਬਾਇਸ ਨਹੀਂ। ਦੂਜੀ ਗੱਲ ਮੈਂ ਜਾਣਨਾ ਚਾਹਾਂਗਾ ਕਿ ਕੀ ਜੋ ਮਹਾਰਾਜ ਰਣਜੀਤ ਸਿੰਘ ਦਾ ਇਮੇਜ ਹੈ ਨਾ, ਅਸੀਂ ਫਕੀਰ ਬ੍ਰਦਰਸ ਤੋਂ ਜੈਜੁਦੀਨ ਦੀ ਦੀਰੀ ਰਣਜੀਤ ਸਿੰਘ, ਮੈਂ ਫਕੀਰ ਖਾਨਾ ਮਿਊਜ਼ੀਅਮ ਵਿੱਚ ਗਿਆ ਤੇ ਉਹ ਮਹਾਰਾਜ ਦੀ ਚੀਜ਼ਾਂ ਦਿਖਾ ਰਹੇ ਸੀ ਤੇ ਮੇਰੇ ਮੂੰਹ ਨੂੰ ਅਚਾਨਕ ਨਿਕਲਦਾ ਸੀਗਾ ਰਣਜੀਤ ਸਿੰਘ। ਉਹਨੇ ਚੱਕ ਮਾਰਿਆ, ਕਹਿੰਦਾ ਅਸੀਂ ਸਿਰ ਨੀਵਾਂ ਕਰਕੇ ਸਰਕਾਰ ਆਖਦੇ ਹਾਂ, ਤੁਸੀਂ ਵਾਰ ਵਾਰ ਰਣਜੀਤ ਸਿੰਘ ਕਰੀ ਜਾਓ। ਸੈਫੁਦੀਨ ਨੇ ਆਪਣਾ ਟਰੰਕ ਕਰਤਾ ਬੰਦ। ਸੋ ਕੀ ਉਹ ਇਮੇਜ ਜਿਹੜਾ ਅੰਗਰੇਜ਼ਾਂ ਨੇ ਬਦਲਿਆ, ਜਿਵੇਂ ਉਹਨੇ ਜ਼ਿਕਰ ਕੀਤਾ ਨਾਟਕ ਕਾਨਾ ਰਾਜਾ, ਮਹਾਰਾਣੀ ਜਿੰਦਾਂ ਦੇ ਕਿਰਦਾਰ ਤੇ ਸਵਾਲ, ਤੇ ਉਸ ਤੋਂ ਬਾਅਦ ਪੰਜਾਬ ਵਿੱਚ ਮੋਲੀਆਂ ਤੇ ਮੌਲਵੀਆਂ ਤੇ ਪੀੜਾਂ ਦੀ ਚੜ੍ਹਤ, ਆਖਰੀ ਬੜਾ ਟੁੰਬਦਾ ਇੱਕ ਦੋ ਪੰਜਾਬਾਂ ਦੀ ਤਬਦੀਲੀ। ਬੰਦਾ ਬੰਦੇ ਦਾ ਦਾਰੂ, ਕਿੰਨਾ ਜ਼ਬਰਦਸਤ, ਇੰਨਾ ਵੱਡਾ ਮੈਸੇਜ ਹੈ, ਬੰਦਾ ਬੰਦੇ ਦਾ ਦਾਰੂ। ਹੁਣ ਗਵਰਨਰ ਪੁੱਛਦੇ ਹੀ ਨੀ ਹੈਗੇ, ਪਤਾ ਨੀ ਕੀ ਹੁੰਦਾ, ਕੌਣ ਕਿੱਥੇ ਕੌਣ ਹੁੰਦਾ ਹੈਗਾ। ਤੇ ਪੈਸੇ ਗਿਣਦੇ ਲੋਕ, ਚਿੱਟੀ ਖਾਦ ਤੋਂ ਲੈ ਕੇ ਬਨਸਪਤੀ ਘਿਓ ਤੇ ਆਈਆਂ ਬਿਮਾਰੀਆਂ, ਇਹ ਦੋਵਾਂ ਪੰਜਾਬਾਂ ਦੀਆਂ ਸਾਂਝੀਆਂ ਹਨ। ਇੱਕ ਮੈਨੂੰ ਜਿਹੜਾ ਆਪਣੇ ਪੰਜਾਬ ਦਾ ਫਿਕਰ ਹੋਇਆ ਕਿ ਸਾਡੇ ਬਹੁਤ ਸਾਰੇ ਜਿਹੜੇ ਸਿਆਣੇ ਬੱਚੇ ਹਨ ਉਹ ਕੈਨੇਡਾ ਜਾਏ ਜਿਹੜੇ ਤਰ੍ਹਾਂ ਤਰ੍ਹਾਂ, ਤੇ ਕਈ ਜਿਹੜੇ ਇੰਸਟੀਟਿਊਟ ਬਣ ਗਏ ਆਈਲੈਟਸ ਪਾਸ ਕਰਾਉਣ ਲਈ, ਇਹ ਬੜੀ ਖਤਰੇ ਦੀ ਘੰਟੀ ਹੈ। ਜਿਹੜੀ ਸਾਡੀ ਅਗਲੀ ਜਨਰੇਸ਼ਨ ਪੜ੍ਹੀ ਲਿਖੀ ਹੈ ਉਹ ਪੰਜਾਬ ਛੱਡ ਕੇ ਕਿਉਂ ਜਾ ਰਹੀ ਹੈ, ਇਹ ਸਵਾਲਾਂ ਦੇ ਬਾਅਦ ਗੱਲ ਕਰਾਂਗੇ। ਹੁਣ ਮੈਂ ਬੇਨਤੀ ਕਰਾਂਗਾ ਡਾਕਟਰ ਵੇਲ ਸਿੰਘ ਨੂੰ, ਅੱਜ ਦੇ ਮਹਿਮਾਨਾਂ ਨੂੰ ਇੰਟਰੋਡਕਸ਼ਨ ਕਰਾਉਣ, ਉਸ ਤੋਂ ਬਾਅਦ ਸਾਡੇ ਦੋਸਤ ਜਿਹੜੇ ਹਨ ਕੰਡਕਟ। ਮੇਰੇ ਖਿਆਲ ਤੁਸੀਂ ਡਾਕਟਰ, ਮੇਰੇ ਖਿਆਲ ਮੇਰੀ ਇੰਟਰੋਡਕਸ਼ਨ ਹੋ ਗਈ, ਮੈਂ ਬਾਅਦ ਚ ਬੋਲ ਦਿਆਂਗਾ। ਠੀਕ ਹੈ ਜੀ, ਉਹ ਤੁਸੀਂ ਇਹਨਾਂ ਨੂੰ ਮਨੀਸ਼ ਨੂੰ ਦਿਓ। ਮਨੀਸ਼, ਓਵਰ ਟੂ ਮਨੀਸ਼ ਟੂ ਕੰਡਕਟ ਦੀ ਫੰਕਸ਼ਨ। ਬਹੁਤ ਬਹੁਤ ਧੰਨਵਾਦ ਸਰ, ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਕਿ ਇਸ ਪੁਸਤਕ ਦੇ ਹਵਾਲੇ ਨਾਲ। ਸੱਚਮੁੱਚ ਮੈਂ ਇਸ ਕਿਤਾਬ ਨੂੰ ਪੜ੍ਹ ਕੇ ਬਹੁਤ ਆਨੰਦ ਮਾਣਿਆ। ਜਿੰਨੀ ਮਿਹਨਤ ਖਾਲਿਦ ਮਹਿਮੂਦ ਜੀ ਹੁਣਾਂ ਨੇ ਕੀਤੀ ਹੈ, ਔਰ ਕਲਮੀ ਨਾਮ ਉਹਨਾਂ ਦਾ ਨੈਣ ਸੁੱਖ ਹੈ, ਬਹੁਤ ਕਮਾਲ। ਔਰ ਇਸਦੇ ਨਾਲ ਦੇ ਨਾਲ ਹੀ ਲਿਪੀ ਅੰਤਰ ਕੀਤਾ ਹੈ ਡਾਕਟਰ ਪਰਮਜੀਤ ਸਿੰਘ ਮੇਸ਼ਾ ਜੀ ਹੁਣਾਂ ਨੇ, ਉਹ ਵੀ ਬਾ ਕਮਾਲ ਹੈ, ਔਰ ਦੋਨੋਂ ਹੀ ਵਧਾਈ ਦੇ ਪਾਤਰ ਨੇ। ਮੈਂ ਸਭ ਨੂੰ ਅੱਜ ਦੇ ਇਸ ਪੁਸਤਕ ਚਰਚਾ ਪ੍ਰੋਗਰਾਮ ਦੇ ਵਿੱਚ ਸਭ ਨੂੰ ਜੀਆਂ ਆਖਦਾ ਹਾਂ। ਸੋ ਜਿੱਥੋਂ ਤੱਕ ਸੰਬੰਧ ਧਰਤੀ ਪੰਜ ਦਰਿਆਈ ਦੀ ਹੈ, ਇਹਦੇ ਨਾਲ ਮੈਂ ਛੋਟੀ ਜਿਹੀ ਗੱਲ ਹੋਰ ਤੋਰਾਂਗਾ ਕਿ ਪਿਛਲੇ ਦੋ ਤਿੰਨ ਮਹੀਨਿਆਂ ਤੋਂ ਮੈਂ ਲਗਾਤਾਰ ਯੂਟਿਊਬ ਦੇ ਰਾਹੀਂ ਲਗਭਗ ਸਾਰਾ ਹੀ ਪਾਕਿਸਤਾਨ ਘੁੰਮ ਲਿਆ। ਲਾਸਟ ਸਿਆਲਕੋਟ ਦੀ ਵਾਰੀ ਚੱਲ ਰਹੀ ਸੀ, ਔਰ ਇਸ ਕਿਤਾਬ ਨੂੰ ਪੜ੍ਹਦਿਆਂ ਪੜ੍ਹਦਿਆਂ ਮੈਂ ਉਹਨਾਂ ਸਾਰਿਆਂ ਮੁਹੱਲਿਆਂ ਗਲੀਆਂ ਨੂੰ, ਚਾਹੇ ਉਹ ਅਨਾਰਕਲੀ ਹੈ, ਚਾਹੇ ਉਹ ਫੱਜੇ ਦੇ ਸਿਰੀ ਪਾਏ ਨੇ, ਸਰ ਐਵਰੀਥਿੰਗ ਇਜ਼, ਸਾਰਾ ਕੁਛ ਜੋ ਸੀ ਉਹ ਮੈਨੂੰ ਇਸ ਕਿਤਾਬ ਨੇ ਮੇਰੀ ਬਹੁਤ ਹੈਲਪ ਕੀਤੀ। ਔਰ ਸੱਚ ਪੁੱਛੋ ਤਾਂ ਮੈਂ ਇਸਨੂੰ ਪੁਸਤਕ ਨਹੀਂ ਕਹੂੰਗਾ, ਇਸਨੂੰ ਮੈਂ ਇਤਿਹਾਸਕ ਦਸਤਾਵੇਜ਼ ਕਹੂੰਗਾ। ਔਰ ਫਿਰ ਉਹੀ ਗੱਲ ਵਾਰ ਵਾਰ ਕਿ ਇਤਿਹਾਸ ਦੇ ਮਲਬੇ ਬਹੁਤ ਕੁਛ ਦੱਬਿਆ ਪਿਆ ਹੈ, ਆਉਣ ਵਾਲੀ ਜਨਰੇਸ਼ਨ ਨੂੰ ਇਸ ਪੁਸਤਕ ਨੂੰ ਜ਼ਰੂਰ ਪੜ੍ਹਨਾ ਪਊਗਾ, ਔਰ ਪੜ੍ਹ ਕੇ ਪਤਾ ਲੱਗੂਗਾ ਕਿ ਸਾਡਾ ਪੰਜਾਬੀ ਵਿਰਸਾ ਜਿਹੜਾ ਫੈਸਲਾਬਾਦ ਤੋਂ ਲੈ ਕੇ ਮੌਜੂਦਾ ਭਾਰਤੀ ਫਰੀਦਾਬਾਦ ਤੱਕ ਫੈਲਿਆ ਹੋਇਆ ਹੈ, ਉਹ ਕਿਵੇਂ ਆਪਣੇ ਆਪ ਤੋਂ ਹੀ ਵੱਖਰਾ ਵੱਖਰਾ ਹੁੰਦਾ 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 ਪੀੜ੍ਹੀ ਦਰ ਪੀੜ੍ਹੀ ਜਿਹੜਾ ਉਹ ਗੈਪ ਕ੍ਰੀਏਟ ਹੋ ਗਿਆ। ਸੋ ਨੈਣ ਸੁੱਖ ਜੀ ਹੁਣਾਂ ਨੂੰ ਮਾਧੋ ਲਾਲ ਹੁਸੈਨ ਦੇ ਉੱਪਰ ਢਾਹਾਂ ਅਵਾਰਡ ਵੀ ਪ੍ਰਾਪਤ ਹੋ ਚੁੱਕਾ ਹੈ। ਇਸ ਤੋਂ ਇਲਾਵਾ ਉਹਨਾਂ ਦਾ ਜੋਗੀ, ਸੱਪ ਤੇ ਤਰਾਹ ਕਹਾਣੀਆਂ, ਆਈ ਪੂਰੇ ਦੀ ਵਾਹ ਨਾਵਲ, ਇਹ ਆਪਣੇ ਆਪ ਦੇ ਵਿੱਚ ਹੀ ਸਾਡੇ ਲਈ ਬੜੀਆਂ ਮੁੱਲਵਾਨ ਪੁਸਤਕਾਂ ਨੇ। ਤੇ ਅੱਜ ਚਰਚਾ ਦਾ ਕੇਂਦਰ ਹੈ ਸਾਡੇ ਕੋਲ ਧਰਤੀ ਪੰਜ ਦਰਿਆਈ, ਜਿਸ ਨੂੰ ਘੱਟੋ ਘੱਟ 12 ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਹੈ, ਔਰ ਹਰ ਚੈਪਟਰ ਦੇ ਅੱਗੇ ਸਭ ਚੈਪਟਰ ਦੇ, ਜਿਵੇਂ ਸਪਤ ਸਿੰਧੂ, ਪੰਜ ਪੀਰ, ਵਾਰ ਦੀ ਵਾਰ, ਦਰਬਾਰੀ ਰਿਆਇਆ, ਲਾਹੌਰ ਦੇ 100 ਸਾਲ, ਕਾਲ ਬੁਲੇਂਦੀ, ਲਾਹੌਰ ਸ਼ਹਿਰ ਦਾ ਕੰਜਰ ਮੁਹੱਲਾ, ਲੋਕ ਰੰਗ, ਅਰਥਾਵਲੀ, ਮਾਈਆਂ ਬਾਬੇ, ਕਿਤਾਬਾਂ, ਮੂਰਤਾਂ, ਲਿਖਤਾਂ, ਇਹ ਪੂਰਾ ਦਾ ਪੂਰਾ ਇੱਕ ਇਤਿਹਾਸਿਕ ਦਸਤਾਵੇਜ਼ ਹੈ। ਔਰ ਕਿਤਾਬ ਦੀ ਛਪਾਈ ਔਰ ਉਸਦਾ ਜੋ ਟਾਈਟਲ ਪੇਜ ਹੈ, ਬਾ ਕਮਾਲ ਤਿਆਰ ਹੋਇਆ।
सो मैं ज्यादा वक्त ना लेंदा होया सब तो पहला मैं जी आया कहांगा डॉक्टर परमजीत सिंह मीशा जी जी एस खालसा कॉलेज सरहाली तो जिन्हां ने इस पुस्तक नूं शाहमुखी तो गुरमुखी दे विच तब्दील किया है और इस दे नाल नाल उन्हां दीआं पाकिस्तानी पंजाबी नॉवल पाकिस्तानी पंजाबी कहानियां बहुत सारिया पुस्तकां उन्हां दी संपादित भी हो चुकियां ने कुछ संपादित पुस्तकां दे विच उन्हां दे अपने खोज पत्र भी छप चुके ने वखो वखरियां कॉन्फ्रेंस राष्ट्रीय अंतरराष्ट्रीय कॉन्फ्रेंस नूं उह रिप्रेजेंट भी कर चुके ने और सिर्फ यही किताब इन्होंने शाहमुखी तो गुरमुखी दे विच नहीं कीती इन्होंने बहुत सारिया किताबां जिवें आए पूरे दी वाह गुआचियां गल्लां जोगी सब ते त्रा कहानियां इन्हों का भी उलथा इन्होंने शाहमुखी तो गुरमुखी विच कीता है। तो मैं गुजारिश करूंगा कि डॉक्टर परमजीत सिंह मीशा जी होरी साडे नाल दरम्यान अपनी इस पुस्तक के हवाले नाल कुछ गल्लां करन कि इस पुस्तक नूं अनुवाद करन दे विच किहो जिहियां मुश्किल आईयां और उन्होंने खुद इस पुस्तक का आनंद किवें माणिया। मोस्ट वेलकम जी डॉक्टर परमजीत सिंह जी मीशा जी। शुक्रिया डॉक्टर मनीष बहुत बहुत मेहरबानी। पहला तो इन्नी इज्जत देने लई इहो जे तारुफ लई तुहाडा बहुत बहुत धन्यवाद। मैं अपनी गलबात शुरू करन तो पहला नैशनल इंस्टीट्यूट ऑफ पंजाब स्टडीज दे डायरेक्टर डॉक्टर महेंद्र सिंह जी डॉक्टर वेल सिंह कन्वीनर जी दा शुक्रिया अदा करांगा कि उन्होंने इतनी इंपोर्टेंट किताब इन्नी महत्वपूर्ण किताब जिहड़ी आ उहदे बारे गलबात करन दे लई जिहड़ा पैनल डिसाइड कीता उहदे च मेरे वर्गे बंदे दा नाम जिहड़ा उह शामिल कीता जिथे बड़े वड्डे इतिहासकार डॉक्टर अमन जिहड़े बैठे आ जिहड़े स्पैशलाइज ने इहो जिही किताब बारे गल करन लई। जदों मैं इस किताब बारे सोचदा तो सब तो पहला मेरा इस किताब दे नाल जिहड़ा संबंध बनता है वह है इहदे शाहमुखी तो गुरमुखी लिपि अंतर करन दे नाल। इस तजर्बे दे इस किताब दे तजर्बे दे पिछे इस तो पहलियां जिहड़ियां दो चर्चित किताबां सी उहनां दा बहुत वड्डा रोल सी। गुआचियां गल्लां अनवर अली दी ऑटोबायोग्राफी सी नैनसुख होरां दी आई पुरे दी वाह जिहदे ते भाई वीर सिंह सदन पहलां दिल्ली लैक्चर करवा चुके सी। जदों दिल्ली विद्वानां दे ते विद्यार्थियां दे रूप में होया ते उदों भी मैनूं इस चीज़ जिहड़ी आ उह रड़की ते बाद विच भी कुछ लोकां ने इस गल दे उत्ते हल्के हल्के किंतु कीते कि इहदे विचले बहुत सारे शब्द क्योंकि जिहड़ी डायलैक्ट तों इह प्रभावित है ਉਹ ਸ਼ਬਦ ਵਰਤਦੀ ਹੈ ਤੇ ਜਿਹੜੇ ਉਰਦੂ ਫਾਰਸੀ ਅਰਬੀ ਦੇ ਜਿਹੜੇ ਸ਼ਬਦ ਜਾਂ ਧਾਰਮਿਕ ਸਿਧਾਂਤਕ ਸ਼ਬਦਾਵਲੀ ਨਾਲ ਜੁੜੇ ਜਿਹੜੇ ਸ਼ਬਦ ਸੀ ਉਹ ਜਿਹੜੇ ਆ ਉਹ ਸਾਡੀ ਰੇਂਜ ਤੋਂ ਬਾਹਰ ਨੇ। ਇੱਧਰ ਦੇ ਪਾਠਕ ਜਿਹੜੇ ਆ ਉਹ ਉਸ ਸ਼ਬਦਾਵਲੀ ਤੋਂ ਓਨੇ ਗੰਭੀਰਤਾ ਨਾਲ ਜਾਣੂ ਨਹੀਂ ਹੈਗੇ ਜਿੰਨੇ ਹੋਣੇ ਚਾਹੀਦੇ ਆ ਜੇ ਨੈਨਸੁਖ ਜੀ ਦੀਆਂ ਕਿਤਾਬਾਂ ਨੂੰ ਜਾਂ ਉਹਨਾਂ ਦੀਆਂ ਗੱਲਾਂ ਨੂੰ ਅੰਡਰਸਟੈਂਡ ਕਰਨਾ। ਜਦੋਂ ਇਹ ਕਿਤਾਬ ਲਿਖੀ ਅੰਤਰ ਹੋ ਰਹੀ ਸੀ ਤਾਂ ਉਦੋਂ ਪੜ੍ਹਦਿਆਂ ਹੋਇਆ ਮੈਂ ਕਿਉਂਕਿ ਇਹ ਪਤਾ ਨਹੀਂ ਸ਼ਬਦ ਮੈਨੂੰ ਤਾਂ ਹੁਣ ਯਾਦ ਨਹੀਂ ਕਿ ਮੈਂ ਕਿੰਨੀ ਵਾਰ ਇਹ ਪੜ੍ਹੀ ਹੋਏਗੀ ਤੇ ਕਿੰਨੀ ਵਾਰ ਹਰ ਚੈਪਟਰ ਦੇ ਹਰ ਪਹਿਰੇ ਦੇ ਵਿੱਚੋਂ ਤੇ ਹਰ ਸਤਰ ਚੋਂ ਅਸੀਂ ਲੰਘੇ ਤੇ ਉਹਦੇ ਬਾਰੇ ਨੈਨਸੁਖ ਹੋਰਾਂ ਨਾਲ ਡਿਸਕਸ਼ਨ ਕਰਦਿਆਂ ਉਹਨੂੰ ਸਮਝਦਿਆਂ ਹੋਇਆ ਉਹਦੀ ਰੂਪਰੇਖਾ ਕਿਵੇਂ ਰੱਖਣੀ ਹੈ ਉਹਦੇ ਬਾਰੇ ਅਸੀਂ ਗੱਲਬਾਤ ਕਰਦੇ ਰਹੇ। ਬਹੁਤ ਇਹਦੇ ਲਿਪੀ ਅੰਤਰ ਦੇ ਬੜੇ ਅੰਤਲੇ ਪੜਾਵਾਂ ਤੇ ਜਾ ਕੇ ਗੁਰਮੁਖੀ ਐਡੀਸ਼ਨ ਜਿਹੜਾ ਤੁਹਾਡੇ ਸਾਹਮਣੇ ਆ ਜਿਹੜਾ ਤੁਹਾਨੂੰ ਪ੍ਰਾਪਤ ਹੋਇਆ ਇਹਦੇ ਵਿੱਚ ਦੋ ਵੱਡੀਆਂ ਤਬਦੀਲੀਆਂ ਜਿਹੜੀਆਂ ਉਹ ਸਾਨੂੰ ਕਰਨੀਆਂ ਪਈਆਂ ਤੇ ਉਹਨਾਂ ਤਬਦੀਲੀਆਂ ਦੇ ਲਈ ਇੱਕ ਪੱਖ ਜਿਹੜਾ ਉਹ ਮੈਂ ਰੱਖਿਆ ਸੀ ਤੇ ਦੂਜਾ ਪੱਖ ਜਿਹੜਾ ਉਹ ਨੈਨਸੁਖ ਹੋਰਾਂ ਨੇ ਉਸ ਚੀਜ਼ ਦਾ ਹਵਾਲਾ ਦਿੱਤਾ। ਪਹਿਲਾ ਪੱਖ ਇਹ ਸੀ ਕਿ ਇਹਦੇ ਵਿਚਲੀ ਜਿਹੜੀ ਸ਼ਬਦਾਵਲੀ ਹੈ ਬਾਰ ਦੇ ਨਾਲ ਜੁੜੀ ਪੋਠੋਹਾਰ ਦੇ ਨਾਲ ਜੁੜੀ ਝੰਗ ਦੀ ਉਹ ਸਾਰੇ ਇਲਾਕੇ ਦੀ ਸ਼ਬਦਾਵਲੀ ਜਿਹੜੀ ਆ ਉਹਨਾਂ ਦੇ ਸ਼ਬਦਾਂ ਦੇ ਉਹ ਰੂਪ ਜਿਹੜੇ ਸਾਡੇ ਇੱਧਰ ਮਾਝੇ 'ਚ ਜਾਂ ਜਿਹੜੇ ਸਾਡੇ ਇੱਧਰ ਦੀ ਪੰਜਾਬੀ 'ਚ ਹੈ ਉਹ ਜ਼ਰੂਰ ਪਾਠਕਾਂ ਤੱਕ ਪੁੱਜਣੇ ਚਾਹੀਦੇ ਆ। ਤੇ ਬਿਲਕੁਲ ਉਸ ਤਰ੍ਹਾਂ ਹੀ ਉਰਦੂ ਅਰਬੀ ਫਾਰਸੀ ਦੇ ਸ਼ਬਦ ਜਿਹੜੇ ਆ ਉਹ ਵਾਲੇ ਖਾਸ ਤੌਰ 'ਤੇ ਕਿਉਂਕਿ ਮੈਨੂੰ ਲੱਗਦਾ ਕਿ ਇਸ ਕਿਤਾਬ ਦੇ ਜਿਹੜੇ ਸੋਰਸ ਨੇ ਉਹ ਫਾਰਸੀ ਨਾਲ ਬਹੁਤ ਨੇੜੇ ਤੋਂ ਜੁੜੇ ਹੋਏ ਆ ਤੇ ਫਾਰਸੀ ਦੇ ਇੰਨੇ ਸ਼ੇਅਰ ਇਸ ਕਿਤਾਬ ਦੇ ਵਿੱਚ ਸ਼ਾਮਿਲ ਸੀ ਕਿ ਜੇ ਉਹਨਾਂ ਦੇ ਅਰਥ ਪਾਠਕਾਂ ਤੱਕ ਨਾ ਪਹੁੰਚਦੇ ਤਾਂ ਬਹੁਤ ਵੱਡਾ ਅਨਿਆਂ ਹੋਣਾ ਸੀ ਇਸ ਕਿਤਾਬ ਨਾਲ। ਫਿਰ ਅਸੀਂ 17 ਪੇਜ ਇਸ ਕਿਤਾਬ ਦੇ ਮਗਰ ਜਿਹੜੇ ਆ ਉਹ ਅਰਥਾਵਲੀ ਦੇ ਤੌਰ ਤੇ ਐਡ ਕੀਤੇ ਜਿਹਦੇ 'ਚ ਸ਼ੇਰਾਂ ਦੀ ਟਰਾਂਸਲੇਸ਼ਨ ਅਲੱਗ ਸੀ ਤੇ ਅੰਦਾਜ਼ਨ 400 ਸ਼ਬਦ ਇਹੋ ਜਿਹੇ ਜਿਹੜੇ ਮੈਨੂੰ ਲੱਗੇ ਕਿ ਜ਼ਰੂਰ ਪੰਜਾਬੀ ਪਾਠਕਾਂ ਤੱਕ ਪਹੁੰਚਣੇ ਚਾਹੀਦੇ ਆ। ਮੈਂ ਉਹਨਾਂ ਨੂੰ ਆਪਣੀ ਅਕਲ ਅਨੁਸਾਰ
ਜਾਂ ਜਿਹੜੀਆਂ ਡਿਕਸ਼ਨਰੀਜ਼ ਮੈਨੂੰ ਮਿਲੀਆਂ ਤੇ ਨੈਸੁਕਾ ਨੇ ਜੋ ਮਦਦ ਕੀਤੀ ਉਹਦੇ ਚੋਂ ਅਸੀਂ ਓਵਰ ਥਾਵਲੀ ਕ੍ਰੀਏਟ ਕੀਤੀ। ਦੂਜੀ ਚੀਜ਼ ਜਿਹੜੀ ਬਹੁਤ ਮੈਨੂੰ ਬਹੁਤ ਵਧੀਆ ਲੱਗੀ ਕਿ ਸਾਨੂੰ ਜ਼ਰੂਰ ਉਹਨਾਂ ਚੀਜ਼ਾਂ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਜਿੱਥੋਂ ਅਸੀਂ ਇਹ ਸਾਰਾ ਕੁਝ ਹਾਸਲ ਕੀਤਾ ਪੜ੍ਹਿਆ। ਉਹਦੇ ਲਈ ਨੈਨਸੁਕਰਾ ਕਿਤਾਬਾਂ ਦਾ ਜ਼ਿਕਰ ਕਰਦਿਆਂ ਹੋਇਆ ਮੇਰੇ ਨਾਲ ਇਹ ਗੱਲ ਸਾਂਝੀ ਕੀਤੀ ਕਿ ਕਿਉਂ ਨਾ ਇਸ ਕਿਤਾਬ ਦੇ ਵਿੱਚ ਜਿਹੜੇ ਮਾਈਆਂ ਤੇ ਬਾਬਿਆਂ ਨੂੰ ਮੈਂ ਬਾਹਰ ਦੇ ਵਿੱਚ ਜਾਂ ਵੱਖ ਵੱਖ ਥਾਵਾਂ ਦੇ ਉੱਤੇ ਵਿਜ਼ਿਟ ਕੀਤਾ ਮਿਲਿਆ, ਉਹਨਾਂ ਦੀ ਜਾਣਕਾਰੀ ਜਿਹੜੀ ਆ ਉਹ ਇਸ ਕਿਤਾਬ 'ਚ ਦੇਣਾ ਚਾਹੁੰਦਾ ਕਿ ਇਹ ਸਾਰਾ ਕੁਝ ਜੋ ਮੈਂ ਓਰਲ ਹਿਸਟਰੀ ਦੇ ਰੂਪ ਦੇ ਵਿੱਚ ਮੌਕੇ ਇਤਿਹਾਸ ਜਿਹੜਾ ਤੁਹਾਡੇ ਸਾਹਮਣੇ ਰੱਖਿਆ ਉਹ ਜ਼ਰੂਰ ਉਹਨਾਂ ਦਾ ਧੰਨਵਾਦ ਜਿਹੜਾ ਹੋਣਾ ਚਾਹੀਦਾ। ਅਸੀਂ ਫਿਰ 125 ਨਾਂ ਉਹਦੇ ਵਿੱਚੋਂ ਚੁਣਿਆ, ਉਹਨਾਂ ਦੇ ਕਿੱਤੇ ਤੇ ਉਹਨਾਂ ਦੇ ਪਿੰਡਾਂ ਦੇ ਨਾਂ ਜਿੱਥੇ ਜਿੱਥੇ ਦੇ ਉਹ ਰਹਿਣ ਵਾਲੇ ਸੀ ਤਾਂ ਜੋ ਉਹ ਵੀ ਇਸ ਇਤਿਹਾਸ ਦੇ ਨਾਲ ਇਸ ਇਤਿਹਾਸ ਦਾ ਹਿੱਸਾ ਬਣ ਜਾਣ, ਉਹਨਾਂ ਨੂੰ ਸ਼ਾਮਿਲ ਕੀਤਾ। ਲਿਖਤੀ ਅੰਤਰ ਕਿਹੋ ਜਿਹਾ ਹੋਇਆ ਇਹ ਇੱਧਰ ਦੇ ਪੰਜਾਬੀ ਪਾਠਕ ਜ਼ਿਆਦਾ ਜਾਣਦੇ ਆ ਜਾਂ ਮੈਂ ਤੁਹਾਡੇ ਸ਼ਬਦਾਂ 'ਚੋਂ ਜਦੋਂ ਤੁਸੀਂ ਮੇਰਾ ਤਾਰੁਫ ਕਰਾ ਰਹੇ ਸੀ ਅਤੇ ਇਸ ਕਿਤਾਬ ਬਾਰੇ ਦੱਸ ਰਹੇ ਸੀ ਅਤੇ ਉਹਦੇ 'ਚੋਂ ਜਿਹੜੇ ਤੁਹਾਡੇ ਪ੍ਰਭਾਵ ਨੇ ਉੱਥੋਂ ਵੀ ਥੋੜ੍ਹਾ ਅੰਦਾਜ਼ਾ ਲੱਗਦਾ ਹੈ ਕਿ ਮੇਰੀ ਮਿਹਨਤ ਜਿਹੜੀ ਹੈ ਮੈਨੂੰ ਲੱਗਦਾ ਹੈ ਕਿ ਉਹ ਸਾਰਥਕ ਗਈ ਹੈ ਅਤੇ ਪੰਜਾਬੀ ਪਾਠਕਾਂ ਨੇ ਜੋ ਇਸ ਕਿਤਾਬ 'ਚੋਂ ਮਹਿਸੂਸ ਕਰਨਾ ਸੀ ਉਹ ਜ਼ਰੂਰ ਕੀਤਾ ਹੈ। ਅਤੇ ਅੱਜ ਕਿਉਂਕਿ ਇਸ ਕਿਤਾਬ ਬਾਰੇ ਜ਼ਿਕਰ ਕੀਤਾ ਜਾ ਰਿਹਾ ਹੈ, ਇਹ ਕਿਤਾਬ ਦਿੱਲੀ ਦੇ ਵਿੱਚ ਸੈਂਟਰਲ ਗੌਰਮੈਂਟ ਦੇ ਅਦਾਰਿਆਂ ਦੇ ਵਿੱਚ ਜਿਹੜੀ ਆ ਉਹ ਡਿਸਕਸ਼ਨ ਦਾ ਇਹ ਵਾਇਸ ਬਣਦੀ ਪਈ ਹੈ, ਤਾਂ ਮੈਨੂੰ ਲੱਗਦਾ ਹੈ ਕਿ ਕਿਤਾਬ ਇਹ ਲਿਪੀ ਅੰਤਰ ਜਿਹੜਾ ਕਿਤਾਬ ਤਾਂ ਬਹੁਤ ਬਹੁਤ ਹੀ ਵੱਡੀ ਬਹੁਤ ਵੱਡਾ ਦਸਤਾਵੇਜ਼ ਹੈ। ਮੇਰਾ ਲਿਪੀ ਅੰਤਰ ਜਿਹੜਾ ਉਹ ਕਿਤੇ ਸਟੈਂਡ ਕਰਦਾ ਹੈ, ਜਿਹੜੀ ਮੇਰੀ ਮਿਹਨਤ ਹੈ ਉਹ ਸਾਰਥਕ ਹੈਗੀ ਹੈ। ਦੂਜਾ ਮਸਲਾ ਜੇ ਮੈਂ ਲਿਪੀ ਅੰਤਰ ਤੋਂ ਹਟ ਕੇ ਆਪਣੇ ਆਪ ਨੂੰ ਦੇਖਦਾ ਕਿ ਮੈਂ ਇਸ ਕਿਤਾਬ ਨੂੰ ਮੈਂ ਕਿਸ ਐਂਗਲ ਤੋਂ ਦੇਖਦਾ, ਕਿਉਂਕਿ ਮੇਰਾ ਬੁਨਿਆਦੀ ਤੌਰ ਦੇ ਉੱਤੇ ਸੰਬੰਧ ਜਿਹੜਾ ਉਹ ਸਾਹਿਤ ਦੇ ਨਾਲ ਹੈ, ਮੈਂ ਸਾਹਿਤ ਦਾ ਵਿਦਿਆਰਥੀ ਹਾਂ ਅਤੇ ਮੈਂ ਜੋ ਕੁਝ ਵੀ ਇਸ ਸਾਰੀ ਕਿਤਾਬ ਦੇ ਵਿੱਚੋਂ ਦੇਖਿਆ ਉਹ ਸਾਹਿਤ ਜਿਹੜਾ ਉਹ ਇਤਿਹਾਸ ਦੇ ਉੱਤੇ ਭਾਰੂ ਨਹੀਂ ਹੁੰਦਾ। ਸਾਹਿਤਕ ਟੱਚ ਜਿਹੜੇ ਆ ਉਹ ਸਮੁੱਚੀ ਕਿਤਾਬ ਦੇ ਵਿੱਚ ਹਰ ਇਤਿਹਾਸਕ ਜਿਹੜਾ ਵੀ ਵੇਰਵਾ ਦਿੱਤਾ, ਜਿਹੜੀ ਵੀ ਗੱਲ ਜਿਹੜੀ ਆ ਉਹ ਕੀਤੀ ਹੈ, ਉਹਨੂੰ ਬਾਤ ਬਣਾ ਕੇ ਤੇ ਉਹਨੂੰ ਕਿੰਨੇ ਵਧੀਆ ਢੰਗ ਦੇ ਨਾਲ ਪ੍ਰੈਜੈਂਟ ਕੀਤਾ, ਇਹਦਾ ਤੇ ਕੋਈ ਸਾਨੀ ਨਹੀਂ ਗਿਆ। ਮਤਲਬ ਇਤਿਹਾਸ ਜਿਹੜਾ ਉਹ ਤੁਹਾਨੂੰ ਕਿਤੇ ਵੀ ਬੋਰੀਅਤ ਮਹਿਸੂਸ ਨਹੀਂ ਕਰਾਉਂਦਾ ਜਦੋਂ ਵੀ ਅਸੀਂ ਇਹ ਸਾਰੀ ਚੀਜ਼ ਨੂੰ ਪੜ੍ਹਦੇ ਹਾਂ, ਉਹ ਤੁਸੀਂ ਬਾਰ ਬਾਰ ਉਹੋ ਜਿਹੇ ਟੱਚ ਜਿਹੜੇ ਆ ਉਹ ਦੇਖ ਸਕਦੇ ਹੋ। ਮੈਂ ਉਹਨਾਂ ਦੇ ਬਾਰੇ ਬਿਲਕੁਲ ਜ਼ਿਕਰ ਨਹੀਂ ਕਰ ਰਿਹਾ। ਮੈਂ ਇਸ ਕਿਤਾਬ ਨੂੰ ਨੈਨਸੁਖ ਇਸ ਕਿਤਾਬ ਨੂੰ ਕਿਵੇਂ ਦੇਖਦਾ ਤੇ ਮੈਂ ਇਸ ਕਿਤਾਬ ਨੂੰ ਕਿਵੇਂ ਦੇਖਦਾ, ਮੈਂ ਇਸ ਚੀਜ਼ ਬਾਰੇ ਗੱਲ ਕਰਨਾ ਚਾਹਾਂਗਾ। ਕਿਉਂਕਿ ਨੈਨਸੁਖ ਹੋਰੀ ਜਦੋਂ ਕਿਤਾਬ ਉਹਨਾਂ ਨੇ ਰਚੀ ਹੈ ਤੇ ਉਹਨਾਂ ਦਾ ਜਿਹੜਾ ਮਕਸਦ ਹੈ ਕਿ ਕਿਤਾਬ ਉਹਨਾਂ ਨੂੰ ਕਿਉਂ ਲਿਖਣ ਦੀ ਜ਼ਰੂਰਤ ਪੈ ਰਹੀ ਹੈ, ਤੇ ਉਹਦੇ ਵਿੱਚ ਉਹ ਬਹੁਤ ਸਿੱਧੇ ਤੌਰ ਦੇ ਉੱਤੇ ਕਿ ਉਹ ਮਾਨ ਜਿਹੜਾ ਪੰਜਾਬ ਦਾ ਖੁੱਸ ਚੁੱਕਾ ਹੈ, ਉਹ ਮਾਨ ਜਿਹੜਾ ਪੰਜਾਬ ਗੁਆ ਚੁੱਕਾ ਹੈ, ਉਹਦੀ ਤਲਾਸ਼ ਕਰਨੀ ਹੈ ਤੇ ਉਹਦੀ ਪੁਨਰ ਸਿਰਜਣਾ ਜਿਹੜੀ ਆ ਉਹ ਉਹਨਾਂ ਦਾ ਮਕਸਦ ਪਿੱਛੇ ਪਿਆ ਹੋਇਆ ਹੈ ਕਿ ਪੰਜਾਬ ਦੀ ਜਿਹੜੀ ਇੱਜ਼ਤ ਹੈ ਇਹ ਉਹ ਕਿੱਥੇ ਹੈ। ਕਿਉਂਕਿ ਜੇ ਦਿੱਲੀ ਦਰਬਾਰ ਦੇ ਉੱਤੇ ਜੇ ਹਿੰਦੁਸਤਾਨ ਤੇ ਰਾਜ ਕਰਨਾ ਹੈ ਤੇ ਜੇ ਤੁਸੀਂ ਪੰਜਾਬ ਦੇ ਵਿੱਚੋਂ ਦੀ ਲੰਘਦਿਆਂ ਹੋਇਆ ਲਾਹੌਰ ਨੂੰ ਮੁਲਤਾਨ ਨੂੰ ਫਤਿਹ ਨਹੀਂ ਕੀਤਾ, ਉਹਨਾਂ ਨੂੰ ਉਜਾੜਿਆ ਨਹੀਂ ਹੈ, ਉਹਦੇ ਤੇ ਰਾਜ ਨਹੀਂ ਕੀਤਾ, ਤੇ ਤੁਸੀਂ ਦਿੱਲੀ ਦਰਬਾਰ ਤੱਕ ਨਹੀਂ ਪਹੁੰਚ ਸਕਦੇ। ਇਹ ਵਾਲੀ ਚੀਜ਼ ਜਿਹੜੀ ਆ ਉਹਨਾਂ ਦੇ ਨੈਨਸੁਕਰਾਂ ਦੇ ਧਿਆਨ ਦੇ ਵਿੱਚ ਸੀ ਤੇ ਉਹ ਸਾਰੀਆਂ ਚੀਜ਼ਾਂ ਮੈਂ ਜਦੋਂ ਪੜ੍ਹਦਾ ਪਿਆ ਸਾਂ ਤੇ ਮੈਨੂੰ ਲੱਗਾ ਕਿ ਇਸ ਕਿਤਾਬ ਦਾ ਮਕਸਦ ਜਿਹੜਾ ਹੈ ਉਹ ਇਹਨੂੰ ਥੋੜ੍ਹਾ ਜਿਹਾ ਮੈਂ ਢੰਗ ਦੇ ਨਾਲ ਕੀਤਾ ਕਿ ਅਸਲ ਵਿੱਚ ਇਸ ਇਤਿਹਾਸ ਦਾ ਜਾਂ ਇਸ ਕਿਤਾਬ ਦਾ ਜਿਹੜਾ ਮਕਸਦ ਹੈ ਉਹ ਧਾੜਵੀ ਤੇ ਜਿਹੜੀ ਹਾਕਮ ਟਾਬਰੀ ਹੈ ਉਹਦੀ ਨਿਸ਼ਾਨਦੇਹੀ ਹੈ। ਸਭ ਤੋਂ ਪਹਿਲਾਂ ਤਾਂ ਕਿ ਉਹ ਲੋਕ ਜਿਹੜੇ ਪੰਜਾਬ ਦੇ ਉੱਤੇ ਜਿਹਨਾਂ ਨੇ ਹਮਲੇ ਕੀਤੇ ਨੇ, ਜਿਹਨਾਂ ਨੇ ਧਾੜ ਪਾਈ ਹੈ, ਇਹ ਉਹ ਕੌਣ ਨੇ ਅਸਲ ਦੇ ਵਿੱਚ, ਤੇ ਇਹਦੇ ਵਿੱਚ ਉਹ ਕਿਸੇ ਵੀ ਧਰਮ ਨੂੰ ਆਧਾਰ ਨਹੀਂ ਬਣਾਉਂਦਾ। ਹਰ ਉਹ ਵਿਅਕਤੀ ਜਿਹਨੇ ਪੰਜਾਬ ਦੇ ਉੱਤੇ ਹਮਲਾ ਕੀਤਾ ਹੈ, ਜਿਹਨੇ ਪੰਜਾਬੀਆਂ ਨੂੰ ਕਤਲ ਕੀਤਾ ਹੈ, ਜਿਹਨਾਂ ਪੰਜਾਬੀਆਂ ਨੂੰ ਉਜਾੜਿਆ ਲੁੱਟਿਆ, ਇਹ ਉਹਨਾਂ ਨੂੰ ਉਹ ਬੜੀ ਬੇਬਾਕੀ ਦੇ ਨਾਲ ਬਹੁਤ ਹੀ ਸਪਸ਼ਟ ਸ਼ਬਦਾਂ ਦੇ ਵਿੱਚ ਜਿਹੜਾ ਵਾ ਉਹ ਇਹਦੇ 'ਚ ਪੇਸ਼ ਕਰਦਾ ਤੇ ਇਹਦੇ ਤੋਂ ਇਹਨਾਂ ਦੀ ਨਿਸ਼ਾਨਦੇਹੀ ਤੋਂ ਅਗਾਂਹ ਜਿਹੜੀ ਚੀਜ਼ ਜਿੱਥੇ ਉਹ ਲਿਜਾ ਕੇ ਗੱਲ
ਮੈਨੂੰ ਲੱਗਦਾ ਹੈ ਕਿ ਮੁਕਾਉਂਦਾ ਹੈ ਉਹ ਇਹ ਹੈ ਕਿ ਅਸਲ ਵਿੱਚ ਉਜੜੇ ਪੰਜਾਬ ਦੇ ਅਸਲ ਵਾਰਿਸ ਕੌਣ ਸਨ, ਜਿਹੜੇ ਹੀਣੇ ਨਿਮਾਣੇ ਊਣੇ ਜਿਨ੍ਹਾਂ ਨੂੰ ਅਸੀਂ ਸਮਝਦੇ ਹਾਂ, ਜਿਨ੍ਹਾਂ ਨੂੰ ਅਸੀਂ ਅਛੂਤ ਕਹਿ ਕੇ ਤੇ ਤਿਰਕਾਰਿਆ ਹੋਇਆ, ਇਹ ਅਸਲ ਦੇ ਵਿੱਚ ਕਿਵੇਂ ਉਹ ਪੰਜਾਬ ਦੇ ਅਸਲ ਵਾਰਿਸ। ਤਾਂ ਮੈਂ ਇਸ ਕਿਤਾਬ ਨੂੰ ਬਿਲਕੁਲ ਇਸ ਐਂਗਲ ਤੋਂ ਦੇਖਿਆ। ਤੇ ਜਿਹੜੀ ਗੱਲਬਾਤ ਮੈਂ ਹੁਣ ਕਰਨ ਜਾ ਰਿਹਾ ਤੁਹਾਡੇ ਨਾਲ ਜਿਹੜੀ ਸਾਂਝੀ ਕਰ ਰਿਹਾ, ਬੇਸਿਕਲੀ ਉਹਦਾ ਆਧਾਰ ਜਾਂ ਉਹਦੀ ਜਿਹੜੀਆਂ ਉਦਾਹਰਨਾਂ ਨੇ ਜਿਹੜੀਆਂ ਇਸ ਕਿਤਾਬ ਦੇ ਵਿੱਚੋਂ ਲਈਆਂ, ਮੈਨੂੰ ਲੱਗਦਾ ਹੈ ਕਿ ਮੈਂ ਉਹਦੇ ਦੁਆਲੇ ਆਪਣਾ ਆਪਣੀ ਗੱਲਬਾਤ ਜਿਹੜੀ ਆ ਉਹ ਗੁੰਮਦਾ ਪਿਆ ਕਿ ਜਿਹੜੀ ਹਾਕਮ ਟਾਬਰੀ ਹੈ ਉਹਦੀ ਤੇ ਜਿਹੜੇ ਵੀ ਧਾੜਵੀ ਨੇ ਉਹਨਾਂ ਦੀ ਨਿਸ਼ਾਨਦੇਹੀ ਤੇ ਅਸਲ ਪੰਜਾਬ ਦੇ ਵਾਰਸ ਜਿਹੜੇ ਆ ਉਹ ਕੌਣ ਹੈ ਉਹਨਾਂ ਦੇ ਬਾਰੇ ਨੈਣ ਸੁੱਖ ਜਿਹੜਾ ਉਹ ਗੱਲ ਕਰਦਾ ਪਿਆ। ਇਹ ਸਾਰੀ ਚੀਜ਼ ਨੂੰ ਕਿਉਂਕਿ ਕਿਤਾਬ ਬਹੁਤ ਵੱਡੀ ਹੈ, 300 ਪੰਨਿਆਂ ਦੇ ਉੱਤੇ ਸਾਰਾ ਇਤਿਹਾਸ ਬਿਖਰਿਆ ਹੋਇਆ, ਤੇ ਜੇ ਮੈਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਚੁਣਦਾ ਵਾਂ ਤੇ ਇਹ ਸਾਰੀਆਂ ਤਿੰਨੋਂ ਚੀਜ਼ਾਂ ਸਾਰੀ ਕਿਤਾਬ 'ਚ ਵੱਖ ਵੱਖ ਥਾਵਾਂ 'ਤੇ ਖਿਲਰੀਆਂ ਪਈਆਂ। ਕੋਈ ਕਿਸੇ ਟਾਈਮ ਪੀਰੀਅਡ 'ਤੇ ਵਾਪਰੀ ਹੈ, ਕੋਈ ਕਿਸੇ ਟਾਈਮ ਪੀਰੀਅਡ 'ਤੇ ਘਟਨਾ ਵਾਪਰੀ ਹੈ, ਅਤੇ ਮੈਂ ਉਹਦੇ ਵਿੱਚੋਂ ਉਹ ਸਾਰੀ ਦੀ ਸਾਰੀ ਜਿਹੜੀ ਲਗਾਤਾਰਤਾ ਜਿਹੜੀ ਸਮੇਂ ਦੀ ਜਿਹੜੀ ਸੀਕੁਐਂਸ ਹੈ ਉਹਨੂੰ ਤੋੜ ਕੇ ਗੱਲ ਕਰਾਂਗਾ, ਉਹਨੂੰ ਕਾਇਮ ਰੱਖ ਕੇ ਗੱਲ ਬਿਲਕੁਲ ਕਰਾਂਗਾ। ਸ਼ੁਰੂਆਤ ਨੈਣ ਸੁੱਖ ਕਰਦਾ ਹੈ ਬਿਲਕੁਲ ਰਿਗਵੇਦ ਦੇ ਸਮੇਂ ਦੀ। ਉਹ ਕਹਿੰਦਾ ਨਹੀਂ ਹੈ ਪਰ ਜਿਹੜੀ ਵੀ ਜਾਣਕਾਰੀ ਉਹਦੇ ਵਿੱਚ ਮਿਲਦੀ ਹੈ ਉਹਦੇ ਤੋਂ ਪਾਠਕ ਨੂੰ ਇਹ ਅਹਿਸਾਸ ਹੁੰਦਾ ਹੈ ਜਾਂ ਮੈਂ ਇੰਜ ਮਹਿਸੂਸ ਕੀਤਾ ਹੈ ਕਿ ਅਸੀਂ ਕਿਹਨਾਂ ਨੂੰ ਵਡਿਆਉਣੇ ਪਏ ਹਾਂ। ਅਸੀਂ ਰਿਗਵੇਦ ਪੜ੍ਹਦੇ ਹਾਂ, ਜਿਹੜਾ ਰਿਗਵੇਦ ਅਸੀਂ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਦਿੰਦੇ ਪਏ ਹਾਂ, ਜਿਹਨੂੰ ਇੰਦਰ ਨੂੰ ਅਗਨੀ ਨੂੰ ਜਿਹਨਾਂ ਨੂੰ ਅਸੀਂ ਵਡਿਆ ਕੇ ਇਹਦੇ ਵਿੱਚ ਉਹਨਾਂ ਦੇ ਸ਼ਲੋਕ ਪੜ੍ਹਦੇ ਪਏ ਹਾਂ, ਅਸੀਂ ਮਤਲਬ ਇਹਨਾਂ ਨੂੰ ਵਡਿਆਉਂਦੇ ਪਏ ਹਾਂ। ਤਾਂ ਉਹਦੇ ਬਾਰੇ ਉਹਦੇ 'ਚ ਉਦਾਹਰਨ ਨਾਲ ਗੱਲ ਕਰਦਾ, ਸਿਰਫ ਗੱਲੀਬਾਤੀ ਨਹੀਂ ਗੱਲ ਕਰਦਾ। ਅਤੇ ਮੈਂ ਉਹਦੇ ਵਿੱਚੋਂ ਜਿਹੜੀ ਇੱਕ ਸਤਰ ਹੈ ਮੈਂ ਦੋ ਐਗਜ਼ਾਮਪਲ ਜਿਹੜੀਆਂ ਉਹ ਲਈਆਂ ਇਸ ਗੱਲ ਨੂੰ ਕਿਤਾਬ ਦੇ ਵਿੱਚੋਂ ਹੀ ਨੇ। ਅਗਨੀ ਦੇਵਤੇ ਬਾਰੇ ਉਹ ਗੱਲ ਕਰਦਾ ਪਿਆ, ਤੈਥੋਂ ਯਰਕੇ ਕਾਲੇ ਭਿੜੇ ਬਿਨਾਂ ਆਪਣਾ ਮਾਲ ਛੱਡ ਕੇ ਭੱਜ ਜਾਂਦੇ ਤੇ ਤੂੰ ਉਹਨਾਂ ਦੇ ਸ਼ਹਿਰ ਬਰਬਾਦ ਕਰ ਦਿੰਦਾ। ਮਤਲਬ ਅਸੀਂ ਉਹਨਾਂ ਆਰੀਆਈ ਲੋਕਾਂ ਉਹਨਾਂ ਆਰੀਆਈ ਸੈਨਾਪਤੀਆਂ ਧਾੜਵੀਆਂ ਨੂੰ ਇੱਜ਼ਤਮਾਨ ਬਖਸ਼ਦੇ ਪਏ ਹਾਂ ਜਿਹੜੇ ਇੱਥੋਂ ਦੇ ਨਿਵਾਸੀਆਂ ਨੂੰ ਉਜਾੜਦੇ ਸੀ, ਬਰਬਾਦ ਕਰਦੇ ਸੀ, ਕਤਲ ਕਰਦੇ ਸੀ, ਅਸੀਂ ਉਹਨਾਂ ਨੂੰ ਆਪਣੇ ਪੁਰਖੇ ਜਿਹੜੇ ਆ ਉਹਨਾਂ ਦੇ ਤੌਰ ਦੇ ਉੱਤੇ ਦੇਖਦੇ ਪਏ। ਇੱਕ ਤਾਂ ਉਹਦਾ ਪਹਿਲਾ ਇਸ਼ਾਰਾ ਇਹ ਹੈ ਤੇ ਦੂਜਾ ਇਹਦੇ ਪੈਰਲਲ ਜੋ ਉਹ ਚਾਹੁੰਦਾ ਹੈ ਉਹ ਇੱਥੇ ਆਪਣਾ ਮਕਸਦ ਕਿ ਨੈਣ ਸੁੱਖ ਕੀ ਚਾਹੁੰਦਾ ਹੈ ਕਿ ਅਸੀਂ ਜਿਹੜਾ ਮੁਕਾਬਲਾ ਕਰ ਰਿਹਾ ਸੀ ਇੰਦਰ ਦਾ ਅਗਨੀ ਦਾ ਜਾਂ ਉਹਨਾਂ ਦਾ ਜਿਹੜਾ ਵ੍ਰਿਤਰ ਸੀ ਉਸ ਵੇਲੇ ਤੇ ਉਹਦਾ ਤਾਂ ਜ਼ਿਕਰ ਨਹੀਂ ਕਰਦੇ, ਉਹਦੀ ਤਾਂ ਗੱਲ ਨਹੀਂ ਕਰਦੇ, ਉਹਨੂੰ ਤੇ ਮਾਨ ਦੇ ਤੌਰ ਦੇ ਉੱਤੇ ਦੇਖਦੇ ਨਹੀਂ ਪਏ। ਤੇ ਵ੍ਰਿਤਰ ਬਾਰੇ ਗੱਲ ਕਰਦੇ ਹੋਇਆ ਮੈਨੂੰ ਇੰਝ ਲੱਗਦਾ ਹੈ ਕਿ ਨੈਣ ਸੁੱਖ ਨੇ ਵ੍ਰਿਤਰ ਦਾ ਉਹ ਗੁਣ ਇਸ ਕਿਤਾਬ 'ਚ ਸ਼ਾਮਿਲ ਕੀਤਾ ਹੈ ਜਿਹੜਾ ਮੈਨੂੰ ਲੱਗਦਾ ਕਿ ਪੰਜਾਬੀਆਂ ਦਾ ਬੁਨਿਆਦੀ ਗੁਣ ਹੈ, ਅੱਜ ਵੀ ਸਾਡਾ ਉਹ ਬੁਨਿਆਦੀ ਗੁਣ ਹੈ। ਤੇ ਉਹਦੇ ਬਾਰੇ ਕੀ ਲਿਖਦਾ ਨੈਣ ਸੁੱਖ, ਮਿਧਿਆ ਮਾਰਿਆ ਗਿਆ ਜਿਹੜਾ ਹਜ਼ਾਰਾਂ ਵਾਰ ਪਰ ਉਹ ਫੇਰ ਜੰਮ ਪਵੇ ਲੜਨ ਲਈ ਤਿਆਰ। ਪੰਜਾਬੀ ਜਿਹੜੇ ਆ ਉਹ ਪਤਾ ਨਹੀਂ ਮਤਲਬ ਸਦੀਆਂ ਤੋਂ ਕਿੰਨੀ ਵਾਰ ਉਜੜੇ ਪਰ ਮਰੇ ਨਹੀਂ, ਤੇ ਵਾਰ ਵਾਰ ਉਜੜਨ ਤੋਂ ਬਾਅਦ ਵੀ ਉਹ ਲੋਕ ਜਿਹੜੇ ਆ ਉਹ ਬਿਲਕੁਲ ਉੱਠੇ, ਉਹਨਾਂ ਮੱਥਾ ਲਾਇਆ ਧਾੜਵੀਆਂ ਨਾਲ ਤੇ ਆਪਣੇ ਖਮੀਰ 'ਚ ਇਹ ਚੀਜ਼ ਜਿਹੜੀ ਆ ਉਹ ਕਾਇਮ ਰੱਖੀ ਹੈ। ਜੇ ਇਹ ਗੱਲ ਇੰਨੀ ਇੰਪੋਰਟੈਂਟ ਨਾ ਹੁੰਦੀ ਤਾਂ ਮੈਨੂੰ ਲੱਗਦਾ ਹੈ ਕਿ ਕਦੀ ਕੁਲਵੰਤ ਸਿੰਘ ਵਿਰਕ ਹੋਰਾਂ ਨੇ ਆਪਣੀ ਕਹਾਣੀ ਖੱਬਲ ਜਿਹੜੀ ਆ ਉਹ ਇਸ ਵਿਸ਼ੇ 'ਤੇ ਨਾ ਲਿਖੀ ਹੋਈ, ਤਾਂ ਖੱਬਲ ਜਿਹੜੀ ਆ ਉਹ ਪੰਜਾਬੀਆਂ ਦੇ ਸੁਭਾਅ ਨੂੰ ਰਿਪ੍ਰਜੈਂਟ ਕਰਦੀ ਜੇ ਅਸੀਂ ਉਹ ਕਹਾਣੀ ਪੜ੍ਹਦੇ ਹਾਂ ਕਿ ਪੰਜਾਬੀ ਕਦੀ ਮਰਦੇ ਨਹੀਂ ਹੈ। ਇਸੇ ਹੀ ਸੀਕੁਐਂਸ ਨੂੰ ਬਰਕਰਾਰ ਰੱਖਦੇ ਹੋਇਆ ਅੱਗੇ ਜਿਹੜੀ ਆ ਉਹ ਕਿਤਾਬ ਜਿਹੜੀ ਆ ਉਹ ਵੱਖ ਵੱਖ ਹਿੱਸਿਆਂ 'ਚ ਵੰਡੀ ਹੋਈ ਹੈ, ਜਿਹਦੇ ਵਿੱਚ ਪੰਜਾਬ ਦੇ ਉੱਤੇ ਧਾੜਾਂ ਪਾਉਣ ਵਾਲੇ ਅਰਬ ਤੋਂ ਆਏ, ਮੁਗਲ ਹੋਏ, ਅਫਗਾਨ ਹੋਏ, ਹਰ ਉਹ ਸੁਲਤਾਨ ਜਿਹਨੇ ਪੰਜਾਬ ਨੂੰ ਉਜਾੜਿਆ, ਚਾਹੇ ਗਜ਼ਨਵੀ ਹੋਏ, ਚਾਹੇ ਗੌਰੀ ਹੋਏ, ਚਾਹੇ ਬਾਬਰ ਹੋਏ, ਮੁਗਲ ਵਿੱਚੋਂ ਸਾਰਿਆਂ ਦੇ ਬਾਰੇ ਉਹ ਜ਼ਿਕਰ ਕਰਦਾ ਪਿਆ, ਬਾਬਰ ਤੋਂ ਬਾਅਦ ਹਮਾਇੂੰ ਹੋ ਗਿਆ, ਸ਼ੇਰ ਸ਼ਾਹ ਸੂਰੀ ਹੋ ਗਿਆ, ਅਕਬਰ ਦੀ ਗੱਲ ਕਰਦਾ ਪਿਆ, ਔਰੰਗਜ਼ੇਬ ਦੀ ਗੱਲ ਕਰਦਾ ਪਿਆ, ਉਹ ਸਾਰੇ ਦੇ ਸਾਰੇ ਰਾਜੇ ਜਿਹੜੇ ਇਸਲਾਮ ਨਾਲ ਜੁੜੇ ਹੋਏ ਸੀ ਤੇ ਜਿਹੜੇ ਇਸਲਾਮ ਨੂੰ ਆਧਾਰ ਬਣਾ ਕੇ ਉਹਨਾਂ ਨੇ ਇੱਧਰ ਹਮਲੇ ਕੀਤੇ
ਤੇ ਇੱਧਰ ਦੀ ਰਿਆਇਆ ਨੂੰ ਲੁੱਟਣ ਲਈ ਆਧਾਰ ਵੀ ਜਿਹੜਾ ਵਾ ਉਹ ਧਰਮ ਨੂੰ ਬਣਾਇਆ। ਉਹਨਾਂ ਸਾਰੀਆਂ ਦੀਆਂ ਸਾਰੀਆਂ ਗੱਲਾਂ ਨੂੰ ਨੈਨਸੁਖ ਜਿਹੜਾ ਉਹ ਬਹੁਤ ਹੀ ਬੋਲਡ ਢੰਗ ਨਾਲ, ਇਸ਼ਾਰਤਨ ਨਹੀਂ ਗੱਲ ਕਰਦਾ, ਇੰਨੇ ਬੋਲਡ ਢੰਗ ਨਾਲ ਗੱਲ ਕਰਦਾ ਕਿ ਹੋ ਸਕਦਾ ਹੈ ਕਿ ਮਤਲਬ ਕਈ ਲੋਕ ਜਿਹੜੇ ਆ ਉਹਦੀ ਸ਼ਬਦਾਵਲੀ ਦੇ ਉੱਤੇ ਜਿਹੜਾ ਵਾ ਉਹ ਕਿੰਤੂ ਵੀ ਕਰਨ ਲੱਗ ਪੈਣ ਕਿ ਮਤਲਬ ਇਹ ਸ਼ਬਦ ਜਿਹੜੇ ਉਹ ਬਹੁਤ ਕਠੋਰ ਹੈਗੇ ਆ। ਖਿਲਜੀ ਦੇ ਬਾਰੇ ਜਦੋਂ ਗੱਲ ਮਤਲਬ ਲਿਖਦਾ ਤੇ ਉਹ ਚੀਜ਼ ਮੈਨੂੰ ਲੱਗਦਾ ਕਿ ਉਹ ਚੀਜ਼ ਇੰਝ ਹੀ ਆਉਣੀ ਚਾਹੀਦੀ ਸੀ ਕਿ ਸਾਨੂੰ ਪਤਾ ਲੱਗਦਾ ਕਿ ਇਹੋ ਜਿਹੇ ਬੰਦੇ ਦਾ ਹਸ਼ਰ ਜਾਂ ਇਹੋ ਜਿਹਾ ਬੰਦਾ ਜਿਹੜਾ ਉਹ ਇਸੇ ਢੰਗ ਨਾਲ ਹੀ ਮਰਨਾ ਚਾਹੀਦਾ ਸੀ। ਜਦੋਂ ਬਾਬਰ ਦੇ ਬਾਰੇ ਉਹ ਜ਼ਿਕਰ ਕਰਦਾ ਪਿਆ, ਬਾਬਰ ਆਪਣੇ ਪੁੱਤਰ ਦੀ ਅਯਾਸ਼ੀ ਬਾਰੇ, ਜਹਾਂਗੀਰ ਬਾਰੇ, ਜਹਾਂਗੀਰ ਦਾ ਪੁੱਤਰ ਜਿਹੜਾ ਵਾ ਉਹਦੀ ਅਯਾਸ਼ੀ ਬਾਰੇ ਜਦੋਂ ਨੈਨਸੁਖ ਲਿਖਦਾ ਤਾਂ ਉਹ ਕੁੱਝ ਲੁਕਾਉਂਦਾ ਨਹੀਂ ਹੈ, ਉਹ ਬਹੁਤ ਹੀ ਸਾਫ ਸ਼ਬਦਾਵਲੀ ਚ ਬੜੀ ਦਲੇਰਾਨਾ ਢੰਗ ਦੇ ਨਾਲ ਆਪਣੀ ਗੱਲ ਜਿਹੜੀ ਆ ਉਹ ਪ੍ਰੈਜੈਂਟ ਕਰਦਾ ਪਿਆ। ਇਸ ਸਾਰੀ ਚੀਜ਼ ਨੂੰ ਜਦੋਂ ਪੇਸ਼ ਕਰਦਾ ਪਿਆ ਨਾ ਤਾਂ ਮੈਨੂੰ ਨੈਨਸੁਖ ਜਿਹੜਾ ਵਾ ਉਹ ਖਾਲਿਦ ਮਹਿਮੂਦ ਬਿਲਕੁਲ ਨਹੀਂ ਲੱਗਦਾ। ਇੰਟਰੋਡਿਊਸ ਕਰਾਉਂਦਿਆਂ ਹੋਇਆ ਡਾਕਟਰ ਸਾਹਿਬ ਨੇ ਉਹਨਾਂ ਦਾ ਨਾਂ ਦੱਸਿਆ ਤਾਂ ਨੈਨਸੁਖ ਖਾਲਿਦ ਮਹਿਮੂਦ ਇਹ ਸਾਰੀ ਕਿਤਾਬ ਚ ਕਦੇ ਵੀ ਮਹਿਸੂਸ ਨਹੀਂ ਹੁੰਦਾ। ਉਹ ਇੱਕ ਪੰਜਾਬੀ ਪੁੱਤਰ ਦੇ ਤੌਰ ਦੇ ਉੱਤੇ ਜਿਹੜਾ ਪੰਜਾਬ ਦੀ ਸੇਵਾ ਕਰਦਾ ਪਿਆ, ਜਿਹੜਾ ਪੰਜਾਬ ਨੂੰ ਮਾਣ ਦਵਾਉਣਾ ਚਾਹੁੰਦਾ, ਇਹ ਮੈਨੂੰ ਨੈਨਸੁਖ ਉਸ ਰੂਪ ਦੇ ਵਿੱਚ ਨਜ਼ਰ ਆਉਂਦਾ। ਤੇ ਮੈਂ ਜੇ ਗੁਸਤਾਖੀ ਨਾ ਵੀ ਕਰ ਰਿਹਾ ਵਾ, ਮੈਨੂੰ ਲੱਗਦਾ ਕਿ ਨੈਨਸੁਖ ਨੇ ਅਸਲ ਦੇ ਵਿੱਚ ਬਾਬੇ ਨਾਨਕ ਦੀ ਜਿਹੜੀ ਪਿਰਤ ਸੀ ਸੱਚ ਬੋਲਣ ਦੀ, ਉਸ ਪਿਰਤ ਨੂੰ ਅਗਾਂਹ ਵਧਾਇਆ ਕਿ ਅੱਜ ਦੇ ਜ਼ਮਾਨੇ ਦੇ ਵਿੱਚ ਵੀ ਪਾਕਿਸਤਾਨ ਦੇ ਵਿੱਚ ਬੈਠ ਕੇ ਉਹੋ ਜਿਹੇ ਮਾਹੌਲ ਦੇ ਵਿੱਚ ਵੀ ਇਹੋ ਜਿਹੀ ਦਲੇਰਾਨਾ ਢੰਗ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ ਕਿ ਹਰ ਉਹ ਇਤਿਹਾਸਿਕ ਸੱਚ ਜਿਹੜਾ ਸ਼ਾਇਦ ਅਸੀਂ ਲੁਕੋਇਆ ਹੋਇਆ ਇਹ ਉਹਨੂੰ ਪੇਸ਼ ਕੀਤਾ ਜਾ ਸਕਦਾ, ਔਰ ਉਹ ਪੇਸ਼ ਕਰਨਾ ਵੀ ਚਾਹੀਦਾ ਹੈ ਪੰਜਾਬੀ ਹੋਣ ਦੇ ਨਾਤੇ। ਮੈਂ ਤਾਂ ਇਹ ਇੰਜ ਮਹਿਸੂਸ ਕਰਦਾ। ਇਸ ਕਿਤਾਬ ਦੀ ਜਿਹੜੀ ਖੂਬਸੂਰਤੀ ਹੈ, ਕਿਉਂਕਿ ਇਹਦੇ ਚ ਮਿਰਜ਼ਾ ਸਾਹਿਬ, ਅਬਦੁੱਲਾ ਭੱਟੀ, ਹੀਰ ਰਾਂਝਾ ਤੇ ਬਹੁਤ ਸਾਰੇ ਮਤਲਬ ਲੋਕ ਅਦਬ ਦੇ ਵਿੱਚੋਂ ਇੰਨੀਆਂ ਉਦਾਹਰਨਾਂ, ਲੋਕ ਵਾਰਾ ਇੰਨੀਆਂ ਉਦਾਹਰਨਾਂ ਨੇ ਕਿ ਜਿਹੜਾ ਬਾਦਸ਼ਾਹਾਂ ਦਾ ਲਿਖਿਆ ਹੋਇਆ ਇਤਿਹਾਸ ਹੈ, ਜਿਹੜਾ ਰਾਜਨੀਤਿਕ ਪੱਖਪਾਤ ਦੇ ਆਧਾਰ ਦੇ ਉੱਤੇ ਲਿਖਿਆ ਹੋਇਆ ਇਤਿਹਾਸ ਹੈ, ਉਹਦੇ ਪੈਰਲਲ ਉਹਨੂੰ ਤੋੜਨ ਦੇ ਲਈ ਨੈਨਸੁਖ ਜਿਹੜਾ ਉਹ ਪੰਜਾਬੀ ਦਾ ਜਿਹੜਾ ਲੋਕ ਅਦਬ ਹੈ ਉਹਨੂੰ ਵਰਤਦਾ ਬਹੁਤ ਹੀ ਵਧੀਆ ਢੰਗ ਦੇ ਨਾਲ। ਜਦੋਂ ਮੈਂ ਇਸ ਕਿਤਾਬ ਵਿੱਚ ਵੇਰਵੇ ਪੜ੍ਹ ਰਿਹਾ ਸਾਂ ਜਾਂ ਜਦੋਂ ਮੈਂ ਅਕਬਰ ਬਾਰੇ ਸੋਚ ਰਿਹਾ ਸਾਂ ਤਾਂ ਸਾਨੂੰ ਅਕਬਰ ਜਿਹੜਾ ਵਾ ਉਹਦਾ ਸਿੰਬਲ ਜਿਹੜਾ ਉਹ ਇੰਜ ਬਣਿਆ ਵੀ ਉਹ ਸਾਰੇ ਧਰਮਾਂ ਦੀ ਬਹੁਤ ਇੱਜ਼ਤ ਕਰਦਾ ਸੀ, ਬੜਾ ਮਿਲਾਪੜੇ ਸੁਭਾਅ ਦਾ ਸੀ, ਜ਼ੁਲਮ ਨਹੀਂ ਸੀ ਕਰਦਾ, ਉਹਨੇ ਰਿਆਇਆ ਨੂੰ ਬਹੁਤ ਜਿਹੜਾ ਵਾ ਉਹ ਇਹ ਪਿਆਰ ਦੇ ਨਾਲ ਰੱਖਿਆ ਸੀ, ਜਜ਼ੀਏ ਘਟਾ ਤੇ, ਮਹਿਸੂਲ ਮਾਫ ਕਰਤੇ ਧਰਮ ਦੇ ਆਧਾਰ ਤੇ, ਅਸੀਂ ਇਸ ਤਰ੍ਹਾਂ ਦਾ ਉਹਨੂੰ ਦੇਖਦੇ ਹਾਂ। ਤਾਂ ਜਾਂ ਮਤਲਬ ਜੇ ਹੋਰ ਦੇਖਿਆ ਜਾਏ, ਜੇ ਵਧਾ ਕੇ ਕਰਨੀ ਹੋਵੇ ਗੱਲ ਤਾਂ ਅਸੀਂ ਯੋਧਾ ਅਕਬਰ ਫਿਲਮ ਜਿਹੜੀ ਆ ਉਹ ਵੇਖ ਲਈ, ਰਿਤਿਕ ਰੋਸ਼ਨ ਤੇ ਐਸ਼ਵਰਿਆ ਰਾਏ ਵਾਲੀ, ਜਿਹਦੇ ਚ ਇੱਕ ਉਹਦਾ ਇਮੇਜ ਬਣਦਾ ਕਿ ਉਹ ਰਾਜਪੂਤਾਨੇ ਦੀ ਇੱਜ਼ਤ ਨੂੰ ਕਿਵੇਂ ਰਿਸ਼ਤਿਆਂ ਦੇ ਵਿੱਚ ਤਬਦੀਲ ਕਰਕੇ ਵਡਿਆ ਰਿਹਾ, ਉਹਨੂੰ ਇੱਜ਼ਤ ਦਿੰਦਾ ਪਿਆ। ਤਾਂ ਇਹ ਵਾਲਾ ਇਮੇਜ ਜਿਹੜਾ ਵਾ ਉਹ ਨੈਨਸੁਖ ਦੀ ਕਿਤਾਬ ਦੇ ਵਿੱਚੋਂ ਜਿਹੜਾ ਉਹ ਟੁੱਟਦਾ, ਔਰ ਨੈਨਸੁਖ ਨਹੀਂ ਉਹ ਤੋੜਦਾ ਪਿਆ, ਨੈਨਸੁਖ ਉਹ ਸਾਰੇ ਲੋਕ ਸਾਹਿਤ ਨੂੰ ਆਧਾਰ ਬਣਾਉਂਦਾ ਇਹ ਇਹ ਸਾਰੀ ਗੱਲ ਕਰਨ ਵਾਸਤੇ, ਤੇ ਔਰ ਉਹ ਲੋਕ ਵਾਰਾਂ ਜਿਹੜੀਆਂ ਉਹ ਮੌਜੂਦ ਨੇ। ਇੱਕ ਜਿਹੜੀ ਵਾਰ ਹੈ ਉਹ ਵੀ ਹੈ ਜੈਮਲ ਫਤਿਹ ਵਾਰ, ਦੂਜੀ ਜਿਹੜੀ ਆ ਉਹ ਦੁੱਲਾ ਭੱਟੀ ਦੀ ਵਾਰ ਜਿਹੜੀ ਆ, ਦੋਨਾਂ ਦੇ ਵਿੱਚ ਰੈਫਰੈਂਸ ਜਿਹੜੇ ਆ ਦੋਨੋਂ ਹੀ ਰਾਜਪੂਤਾਨੇ ਦੇ ਨਾਲ ਜਿਹੜੇ ਆ ਉਹ ਜੋੜ ਕੇ ਮਿਲਦੇ ਪਏ। ਜਦੋਂ ਅਸੀਂ ਵਾਰ ਜੈਮਲ ਫਤਿਹ ਦੀ ਜਿਹੜੀ ਆ ਉਹਦਾ ਰੈਫਰੈਂਸ ਜਦੋਂ ਇਸ ਕਿਤਾਬ ਚੋਂ ਪੜ੍ਹਦੇ ਹਾਂ ਤੇ ਉਹ ਇੰਨਾ ਵਧੀਆ ਮਤਲਬ ਇਹਨੇ ਵਧੀਆ ਢੰਗ ਨਾਲ ਪਰੋਇਆ ਕਿ ਅਕਬਰ ਸਾਨੂੰ ਜਿਹੜਾ ਉਹ ਇੱਕ ਮੁਗਲ ਦੇ ਤੌਰ ਤੇ ਇੱਕ ਧਾਰਵੀ ਦੇ ਤੌਰ ਦੇ ਉੱਤੇ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ, ਜਿਹਦਾ ਅਸਲ ਮਕਸਦ ਰਾਜਪੂਤਾਨੇ ਦੀ ਇੱਜ਼ਤ ਨੂੰ ਵਧਾਉਣਾ ਨਹੀਂ ਸੀ, ਆਪਣੇ ਰਾਜ ਨੂੰ ਵਧਾਉਣਾ ਸੀ। ਤੇ ਇਹ ਉਹਦੀ ਜੁਗਤ ਸੀ, ਇਹ ਉਹਦਾ ਢੰਗ ਸੀ ਕਿ ਇੱਥੇ ਸਾਕਾਚਾਰੀਆਂ ਬਣਾਓ, ਇੱਥੇ ਰਿਸ਼ਤੇ ਜਿਹੜੇ ਆ ਉਹ ਬਣਾ ਕੇ ਤੇ ਇਸ ਢੰਗ ਦੇ ਨਾਲ ਜਿਹੜਾ ਵਾ ਉਹ ਆਪਣੇ ਰਾਜ ਨੂੰ ਅਗਾਂਹ ਜਿਹੜਾ ਵਾ ਵਧਾਇਆ ਜਾ ਸਕਦਾ। ਹੇਠਾਂ ਉਹ ਇੱਥੋਂ ਦੀ ਰਿਆਇਆ ਨਾਲ ਦਿਲੋਂ ਪਿਆਰ ਨਹੀਂ ਸੀ ਕਰਦਾ, ਤੇ ਉਹਦੇ ਦੋ ਰੈਫਰੈਂਸ ਜਿਹੜੇ ਆ ਉਹ ਇਸ ਕਿਤਾਬ ਵਿੱਚ ਜਿਹੜੇ ਮੈਂ ਜ਼ਰੂਰ ਤੁਹਾਡੇ ਨਾਲ ਸਾਂਝੇ ਕਰਾਂਗਾ। ਜਿਹੜਾ ਜੈਮਲ ਹੈ ਤੇ ਉਹਦਾ ਪਿਓ ਜਿਹੜਾ ਵਾ ਉਹ ਚਿਤੌੜ ਦਾ ਜਿਹੜਾ ਵਾ ਉਹ ਰਾਜਾ ਹੈ, ਤੇ ਉਹ ਮਤਲਬ ਜੈਮਲ ਨੂੰ ਨੀਵਾਂ ਵਿਖਾਉਣ ਲਈ ਅਕਬਰ ਜਿਹੜਾ ਵਾ ਉਹ ਜੈਮਲ ਦੀ ਜਿਹੜੀ ਭੈਣ ਹੈ ਸੰਗਲਾ ਤੇ ਉਹਦਾ ਡੋਲਾ ਮੰਗਦਾ ਕਿ ਮੇਰੇ ਨਾਲ ਉਹਨੂੰ ਵਿਆਹ ਦੇ, ਤੇ ਇਹ ਉਹਦੀ ਪੋਲਿਸੀ ਹੈ ਵੀ ਜਾਂ ਤਾਂ ਵਿਆਹ ਦਿਓ, ਨਹੀਂ ਵਿਆਹੋਗੇ ਤੇ ਫਿਰ ਧਾੜ ਪਾ ਕੇ ਤੇ ਬਰਬਾਦ ਕਰ ਦਿਆਂਗੇ। ਤਾਂ ਉਹ ਜਿਹੜੇ ਰਾਜਪੂਤਾਨੇ ਹੈ ਉਹ ਬਗਾਵਤ ਕਰ ਦਿੰਦੇ ਆ ਕਿ ਨਹੀਂ ਮਤਲਬ ਸਾਨੂੰ ਇਹ ਮਨਜ਼ੂਰ ਨਹੀਂ ਹੈ,
ਅਸੀਂ ਇਹ ਚੀਜ਼ ਨਹੀਂ ਤੇ ਉਹਦੇ ਵਿੱਚ ਜਿਹੜਾ ਰੋਲ ਮਾਂ ਦਾ ਹੈ ਬਿਲਕੁਲ ਉਹੋ ਹੀ ਹੈ ਜਿਹੜਾ ਦੁੱਲੇ ਭੱਟੀ ਦੇ ਵਿੱਚ ਜਿਹੜਾ ਉਹ ਦੁੱਲੇ ਦੀ ਮਾਂ ਹੈ ਬਿਲਕੁਲ ਮੈਂ ਉਹ ਸਤਰਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹਾਂਗਾ ਮਾਂ ਉਹਦੀ ਮਾਤਾ ਕੇਸਰਾਂ ਜਿਹੜੀ ਹੈ ਉਹ ਕਿਵੇਂ ਆਪਣੇ ਪੁੱਤਰ ਨੂੰ ਮਰਨ ਦੇ ਲਈ ਭੇਜਦੀ ਪਈ ਹੈ ਕਿ ਤੂੰ ਬਾਦਸ਼ਾਹ ਨਾਲ ਲੜਨਾ ਹੈ ਤੇ ਕਿਵੇਂ ਆਪਣੀ ਇੱਜ਼ਤ ਬਚਾਉਣੀ ਹੈ ਤੁਸੀਂ ਮਹਿੰਦੀ ਲਾ ਲਿਓ ਮੌਤ ਹੱਥ ਬੰਨ ਲਓ ਗਾਨੇ ਜੰਗ ਕਰੋ ਬਾਦਸ਼ਾਹ ਨਾਲ ਗੱਲਾਂ ਰਹਿਣ ਜਹਾਨੇ ਜਿਉਂਦੀ ਧੀ ਨਾ ਦਿਓ ਤੁਸੀਂ ਕਸਮ ਧਰਮ ਇਮਾਨੇ ਕਿ ਇਹ ਤੁਹਾਨੂੰ ਕਸਮ ਜੇ ਕਿ ਤੁਸੀਂ ਆਪਣੀ ਜਿਉਂਦੀ ਧੀ ਇਹਦੇ ਨਾਲ ਨਹੀਂ ਜੇ ਤੋਰਨੀ ਇਹ ਗੱਲ ਰਾਜਪੂਤਾਨੇ ਨੂੰ ਵੀ ਸਮਝ ਆਉਂਦੀ ਸੀ ਕਿ ਅਕਬਰ ਬਾਦਸ਼ਾਹ ਕਿਤੇ ਵੀ ਇੱਜ਼ਤ ਮਾਨ ਸਨਮਾਨ ਦੇਣ ਲਈ ਇਹ ਸਾਰਾ ਕੁਝ ਨਹੀਂ ਕਰ ਰਿਹਾ ਇਹ ਉਹਦਾ ਢੰਗ ਹੈ ਉਹਦੀ ਪੋਲਿਸੀ ਹੈ ਆਪਣੇ ਰਾਜ ਨੂੰ ਅਗਾਂਹ ਵਧਾਉਣ ਦੀ ਤੇ ਬਿਲਕੁਲ ਇਹੋ ਹੀ ਚੀਜ਼ ਜਿਹੜੀ ਆ ਉਹ ਅਗਾਂਹ ਜਦੋਂ ਅਸੀਂ ਵਾਰ ਦੁੱਲੇ ਦੀ ਵਾਰ ਜਿਹੜੀ ਆ ਉਹ ਪੜ੍ਹਦੇ ਹਾਂ ਤੇ ਉਹਦੇ ਵਿੱਚੋਂ ਵੀ ਦੋਨੋਂ ਰੈਫਰੈਂਸ ਜਿਹੜੇ ਆ ਉਹ ਸਿੱਧੇ ਤੌਰ ਤੇ ਆਉਂਦੇ ਆ ਪਹਿਲਾ ਰੈਫਰੈਂਸ ਜਿਹੜਾ ਉਹ ਮੁਗਲਾਂ ਦੇ ਅਸਲ ਕਿਰਦਾਰ ਉਹਨਾਂ ਦਾ ਜਿਹੜਾ ਕਰੈਕਟਰ ਹੈ ਇਹ ਉਹਦੇ ਬਾਰੇ ਨੈਣ ਸੁਖ ਜਿਹੜੀ ਉਹ ਗੱਲ ਕਰਦਾ ਤੇ ਉਹਦੇ ਤੋਂ ਬਾਅਦ ਫਿਰ ਪੰਜਾਬ ਦੀ ਮਾਂ ਜਿਹੜੀ ਆ ਉਹ ਆਪਣੇ ਪੁੱਤਰ ਨੂੰ ਕਿਵੇਂ ਤਿਆਰ ਕਰਦੀ ਹੈ ਕਿ ਮੌਤ ਜਿਹੜੀ ਆ ਉਹ ਕੋਈ ਚੀਜ਼ ਨਹੀਂ ਹੈਗੀ ਇੱਜ਼ਤ ਜਿਹੜੀ ਆ ਉਹ ਸਭ ਤੋਂ ਵੱਡੀ ਹੈ ਪਹਿਲਾ ਰੈਫਰੈਂਸ ਹੈ ਮੁਗਲਾਂ ਦੇ ਬਾਰੇ ਮੁਗਲ ਪਿਆਲੇ ਪੀਂਦੇ ਬੈਠੇ ਮਧਮਾਤੇ ਕਈ ਕਈ ਖੇਡਾਂ ਖੇਡਦੇ ਸ਼ਤਰੰਜ ਵਿਛਾ ਕੇ ਇਹ ਸਿਰਫ ਸ਼ਤਰੰਜ ਨਹੀਂ ਖੇਡਦੇ ਪਏ ਜਿਹੜੀ ਸਾਹਮਣੇ ਹੈ ਅਸਲ ਦੇ ਵਿੱਚ ਇਹਨਾਂ ਦੇ ਅੰਦਰ ਕਿੰਨੀ ਕਮੀਨਗੀ ਪਈ ਹੋਈ ਹੈ ਤੈਨੂੰ ਨੀ ਪਤਾ ਹੈ ਕਿਹੜੀਆਂ ਚਾਲਾਂ ਖੇਡ ਕੇ ਤੇ ਆਪਣੇ ਆਪ ਨੂੰ ਇੱਥੇ ਕਾਇਮ ਰੱਖਣ ਲਈ ਇਹ ਸ਼ਤਰੰਜ ਜਿਹੜੀ ਆ ਉਹ ਵਿਛਾਈ ਹੋਈ ਹੈ ਤੇ ਜਦੋਂ ਦੁੱਲਾ ਭੱਟੀ ਨੂੰ ਇਸ ਗੱਲ ਨੂੰ ਸਮਝ ਪੈ ਜਾਂਦੀ ਹੈ ਜਦੋਂ ਭੱਟੀ ਪਿੰਡੀ ਨੂੰ ਪਤਾ ਲੱਗ ਜਾਂਦਾ ਹੈ ਕਿ ਹੁਣ ਉਹਨਾਂ ਦੀਆਂ ਧੀਆਂ ਨੂੰਹਾਂ ਮਾਵਾਂ ਇਹ ਸੇਫ ਨਹੀਂ ਹੈ ਤੇ ਉਸ ਚੀਜ਼ ਨੂੰ ਕਿਵੇਂ ਕਿਸ ਢੰਗ ਦੇ ਨਾਲ ਜਿਹੜਾ ਵਾ ਉਹ ਸਾਡੀ ਜਿਹੜੀ ਲੋਕ ਵਾਰ ਹੈ ਜਿਹੜਾ ਸਾਡਾ ਲੋਕ ਸਾਹਿਤ ਹੈ ਉਹ ਕਿਵੇਂ ਪੇਸ਼ ਕਰਦਾ ਉਹਦੀ ਉਦਾਹਰਨ ਜਿਹੜੀ ਆ ਉਹ ਬਾ ਕਮਾਲ ਹੈ ਮਾਂ ਲੱਦੀ ਜਿਹੜੀ ਆ ਉਹ ਕਿਵੇਂ ਆਪਣੇ ਪੁੱਤਰ ਦੁੱਲੇ ਨੂੰ ਕਹਿੰਦੀ ਹੈ ਵੇ ਤੇਰੀ ਲੈ ਚੱਲੇ ਪਿੰਡੀ ਲੁੱਟ ਕੇ ਮਤਲਬ ਹੁਣ ਪਾਤਸ਼ਾਹ ਜਿਹੜੇ ਆ ਉਹ ਕਿੰਨੇ ਕ ਦੂਜੇ ਧਰਮਾਂ ਦੀ ਕਿੰਨੇ ਕ ਲੋਕ ਰਿਆਇਆ ਦੀ ਕਿੰਨੇ ਕ ਦੀ ਦੂਜਿਆਂ ਨੂੰ ਪਿਆਰ ਨਾਲ ਵੇਖ ਸੀ ਇਹ ਤੋਂ ਪਤਾ ਲੱਗਦਾ ਜੇ ਕੋਈ ਮਾਮਲਾ ਦੇਣ ਤੋਂ ਇਹ ਨਾਬਰ ਹੋ ਗਿਆ ਤੇ ਫਿਰ ਉਹਨਾਂ ਨੂੰ ਉਜਾੜਿਆ ਮਾਰਿਆ ਕਤਲ ਕੀਤਾ ਤੇ ਸਜ਼ਾਵਾਂ ਦੇਣ ਦਾ ਜਿਹੜਾ ਰੂਪ ਹੈ ਇਹ ਉਹ ਮੌਜੂਦ ਸੀ ਵੇ ਤੇਰੀ ਲੈ ਚੱਲੇ ਪਿੰਡੀ ਲੁੱਟ ਕੇ ਵਿੱਚ ਹਾਥੀਆਂ ਦੇ ਹੌਦੀਆਂ ਪਾ ਕੀ ਲੈ ਪਏਗਾ ਮਜਲਸੇ ਕੀ ਜੱਗ ਤੇ ਰਹਿਸੀ ਆ ਨਾ ਤੇਰੀਆਂ ਨੂੰਹਾਂ ਧੀਆਂ ਲੈ ਚੱਲੇ ਕੀ ਰਹਿ ਗਈ ਸ਼ਰਮ ਹਯਾ ਕਿ ਇਹ ਅਸਲ ਦੇ ਵਿੱਚ ਇਹ ਉਹ ਕਰੈਕਟਰ ਹੈ ਜਿਹੜਾ ਧਾੜਵੀ ਦਾ ਨੈਣ ਸੁੱਖ ਜਿਹੜਾ ਉਹ ਬਿਆਨ ਕਰਦਾ ਉਹ ਕਹਿੰਦਾ ਸਾਨੂੰ ਕਦੀ ਵੀ ਜਿਹਨਾਂ ਲੋਕਾਂ ਨੇ ਵੀ ਸਾਡੇ ਤੇ ਧਾੜ ਪਾਈ ਹੈ ਇਹ ਉਹਨਾਂ ਨੇ ਸਾਨੂੰ ਇੱਜ਼ਤ ਮਾਨ ਬਖਸ਼ਣ ਦੇ ਲਈ ਨਹੀਂ ਪਾਈ ਉਹਨਾਂ ਸਾਨੂੰ ਲੁੱਟਣ ਲਈ ਸਾਨੂੰ ਵਰਤਣ ਲਈ ਇੱਥੇ ਰਾਜ ਕਰਨ ਵਾਸਤੇ ਤੇ ਆਪਣੀਆਂ ਪੀੜ੍ਹੀਆਂ ਨੂੰ ਪਿਛਾਂ ਜਿਹੜਾ ਵਾ ਉਹ ਸੌਖਿਆਂ ਕਰਨ ਦੇ ਲਈ ਮਤਲਬ ਧਾੜ ਪਾਈ ਹੈ ਜਦੋਂ ਮੈਨੂੰ ਉਹ ਰਾਜੇ ਦਾ ਨਾਂ ਨਹੀਂ ਯਾਦ ਜਿਹੜਾ ਇਰਾਨ ਤੋਂ ਆਇਆ ਤੇ ਜਿੱਥੇ ਉਹ ਘੋੜਿਆਂ ਤੇ ਹਾਥੀਆਂ ਤੇ ਤੇ ਇੰਨਾ ਸਮਾਨ ਲੱਦ ਕੇ ਗਿਆ ਕਿ ਇਰਾਨ ਦੇ ਵਿੱਚ 3 ਸਾਲ ਮਹਿਸੂਲ ਜਿਹੜਾ ਵਾ ਉਹ ਫ੍ਰੀ ਕਰ ਦਿੱਤਾ ਉਹਨਾਂ ਨੇ ਸਰਕਾਰ ਨੇ ਆਪਣੀ ਰਿਆਇਤ ਤੇ ਕੋਈ ਟੈਕਸ ਹੀ ਨਹੀਂ ਲਾਇਆ ਇੰਨਾ ਲੁੱਟ ਕੇ ਉਹ ਜਿਹੜੇ ਆ ਉਹ ਇੱਥੋਂ ਲੈ ਕੇ ਗਏ ਤਾਂ ਇਹ ਅਸਲ ਕਰੈਕਟਰ ਸੀ ਇਸ ਸਾਰੇ ਕੁਝ ਦਾ ਪਰ ਇੱਕ ਗੱਲ ਹੋਰ ਜਿਹੜੀ ਖੂਬਸੂਰਤ ਹੈ ਨਾ ਉਹ ਇਹ ਹੈ ਕਿ ਇਹਨਾਂ ਸੋਚੀ ਧਾੜ ਦੇ ਵਿੱਚ ਜਿਹੜੇ ਲੋਕ ਬਾਹਰੋਂ ਆਏ ਜਿਹੜੇ ਇਸਲਾਮ ਨਾਲ ਜੁੜੇ ਸੀ ਉਹਨਾਂ ਵਿੱਚੋਂ ਜਿਹਨਾਂ ਲੋਕਾਂ ਨੇ ਚੰਗੇ ਕੰਮ ਕੀਤੇ ਤੇ ਉਹਨਾਂ ਦੀ ਗੱਲ ਕਰਨੀ ਉਹ ਭੁੱਲਦਾ ਕਦੀ ਨਹੀਂ ਮਤਲਬ ਕਦੀ ਵੀ ਜ਼ਿੰਦਗੀ ਚੇਂਜ ਨਹੀਂ ਹੁੰਦਾ ਕਿ ਇਹ ਸਾਰੇ ਦਾ ਸਾਰਾ ਹੀ ਰੂਪ ਜਿਹੜਾ ਉਹ ਮਾੜਾ ਹੁੰਦਾ ਉਹਨਾਂ ਸਾਰਿਆਂ ਦੇ ਵਿੱਚੋਂ ਜਿਹੜਾ ਇੱਕ ਅਫਗਾਨ ਹੈ ਜਿਹੜਾ ਸ਼ੇਰ ਸ਼ਾਹ ਸੂਰੀ ਹੈ ਇਹ ਉਹਦਾ ਜ਼ਿਕਰ ਉਹ ਖਾਸ ਤੌਰ ਤੇ ਕਰਦਾ ਕਿ ਉਹਨੂੰ 7 ਸਾਲ ਜਿਹੜਾ ਵਾ ਉਹ ਸਿਰਫ ਰਾਜ ਕਰਨ ਦਾ ਮੌਕਾ ਮਿਲਿਆ ਤੇ ਹੁਣ ਇਹ ਡਾਕਟਰ ਅਮਨਪ੍ਰੀਤ ਹੋਰੀ ਕਹਿ ਰਹੇ ਸੀ ਕਿ ਮੈਂ ਸ਼ੇਰ ਸ਼ਾਹ ਸੂਰੀ ਮਾਰਗ ਤੇ ਬੈਠਾ ਹੋਇਆ ਤਾਂ ਮਤਲਬ ਇਹ ਉਹ ਮਾਰਗ ਹੈ ਜਿਹੜਾ ਪਿਸ਼ੌਰ ਤੋਂ ਲੈ ਕੇ ਕਲਕੱਤੇ ਤੱਕ ਸ਼ੇਰ ਸ਼ਾਹ ਸੂਰੀ ਨੇ ਤਿਆਰ ਕਰਾਇਆ ਵਾਇਆ ਦਿੱਲੀ ਮਤਲਬ ਉਹਨਾਂ ਜ਼ਮਾਨਿਆਂ ਦੇ ਵਿੱਚ ਇਹੋ ਜਿਹੀ ਪਲੈਨਿੰਗ ਉਹਦੇ ਦਿਮਾਗ ਦੇ ਵਿੱਚ ਇਹੋ ਜਿਹੀ ਚੀਜ਼ ਦੀ ਜ਼ਰੂਰਤ ਮਹਿਸੂਸ ਹੋਣੀ ਇਹ ਬਹੁਤ ਵੱਡੀ ਹੈ ਤੇ ਜਦੋਂ ਉਹ ਸ਼ੇਰ ਸ਼ਾਹ ਸੂਰੀ ਦੇ ਕਰੈਕਟਰ ਦੇ ਵੱਲ ਇਸ਼ਾਰਾ ਕਰਦਾ ਨਾ ਉਹਦਾ ਢੰਗ ਦੇਖੋ ਗੱਲ ਕਰਨ ਦਾ ਕਿ ਜਦੋਂ ਪਹਿਲਾਂ ਸੁਲਤਾਨ ਜਾਂ ਜਦੋਂ ਪਹਿਲਾਂ ਤਗੜੇ ਬੰਦੇ ਜਿਸ ਰੋਡ ਤੋਂ ਜਿਸ ਰਾਹ ਤੋਂ ਲੰਘਦੇ ਸੀ ਤੇ ਉਧਰ ਮੁਨਾਦੀ ਹੋ ਜਾਂਦੀ ਸੀ ਕਿ ਆਮ ਰਿਆਇਆ ਉਹਦੇ ਲਾਗੇ ਵੀ ਨਹੀਂ ਆ ਸਕਦੀ ਕੋਈ ਸੁਲਤਾਨਾਂ ਦੇ ਜਾਂ ਤਗੜੇ ਬੰਦਿਆਂ ਦੇ ਰੂਬਰੂ ਨਹੀਂ ਸੀ ਹੋ ਸਕਦਾ ਇਹ ਕਦੀ ਸੋਚਿਆ ਵੀ ਨਹੀਂ ਸੀ ਜਾ ਸਕਦਾ
ਤੇ ਸ਼ੇਰ ਸ਼ਾਹ ਸੂਰੀ ਨੇ ਤੇ 7 ਸਾਲਾਂ ਦੇ ਵਿੱਚ ਪਤਾ ਨਹੀਂ ਕੰਮ ਕਰਦੇ ਹੋਇਆਂ ਲੋਕਾਂ ਦੇ ਵਿੱਚ ਘੁੰਮਦੇ ਹੋਇਆਂ ਕਿੰਨੇ ਲੋਕਾਂ ਨੂੰ ਉਹ ਮਿਲਿਆ ਤੇ ਉਹ ਕਿੰਨਾ ਹਰਮਨ ਪਿਆਰਾ ਹੋ ਗਿਆ ਕਿ ਸ਼ੇਰ ਸ਼ਾਹ ਦਾ ਉਹਦਾ ਨਾਂ ਹੈ ਹੀ ਨਹੀਂ ਸੀ, ਫਰੀਦ ਖਾਨ ਉਹਦਾ ਨਾਂ ਸੀ, ਤੇ ਕਿਵੇਂ ਇੱਥੇ ਰਿਆਇਆ ਨੇ, ਕਿਵੇਂ ਉਹਨੂੰ ਇੱਜ਼ਤ ਮਾਨ ਬਖਸ਼ਦੇ ਹੋਇਆ ਇਹ ਜਿਹੜਾ ਉਹਦਾ ਨਾਂ ਸ਼ੇਰ ਸ਼ਾਹ ਸੂਰੀ ਜਿਹੜਾ ਵਾ ਉਹ ਰੱਖਿਆ। ਸੂਰੀ ਤਾਂ ਚਲੋ ਕਿਉਂਕਿ ਅਫਗਾਨ ਸੀ, ਸੂਰ ਦਾ ਰਹਿਣ ਵਾਲਾ ਸੀ ਅਫਗਾਨ ਦੇ ਥਾਂ ਦਾ, ਉਹਨੇ ਜਿਹੜਾ ਇੱਥੇ ਕਿਲ੍ਹਾ ਬਣਾਇਆ ਨਾ, ਜਿਸ ਕਿਲ੍ਹੇ ਦਾ ਨਾਂ ਉਹਨੇ ਸ਼ੇਰ ਖਾਨ ਨੇ ਪੰਜਾਬ ਰੱਖਿਆ, ਉਸ ਕਿਲ੍ਹੇ ਦੇ ਕਰਕੇ ਦੇਖੋ ਪੰਜਾਬ ਦੀ ਕਿੰਨੀ ਇੱਜ਼ਤ ਤੇ ਪੰਜਾਬ ਨੂੰ ਕਿੰਨਾ ਮਾਣ ਹਾਸਲ ਹੋਇਆ, ਇਹ ਆਪਣੇ ਤੌਰ ਤੇ ਵੱਡੀ ਗੱਲ। ਉਹਨੇ ਰੁਪਈਆ ਕਰੰਸੀ ਜਿਹੜੀ ਆ ਸ਼ੁਰੂ ਕੀਤੀ, ਜਿਹੜਾ ਰੁਪਈਆ ਯੂਜ਼ ਕਰਦੇ ਪਏ ਆ ਇਹ ਸ਼ੇਰ ਸ਼ਾਹ ਸੂਰੀ ਵੱਲੋਂ ਚਲਾਇਆ ਹੋਇਆ। ਮੈਨੂੰ ਇਹ ਗੱਲ ਬਹੁਤ ਵਧੀਆ ਲੱਗਦੀ ਹੈ ਕਿ ਜਦੋਂ ਸ਼ੇਰ ਸ਼ਾਹ ਦੀਆਂ ਸੱਧਰਾਂ ਦੀ ਗੱਲ ਕਰਦਾ ਨਾ, ਕਿ ਜਦੋਂ ਆਪਣੇ ਅਖੀਰਲੇ ਸਮਾਂ ਦੀਆਂ ਕਰ ਰਿਹਾ ਸੀ ਕਿ ਮੈਂ ਕੀ ਨਹੀਂ ਕਰ ਸਕਿਆ, ਮਤਲਬ ਉਹਦਾ ਮਕਸਦ ਇੱਥੋਂ ਲੁੱਟਣ ਤੇ ਪੈਸਾ ਇਕੱਠਾ ਕਰਨਾ ਨਹੀਂ ਸੀ, ਕਿੰਨੇ ਕੰਮ ਕਰਨ ਦਾ ਉਹਦੇ ਦਿਲ ਦੇ ਵਿੱਚ ਧਿਆਨ ਸੀ। ਤੇ ਉਹ 4 ਸੱਧਰਾਂ ਜਿਹੜੀਆਂ ਉਹ ਨੈਨਸ ਖੁਰਾ ਨੇ ਉਹਦੀਆਂ ਬਿਆਨ ਕੀਤੀਆਂ, ਉਹ ਚਾਰੇ ਹੀ ਬੜੀਆਂ ਪਿਆਰੀਆਂ ਨੇ, ਉਹ ਇਨਡਾਇਰੈਕਟਲੀ ਬਹੁਤ ਕੁਝ ਦੱਸਦੀਆਂ ਨੇ। ਪਹਿਲੀ ਸੱਧਰ ਤੇ ਉਹਦੀ ਜਿਹੜੀ ਹੈ ਉਹ ਹੈਗੀ ਹੈ ਕਿ ਜਿਹੜੇ ਅਫਗਾਨ ਦਾ ਇਲਾਕਾ, ਇੱਕ ਸੈਕਿੰਡ, ਜਿਹੜਾ ਅਫਗਾਨ ਦਾ ਰੋਹ ਵਾਲਾ ਇਲਾਕਾ ਹੈ, ਪਹਾੜੀ ਇਲਾਕਾ ਹੈ ਹਸਨ ਅਬਦਾਲ ਤੱਕ ਦਾ, ਇਹ ਉਹ ਚਾਹੁੰਦਾ ਸੀ ਕਿ ਉੱਥੋਂ ਦੇ ਲੋਕ ਜਿਹੜੇ ਆ ਉਹਨਾਂ ਨੂੰ ਮੈਂ ਲਾਹੌਰ ਦੇ ਨਜ਼ਦੀਕ ਦੇ ਮੈਦਾਨੀ ਇਲਾਕਿਆਂ 'ਚ ਕਿਤੇ ਸੈਟਲ ਕਰਾਂ, ਉਹ ਉੱਥੇ ਆ ਕੇ ਵਸਣ। ਤੇ ਉਹਦੇ ਪਿੱਛੇ ਉਹਦਾ ਮਕਸਦ ਇਹ ਸੀ ਕਿ ਉਹਨਾਂ ਲੋਕਾਂ ਨੂੰ ਵੀ ਪਤਾ ਲੱਗੇ ਕਿ ਚੰਗੀ ਜ਼ਿੰਦਗੀ ਕਿਵੇਂ ਜੀਵੀਦੀ ਹੈ, ਸੁਖੜ ਜ਼ਿੰਦਗੀ ਕਿਵੇਂ ਜੀਵੀਦੀ ਹੈ, ਇੱਥੋਂ ਦੇ ਲੋਕ ਕਿੰਨੇ ਵਧੀਆ ਢੰਗ ਦੇ ਨਾਲ ਜ਼ਿੰਦਗੀ ਜੀਂਦੇ ਸੀ, ਉਹ ਲੋਕ ਵੀ ਕੁਝ ਸਿੱਖ ਸਕਣ। ਪਹਿਲਾ ਉਹਦਾ ਮਕਸਦ ਇਹ। ਦੂਜਾ, ਉਹ ਇੱਥੋਂ ਹਿੰਦੁਸਤਾਨ ਤੋਂ ਅਰਬ ਤੱਕ ਜਿਹੜਾ ਵਾ ਉਹ ਬਹੁਤ ਸਾਰੀਆਂ ਸਰਾਵਾਂ ਬਣਾਉਣਾ ਚਾਹੁੰਦਾ ਸੀ, 50 ਦੀ ਗਿਣਤੀ ਜਿਹੜੀ ਆ ਉਹ ਹੈ ਕਿ ਹੱਜ ਤੇ ਜਾਣ ਵਾਲੇ ਲੋਕ ਜਿਹੜੇ ਆ ਉਹ ਬੜੇ ਆਰਾਮ ਦੇ ਨਾਲ ਇੱਥੋਂ ਸਫ਼ਰ ਕਰਦੇ ਹੋਇਆਂ ਜਾ ਸਕਦੇ ਆ ਇਸ ਜਗ੍ਹਾ ਤੋਂ। ਪਰ ਇਹਨਾਂ ਚਾਰਾਂ ਚੋਂ ਜਿਹੜੀ ਸੱਧਰ ਮੈਨੂੰ ਜ਼ਿਆਦਾ ਖਿੱਚ ਪਾਉਂਦੀ ਹੈ ਉਹ ਹੈ ਬਾਬਰ ਦੇ ਖਿਲਾਫ ਉਹਦੇ ਦਿਲ ਦੇ ਵਿੱਚ ਕਿੰਨੀ ਨਫ਼ਰਤ ਸੀ ਕਿ ਉਹ ਆਪਣੀ ਜਿਹੜੀ ਚੌਥੀ ਅਖੀਰਲੀ ਸੱਧਰ ਹੈ ਉਹ ਇਹਨੂੰ ਇੰਝ ਬਿਆਨ ਕਰਦਾ ਹੈ ਕਿ ਮੈਂ ਚਾਹੁੰਦਾ ਕਿ ਪਾਣੀਪਤ ਦੇ ਮੈਦਾਨ ਦੇ ਵਿੱਚ ਜਿਹੜਾ ਲੋਧੀ ਬਾਦਸ਼ਾਹ ਸੀ ਉਹਦਾ ਉੱਚਾ ਜਿਹੜਾ ਵਾ ਉਹ ਰੋਜ਼ਾ ਬਣਾਇਆ ਜਾਏ ਤੇ ਉਹਦੇ ਸਾਹਮਣੇ ਬਾਬਰ ਦੀ ਕਬਰ ਹੋਵੇ ਜਿਹਨੇ ਉਹਨੂੰ ਕਤਲ ਕੀਤਾ ਸੀ ਉੱਥੇ ਫੌਜੀਆਂ ਦੇ ਵਿੱਚ। ਤਾਂ ਉਹਦੇ ਦਿਲ ਦੇ ਵਿੱਚ ਕਿੰਨੀ ਨਫ਼ਰਤ ਸੀ ਉਸ ਮੁਗਲ ਦੇ ਬਾਰੇ ਕਿ ਉਹਨੇ ਉਹਨਾਂ ਦੀ ਅਫਗਾਨਾਂ ਦੀ ਉਸ ਵੇਲੇ ਦੀ ਹਕੂਮਤ ਨੂੰ ਜਿਹੜਾ ਉਹ ਨੁਕਸਾਨ ਪਹੁੰਚਾਇਆ ਇਹ ਇੱਥੋਂ ਤੱਕ ਉਹਨੂੰ ਹੋਇਆ। ਮਤਲਬ ਇਹ ਸ਼ੇਰ ਸ਼ਾਹ ਸੂਰੀ ਬਾਰੇ ਬਹੁਤ ਵਧੀਆ ਢੰਗ ਦੇ ਨਾਲ ਨੈਣ ਸੁੱਖ ਨੇ ਇਹ ਸਾਰਾ ਬਿਲਡ ਕੀਤਾ। ਤੇ ਜੇ ਮੈਂ ਬਾਕੀ ਜਿਹਨਾਂ ਬਾਰੇ ਉਹ ਸਿਫਤ ਦੀ ਗੱਲ ਕਰਦਾ ਤਾਂ ਉਹਦੇ ਚ ਉਹ ਦਾਰਾ ਸ਼ਿਕੋਹ ਬਾਰੇ ਉਹ ਖਾਸ ਤੌਰ ਤੇ ਗੱਲ ਕਰਦਾ। ਜਦੋਂ ਦਾਰਾ ਸ਼ਿਕੋਹ ਲਾਹੌਰ ਦਾ ਸੂਬੇਦਾਰ ਸੀ, ਦਿੱਲੀ ਦਰਬਾਰ ਦੇ ਉੱਤੇ ਔਰੰਗਜ਼ੇਬ ਬੈਠਾ ਹੋਇਆ ਸੀ ਤੇ ਦਾਰਾ ਸ਼ਿਕੋਹ ਲਾਹੌਰ ਦੇ ਵਿੱਚ ਜਿਹੜਾ ਉਹ ਤਸਵਫ ਤੇ ਵਿਦਾਂਤ ਨੂੰ ਇਕੱਠੇ ਤੌਰ ਤੇ ਪੜ੍ਹਾਉਣ ਦਾ ਇੰਤਜ਼ਾਮ ਕਰਦਾ ਸੀ। ਉਹ ਸੰਸਕ੍ਰਿਤ ਤੇ ਫਾਰਸੀ ਨੂੰ ਇਕੱਠੇ ਤੌਰ ਤੇ ਪੜ੍ਹਾਉਣ ਵਾਲੇ ਆਲਮ ਜਿਹੜੇ ਆ ਉਹ ਇਕੱਠੇ ਕਰਦਾ ਪਿਆ ਕਿ ਇੱਥੋਂ ਦੀ ਰਿਆਇਆ ਜਿਹੜੀ ਆ ਉਹ ਸਾਂਝ ਨੂੰ ਪੜ੍ਹੇ। ਜਿਹੜੇ ਉੱਥੇ ਜਿਹੜੇ ਮੁਹੱਲੇ ਵੰਡੇ ਸੀ ਧਰਮਪੁਰਾ ਤੇ ਖੈਰਪੁਰਾ ਜਿਹੜੇ ਆ ਉਹ ਇੱਕ ਬੰਨੇ ਮੁਸਲਮਾਨ ਰਹਿੰਦੇ ਸੀ ਇੱਕ ਬੰਨੇ ਹਿੰਦੂ, ਉਹਨੇ ਉਹਨਾਂ ਵਿਚਲੀ ਦੀਵਾਰ ਖਤਮ ਕਰ ਦਿੱਤੀ ਕਿ ਇਹੋ ਜਿਹਾ ਡਿਫਰੈਂਸ ਜਿਹੜੇ ਉਹ ਬਿਲਕੁਲ ਨਹੀਂ ਹੋਣੇ ਚਾਹੀਦੇ, ਸਾਂਝਾਂ ਜਿਹੜੀਆਂ ਉਹ ਪਨਪਣੀਆਂ ਚਾਹੀਦੀਆਂ, ਸਾਨੂੰ ਇਕੱਠਿਆਂ ਹੋਣਾ ਚਾਹੀਦਾ। ਇਹ ਸਾਰੇ ਜਿਹੜਾ ਐਪੀਸੋਡ ਜਿਹੜਾ ਨੈਣ ਸੁੱਖ ਨੇ ਬਿਲਡ ਕੀਤਾ ਉਹਦੇ ਚ ਮੈਨੂੰ ਜਿਹੜੀ ਇੱਕ ਚੀਜ਼ ਵਿਸ਼ੇਸ਼ ਤੌਰ ਤੇ ਡਿਸਕਸ ਕਰਨੀ ਮੈਨੂੰ ਲੱਗਦੀ ਹੈ ਉਹ ਇੱਥੇ ਹੋਣੀ ਚਾਹੀਦੀ ਹੈ, ਉਹ ਸਰਮਦ ਤੋਂ ਕਿਵੇਂ ਦਾਰਾ ਸ਼ਿਕੋਹ ਪ੍ਰਭਾਵਿਤ ਹੋ ਕੇ ਤੇ ਔਰੰਗਜ਼ੇਬ ਦੇ ਖਿਲਾਫ ਜਿਹੜੀ ਆ ਉਹ ਬਗਾਵਤ ਬਾਰੇ ਸੋਚਦਾ, ਭਾਵੇਂ ਦਾਰਾ ਸ਼ਿਕੋਹ ਤੇ ਸਰਮਦ ਦੋਨੋਂ ਕਤਲ ਹੋ ਜਾਂਦੇ ਆ, ਉਹਨਾਂ ਨੂੰ ਮਾਰ ਦਿੱਤਾ ਜਾਂਦਾ, ਪਰ ਉਹ ਜਿਹੜਾ ਵਾਕਿਆ ਬਣਾਇਆ ਉਹ ਜਿਹੜੀ ਘਟਨਾ ਬਿਲਡ ਕੀਤੀ ਆ ਉਹ ਨੈਣ ਸੁੱਖ ਨੇ ਇੰਨਾ ਸਾਹਿਤਕ ਟੱਚ ਹੈ ਉਹਦੇ ਵਿੱਚ ਕਿ ਉਹ ਮਜ਼ਾ ਆ ਜਾਂਦਾ ਕਿ ਦਾਰਾ ਸ਼ਿਕੋਹ ਦੇ ਸਾਹਮਣੇ ਸਰਮਦ ਖਲੋਤਾ ਤੇ ਦਾਰਾ ਸ਼ਿਕੋਹ ਉਹਨੂੰ ਪੁੱਛਦਾ ਪਿਆ ਕਿ ਤੂੰ ਜਿਹੜਾ ਪਵਿੱਤਰ ਕਲਮਾ ਹੈ ਇਹ ਤੂੰ ਅੱਧਾ ਕਿਉਂ ਪੜ੍ਹਦਾ, ਤੂੰ ਲਾ ਇਲਾਹਾ ਕਹੀ ਜਾਂਦਾ ਇਹਦੇ ਤੋਂ ਅਗਲਾ ਹਿੱਸਾ ਜਿਹੜਾ ਉਹ ਕਿਉਂ ਨਹੀਂ ਪੜ੍ਹਦਾ ਪਿਆ, ਕਿਉਂਕਿ ਪੂਰਾ ਕਲਮਾ ਜਿਹੜਾ ਉਹ ਲਾ ਇਲਾਹਾ ਇਲੱਲਾ, ਉਹ ਕਹਿੰਦਾ ਤੂੰ ਇਲੱਲਾ ਕਿਉਂ ਨਹੀਂ ਪੜ੍ਹਦਾ ਪਿਆ, ਇਹ ਕੀ ਮਤਲਬ ਕੀ ਪ੍ਰੋਬਲਮ ਕੀ ਹੈ।
ਉਹਨੂੰ ਉਹ ਕਹਿੰਦਾ ਹੈ ਕਿ ਅਸਲ ਦੇ ਵਿੱਚ ਮੈਂ ਅਜੇ ਤੱਕ ਇੱਥੇ ਹੀ ਪੁੱਜਿਆ, ਮੇਰੀ ਅਕਲ ਜਿਹੜੀ ਹੈ ਉਹਨੇ ਮੈਨੂੰ ਅਜੇ ਤੱਕ ਇੱਥੇ ਹੀ ਪਹੁੰਚਾਇਆ, ਤੇ ਲਾ ਇਲਾਹਾ ਦਾ ਮਤਲਬ ਹੈ ਕਿ ਕੋਈ ਨਹੀਂ ਹੈ। ਲਾ ਇਲਾਹਾ ਦੇ ਜਿਹੜੇ ਅਸਲ ਅਰਥ ਨੇ ਉਹਦਾ ਮਤਲਬ ਹੈ ਵੀ ਕੋਈ ਨਹੀਂ ਹੈ। ਉਹ ਕਹਿੰਦਾ ਅਜੇ ਤੱਕ ਤੇ ਮੈਨੂੰ ਇੰਨਾ ਹੀ ਸਮਝ ਆਇਆ ਵੀ ਆ ਜਿੰਨਾ ਵਿਖਾਵਾ ਸਭ ਡਰਾਮਾ, ਕੋਈ ਨਹੀਂ ਹੈਗਾ। ਕਿਉਂਕਿ ਅਗਲੀ ਸਤਰ ਹੈ ਕਿ ਤੇਰੇ ਤੋਂ ਬਿਨਾਂ, ਉਹ ਕਹਿੰਦਾ ਤੇਰੇ ਤੋਂ ਬਿਨਾਂ ਵਾਲੀ ਗੱਲ ਤੱਕ ਤੇ ਮੈਂ ਅਜੇ ਪਹੁੰਚਿਆ ਹੀ ਨਹੀਂ। ਤਾਂ ਕਿਵੇਂ ਕਿਵੇਂ ਮਤਲਬ ਸਾਰੀ ਚੀਜ਼ ਨੂੰ ਉਹਨੇ ਬਿਲਡ ਕੀਤਾ ਨਾਰਾਇਣ ਸੁੱਖ ਨੇ, ਉਹ ਬਹੁਤ ਵੱਡਾ ਲੌਜਿਕ ਵੀ ਹੈ। ਤੇ ਇਸਲਾਮਿਕ ਕੱਟੜਤਾ ਦੇ ਉੱਤੇ ਜਿਹੜਾ ਵਾ ਉਹ ਜਿਹੜੀ ਔਰੰਗਜ਼ੇਬ ਨੇ ਅਪਣਾਈ ਸੀ ਤੇ ਉਹਦੇ ਉੱਤੇ ਉਹ ਕਿੰਤੂ ਵੀ ਲਾਉਂਦਾ। ਤੇ ਇੱਥੇ ਉਹ ਸਮੇਟਦਾ ਨਹੀਂ ਹੈ, ਇੱਥੇ ਉਹ ਇਸ਼ਾਰਾ ਕਰਦਾ ਕਿ ਕਿਵੇਂ ਔਰੰਗਜ਼ੇਬ ਦਾਰਾ ਸ਼ਿਕੋਹ ਨੂੰ ਤੇ ਸਰਮਦ ਨੂੰ ਕਤਲ ਕਰਨ ਤੋਂ ਬਾਅਦ ਜਦੋਂ ਲਾਹੌਰ ਜਾਂਦਾ ਤੇ ਸਾਰੀਆਂ ਉਹ ਬਿਲਡਿੰਗ ਜਿਹੜੀਆਂ ਉਹਨਾਂ ਨੂੰ ਤਹਿਸ ਨਹਿਸ ਕਰ ਦਿੰਦਾ ਤੇ ਉਹ ਉੱਥੇ ਸ਼ਾਹੀ ਮਸਜਿਦ ਜਿਹੜੀ ਆ ਉਹ ਸਾਰਦਾ। ਤੇ ਸ਼ਾਹੀ ਮਸਜਿਦ ਦੇ ਵਿੱਚ ਜਿੱਦਣ ਪਹਿਲੇ ਦਿਨ ਨਮਾਜ਼ ਕੀਤੀ ਜਾਂਦੀ ਹੈ ਤੇ ਲਾਹੌਰੀ ਹੈ ਜਿਹੜੇ ਉਹਦਾ ਬਾਈਕਾਟ ਕਰ ਦਿੰਦੇ ਆ, ਕੋਈ ਨਮਾਜ਼ ਦੇ ਵਿੱਚ ਸ਼ਾਮਿਲ ਹੀ ਨਹੀਂ ਹੁੰਦਾ ਉਸ ਜਗ੍ਹਾ ਤੇ ਜਾ ਕੇ। ਬਾਦਸ਼ਾਹ ਨਮਾਜ਼ ਦੇ ਵਿੱਚ ਸ਼ਾਮਿਲ ਹੈ ਤੇ ਲਾਹੌਰੀ ਹੈ ਜਿਹੜੇ ਉਹਦੇ ਚੋਂ ਗਾਇਬ ਨੇ। ਤਾਂ ਇੱਥੋਂ ਪਤਾ ਲੱਗਦਾ ਹੈ ਕਿ ਕਿਵੇਂ ਜਿਹੜੀ ਰਿਆਇਆ ਸੀ ਉਹ ਬਾਦਸ਼ਾਹ ਨੂੰ ਨਾ ਪਸੰਦੀਦਾ ਇਜ਼ਹਾਰ ਕਰਦੀ ਸੀ ਕਿਸੇ ਨਾ ਕਿਸੇ ਢੰਗ ਦੇ ਨਾਲ। ਤੇ ਇੱਥੋਂ ਹੀ ਮੁਗਲ ਸਲਤਨਤ ਜਿਹੜੀ ਹੈ ਉਹਦਾ ਡੁੱਬਦਾ ਹੋਇਆ ਸੂਰਜ ਜਿਹੜਾ ਇਹ ਉਹਦੇ ਵੱਲ ਨੈਣ ਸੁੱਖ ਇਸ਼ਾਰਾ ਕਰਕੇ ਤੇ ਆਪਣੀ ਗੱਲ ਜਿਹੜੀ ਆ ਉਹ ਅਗਾਂਹ ਲੈ ਜਾਂਦਾ। ਤਾਂ ਇਹ ਸਾਰੇ ਦੀ ਸਾਰੀ ਵਾਰਤਾ ਜਿਹੜੀ ਹੈ ਮੈਨੂੰ ਮਤਲਬ ਬਹੁਤ ਬਹੁਤ ਟੁੰਬਦੀ ਹੈ। ਆਪਣੇ ਪੁਰਖਿਆਂ ਦੇ ਨਾਂ ਬਦਲਾਏ, ਉਹਨਾਂ ਸਾਰਿਆਂ ਦੇ ਲਈ ਨੈਣ ਸੁੱਖ ਬਹੁਤ ਸਖ਼ਤ ਸ਼ਬਦਾਵਲੀ ਵਰਤਦਾ। ਮਤਲਬ ਮੈਨੂੰ ਲੱਗਦਾ ਵੀ ਪਤਾ ਨਹੀਂ ਨੈਣ ਸੁੱਖ ਨੂੰ ਉਹਦੀ ਕੀ ਕੀਮਤ ਵੀ ਤਾਂ ਨਹੀਂ ਪਈ ਹੋਵੇ ਜੇ ਕਿਸ ਜੇ ਉਹਨਾਂ ਦੇ ਪੁਰਖਿਆਂ ਦੇ ਅੱਜ ਕੋਈ ਨਾ ਕੋਈ ਨਸਲਾਂ 'ਚ ਅੱਗੇ ਹੈਗੇ ਆ ਤੇ ਉਹ ਕਿਵੇਂ ਪੇਸ਼ ਆਏ ਹੋਣਗੇ। ਮੈਨੂੰ ਲੱਗਦਾ ਉਹ ਬਹੁਤ ਔਖਾ ਹੈ। ਦੌਲੂ ਤੋਂ ਦੌਲਤਾਨਾ ਬਣ ਗਏ, ਫਕੀਰ ਖਾਨਦਾਨ ਜਿਹਦਾ ਜ਼ਿਕਰ ਡਾਕਟਰ ਸਾਹਿਬ ਤੁਸੀਂ ਵੀ ਕਰ ਰਹੇ ਸੀ, ਫਕੀਰ ਖਾਨਦਾਨ ਨੇ ਕਿਵੇਂ ਆਪਣੇ ਆਪ ਨੂੰ ਸੱਯਦ ਲਿਖਵਾ ਲਿਆ ਜਦੋਂ ਉਹਨਾਂ ਦੀ ਪੈਠ ਜਿਹੜੀ ਆ ਉਹ ਅੰਗਰੇਜ਼ਾਂ ਦੇ ਵਿੱਚ ਬਣ ਗਈ ਤੇ ਕਿਵੇਂ ਉਹ ਲੋਕ ਜਿਹੜੇ ਆ ਉਹ ਸਭ ਤੋਂ ਉੱਚੇ ਧਾਰਮਿਕ ਖਾਨਦਾਨਾਂ ਦੇ ਵਿੱਚ ਉਹਨਾਂ ਦਾ ਨਾਂ ਜਿਹੜਾ ਉਹ ਆ ਗਿਆ, ਉਹਨਾਂ ਨੇ ਆਪਣੇ ਪੁਰਖੇ ਜਿਹੜੇ ਆ ਉਹ ਚੇਂਜ ਕੀਤੇ। ਰਾਜਪੂਤਾਨਾ ਕਿਉਂਕਿ ਉਹਨਾਂ ਰਾਜਿਆਂ ਦੇ ਪੁੱਤਰਾਂ ਨੇ ਵਸਾਇਆ ਸੀ ਜਿਹੜੇ ਕੌਰਵ ਜਿਹੜੇ ਹਾਰੇ ਸਨ, ਤੇ ਉਹਨਾਂ ਸਾਰੇ ਰਾਜਪੂਤਾਨੇ ਨੇ ਮੁਹੰਮਦ ਗੌਰੀ ਦੀ ਮਦਦ ਕੀਤੀ ਸੀ ਜਦੋਂ ਪ੍ਰਿਥਵੀ ਰਾਜ ਚੌਹਾਨ ਨੂੰ ਉਹਨੇ ਹਰਾਇਆ ਸੀ। ਤੇ ਉਹ ਜਿਵੇਂ ਮੁਹੰਮਦ ਗੌਰੀ ਉਹਨਾਂ ਸਾਰੇ ਰਾਜਪੂਤਾਨੇ ਦੇ ਜਿਹੜੇ ਲੋਕਾਂ ਸਾਥ ਦਿੱਤਾ ਉਹਨਾਂ ਨੂੰ ਵੱਡੀਆਂ ਜਗੀਰਾਂ ਦਿੰਦਾ, ਵੱਡੀਆਂ ਮਿਸਲਾਂ ਦਿੰਦਾ ਆਪਣੇ ਬਾਹਰ ਵਾਲੇ ਇਲਾਕੇ ਦੇ ਵਿੱਚ। ਤਾਂ ਇੱਥੋਂ ਉਹ ਸਾਰੇ ਦੇ ਸਾਰੇ ਲੋਕ ਜਿਹੜੇ ਉੱਥੇ ਰਾਠ ਬਣੇ, ਜਿਹੜੇ ਉੱਥੇ ਰਾਏ ਬਣੇ, ਜਿਨ੍ਹਾਂ ਨੇ ਉੱਥੇ ਜਾ ਕੇ ਮੱਲ ਮਾਰੀ ਜ਼ਮੀਨ ਦੇ ਉੱਤੇ, ਉਹਨਾਂ ਦੇ ਵਿੱਚੋਂ ਸੱਤਾਂ ਦਾ ਜ਼ਿਕਰ ਜਿਹੜਾ ਉਹ ਵਿਸ਼ੇਸ਼ ਤੌਰ ਤੇ ਕਰਦਾ ਹੈ। ਜਿਹੜੇ ਜੈਸਲਮੇਰ ਤੋਂ ਗਏ, ਜਿਹੜੇ ਬੀਕਾਨੇਰ ਤੋਂ ਗਏ, ਜਿਹੜੇ ਪਟਿਆਣੇ ਤੋਂ ਗਏ, ਉਹਨਾਂ ਦੇ ਨਾਮ ਵੀ ਦਿੰਦਾ। ਤੇ ਉਹਦੇ ਵਿੱਚੋਂ ਹੀ ਡਾਕਟਰ ਸਾਹਿਬ ਜਿਹੜਾ ਰਾਏ ਭੋਏ ਵਾਲੀ ਜ਼ਮੀਨ ਦਾ ਤੁਸੀਂ ਜ਼ਿਕਰ ਕੀਤਾ, ਤੇ 1500 ਮੁਰੱਬਿਆਂ ਦੇ ਵਿੱਚੋਂ 750 ਮੁਰੱਬਾ ਕਿਵੇਂ ਜਿਹੜਾ ਉਹਨਾਂ ਨੇ ਜ਼ਮੀਨ ਬਚਾਉਣ ਦੀ ਖਾਤਰ ਜਿਹੜੀ ਆ ਉਹ ਗੁਰਦੁਆਰਾ ਸਾਹਿਬ ਦੇ ਨਾਂ ਦੇ ਨਾਲ ਲਾ ਦਿੱਤੀ। ਮਕਸਦ ਕੋਈ ਗੁਰਦੁਆਰੇ ਨੂੰ ਜ਼ਮੀਨ ਦੇਣ ਦਾ ਨਹੀਂ ਸੀ, ਉਹ ਜ਼ਮੀਨ ਬਚਾਈ ਗਈ ਵਾਹੀ ਉਹਨਾਂ ਨੇ ਆਪ ਕੰਟਰੋਲ ਉਹਨਾਂ ਦੇ ਆਪਣੇ ਚ ਰਹੀ, ਉਹ ਸਿਰਫ ਦਿੱਤੀ ਗਈ ਉਸ ਵੇਲੇ ਹੋਰ ਢੰਗ ਨਾਲ ਸੈਟਲ ਹੋ ਰਹੇ ਸੀ। ਜੇ ਮਤਲਬ ਮੈਨੂੰ ਕਈ ਵਾਰੀ ਮਤਲਬ ਗੱਲ ਮਹਿਸੂਸ ਹੁੰਦੀ ਜਦੋਂ ਅਸੀਂ ਸੁਣਿਆ ਸੀ ਨਾ ਤੇ ਮੈਂ ਇਸ ਕਿਤਾਬ ਚੋਂ ਉਹ ਵੇਖ ਲਿਆ, ਸੁਣਿਆ ਸੀ ਕਿ ਇਤਿਹਾਸ ਜਿਹੜਾ ਨਾ ਉਹ ਬਖਸ਼ਦਾ ਨਹੀਂ ਹੈ ਤੁਹਾਨੂੰ, ਜੇ ਤੁਸੀਂ ਮਾੜਾ ਕੁਛ ਕੀਤਾ ਹੋਇਆ ਨਾ ਉਹ ਕਦੀ ਨਾ ਕਦੀ ਜਿਹੜਾ ਵਾ ਉਹ ਸਾਹਮਣੇ ਜ਼ਰੂਰ ਆਉਂਦਾ। ਤਾਂ ਨੈਣ ਸੁੱਖ ਜਿਹੜਾ ਉਹ ਹਰ ਉਸ ਬੰਦੇ ਨੇ ਜਿਹਨੇ ਪੰਜਾਬ ਨੂੰ, ਪੰਜਾਬ ਦੀ ਰਿਆਇਆ ਨੂੰ ਜਾਂ ਪੰਜਾਬ ਦੀ ਸ਼ਾਨ ਨੂੰ ਨੁਕਸਾਨ ਪਹੁੰਚਾਇਆ, ਇਹ ਉਹਦੇ ਤੋਂ ਕੱਪੜੇ ਲਾਉਣ, ਉਹਦੇ ਪਰਦੇ ਤੋਂ ਉਹਦੇ ਚਿਹਰੇ ਤੋਂ ਪਰਦੇ ਲਾਉਣ ਦਾ ਉਹ ਕੋਈ ਲਿਹਾਜ਼ ਨਹੀਂ ਕਰਦਾ।
ਉੱਥੇ ਉਹ ਖੇਮ ਸਿੰਘ ਬੇਦੀ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕਰਦਾ ਜਿਹਨੇ 1857 ਦੇ ਗਦਰ ਨੂੰ ਫੇਲ ਕਰਨ ਦੇ ਵਿੱਚ ਕਿੱਡਾ ਵੱਡਾ ਰੋਲ ਅਦਾ ਕੀਤਾ ਹੋਏਗਾ ਕਿ ਅੰਗਰੇਜ਼ਾਂ ਨੇ ਕਨਾਲ ਕਲੋਨੀਆਂ ਚੋਂ 7800 acres ਜ਼ਮੀਨ ਜਿਹੜੀ ਆ ਉਹਨੂੰ ਅਲਾਟ ਕੀਤੀ। ਇਸ ਚੀਜ਼ ਨੂੰ ਇਮੈਜਿਨ ਕਰਨ ਦੀ ਜ਼ਰੂਰਤ ਹੈ ਸਾਨੂੰ ਆਪਣੇ ਤੌਰ ਦੇ ਉੱਤੇ। ਇਹ ਸਾਰਾ ਕੁਝ ਜਿਹੜਾ ਸੱਚ ਹੈ ਜਿਹਨੂੰ ਹੂ ਬਹੂ ਐਜ਼ ਇਟ ਇਜ਼ ਲੈਨਸੁਕ ਪੇਸ਼ ਕਰਦਾ ਪਿਆ, ਕਹਿਣਾ ਬੜਾ ਸੌਖਾ ਹੈ ਕਿ ਉਹਨੇ ਸੱਚ ਨੂੰ ਹੂ ਬਹੂ ਲਿਖਿਆ। ਸੱਚ ਨੂੰ ਲਿਖਣਾ ਤੇ ਉਹਨੂੰ ਹੰਢਾਉਣਾ ਇਹ ਲੈਨਸੁਕ ਹੀ ਜਾਣਦਾ ਹੋਏਗਾ ਕਿ ਪਾਕਿਸਤਾਨ ਚ ਬੈਠ ਕੇ ਉਹਨੂੰ ਇਸ ਇਤਿਹਾਸ ਕਰਕੇ ਕਿੰਨਾ ਕੁਝ ਸੁਣਨਾ ਪਿਆ ਹੋਏਗਾ। ਇਹ ਸਾਰੇ ਕੁਝ ਮੈਂ ਆਪਣੀ ਗੱਲ ਸਮੇਟਣ ਦੇ ਲਈ ਤੁਹਾਡੇ ਨਾਲ ਕਰਨਾ ਚਾਹਾਂਗਾ। ਹਾਂਜੀ ਮੈਂ ਸਰ ਇਹਨੂੰ ਸਮਅਪ ਕਰ ਰਿਹਾ ਕਿ ਮੈਂ ਜਿਹੜਾ ਇਹਦਾ ਕਿਸ ਕਿਤਾਬ ਦਾ ਜਿਹੜਾ ਤੀਜਾ ਮਨੋਰਥ ਹੈ ਨਾ ਉਹ ਹੈ ਪੰਜਾਬ ਦੇ ਅਸਲ ਵਾਰਸਾਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਦੀ ਗੱਲ ਕਰਨਾ ਕਿ ਅਸਲ ਪੰਜਾਬ ਦੇ ਵਾਰਸ ਜਿਹੜੇ ਆ ਉਹ ਕੀ ਸੀ, ਤੇ ਇਹ ਸਾਰੀ ਚੀਜ਼ ਨੂੰ ਉਹ ਹੜੱਪੇ ਤੱਕ ਲੈ ਕੇ ਜਾਂਦਾ ਕਿ ਜਦੋਂ ਆਰੀਆ ਲੋਕਾਂ ਨੇ ਹਮਲਾ ਕੀਤਾ ਤਾਂ ਉਹਨਾਂ ਨੇ ਇੱਥੋਂ ਦੇ ਜਿਹੜੇ ਪ੍ਰਭ ਸੀ ਜਿਹੜੇ ਹੜੱਪੇ ਦੇ ਮਾਲਕ ਸਨ ਜਿਹੜੇ ਸਰਦਾਰ ਸੀ ਉਹਨਾਂ ਨੂੰ ਕਤਲ ਕਰ ਦਿੱਤਾ। ਜਿਹੜੇ ਹੜੱਪੇ ਨੂੰ ਫਸਾਉਣ ਵਾਲੇ ਵਸਾਵੇ ਸੀ ਜਿਹੜੇ ਕੁਮਾਰ ਜਿਹੜੇ ਵੀ ਜੁਲਾਹੇ ਇਹ ਸਾਰੇ ਜਿੰਨੇ ਸਨ ਉਹਨਾਂ ਨੂੰ ਆਪਣੇ ਦਾਸ ਬਣਾਇਆ ਤੇ ਜਿਹੜੇ ਰੱਖੇ ਸੀ ਜਿਹੜੇ ਰੱਖਿਆ ਕਰਦੇ ਸੀ ਉਹਨਾਂ ਨੂੰ ਜਾਂ ਤੇ ਕਤਲ ਕਰਤਾ ਤੇ ਜਾਂ ਉਹਨਾਂ ਨੂੰ ਇੱਥੋਂ ਦੇਸ਼ ਨਿਕਾਲ ਦਿੱਤੇ। ਤੇ ਗੱਲ ਕਿੱਥੇ ਲਿਆ ਕੇ ਮੁਕਾਉਂਦਾ ਕਿ ਜਿਹੜੇ ਅਸੀਂ ਜਿਹਨਾਂ ਨੂੰ ਕਮੀ ਕਮੀਨ ਜਿਹਨਾਂ ਨੂੰ ਅਸੀਂ ਅਛੂਤ ਜਾਂ ਜਿਹਨਾਂ ਨੂੰ ਅਸੀਂ ਗਗੜੇ ਖੋਖਰ ਤੇ ਹੇਠਲੀਆਂ ਜਾਤਾਂ ਵਾਲੇ ਕਹਿ ਕੇ ਅੱਜ ਨਿਮਾਣੇ ਕਹਿੰਦੇ ਪਏ ਆ ਉਹ ਅਸਲ ਚ ਪੰਜਾਬ ਦੇ ਅਸਲ ਵਾਰਸ ਨੇ। ਸਾਨੂੰ ਉਹਨਾਂ ਨੂੰ ਉਹਨਾਂ ਦੀ ਬਣਦੀ ਇੱਜ਼ਤ ਜਿਹੜੀ ਹੈ ਉਹ ਦੇਣੀ ਚਾਹੀਦੀ ਹੈ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ। ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਡਾਕਟਰ ਪਰਮਜੀਤ ਸਿੰਘ ਬੇਸ਼ਾ ਜੀ। ਤੁਸੀਂ ਇਸ ਕਿਤਾਬ ਦੀਆਂ ਪਰਤ ਦਰ ਪਰਤਾਂ ਖੋਲਦਿਆਂ ਹੋਇਆਂ ਇਸ ਕਿਤਾਬ ਦੀ ਔਥੈਂਟੀਸਿਟੀ ਨੂੰ ਬਰਕਰਾਰ ਰੱਖਿਆ, ਔਰ ਔਥੈਂਟੀਸਿਟੀ ਜਿਸ ਟੈਕਸਟ ਬੁੱਕ ਦੀ ਹੋਏਗੀ ਉਹੀ ਸਾਹਿਤਿਕ ਉਸਨੂੰ ਹੀ ਅਸੀਂ ਲਿਟਰੇਰੀਨੈਸ ਜਾਂ ਸਾਹਿਤਿਕਤਾ ਦਾ ਦਰਜਾ ਦਿੰਦੇ ਹਾਂ। ਤੇ ਜਦੋਂ ਸਾਹਿਤਿਕਤਾ ਦਾ ਦਰਜਾ ਮਿਲਦਾ ਹੈਗਾ ਤਾਂ ਇੱਕ ਕੋਟੇਸ਼ਨ ਹੈ ਰੋਲਾ ਬਾਰਤ ਦੀ ਕਿ ਪਾਠ ਜਿਹੜੇ ਹੈਗੇ ਨੇ ਜਿਹਨਾਂ ਨੂੰ ਆਪਾਂ ਟੈਕਸਟ ਕਹਿੰਦੇ ਹਾਂ, ਟੈਕਸਟ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਤਾਂ ਪੜ੍ਹਨ ਯੋਗ ਇੱਕ ਲਿਖਣ ਯੋਗ। ਜਿਹੜੀ ਤਾਂ ਪੜ੍ਹਨ ਯੋਗ ਟੈਕਸ ਹੈਗੀ ਹੈ ਉਹ ਸਾਡੀਆਂ ਘਰ ਦੀਆਂ ਸੈਲਫ ਤੱਕ ਸੀਮਤ ਆ, ਲੇਕਿਨ ਜਿਸ ਪਾਠ ਨੂੰ ਪੜ੍ਹਨ ਤੋਂ ਬਾਅਦ ਲਿਖਣ ਦਾ ਮਜ਼ਾ ਆਏ ਉਹ ਪਾਠ ਆਨੰਦ ਪੈਦਾ ਕਰਦਾ ਹੈਗਾ, ਜਿਸ ਨੂੰ ਆਪਣੀ ਭਾਸ਼ਾ ਦੇ ਵਿੱਚ ਦਾ ਪਲੇਅਰ ਆਫ ਦਾ ਟੈਕਸ ਕਹਿੰਦਾ ਹੈਗਾ। ਔਰ ਜਦ ਤੱਕ ਮੈਨੂੰ ਲੱਗਿਆ ਇਸ ਕਿਤਾਬ ਦੀ ਸਭ ਤੋਂ ਵੱਡੀ ਖੂਬਸੂਰਤੀ ਜੋ ਤੁਸੀਂ ਵੀ ਸ਼ੇਅਰ ਕੀਤੀ ਕਿ ਸਾਨੂੰ ਇਹ ਪਹਿਚਾਣ ਕਰਨ ਦੀ ਲੋੜ ਹੈਗੀ ਹੈ ਕਿ ਪੰਜਾਬ ਦੇ ਅਸਲੀ ਵਾਰਸ ਕੌਣ ਨੇ, ਨੰਬਰ 2 ਕਿਹੜੀਆਂ ਧਿਰਾਂ ਨੇ ਜਿਹਨਾਂ ਨੇ ਪੰਜਾਬ ਪੰਜਾਬੀ ਪੰਜਾਬੀ ਦੇ ਸਾਂਝੀ ਸਾਂਝੀ ਵਾਲਤਾ ਨੂੰ ਸੱਟ ਪਹੁੰਚਾਈ, ਕਿਉਂਕਿ ਇਹ ਕਿਤਾਬ ਨੇ ਇਤਿਹਾਸ ਦੀ ਉਸ ਲਿਨੀਅਰਿਟੀ ਨੂੰ ਤੋੜਨ ਦਾ ਯਤਨ ਕੀਤਾ ਹੈਗਾ ਜਿਹਦੇ ਵਿੱਚੋਂ ਆਮ ਫਿਰ ਗਾਇਬ ਆ। ਬਿਲਕੁਲ ਬਿਲਕੁਲ, ਇਤਿਹਾਸ ਉਹੀ ਹੈ ਜੋ ਸੱਤਾ ਨੇ ਆਪਣੇ ਪੱਖ ਦੇ ਵਿੱਚ ਲਿਖਵਾਇਆ। ਨਹਿਰੂ ਜਦੋਂ ਆਪਣੀ ਨਹਿਰੂ ਜਦੋਂ ਕਿਤਾਬ ਲਿਖਦਾ ਹੈਗਾ ਤਾਂ ਡਿਸਕਵਰੀ ਆਫ ਇੰਡੀਆ, ਤੁਸੀਂ ਬਿਲਕੁਲ ਦਰੁਸਤ ਫਰਮਾਇਆ ਕਿ ਕਿਵੇਂ ਆਰੀਆ ਲੋਕਾਂ ਨੇ ਕਿਵੇਂ ਦ੍ਰਾਵਿੜ ਸੱਭਿਆਚਾਰ ਨੂੰ ਖੂੰਜੇ ਲਾਇਆ, ਔਰ ਆਪ ਤਾਂ ਆਰਵੀ ਬਣ ਗਏ। ਹਿਸਟੋਰੀਕਲ ਅਗਰ ਬੈਕਗਰਾਉਂਡ ਦੇਖੀ ਜਾਵੇ ਤਾਂ ਜਿੰਨੇ ਵੀ ਹਮਲਾਵਰ ਹੁਣ ਤੱਕ ਆਏ, ਚਾਹੇ ਉਹ ਮਹਿਮੂਦ ਗਜ਼ਨਵੀ ਹੈ, ਚਾਹੇ ਉਹ ਬਾਬਰ, ਚਾਹੇ ਜਿੰਨੇ ਵੀ ਹਮਲਾ ਆਏ, ਉਹ ਸਾਰੇ ਪੰਜਾਬ ਦੇ ਰਸਤੇ ਆਏ ਅੰਗਰੇਜ਼ਾਂ ਨੂੰ ਛੱਡ ਕੇ। ਸਿਰਫ ਅੰਗਰੇਜ਼ ਹੀ ਨੇ ਜਿਹੜੇ ਬੰਗਾਲ ਦੇ ਰਸਤੇ ਆਏ। ਔਰ ਪੰਜਾਬ ਇੱਕ ਇਹੋ ਜਿਹਾ ਦਰਾ ਸੀ, ਇੱਕ ਇਹੋ ਜਿਹੀ ਸਟੇਟ ਸੀ ਕਿ ਇਤਿਹਾਸਕਾਰ ਇਹ ਖੁਦ ਮੰਨਦੇ ਸੀਗੇ ਕਿ ਜਿਹਦੇ ਕੋਲ ਪੰਜਾਬ ਹੈ ਉਹਦੇ ਕੋਲ ਦਿੱਲੀ ਹੈ, ਔਰ ਜਿਹਦੇ ਕੋਲ ਦਿੱਲੀ ਹੈ ਉਹਦੇ ਕੋਲ ਪੂਰਾ ਹਿੰਦੁਸਤਾਨ। ਔਰ ਇਸ ਕਿਤਾਬ ਦੀ ਸਭ ਤੋਂ ਬਾਅਦ ਗੱਲ ਇਹੀ ਆ ਕਿ ਜਿਸ ਢੰਗ ਨਾਲ ਤੁਸੀਂ ਬਿਲਕੁਲ ਦਰੁਸਤ ਫਰਮਾਇਆ ਸਰ ਕਿ ਲਾਹੌਰ ਦੇ ਵਿੱਚ ਰਹਿ ਕੇ ਪਾਕਿਸਤਾਨ ਦੇ ਵਿੱਚ ਰਹਿ ਕੇ ਦੁਆਰਾ ਇਤਿਹਾਸ ਦੀ ਪੁਣਛਣ ਕਰਨਾ ਡਰ ਤਾਂ ਲੋਕਾਂ ਨੂੰ ਪੈਂਦਾ ਹੀ ਹੈ। ਮੈਂ ਸਵੈ ਜੀਵਨੀ ਪੜ੍ਹ ਰਿਹਾ ਸੀਗਾ ਵੰਡ ਦੇ ਟਾਈਮ ਦੀ, ਗਲੀਏ ਚਿੱਕੜ ਦੂਰ ਕਰ, ਡਾਕਟਰ ਬੰਜਾਰਾ ਸਿੰਘ ਬੇਦੀ ਦੀ। ਉਹਨਾਂ ਨੇ ਜਿਹੋ ਜਿਹਾ ਸੰਕਟ ਜਿਹੋ ਜਿਹਾ ਦੁਖਾਂਤ ਉਹਨਾਂ ਲੋਕਾਂ ਨੇ ਦੇਖਿਆ ਵੰਡ ਦਾ, ਉਹ ਆਪ ਲਿਖਦੇ ਨੇ ਕਿ ਮਰਿਆ ਕੌਣ ਪਤਕੇ ਦੀ ਲੱਥੀ ਹੈ ਸਾਡੀ ਕੁੜੀਆਂ ਦੀ, ਮਰੇ ਕੌਣ ਹੈ ਸਾਡੇ ਜਵਾਕ ਮਰੇ ਹੈ, ਜਿਹੜੀ ਤੇ ਹਾਕਮਤ ਧਿਰਾਂ ਸੀਗੀਆਂ ਉਹਨਾਂ ਦੇ ਬੱਚੇ ਤਾਂ ਬਿਲਕੁਲ ਠੀਕ ਨੇ, ਉਹਨਾਂ ਨੇ ਜਾਇਦਾਦਾਂ ਬਣਾਈਆਂ ਨੇ, ਕੋਠੀਆਂ ਬਣਾਈਆਂ ਨੇ, ਸਭ ਕੁਛ ਬਣਾਇਆ, ਲੇਕਿਨ ਪੰਜਾਬੀ ਨੂੰ ਇਤਿਹਾਸ ਦੇ ਵਿੱਚੋਂ ਇਸ ਢੰਗ ਨਾਲ ਮਨਫੀ ਕੀਤਾ ਗਿਆ। ਪਰ ਇਹ ਸ਼ੁਕਰ ਹੈ ਕਿ ਪੰਜਾਬ ਕਦੀ ਨਹੀਂ ਮਰਦਾ,
और पंजाब एक सरहदी इलाका होने के बावजूद भी उसने अपने रिचुअल नू अपनी कदरां कीमतां नू अपनी लॉयल्टी नू बरकरार रखिया और हिम्मती लोग सन जिवें कहिंदे ने प्यार नाल करन गुलामी पर टै ना मन्नण किसे दी ओही हिसाब दा ते मैनू लगदा कि इस पुस्तक ने हिस्टरी नू चैलेंज कीता हैगा उन्हां लिखारियां नू चैलेंज कीता हैगा कि उस इतिहास दे विच्चों उस पूरी पूरी आर्कियोलॉजी दे विच्चों आ बंदा कित्थे हैगा। इसे करके मैं गल दी शुरुआत कीती सीगी कि इतिहास दे मलबे हेठां बहुत कुछ दबिया होया और यह पुस्तक नैचुरली अपने आप दे विच एक आर्काइव है, एक अजिहा आर्काइव जिहदे विच पंजाबियां दीआं स्मृतियां साह लै रहीआं ने। तुसीं गल नूं बहुत खूबसूरत ढंग नाल पेश कीता डॉक्टर साहब, तुहाडा बहुत बहुत धन्नवाद। अज इस पुस्तक दे संबंध दे विच साडे नाल होर बाकमाल बुलारे डॉक्टर अमरप्रीत सिंह जी ने, गुरु तेग बहादुर खालसा कॉलेज यूनिवर्सिटी ऑफ दिल्ली तो पोलीटिकल साइंस नाल संबंधित ने और उन्हां दीआं 6 किताबां अंग्रेजी पंजाबी नाल प्रकाशित हो चुकियां ने जिन्हां दा विशा पंजाब दी राजनीति और सिख इतिहास नाल संबंधित रहियां ने किताबां। मैनूं लगदा है कि पोलीटिकल पॉइंट ऑफ व्यू तो हुण तक साहित्यकार ने किताब की पुनछण की हैगी है। हुण जदों एक दूसरे अनुशासन का परसन, दूसरे अनुशासन नाल विद्वान जो इस पुस्तक की इंटरटेक्सुअलिटी खंगालन का यतन करेगा तो शायद होर सच तिखे सच सामने आ। सो मेरी गुजारिश है डॉक्टर अमरप्रीत सिंह जी, मोस्ट वेलकम जी। बहुत धन्यवाद मनीष जी, अज पहले दिन मौका मिलिया तुहाडी गलबात सुनन दा। मैं बहुत धन्यवादी हैगा जी डॉक्टर महेंद्र सिंह दा, महेंद्र सिंह जी दा, और पहले दिन ही मैनू मौका मिल रहा रूबरू होने दा नैन सुख होर दे। परमजीत जी तो मेरे गुआंढी ने, ताकि असी बड़े जिहड़े आ कि घट साडी मेल मुलाकात होंदी है, ते डॉक्टर वेल सिंह जी नू भी मैं उन्हां दा शुक्रिया अदा करदा। डॉक्टर महेंद्र सिंह जी दे बारे मैं एक इन्नी गल जरूर तुहाडे नाल सांझी करना चाहना कि एक उत्साह लगातार, एक उम्मीद लोकां दे विच बनाई रखनी कि ज्ञान की जिहड़ी चर्चा है वह चलती रहनी चाहीदी है। वह मैं हैरान हुन्ना कि डॉक्टर साहब की एक जिहड़ी हैगी है ना, एक जिन्हों कहने नूतन, मतलब हमेशा ही एक नवीनता नू लैके उन्हां दा एक उत्साह बनिया रहना। ओ और साढ़े तो काफ़ी दीर्घ आयु उन्हां दी है, साढ़े सीनियर ने, लेकिन असी हुण ही असी ऐसे हालात विच हैगे हाँ कि असी निराश हो जाने हाँ ज्ञान की गल करन ते थोड़ा कई बारी उकताहट आ जाती है जां निराशा हो जाती है कि ठीक है जे असी नहीं भी कोई गल करते तो ये खुणों कोई वड्डी गल खलोती नहीं। पर डॉक्टर साहब जिवें सानू हमेशा ही उत्साह देंदे रहिंदे ने, और जिवें लंबे समय तो है एक प्लेटफॉर्म, चाहे वह ऑफलाइन जदों नहीं सी पॉसीबल तो ऑनलाइन उन्होंने एक शुरू किया जिदा कि होर भी फायदा, जिवें असी नैन सुख होर नाल जुड़े हुए हैं जेकर तो ये ऑनलाइन माध्यम के नाल ही जुड़े हैं, तो वह मैं मतलब मैं जरूर दोबारा ये कोशिश करूँगा कि डॉक्टर साहब ना बड़ा मेरा रहिंदा भी है, नेड़ता भी है, पर वह उत्साह मैं जिहड़ा हैगा मैं गवा जांदा। और अज मैनू दोबारा इन्होंने मौका दिता तो मैनू लगता कि मैनू भी जिहड़ा हैगा वह ज्ञान चर्चा जिहड़ी जिन्ना कोई साडा योग हैगे आ, ये तो नहीं कि साडा कोई ज्ञान ऐसा हैगा जिहदे कोलों बहुत वड्डी इहदे कोई असी गल करनी है, पर फिर भी सानू जिन्नी भी अपने आप दे विच इस सारी जिहड़ी चर्चा हैगी आ, एकत्रता जिहड़ी है, साडा मेल मेल बैठना जिहड़ा गलबात करनी है जिहड़ी, इहदे विच यकीन बझिया रहना चाहीदा। मैनूं लगदा कि उह इह धूणी जिहड़ी है इह जोगियां ने जिहड़ी पंजाब दी सभ्यता दे विच बाली सी, इह धूणी ही असीं हुण इस वेले उहदे दुआले बैठे हां, मैं समझदा कि हर तरीके दे नाल जिहड़ा। सो ये मैं डॉक्टर साहब नू अपना जिहड़ा मैं उन्हां नू ये कॉम्प्लीमेंट करना जरूरी समझदा। तुहाडा सहयोग मिलदा रहना चाहीदा, तुहाडा सहयोग डॉक्टर वेल सिंह, अमनप्रीत, बाकी जे दोस्त ने, डॉक्टर वेल सिंह भी उन्ने ही लंबे समय तो इस तरह के आयोजन करते रहे और कदी भी उन्होंने
ਜਿਹੜਾ ਨਾ ਉਹ ਹਾਲਾਤ ਦੇ ਨਾਲ ਨਿਰਾਸ਼ਾ ਨਹੀਂ ਪ੍ਰਗਟਾਈ। ਬੜੀਆਂ ਸਰਕਾਰਾਂ ਨੂੰ ਵੇਖਿਆ, ਬੜੇ ਲੋਕਾਂ ਨੂੰ ਵੇਖਿਆ, ਬੜੀਆਂ ਸੰਸਥਾਵਾਂ ਨੂੰ ਚਲਾਇਆ, ਤੇ ਉਹ ਮੈਨੂੰ ਹੁਣ ਇਹੀ ਲੱਗਦਾ ਕਿ ਮੈਨੂੰ ਦੁਬਾਰਾ ਇਹ ਇੱਕ ਸਿੱਖਣਾ ਚਾਹੀਦਾ ਇਹਨਾਂ ਦੋ ਸ਼ਖਸੀਅਤਾਂ ਤੋਂ। ਤੇ ਦੂਸਰਾ ਮੈਂ ਆਪਣੇ ਮਿੱਤਰ ਸੰਦੀਪ ਸਿੰਘ, ਜਿਹੜੇ ਕਿ ਨੈਣਸੁਖ ਜੀ ਦੀਆਂ ਤਿੰਨਾਂ ਕਿਤਾਬਾਂ ਦੇ ਪ੍ਰਕਾਸ਼ਕ ਨੇ, ਔਰ ਉਹਨਾਂ ਦੇ ਸਾਥੀ ਹਰਦੀਪ ਸਿੰਘ ਤੇ ਪਰਮਜੀਤ ਮੀਸ਼ਾ, ਇਹ ਤਿੰਨ ਸ਼ਖਸੀਅਤਾਂ ਐਸੀਆਂ ਨੇ ਜਿਨ੍ਹਾਂ ਦਾ ਮੈਂ ਸਮਝਦਾ ਕਿ ਇੱਕ ਜਿਹਨੂੰ ਕਹਿੰਦੇ ਆ ਨਿਸ਼ਕਾਮ ਜਿਹੜਾ ਹੈਗਾ ਨਾ, ਉਹ ਇੱਕ ਇੱਕ ਵਚਨਬੱਧਤਾ ਇੱਕ ਉਦੇਸ਼ ਦੇ ਨਾਲ, ਔਰ ਉਹ ਉਦੇਸ਼ ਕੈਸਾ ਜਿਹਦੇ ਵਿੱਚੋਂ ਕੋਈ ਨਾ ਤੇ ਕੋਈ ਫਾਈਨੈਂਸ਼ੀਅਲ ਕੋਈ ਬਹੁਤੀ ਮੱਲ ਮਾਰਨੀ ਹੈ, ਨਾ ਕੋਈ ਬਹੁਤੀ ਵੱਡੀਆਂ ਇਹਨਾਂ ਨੂੰ ਇਹਨਾਂ ਕਿਤਾਬਾਂ ਤੇ ਕੰਮ ਕਰਕੇ ਯੂਨੀਵਰਸਿਟੀਆਂ ਦੇ ਵਿੱਚ ਕੋਈ ਚੇਅਰਪਰਸਨ ਲਾਉਣਾ ਇਹਨਾਂ ਨੂੰ ਕਿਸੇ ਨੇ, ਸਾਰਾ ਕੁਝ। ਇਹਦੇ ਬਾਵਜੂਦ ਵੀ ਇੱਕ ਐਸੀ ਜਿਹੜੀ ਹੈ ਉਹ ਨਿਸ਼ਠਾ, ਕਿਉਂਕਿ ਨੈਣਸੁਖ ਜੀ ਦੀਆਂ ਕਿਤਾਬਾਂ ਨੂੰ ਲਿਪੀ ਅੰਤਰ ਕਰਨਾ, ਇਹ 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 ਪਰਮਜੀਤ ਜੀ ਜਾਣਦੇ ਜੇ ਨੇ ਜਾਂ ਫਿਰ ਨੈਣਸੁਖ ਜੀ ਜਾਣਦੇ ਨੇ। ਇਹਦੇ ਚ ਇੱਕ ਅੱਛਾ ਕਮਾਲ ਦੀ ਗੱਲ ਇਹ ਹੈ, ਨੈਣਸੁਖ ਜੀ ਦੀ ਇੱਕ ਕਿਤਾਬ ਆਈ ਪੂਰੇ ਦੀ ਵਾਹ, ਉਹਦੀ ਛੋਟੀ ਜਿਹੀ ਇੰਟਰੋਡਕਸ਼ਨ ਲਿਖਣ ਦਾ ਮੈਨੂੰ ਮੌਕਾ ਮਿਲਿਆ, ਤੇ ਉਸ ਛੋਟੀ ਜਿਹੀ ਇੰਟਰੋਡਕਸ਼ਨ ਚੋਂ ਮੇਰੀ ਇੰਨੀ ਸੋਭਾ ਮੈਨੂੰ ਮਿਲੀ ਹੈ ਕਿ ਮੈਨੂੰ ਆਪਣੀਆਂ 6 ਕਿਤਾਬਾਂ ਦੀ ਓਨੀ ਕਈ ਵਾਰੀ ਮਾਣ ਇੰਨਾ ਨਹੀਂ ਮਿਲਦਾ ਜਿੰਨਾ ਇਹ ਛੋਟੀ ਜਿਹੀ ਇੰਟਰੋਡਕਸ਼ਨ ਕਰਕੇ। ਮੈਨੂੰ ਫੋਨ ਆਉਂਦੇ ਨੇ ਜਗ੍ਹਾ ਜਗ੍ਹਾ ਤੋਂ, ਬੜੇ ਬੜੇ ਮਤਲਬ ਕਮਾਲ ਦੇ ਲੋਕ ਜਿਹੜੇ ਉਸ ਇੰਟਰੋਡਕਸ਼ਨ ਕਰਕੇ ਮੈਨੂੰ ਕੰਪਲੀਮੈਂਟ ਕਰਦੇ ਆ, ਹਾਲਾਂਕਿ ਮੈਂ ਉਹਦਾ ਬਹੁਤਾ ਉਹ ਹੱਕਦਾਰ ਨਹੀਂ ਹੈਗਾ ਕਿਉਂਕਿ ਕੰਮ ਜਿਹੜੇ ਨੇ। ਸੋ ਪਰਮਜੀਤ ਜੀ ਜਿਵੇਂ ਸਭ ਤੋਂ ਵੱਡੀ ਹੈ ਕਿ ਸੰਦੀਪ ਹੋਰਾਂ ਨੇ ਔਰ ਪਰਮਜੀਤ ਜੀ ਨੇ ਇੱਕ ਜਿਹੜਾ ਪੁਲ ਦਾ ਕੰਮ ਕੀਤਾ। ਮਸਲਾ ਕੀ ਬਣਿਆ ਹੋਇਆ? ਮਸਲਾ ਬਣਿਆ ਹੋਇਆ ਕਿ ਇੱਕ ਸਾਡੇ ਇੱਕ ਹੁੰਦੀ ਹੈ ਜੀ, ਸਾਡੇ ਅੱਖਾਂ ਦੇ ਸਾਹਮਣੇ ਇੱਕ ਕੰਧ ਸਾਡੇ ਦਿਮਾਗ ਦੇ ਅੰਦਰ ਜਿਹੜੀ ਉਸਰੀ ਹੁੰਦੀ, ਜਿਹਨੂੰ ਅਸੀਂ ਮੈਂਟਲ ਹੋਰੀਜ਼ਨ ਕਹਿ ਦਿੰਦੇ, ਸਾਡੀ ਸੋਚ ਉਦੋਂ ਦੂਰ ਹੀ ਨਹੀਂ ਜਾਂਦੀ। ਉਹ ਕੰਧ ਜਿਹੜੀ ਸੀਗੀ, ਇੱਕ ਤਾਂ ਸਾਡੇ ਕੋਲ ਜਿਹੜਾ ਹੁਣ ਜਿਹੜੀ ਨੈਣਸੁਖ ਹੋਰਾਂ ਦੀ ਕਿਤਾਬ ਹੈ, ਇਹ ਕੀ ਆ, ਇਹ ਉਸ ਕੰਧ ਨੂੰ ਢਾਉਂਦੀ ਆ, ਇਹ ਉਹਨੂੰ ਡਿਮੋਲਿਸ਼ ਕਰਦੀ ਆ ਬੜੇ ਜ਼ਬਰਦਸਤ ਤਰੀਕੇ ਨਾਲ। ਤੇ ਉਹ ਡਿਮੋਲਿਸ਼ ਕਰਕੇ ਸਾਡੇ ਜਿਹੜੇ ਵਹਿਮ ਭਰਮ ਨੇ ਇੱਥੇ, ਕਿਉਂਕਿ ਹੋਇਆ ਕੀ ਹੈ, ਅਸੀਂ ਸਾਨੂੰ ਜਿਹੜੀ ਹੈ, ਮੈਂ ਹੁਣ ਜੇ ਪੂਰਬੀ ਪੰਜਾਬ 'ਚ ਬੈਠਾ ਹੋਇਆ, ਤਰਨ ਤਾਰਨ ਸ਼ਹਿਰ ਸ਼ੇਰ ਸ਼ਾਹ ਸੂਰੀ ਮਾਰਗ 'ਤੇ ਪੁਰਾਤਨ ਸ਼ਹਿਰ ਹੈ, ਆਪਣੇ ਆਪ 'ਚ ਇਤਿਹਾਸਕ ਹੈ, ਬਹੁਤ ਵੱਡਾ ਇਹ ਗਵਾਹ ਇਹ ਰਿਹਾ, ਔਰ ਇੱਥੇ ਦੇ ਜਿਹੜੇ ਆਲੇ ਦੁਆਲੇ ਦੇ ਮਕਬਰੇ ਨੇ, ਸਰਾਏ ਨੂਰੁਦੀਨ ਉੱਥੇ ਇੰਨਾ ਪੁਰਾਣਾ ਮਕਬਰਾ ਕਿ ਉਹਦੀਆਂ ਜਿਹੜੇ ਵਿੱਚ ਗ੍ਰੈਫਿਟੀ ਜਿਹੜੀ ਆ ਲਿਖੀ ਹੋਈ ਉਹ ਸ਼ਾਹਜਹਾਨ ਦੇ ਵੇਲੇ ਦੀ ਆ, ਉਸ ਤੋਂ ਜਦੋਂ ਕੰਧਾਰ ਦੀ ਉਹਦੀ ਐਕਸਪੈਡੀਸ਼ਨ ਹੈਗੀ, ਉਸ ਵੇਲੇ ਜਿਹੜੇ ਲੋਕ ਜਾ ਰਹੇ ਨੇ ਉਹਦੇ ਕੰਧਾਂ ਤੇ ਲਿਖਦੇ, ਤੁਸੀਂ ਉਹ ਕਿੰਨਾ ਪੁਰਾਣਾ ਹੋਊਗਾ, ਇਹ ਬੜਾ ਪੁਰਾਣਾ ਇਲਾਕਾ ਔਰ ਉਹ ਸਾਰਾ ਕੁਝ। ਇਹਦੇ ਬਾਵਜੂਦ ਹੋਇਆ ਇਹ ਵੇ ਕਿ ਜਿਹੜਾ ਪੰਜਾਬੀ ਸੂਬਾ ਜਿਹੜਾ ਕਿ 50,000 ਸਕੇਅਰ ਕਿਲੋਮੀਟਰ ਰਹਿ ਗਿਆ ਓਰਿਜਨਲ ਪੰਜਾਬ ਦਾ, ਪੰਜਵਾਂ ਹਿੱਸਾ ਕਹਿ ਲਓ, ਇੱਥੇ ਸਾਡੀ ਜਿਹੜੀ ਵਿਦਿਆ ਪ੍ਰਣਾਲੀ ਹੈ ਉਹਨੇ ਸਾਡੀਆਂ ਅੱਖਾਂ ਦੇ ਉੱਤੇ ਐਨਕ ਘੱਟ ਲਾਈ ਆ ਤੇ ਪੱਟੀ ਜ਼ਿਆਦਾ ਬੰਨੀ ਆ। ਪੱਟੀ ਇਹ ਬੰਨੀ ਹੈ, ਬਿਲਕੁਲ ਸਾਡੀ ਜਿਹੜੀ ਪੰਜਾਬੀ ਸੂਬੇ ਦੀ ਕਹਾਣੀ ਹੈ ਤੇ ਪਾਕਿਸਤਾਨ ਦੀ ਕਹਾਣੀ ਆ ਉਹ ਇੱਕੋ ਜਿਹੀ ਹੈ। ਪਾਕਿਸਤਾਨ ਦੀ ਕਹਾਣੀ ਵੀ ਇਹ ਹੈ ਕਿ 1947 ਜਾਂ ਕਰਾਰਦਾਦ ਦੇ ਪਾਕਿਸਤਾਨ ਤੋਂ ਪਹਿਲਾਂ ਦੁਨੀਆ ਹੈ ਹੀ ਨਹੀਂ ਸੀ, ਪਾਕਿਸਤਾਨ ਸ਼ੁਰੂ ਹੀ ਹੁੰਦਾ ਇੱਥੋਂ ਹੀ ਹੁੰਦਾ ਜੀ, 1947 ਹੀ ਇਹਦਾ ਜਿਹੜਾ ਇਹ ਸਾਰੀ ਸਭਿਅਤਾ ਜਿਹੜੀ ਹੈ ਜਿਸ ਖਿੱਤੇ ਨੂੰ ਅਸੀਂ ਪਾਕਿਸਤਾਨ ਅੱਜ ਦੀ ਤਰੀਕ 'ਚ ਕਹਿੰਦੇ ਹਾਂ, ਇਹਦਾ ਜਨਮ ਜਿਹੜਾ ਉਹ 14 ਅਗਸਤ 1947 ਨੂੰ ਹੀ ਹੁੰਦਾ। ਇਸ ਤੋਂ ਪਹਿਲਾਂ ਤੇ ਸਭ ਜਿਵੇਂ ਉਹ ਕਹਿੰਦੇ ਜੀ ਖਲਾ ਹੀ ਸੀਗਾ, ਅਰਬਦ ਨਰਬਦ ਤੰਦੂਕਾਰਾ, ਸਭ ਕੁਝ ਨਹੀਂ ਸੀਗਾ, ਇਸ ਤੋਂ ਬਾਅਦ ਹੀ ਦੁਨੀਆ ਪੈਦਾ ਹੋਈ। ਇਸੇ ਤਰ੍ਹਾਂ ਹੀ ਸਾਡਾ ਆਪਣਾ ਹਾਲ ਇੱਥੇ ਪੰਜਾਬੀ ਸੂਬਾ 'ਚ ਇਹ ਹੋ ਗਿਆ ਕਿ 66 ਤੋਂ ਪਹਿਲਾਂ ਦਾ ਸੱਚ ਹੈ ਜਿਹੜਾ ਪੰਜਾਬ ਦੀ ਇੱਕ ਵਿਰਾਟ ਤਸਵੀਰ ਜਿਹੜੀ ਹੈ, ਪੰਜਾਬੀਅਤ ਦਾ ਇੱਕ ਜਿਹੜਾ ਇੱਕ ਵਿਰਾਟ ਅਨੁਭਵ ਹੈ ਉਹਨੂੰ ਅਸੀਂ ਭਾਸ਼ਾ 'ਚ ਤੇ ਲੈ ਲੈਂਦੇ ਹਾਂ, ਇਤਿਹਾਸ ਵੀ ਉਹ ਮੌਜੂਦ ਹੈ, ਔਰ ਜਦੋਂ ਨੈਣਸੁਖ ਹੋਰਾਂ ਦੀ ਕਿਤਾਬ ਪੜ੍ਹਦੇ ਹਾਂ ਤੇ ਫਿਰ ਸਾਡੀਆਂ ਤੇ ਉਹ ਜਿਹੜੀ ਹੋਸ਼ ਆਉਂਦੇ ਨੇ ਸਾਨੂੰ ਉਹਨੂੰ ਪੜ੍ਹ ਕੇ,
ਉਹ ਸਾਰੀ ਪਰ ਉਹ ਜਿਹੜੀ ਹੈ 66 ਤੋਂ ਬਾਅਦ ਜਿਹੜਾ ਸਾਡਾ ਇੱਥੇ ਦਾ ਯੂਨੀਵਰਸਿਟੀਜ਼ ਬਣੀਆਂ 69 ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਣੀ ਔਰ ਫਿਰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਬਣਦਾ ਇੱਥੇ ਦਾ ਜਿਹੜੀ ਸਾਨੂੰ ਜਿਹੜੀ ਵਿੱਦਿਆ ਦਿੱਤੀ ਜਾਂਦੀ ਹੈ ਉਹ ਵਿੱਦਿਆ ਵੀ ਉਹ ਇੱਕ ਮਸਨੂਈ ਪੰਜਾਬ ਦੀ ਗੱਲ ਕਰਦੀ ਹੈ ਆਰਟੀਫਿਸ਼ੀਅਲ ਪੰਜਾਬ ਦੀ ਗੱਲ ਕਰਦੀ ਹੈ ਉਹ ਇੱਕ ਐਸੇ ਪੰਜਾਬ ਦੀ ਗੱਲ ਕਰਦੀ ਹੈ ਜਿਹਦੇ ਵਿੱਚ ਜਿਹਦਾ ਆਖਰੀ ਸੱਚ ਗੁਰਮੁਖੀ ਲਿਪੀ ਹੈ ਗੁਰਮੁਖੀ ਲਿਪੀ ਤੇ ਬਾਹਰ ਕੋਈ ਰਚਨਾ ਜਿਹੜੀ ਹੈ ਉਹਦੇ ਤੱਕ ਅਸੀਂ ਗਏ ਨਹੀਂ ਅੱਛਾ ਦੂਸਰੇ ਪਾਸੇ ਹੈ ਕਿ ਇਹਦੇ ਵਿੱਚ ਚਲੋ ਕੋਈ ਸ਼ੱਕ ਨਹੀਂ ਹੈ ਕਿ ਸਿੱਖ ਗੁਰੂ ਸਾਹਿਬਾਨ ਦਾ ਪੰਜਾਬ ਦੀ ਉਸਾਰੀ ਵਿੱਚ ਬਹੁਤ ਵੱਡਾ ਯੋਗਦਾਨ ਹੈ ਅਸੀਂ ਉਸੇ ਸਾਰੇ ਹੀ ਔਰ ਪੂਰਾ ਪੰਜਾਬ ਜਿਹੜਾ ਅਨਡਿਵਾਈਡਿਡ ਪੰਜਾਬ ਆ ਇਸ ਗੱਲ ਦੀ ਪੂਰੀ ਦੇ ਪੂਰਾ ਸਤਿਕਾਰ ਕਰਦਾ ਕਰਤਾਰਪੁਰ ਲਾਂਘੇ ਪ੍ਰਤੀ ਦੋਵਾਂ ਪੰਜਾਬਾਂ ਦੀ ਉਹ ਇਸ ਗੱਲ ਦਾ ਉਦਾਹਰਣ ਹੈ ਪਰ ਉਹਦੇ ਬਾਵਜੂਦ ਵੀ ਇਤਿਹਾਸ ਤੇ ਬੜਾ ਪੁਰਾਤਨ ਹੈ ਪੰਜਾਬ ਦਾ ਪੰਜਾਬ 1469 ਦੇ ਵਿੱਚ ਤਾਂ ਸ਼ੁਰੂ ਨਹੀਂ ਹੋਇਆ ਗੁਰੂ ਨਾਨਕ ਸਾਹਿਬ ਜਿਸ ਪਰੰਪਰਾ ਦੀ ਤੋਂ ਲੈ ਰਹੇ ਨੇ ਉਹਦੀ ਰੋਸ਼ਨੀ ਦੇ ਵਿੱਚ ਗੱਲ ਕਰ ਰਹੇ ਆ ਉਹ ਪਰੰਪਰਾ ਤੇ ਬੜੀ ਪੁਰਾਣੀ ਹੈ ਅੱਛਾ ਸਾਡੇ ਕੀ ਹੋ ਗਿਆ ਜਿਵੇਂ ਪਾਕਿਸਤਾਨ ਨੂੰ ਇੱਕ ਮਰਜ਼ ਹੋ ਗਿਆ ਅਰਬ ਹੋਣ ਦਾ ਉਹ ਸਾਡਾ ਵੀ ਉਹ ਮਰਜ਼ ਇਸ ਤਰ੍ਹਾਂ ਦਾ ਹੀ ਆ ਕਿ ਅਸੀਂ ਜਿਹੜੀ ਹੈ ਉਹ ਸਾਡੀ ਜਿਹੜੀ ਜਿਹੜੀ ਪੁਰਾਣੀ ਸਨਾਤਨ ਪਰੰਪਰਾ ਹੈਗੀ ਹੈ ਜਾਂ ਇਸ ਤੋਂ ਪਹਿਲਾਂ ਇਸਲਾਮ ਦੀ ਪਰੰਪਰਾ ਜਾਂ ਸਨਾਤਨ ਪਰੰਪਰਾ ਜਾਂ ਯੋਗੀਆਂ ਦੀ ਪਰੰਪਰਾ ਜਿੰਨੀਆਂ ਵੀ ਤਰ੍ਹਾਂ ਦੀਆਂ ਪਰੰਪਰਾਵਾਂ ਹੈਗੀਆਂ ਨੇ ਅਸੀਂ ਉਹਨਾਂ ਤੋਂ ਮੁਨਕਰ ਹੋ ਕੇ ਸਾਡੇ ਜਿਹੜੇ ਹਿਸਟੋਰੀਅਨ ਸੀਗੇ ਉਹਨਾਂ ਨੇ ਲੈ ਦੇ ਕੇ ਗੱਲ ਜਿਹੜੀ ਹੈ ਉਹਨੂੰ ਇੱਕ ਬਿਲਕੁਲ ਸਿੰਥੈਟਿਕ ਫਾਰਮ ਦੇ ਵਿੱਚ ਜਿਹੜਾ ਉਹਨਾਂ ਨੇ ਸਾਨੂੰ ਸਾਡੀ ਸਭਿਅਤਾ ਦੀ ਜਿਹੜੀ ਜਟਿਲਤਾ ਉਹਨੂੰ ਉਹਨਾਂ ਨੇ ਸਿੰਪਲੀਫਾਈ ਕਰ ਦਿੱਤਾ ਕਿ ਜੀ ਆਹ ਤਿੰਨ ਕੌਮਾਂ ਸੀ ਜਾਂ ਹਿੰਦੂ ਸੀ ਜਾਂ ਮੁਸਲਮਾਨ ਜਾਂ ਸਿੱਖ ਸੀਗੇ ਸਾਡਾ ਸਾਹਿਤ ਦਾ ਇਤਿਹਾਸ ਵੀ ਕੁਝ ਇਸ ਤਰੀਕੇ ਦੇ ਨਾਲ ਹੀ ਲਿਖਿਆ ਜਾਣ ਲੱਗਾ ਤੇ ਇਹ ਸਾਨੂੰ ਉਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹਦੇ ਵਿੱਚ ਸਾਡੀਆਂ ਜਿਹੜੀਆਂ ਟੈਕਸਟ ਨੇ ਹੋਇਆ ਇਹ ਕਿ ਇੱਥੋਂ ਤੱਕ ਜਿਹੜਾ ਜੋ ਵੀ ਪੰਜਾਬ ਇਸ ਵੇਲੇ ਪ੍ਰਧਾਨ ਜਿਹੜੀਆਂ ਧਿਰਾਂ ਨੇ ਡੋਮੀਨੇਟ ਕਰਦੀਆਂ ਪੋਲੀਟੀਕਲ ਤੌਰ ਤੇ ਇਕਨੋਮਿਕ ਤੌਰ ਤੇ ਬਿਲਕੁਲ ਹੁਣ ਜਿਵੇਂ ਪਰਮਜੀਤ ਜੀ ਨੇ ਗੱਲ ਕੀਤੀ ਕਿ ਪੰਜਾਬ ਦੇ ਅਸਲੀ ਵਾਰਸਾਂ ਦੀ ਨਿਸ਼ਾਨਦੇਹੀ ਨੈਣ ਸਿੰਘ ਹੋਰਾਂ ਦੀ ਕਿਤਾਬ ਕਰਦੀ ਹੈ ਔਰ ਮੈਂ ਇਹਨਾਂ ਅਸਲੀ ਵਾਰਸਾਂ ਦੀ ਮੈਂ ਜਦੋਂ ਵੀ ਆਪਣੇ ਪਿੰਡਾਂ ਦੇ ਵਿੱਚ ਘੁੰਮਦਾ ਅੱਜ ਦੀ ਤਰੀਕ 'ਚ ਜਿਵੇਂ ਡਾਕਟਰ ਮਹਿੰਦਰ ਸਿੰਘ ਹੋਰਾਂ ਨੇ ਗੱਲ ਕੀਤੀ ਕਿ ਪੰਜਾਬ ਦੇ ਨੌਜਵਾਨ ਕੈਨੇਡਾ ਜਾ ਰਹੇ ਆ ਤਾਂ ਜਿਹੜੇ ਇੱਥੋਂ ਦਾ ਅਸਲ ਵਾਰਸ ਹੈਗਾ ਉਹੀ ਉਹੀ ਜਿਹੜਾ ਜਿਹਨੂੰ ਇਹਨਾਂ ਨੇ ਫੀਨਾ ਆਖਿਆ ਜਿਹਨੂੰ ਕਾਲਾ ਆਖਿਆ ਉਹ ਤਾਂ ਇਸ ਧਰਤੀ ਨਾਲ ਜੁੜਿਆ ਹੋਇਆ ਉਹਨੂੰ ਤਾਂ ਇਹ ਧਰਤੀ ਰੋਟੀ ਦੇ ਰਹੀ ਹੈ ਉਹ ਤਾਂ ਆਪਣੀ ਗਰੀਬੀ ਔਰ ਆਪਣੀ ਮੁਫਲਿਸੀ ਦੇ ਬਾਵਜੂਦ ਵੀ ਉਹਨੇ ਕੋਈ ਇਹਨੂੰ ਛੱਡ ਛਡਾ ਕੇ ਤਿਲਾਂਜਲੀ ਦੇਣੀ ਜਿਹੜੀ ਹੈ ਉਹ ਨਹੀਂ ਉਹਨੂੰ ਬੜਾ ਲੰਮਾ ਸਮਾਂ ਜਿਹੜੀ ਹੈਗੀ ਹੈ ਕੀ ਇਹਨੂੰ ਕਹਿੰਦੇ ਲੈਂਡ ਐਲੀਨੇਸ਼ਨ ਐਕਟ ਦੇ ਮਾਧਿਅਮ ਨਾਲ ਉਹਨੂੰ ਇਸ ਧਰਤੀ ਦੇ ਉੱਤੇ ਇੱਕ ਕੋਠਾ ਛੱਤਣ ਦੀ ਵੀ ਇਜਾਜ਼ਤ ਨਹੀਂ ਦਿੱਤੀ ਹੁਣ ਆ ਕੇ ਉਹਨਾਂ ਨੂੰ ਇੱਕ ਜਿਹੜਾ ਜ਼ਮੀਨ ਉਹਦਾ ਹੱਕ ਮਿਲ ਰਿਹਾ ਜਾ ਕੇ ਜਿਹੜੀ ਹੁਣ ਆ ਕੇ ਰੈਵਨਿਊ ਦੇ ਵਿੱਚ ਛੋਟੀਆਂ ਛੋਟੀਆਂ ਤਬਦੀਲੀਆਂ ਕੀਤੀਆਂ ਜਾ ਰਹੀਆਂ ਨੇ ਕਿ ਉਹ ਜਿਹੜੇ ਨੇ ਲਾਲ ਡੋਰੇ ਦੇ ਅੰਦਰ ਵੀ ਉਹਨਾਂ ਦੇ ਘਰਾਂ ਦੀ ਰਜਿਸਟਰੀ ਹੋ ਸਕੇ ਵਗੈਰਾ ਵਗੈਰਾ ਤਾਂ ਕਿੰਨੇ ਸਾਲ ਇਹਨਾਂ ਦੇ ਨਾਲ ਜਿਹੜੇ ਹੁਕਮਰਾਨ ਨੇ ਉਹਨਾਂ ਨੇ ਬੇਇਨਸਾਫੀ ਕੀਤੀ ਇਹਦੇ ਬਾਵਜੂਦ ਵੀ ਇਹ ਜਿਹੜੇ ਧਰਤੀ ਦੇ ਅਸਲ ਵਾਰਸ ਨੇ ਇਹਨਾਂ ਨੇ ਇਸ ਧਰਤੀ ਨੂੰ ਉਹ ਨਹੀਂ ਤਿਲਾਂਜਲੀ ਦਿੱਤੀ ਲਾਲ ਸਿੰਘ ਦਿਲ ਜਿਹੜੀ ਗੱਲ ਕਰਦਾ ਕਿ ਜਿਹੜੇ ਭੁੱਖਾਂ ਦੇ ਮਾਰੇ ਆਰੀਆ ਕੌਣ ਨੇ ਕਿਸ ਭਾਰਤ ਦੀ ਜ਼ਮੀਨ ਇਹ ਮੱਲਣ ਜਾ ਰਹੇ ਨੇ ਔਰ ਅਸੀਂ ਐਤਕੀ ਜਦੋਂ ਲੋਕਡਾਊਨ ਹੋਇਆ ਪੂਰੇ ਮੁਲਕ ਨੇ ਵੇਖਿਆ ਕਿ ਸਾਡੇ ਇੱਥੇ ਜੋ ਜਿਹੜਾ ਕਿਰਤੀ ਜਮਾਤ ਹੈ ਉਹਦੀ ਕੀ ਸੱਚਾਈ ਹੈ ਉਹਦੀ ਕੀ ਹਾਲਤ ਹੈ ਤਾਂ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਲੋਕਾਂ ਦੀ ਜਿਹੜੀ ਗੱਲ ਕਰਨੀ ਹੈ ਉਹ ਪਹਿਲੀ ਵਾਰ ਮੈਂ ਮਤਲਬ ਨੈਣ ਸਿੰਘ ਦੀ ਕਿਤਾਬ ਜਿਹੜੀ ਹੈ ਜਿਵੇਂ ਥੋੜੇ ਥੋੜੇ ਕਿਉਂਕਿ ਇਸ ਤਰ੍ਹਾਂ ਦੀ ਕਿਤਾਬ ਪੰਜਾਬੀ ਦੇ ਵਿੱਚ ਮੈਨੂੰ ਨਜ਼ਰ ਨਹੀਂ ਆਉਂਦੀ ਥੋੜੇ ਥੋੜੇ ਜੇ ਮੈਂ ਇਹਦੇ ਹਲਕੇ ਜੇ ਕੰਪੈਰੀਜ਼ਨ ਹੈਗੇ ਆ ਜਾਂ ਰੈਫਰੈਂਸ ਜਿਹੜੇ ਆ ਕਿ ਇਸ ਤਰ੍ਹਾਂ ਦਾ ਕੰਮ ਜਿਹੜਾ ਜੇ ਥੋੜਾ ਥੋੜਾ ਸਾਨੂੰ ਉਮੀਦ ਕਿਤੋਂ ਨਜ਼ਰ ਆਉਂਦੀ ਇਸ ਤੋਂ ਬਾਹਰ ਤਾਂ ਉਹ ਮਨਮੋਹਨ ਬਾਵਾ ਜੀ ਜਿਹੜੇ ਨੇ ਉਹਨਾਂ ਦਾ ਕੰਮ ਜਿਹੜਾ ਉਹ ਸਾਡੇ ਕੋਲ ਬਹੁਤ ਵੱਡੀ ਗੁਰਮੁਖੀ
ਉਹ ਕੰਮ ਜਿਹੜਾ ਕੀਤਾ ਫੀਲਡ ਚ ਕੀਤਾ। ਮਨਮੋਹਨ ਬਾਵਾ ਜੀ ਨੇ ਵੀ ਆਪਣਾ ਫਿਕਸ਼ ਨੋਵਲ ਵੀ ਲਿਖੇ, ਲੇਖ ਵੀ ਲਿਖੇ ਨੇ, ਔਰ ਪੰਜਾਬ ਦੇ ਪ੍ਰਾਚੀਨ ਜਿਹੜਾ ਹੈਗੇ ਨੇ ਝਾਕੀਆਂ ਉਹਨਾਂ ਨੂੰ ਆਪਣੀ ਰਚਨਾ ਦੇ ਵਿੱਚ ਅਰਲੀ ਮਿਡੀਵਲ ਪੰਜਾਬ ਤੇ ਪ੍ਰਾਚੀਨ ਪੰਜਾਬ ਜਿਹੜਾ ਉਹ ਸਾਡੇ ਤੱਕ ਲਿਆਂਦਾ। ਹਿੰਦੀ ਵਿੱਚ ਸ਼ਾਜ਼ੀ ਜ਼ਮਾਨ ਦੀ ਜਿਹੜੀ ਕਿਤਾਬ ਹੈ ਅਕਬਰ, ਹੁਣ ਉਹ ਅੰਗਰੇਜ਼ੀ 'ਚ ਵੀ ਆਈ ਹੈ ਪਰ ਪਹਿਲੋਂ ਬੇਸਿਕਲੀ ਹਿੰਦੀ ਵਿੱਚ ਹੈ। ਔਰ ਬੜੀ ਹੀ ਉਸ ਤਰ੍ਹਾਂ ਦਾ ਕੰਮ ਮੈਨੂੰ, ਮਤਲਬ ਮੈਂ ਸਮਝਦਾ ਕਿ ਸ਼ਾਜ਼ੀ ਜ਼ਮਾਨ ਨੇ ਜਿਵੇਂ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਅਕਬਰ ਕੀ ਕਰਦਾ ਸੀ ਔਰ ਉਹ ਸਾਰਾ ਉਸ ਵੇਲੇ ਦੇ ਜਿਹੜੇ ਲੋਕ ਸੀਗੇ, ਕਿਵੇਂ ਲੰਮਾ ਚੌੜਾ ਇੱਥੇ ਹਾਕਾ ਹੁੰਦਾ ਸੀ, ਲਾਹੌਰ ਦੇ ਇਰਦ ਗਿਰਦ ਸ਼ਿਕਾਰ ਸੀ, ਔਰ ਉਹ ਅਮਰਕੋਟ 'ਚ ਜਿਵੇਂ ਉਹਦਾ ਜਨਮ ਹੋਇਆ, ਉਹ ਸਾਰੀਆਂ ਗੱਲਾਂ। ਫਿਰ ਕੁਰਤਲਨ ਹੈਦਰ, ਉਹਦਾ ਮੈਨੂੰ ਲੱਗਦਾ ਕਿ ਅੱਗ ਦਾ ਦਰਿਆ ਦਾ ਜਿਹੜਾ ਹੈਗਾ ਸੀਗਾ ਜੋ ਪੈਮਾਨਾ, ਇਹ ਵੀ ਇਹਦਾ ਉਦੇਸ਼ ਚਾਹੇ ਨਾਵਲ ਲਿਖਣਾ ਸੀਗਾ ਤਾਂ ਇੱਕ ਇੱਕ ਸਟੇਜ ਐਸੀ ਆਉਂਦੀ ਹੈ ਗਿਆਨ ਦੀ ਔਰ ਭਾਸ਼ਾ ਦੇ ਵਿੱਚ, ਸੱਚਾਈ ਇੰਨੀ, ਭਾਸ਼ਾ ਜਿਹੜੀ ਹੈ ਇੰਨਾ ਵੱਡਾ ਇਤਿਹਾਸ ਦਾ, ਇੰਨਾ ਵੱਡਾ ਜਿਹਨੂੰ ਆਪਾਂ ਕਹਿ ਸਕਦੇ ਹਾਂ ਆਰਕਾਈਵ ਭਾਸ਼ਾ ਦੇ ਵਿੱਚ ਪਿਆ। ਕਿਉਂਕਿ ਅਸੀਂ ਦੇਖਦੇ ਹਾਂ ਰੋਜ਼ਾਨਾ ਪੁਰਾਤਨ ਇਮਾਰਤਾਂ ਖਤਮ ਹੋ ਜਾਂਦੀਆਂ, ਟਿੱਲਿਆਂ ਦੇ ਥੱਲੇ ਦੱਬੀਆਂ ਜਾਂਦੀਆਂ, ਹਰ ਚੀਜ਼ ਜਿਹੜੀ ਆ ਖਤਮ ਹੋ ਸਕਦੀ ਆ, ਪਰ ਜਿਹੜੀ ਭਾਸ਼ਾ ਉਹਦੇ ਵਿੱਚ ਸੱਚਾਈ ਹਮੇਸ਼ਾ ਮੌਜੂਦ ਰਹਿੰਦੀ ਹੈ। ਸਿਰਫ ਹੁਣ ਉਹਨੂੰ ਵੇਖਣ ਦੀ ਲੋੜ ਹੁੰਦੀ ਹੈ ਕਿ ਕਿਹੜੇ ਕੰਨ ਉਸ ਬੋਲ ਦੀ ਦੇ ਅੰਦਰ ਜਿਹੜਾ ਇਤਿਹਾਸ ਬੋਲਦਾ ਉਹਨੂੰ ਸਮਝ ਸਕਦੇ ਨੇ। ਹੁਣ ਜਦੋਂ ਨੈਣ ਸੁਖ ਜੀ ਇਹ ਗੱਲ ਕਰਦੇ ਆ ਕਿ ਦਰਾਵੜ ਜਿਹੜੇ ਆ ਇਹ ਮਾਲ ਮੱਝ ਵਾਸਤੇ ਮਾਲ ਲਫ਼ਜ਼, ਕਿਉਂਕਿ ਅੱਜ ਵੀ ਸਾਡੇ ਜਿਹੜੇ ਪਿੰਡਾਂ ਦੇ ਵਿੱਚ ਸਾਡੇ ਚਾਚੇ ਤਾਏ ਜਾਂ ਹੋਰ ਵੇਲੇ ਸ਼ਾਮ ਨੂੰ ਪਿੰਡਾਂ 'ਚ ਇਹ ਗੱਲ ਹੁੰਦੀ ਕਿ ਮਾਲ ਬਾਹਰ ਲੈ ਜਾਓ ਤੇ ਮਾਲ ਲੈ ਆਓ, ਤੇ ਮਾਲ ਉੱਥੇ ਕੋਈ ਵੀ ਨਹੀਂ ਕਹਿੰਦਾ ਵੀ ਮਾਲ ਦਾ ਮਤਲਬ ਮਾਲੀਆ ਜਾਂ ਕੋਈ, ਮਾਲ ਦਾ ਮਤਲਬ ਮਾਲ ਡੰਗਰ ਹੀ ਹੈ। ਤੇ ਉਹ ਬੜੀਆਂ ਹੈਰਾਨੀ ਹੁੰਦੀ ਹੈ ਕਿ ਇੰਨੀ ਲੰਮੀ ਜਿਹੜੀ ਹੈ ਕੰਟੀਨਿਊਟੀ ਭਾਸ਼ਾ ਦੀ। ਹਾਂਜੀ, ਮੈਂ ਜਦੋਂ ਅਸੀਂ ਕਿਤਾਬ ਕਾਲਜ ਪੜ੍ਹਦੇ ਸੀਗੇ ਤੇ ਬਾਬਾ ਫਰੀਦ ਦੀ ਭਾਸ਼ਾ ਸਾਨੂੰ ਓਪਰੀ ਲੱਗਦੀ ਸੀ, ਤਾਂ ਜਿਵੇਂ ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜੀਰਾਂਦ, ਅਸੀਂ ਉਹਨੂੰ ਪੜ੍ਹਦੇ ਸੀ ਜੀਰਾਂਦ। ਤਾਂ ਜਦੋਂ ਸਾਡੇ ਉਹਨਾਂ ਡੰਗਰਾਂ ਨਾਲ ਵਿਚਰਦਿਆਂ ਜਦੋਂ ਸਾਡੇ ਰਿਸ਼ਤੇਦਾਰ ਚਾਚੇ ਤਾਏ ਉਹ ਕਹਿੰਦੇ ਜਰੈਂਦ ਕਰ, ਤਾਂ ਫਿਰ ਉਹ ਮੈਨੂੰ ਸਮਝ ਆਈ ਕਿ ਭਾਸ਼ਾ ਜਿਹੜੀ ਹੈ ਉਹ ਕਿੰਨੀ ਮਤਲਬ ਕੰਟੀਨਿਊਟੀ ਉਹਦੀ ਹੈਗੀ ਹੈ ਕਿ ਜਰਾਂਦ ਲਫ਼ਜ਼ ਅੱਜ ਵੀ ਸਾਡੀ ਬੋਲੀ 'ਚ ਹੈ। ਔਰ ਉਹ ਜਿਹੜਾ ਸੋ ਬੋਲੀ ਦੀ ਜਿਹੜੀ ਨਿਰੰਤਰਤਾ ਹੈ ਇਤਿਹਾਸ ਦੇ ਅਨੁਭਵ ਦੀ ਨਿਰੰਤਰਤਾ ਵੀ ਮੌਜੂਦ ਹੈ। ਔਰ ਉਹ ਅੱਛਾ, ਹੁਣ ਦੂਸਰੇ ਪਾਸੇ ਕੀ ਹੋਇਆ ਜਿਹੜੀ ਸਭ ਤੋਂ ਖਤਰਨਾਕ ਗੱਲ ਹੈ ਕਿ ਬੋਲੀ ਨੂੰ ਹੀ ਇੱਕ ਵੰਗਾਰ ਪੈ ਗਈ ਵਿਦਿਆ ਦੇ ਵਿੱਚ। ਕਮਰਸ਼ੀਅਲ ਜਿਹੜੀ ਹੈ ਉਹ ਜਿਹੜਾ ਸਿਸਟਮ ਹੈ ਕਿ ਬੋਲੀ ਦੀ ਕੀ ਫਾਇਦਾ, ਪੰਜਾਬੀ ਪੜ੍ਹ ਕੇ ਕੀ ਲੈਣਾ, ਪੰਜਾਬੀ ਜਿਹੜੀ ਹੈ ਉਹ ਔਰ ਬੜੀਆਂ ਤੁਸੀਂ ਡਾਕਟਰ ਮਹਿੰਦਰ ਸਿੰਘ ਜੀ ਜ਼ਿਆਦਾ ਜੁੜੇ ਰਹਿੰਦੇ ਨੇ ਵਿਦੇਸ਼ਾਂ ਦੇ ਵਿੱਚ ਜਿਹੜੀ ਪੰਜਾਬ ਸਟੱਡੀਜ਼ ਦੇ ਕੰਮ ਹੋ ਰਿਹਾ ਉਹਦੇ ਨਾਲ, ਹਨਾ ਬਹੁਤ ਸਾਰੀਆਂ ਯੂਨੀਵਰਸਿਟੀਜ਼ ਵਿਦੇਸ਼ਾਂ ਦੀਆਂ, ਯੂਰਪ ਦੀਆਂ ਤੇ ਨੌਰਥ ਅਮੈਰੀਕਾ ਦੀਆਂ, ਜਿਨ੍ਹਾਂ ਨੇ ਪੰਜਾਬੀ ਦੇ ਬਾਰੇ, ਪੰਜਾਬ ਦੇ ਇਤਿਹਾਸ ਬਾਰੇ ਕਿਤਾਬਾਂ ਉੱਥੋਂ ਦੇ ਖੋਜੀ ਲਿਖਦੇ ਨੇ। ਪਰ ਕਈ ਵਾਰ ਪੰਜਾਬੀ ਬੋਲੀ ਨੂੰ ਲੈ ਕੇ ਜਿਸ ਤਰ੍ਹਾਂ ਦੀਆਂ ਹਾਸੋਹੀਣੀਆਂ ਉਹਦੇ ਵਿੱਚ ਗੱਲਾਂ ਬਾਤਾਂ ਹੋ ਜਾਂਦੀਆਂ ਨੇ, ਉੱਥੋਂ ਫਿਰ ਇਹ ਪਤਾ ਲੱਗਦਾ ਕਿ ਇੱਕ ਬੋਲੀ ਇੱਕ ਏਡੀ ਸਿੱਧੀ ਚੀਜ਼ ਨਹੀਂ ਹੈ ਕਿ ਕੋਈ ਵੀ ਬੰਦਾ ਥੋੜ੍ਹਾ ਜਿਹਾ ਕੋਈ ਟਰਾਂਸਲੇਸ਼ਨ ਦਾ ਕੋਰਸ ਕਰਕੇ ਤੇ ਇਤਿਹਾਸ ਦੇ ਵਿੱਚ ਜਿਹੜਾ ਉਹ ਜਿੱਦਾਂ ਮਰਜ਼ੀ ਜਿਹਨੂੰ ਕਹਿੰਦੇ ਜੁੱਤੀਆਂ ਪਾ ਕੇ ਅੰਦਰ ਆਉਣ ਵੜੇ ਡਰਾਇੰਗ ਰੂਮ ਦੇ, ਉਹ ਪੰਜਾਬ ਦਾ ਇਤਿਹਾਸ ਤੇ ਪੰਜਾਬ ਦੀ ਬੋਲੀ ਜਿਹੜੀ ਹੈ ਜਟਿਲਤਾ ਜਿਹੜੀ ਹੈ ਉਹ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀ। ਨੈਣ ਸੁਖ ਹੋਰਾਂ ਦੀ ਕਿਤਾਬ ਦੀ ਇੱਕ ਸਭ ਤੋਂ ਵੱਡੀ ਵਿਸ਼ੇਸ਼ਤਾ ਕੀ ਹੈ ਕਿ ਇਹਨਾਂ ਨੇ ਆਪਣੀ ਗੱਲ ਨੂੰ ਫਾਰਸੀ ਸੋਮਿਆਂ ਤੱਕ ਮਹਿਦੂਦ ਨਹੀਂ ਰੱਖਿਆ। ਜਿਹੜਾ ਇਤਿਹਾਸਕਾਰ ਨੇ ਸਾਡੇ ਉਹਨਾਂ ਦੇ ਵਿੱਚ ਇਹ ਬੜਾ ਵੱਡਾ ਮਸਲਾ ਹੈ। ਸਾਡੇ ਹਿੰਦੁਸਤਾਨ ਦੇ ਵਿੱਚ ਜਿਹੜੇ ਐਸਟੈਬਲਿਸ਼ਡ ਹਿਸਟੋਰੀਅਨਸ ਨੇ, ਜਿਹਨਾਂ 'ਚ ਸਤੀਸ਼ ਚੰਦਰ ਵੀ ਹੈ, ਜਿਹਦੇ 'ਚ ਇਰਫਾਨ ਹਬੀਬ ਹੈ, ਜੇ ਐਸ ਗਰੇਵਾਲ ਨੇ, ਇਹਨਾਂ ਨੇ ਪੰਜਾਬ ਦੀ ਜਦੋਂ ਗੱਲ ਕੀਤੀ ਹੈ ਤੇ ਉਹਨਾਂ ਨੇ ਫਾਰਸੀ ਸੋਮਿਆਂ ਨੂੰ ਜਸ ਕਾ ਤਸ ਵਰਤ ਲਿਆ ਬਿਨਾਂ ਉਹਦੇ ਵਿੱਚ ਉਹਦੀ ਪੜਚੋਲ ਕੀਤਿਆਂ।
ਤੇ ਬਿਨਾਂ ਹੀ ਉਹਦੇ ਜਿਹੜੇ ਨੇ ਉਹਦੇ ਨਾਲ ਉਹਦੇ ਕਾਊਂਟਰ ਜਿਹੜੇ ਹੈਗੇ ਨੇ ਉਹਨੂੰ ਇਸਤੇਮਾਲ ਕੀਤਿਆਂ ਕਿ ਜਿਹੜੇ ਆ ਗੁਰਮੁਖੀ ਦੇ ਸੋਰਸਿਸ ਨੇ ਜਾਂ ਪੰਜਾਬੀ ਦੇ ਵਿੱਚ ਜਿਹੜੇ ਹੋਰ ਪੰਜਾਬੀ ਬੋਲੀ ਦੇ ਜਿਹੜੇ ਸੋਰਸਿਸ ਨੇ ਲੋਕਧਾਰਾ ਦੇ ਜਿਹੜੇ ਵੇਰਵੇ ਨੇ ਇਹਨਾਂ ਨਾਲੋਂ ਮੈਂ ਸਮਝਦਾ ਕਿ ਜਿਹੜੀ ਇਹਨਾਂ ਨਾਲੋਂ ਜ਼ਿਆਦਾ ਸੁਚੇਤ ਇਤਿਹਾਸਕਾਰ ਸੀ ਭਾਈ ਵੀਰ ਸਿੰਘ। ਬਿਲਕੁਲ ਜਿਵੇਂ ਨੈਣ ਸਿੰਘ ਹੋਰੀ ਲੋਕਧਾਰਾ ਦੇ ਮਾਧਿਅਮ ਦੇ ਨਾਲ ਪੰਜਾਬ ਦੇ ਇਤਿਹਾਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਨੇ, ਸਾਡੇ ਤੱਕ ਪਹੁੰਚਾਉਂਦੇ ਨੇ, ਭਾਈ ਵੀਰ ਸਿੰਘ ਨੇ ਵੀ ਪੰਜਾਬੀ ਗੁਰਮੁਖੀ ਜਿਹੜੀ ਹੈ ਜਿਹਨੂੰ ਗੁਰਮੁਖੀ ਪੁਨਰ ਜਾਗਰਣ ਕਹਿ ਦਿੰਦੇ ਨੇ, ਪਹਿਲਾ ਨਾਵਲ ਜਿਹੜਾ ਸੁੰਦਰੀ ਹੈ ਉਹ ਇਸੇ ਗੱਲ ਤੇ ਲਿਖਿਆ ਕਿ ਸੁੰਦਰੀ ਉਹਨਾਂ ਨੇ ਇੱਕ ਜਿਹੜਾ ਉਹ ਲੋਕ ਗੀਤ ਸੀਗਾ ਮੁਗਲਾਂ ਦੁਆਰਾ ਜਿਹੜਾ ਉਹ ਸੁੰਦਰੀ ਨੂੰ ਚੁੱਕ ਲੈਣ ਦੀ ਗੱਲ ਜਿਹੜੀ ਹੈ ਤੇ ਫਿਰ ਉਹ ਜਾਂ ਫਿਰ ਉਹਨਾਂ ਨੇ ਇਕੱਠੇ ਕੀਤੇ। ਬਾਬਾ ਬੁੱਧ ਸਿੰਘ ਦਾ ਬੜਾ ਯੋਗਦਾਨ ਸੀ ਉਸ ਵੇਲੇ, ਪ੍ਰਿੰਸੈਸ ਬਾਂਬਾ ਨੇ ਮਿਲ ਕੇ ਜਿਵੇਂ ਇਹ ਸਾਰੀ ਇਤਿਹਾਸ ਦੀ ਖੋਜ ਕਰਵਾਈ, ਬਾਬਾ ਬੁੱਧ ਸਿੰਘ ਨੇ ਕਿਵੇਂ ਪੰਜਾਬ ਦੇ ਫੋਕਲੋਰ ਨੂੰ ਕੁਲੈਕਟ ਕੀਤਾ, ਆਇਆ ਨਾਦਰ ਕੁੱਲ ਕੁੜੇ, ਹਾਂਜੀ, ਤੇ ਆਇਆ ਨਾਦਰ ਫਟ ਗਈ ਚਾਦਰ, ਜਾਂ ਹਕੂਮਤ ਉਬੇ ਦੁੱਲਾ ਚੱਕੀ ਰਿਹਾ ਨਾ ਚੁੱਲਾ। ਤਾਂ ਇਹ ਗੱਲਾਂ ਜਿਹੜੀਆਂ ਨੇ ਇਹ ਜਿਵੇਂ ਨੈਣ ਸਿੰਘ ਹੋਰਾਂ ਨੇ ਇਹਦੇ ਵਿੱਚ ਜਿਹੜਾ ਉਹ ਉਸੇ ਤਰ੍ਹਾਂ ਮਤਲਬ ਇਸ ਤੋਂ ਪਹਿਲਾਂ ਵੇਖਦੇ ਹਾਂ ਕਿ ਭਾਈ ਵੀਰ ਸਿੰਘ ਤਾਂ ਸੁਚੇਤ ਸੀਗੇ ਭਾਸ਼ਾ ਦੇ ਰੋਲ ਨੂੰ ਲੈ ਕੇ, ਲੋਕਧਾਰਾ ਦੇ ਰੋਲ ਨੂੰ ਲੈ ਕੇ, ਪਰ ਸਾਡੇ ਜਿਹੜੇ ਪ੍ਰੋਫੈਸ਼ਨਲ ਹਿਸਟੋਰੀਅਨਸ ਨੇ ਉਹਨਾਂ ਨੇ ਜਿਹੜਾ ਉਹ ਪੰਜਾਬ ਦੇ ਬਾਰੇ ਜੋ ਯਥਾਰਥ ਨੂੰ ਦੀ ਗੱਲ ਕੀਤੀ ਉਹਨੂੰ ਉਹਨਾਂ ਨੇ ਫਾਰਸੀ ਹਵਾਲਿਆਂ ਤੱਕ ਹੀ ਜਿਹੜਾ ਉਹ ਸੀਮਿਤ ਕਰ ਦਿੱਤਾ। ਤੇ ਇੱਥੋਂ ਦੀਆਂ ਜਿਹੜੇ ਸਥਾਨਕ ਵੇਰਵੇ ਨੇ, ਔਰ ਸਭ ਤੋਂ ਵੱਡੀ ਇਸ ਕਿਤਾਬ ਦੀ ਗੱਲ ਇਹਦੇ ਚ ਇੱਕ ਹੋਰ ਮੈਂ ਗੱਲ ਕਰੂੰਗਾ, ਜੇ ਸਿੱਖ ਇਤਿਹਾਸ ਦੇ ਵਿੱਚ ਇਹ ਜਿਹੜੇ ਯੋਗਦਾਨ ਸਭ ਤੋਂ ਵੱਡਾ ਸੀ ਕਰਮ ਸਿੰਘ ਹਿਸਟੋਰੀਅਨ ਦਾ, ਜਿਹਨਾਂ ਨੇ ਫੀਲਡ ਵਰਕ ਬਿਰਧਾਂ ਦੇ ਉਹਨਾਂ ਨੇ ਸਿੱਖ ਰਾਜ ਦੇ ਨਾਲ ਜਿਹੜੇ ਸੰਬੰਧਿਤ ਬਜ਼ੁਰਗ ਰਹੇ ਸੀ ਉਹਨਾਂ ਨੂੰ ਪਲੇਗ ਦੇ 1913-14 ਦੇ ਵਿੱਚ ਉਹਨਾਂ ਨਾਲ ਮੁਲਾਕਾਤ ਕਰਕੇ ਉਹਨਾਂ ਦੇ ਬਿਆਨ ਕਲਮਬੰਦ ਕੀਤੇ। ਹੁਣ ਇਹ ਹੈ ਕਿ 128 ਬਿਰਧਾਂ ਦੇ ਬਿਆਨ ਜਿਹੜੇ ਨੇ ਨੈਣ ਸਿੰਘ ਹੋਰਾਂ ਨੇ ਉਹਨਾਂ ਦੇ ਨਾਲ ਲੰਮਾ ਸਮਾਂ, ਫਿਰ ਇਹ ਨਹੀਂ ਹੈ ਕਿ ਕੋਈ ਉਸ ਤਰ੍ਹਾਂ ਦੀ ਕੁਐਸਚਨਾਇਰ ਬੇਸਡ ਇੰਟਰਵਿਊ ਜਿਹੜਾ ਸਾਡੇ ਪ੍ਰੋਫੈਸ਼ਨਲ ਖੋਜੀ ਜਿਹੜੇ ਨੇ ਕਰਦੇ ਨੇ ਅਖੌਤੀ ਰੂਪ ਦੇ, ਉਹ ਜਿਹੜੇ ਇਹ ਲੰਮਾ ਸਮਾਂ ਉਹਨਾਂ ਦੇ ਨਾਲ ਮਿਲੇ ਵਰਤੇ ਬੈਠੇ ਤੇ ਉਹਨਾਂ ਦੀਆਂ ਗੱਲਾਂ ਨੂੰ ਸਮਝਿਆ ਤੇ ਉਹਨਾਂ ਕੋਲੋਂ ਫਿਰ ਇਹ ਜਿਹੜੀ ਹੈ ਉਹ ਇੱਕ ਵਿਰਾਸਤ ਦੀਆਂ ਗੱਲਾਂ ਲਈਆਂ ਉਹਨਾਂ ਨੂੰ, ਜਿਵੇਂ ਜ਼ਫਰਖਾਨੀ ਦੀ ਗੱਲ ਜਿਹੜੀ ਇਹਨਾਂ ਨੇ ਸਮਝੀ ਔਰ ਹੋਰ ਬਹੁਤ ਸਾਰੀਆਂ ਗੱਲਾਂ ਸੀਗੀਆਂ। ਤਾਂ ਪੰਜਾਬ ਦੀ ਲੋਕ ਵਿਰਾਸਤ, ਅੱਛਾ ਇਹ ਸਭ ਤੋਂ ਜਿਹੜਾ ਅਸੀਂ ਜਦੋਂ ਪੰਜਾਬ ਦੇ ਇਤਿਹਾਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਅਸੀਂ ਇੱਕ ਉਕਾਈ ਇਹ ਕਰਦੇ ਹਾਂ ਉਹ ਅਧਿਐਨ ਦੇ ਵਿੱਚ, ਲੋਕ ਧਾਰਾ ਨੂੰ ਅਲੱਗ ਕਰ ਦਿੱਤਾ ਜਾਂਦਾ, ਇਹਨੂੰ ਇੱਕ ਕਲਪਨਾ ਦੀ ਚੀਜ਼ ਮੰਨ ਲਿਆ ਜਾਂਦਾ, ਇਹਨੂੰ ਇੱਕ ਜਿਹੜਾ ਹੈਗਾ ਈਵਨ ਲਿਟਰੇਚਰ ਨੂੰ ਵੀ ਕਲਪਨਾ ਦੀ ਚੀਜ਼ ਮੰਨ ਲਿਆ ਜਾਂਦਾ। ਹੁਣ ਨਜਾਬਤ ਦੀ ਵਾਰ ਹੈ ਉਹਨੂੰ ਤੁਸੀਂ ਸਾਹਿਤ ਚ ਰੱਖੋਗੇ ਜਾਂ ਇਤਿਹਾਸ ਚ ਰੱਖੋਗੇ, ਮਤਲਬ ਕਿੰਨੀਆਂ ਜਿਹੜੀਆਂ ਨੇ ਉਹ ਕਿੱਥੇ ਪੈਦਾ ਹੋ ਗਿਆ ਜੀ, ਇਹ ਸਾਹਿਤ ਹੈ ਇਤਿਹਾਸ ਹੈ, ਜੋ ਜਿੰਨੀਆਂ ਹੁਣ ਈਵਨ ਕਿ ਧੁਨੀਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਨਾਨਕ ਸਾਹਿਬ ਦੀਆਂ ਜਿਹੜੀਆਂ ਜਾਂ ਗੁਰੂ ਰਾਮਦਾਸ ਜੀ ਦੀਆਂ ਵਾਰਾਂ ਨੇ ਉਹਨਾਂ ਨੂੰ ਜਿਹੜੀਆਂ ਧੁਨੀਆਂ ਦੇ ਉੱਤੇ ਗਾਉਣ ਦੀ ਗੱਲ ਕੀਤੀ ਗਈ, ਲੱਲੇ ਬਹਿਲੀਮੇ ਕੀ ਵਾਰ, ਸਾਰੰਗ ਦੀ ਵਾਰ ਆਪਣਾ, ਇਹ ਸਾਰੀਆਂ ਜਿਹੜੀਆਂ ਨੇ ਟੁੰਡੇ ਅਸਰਾਜੇ ਦੀ ਵਾਰ, ਇਹ ਵਾਰਾਂ ਨੂੰ ਮੂਲ ਰੂਪ ਵਿੱਚ ਸ਼ਮਸ਼ੇਰ ਸਿੰਘ ਅਸ਼ੋਕ ਨੇ ਇਕੱਤਰ ਕੀਤਾ ਔਰ ਉਹਨਾਂ ਵਾਰਾਂ ਦੇ ਵਿੱਚੋਂ ਈਵਨ ਰਾਏ ਭੋਏ ਦੀ ਵੀ ਵਾਰ ਜਿਹੜੀ ਹੈ ਉਹ ਮਿਲਦੀ ਹੈ, ਔਰ ਇੱਕ ਵਾਰ ਪੀਰਾਂ ਦੀ ਜਿਹੜੀ ਮਿਹਰਬਾਨ ਨੇ ਲਿਖੀ, ਮਿਹਰਬਾਨ ਨੇ ਲਿਖੀ, ਔਰ ਉਹ ਕੰਟੀਨਿਊਟੀ ਜਿਹੜੀ ਹੈ ਉਹਨਾਂ ਦੀ ਅੱਜ ਤੱਕ ਸਾਡੇ ਕੋਲ ਉਹ ਜਿਹੜੇ ਪੀਰ ਨੇ ਉਹ ਸਾਰੀਆਂ ਸ਼ਖਸੀਅਤਾਂ ਨੇ ਪਾਕਿਸਤਾਨ ਦੇ, ਤਾਂ ਉਹ ਪੀਰ ਜਿਹੜੇ ਆ ਉਹ ਰਾਜ ਵੀ ਉਹਨਾਂ ਦੇ ਬੱਚੇ ਰਾਜ ਵੀ ਕਰਦੇ ਨੇ, ਜਿਹਨਾਂ ਚ ਫੋਰਨ ਮਿਨਿਸਟਰ ਸ਼ਾਹ ਮਹਿਮੂਦ ਕੁਰੈਸ਼ੀ ਤੇ ਫਾਰਮਰ ਜਿਹੜੇ ਹੈਗੇ ਨੇ, ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜਿਹੜੀ ਸਾਖੀ ਹੈ ਉੱਚਦਾ ਪੀਰ ਉਹ ਅਸੀਂ ਹਮੇਸ਼ਾ ਹੀ ਪੜ੍ਹਦੇ ਰਹੇ, ਪਰ ਉੱਚਦਾ ਪੀਰ ਤਾਂ ਨਿਕਲਿਆ ਜੀ ਸੈਯਦ ਰਜ਼ਾ ਗਿਲਾਨੀ ਜਿਹੜਾ ਕਿ ਫਾਰਮਰ ਪ੍ਰਾਈਮ ਮਿਨਿਸਟਰ ਹੈਗਾ। ਸੋ ਇਸੇ ਤਰ੍ਹਾਂ ਸ਼ੇਰਗੜ੍ਹ ਵਾਲੇ ਨੇ ਹੋਰ ਸਾਰਾ ਕੁੱਝ। ਅੱਜ ਵੀ ਇੱਕ ਸਭ ਤੋਂ ਵੱਡੀ ਗੱਲ ਜਿਹੜੀ ਹੈ
इस किताब की वह यह है कि इतिहास का साहित्य का दोवों का ही एक बड़ा वड्डा रोल है। वह रोल हैगा कि मनुखी अनुभव की निरंतरता, ह्यूमन कंडीशन की सिमिलैरिटी, युग बदल जाते हैं, जगह बदल जाती है, पर इंसानी जज्बे बराबर रहिंदे ने, उन्हां च कोई तब्दीली नहीं आउंदी। चाहे तुसीं रोमन सैनिकां दीआं चिट्ठियां पढ़ लो, 2000 साल पुरानियां, चाहे तुसीं कोई भी जिहड़ा हैगा कोई किस्सा कोई, मैं कदी इह महसूस करदा हुंदा कि रब जाणदा कि दुनिया दे उत्ते कोई दो कच्चे घड़े होए होण, इक कच्चा घड़ा होया। मैनू नहीं लगता किसी दूसरे कच्चे घटे का जिक्र किसी साहित्य मिलता हो, पर उस एक कच्चे घड़े ने किन्ना मतलब अमर कर दिता, किन्नियां वड्डियां रचनावां जिहड़ियां ने लिखियां गईयां उहदे ते, किन्ना साडी उस साडे जिहड़े आ उह कल्चर का हिस्सा बन गया। सोभा सिंह दी सोहणी महीवाल तो बिना साडे ड्राइंग रूम अधूरे सी, मैं महसूस करदा कि हुण उह अज दी तरीक च नहीं रहा। सो कित्थों तक जिहड़ा हैगा सोहणी फजल शाह, कित्थों कित्थों तक किन्नियां वड्डियां रचनावां जिहड़ियां ने, उह एक जिहड़ा हैगा मोटिफ कच्चे घड़े दा उहदे चों निकलियां। सो साहित जिहड़ा हैगा, साहित ते इतिहास दोवां ने जिहड़ी आ अनुभव दी निरंतरता। जिवें एक बड़ी छोटी, मैं बहुत हैरान होया इह हवाला जाण के, मैं इत्थे सांझा करूंगा कि बिक्रमाजीत उजैन वाला ਉਹਨੂੰ ਹਰਾਇਆ ਸੀ ਸਲਵਾਹਨ ਨੇ, ਤੇ ਇੱਕ ਕਾਰਨ ਇਸ ਲੜਾਈ ਦਾ ਇਹ ਨੈਨਸੁਖ ਜੀ ਨੇ ਦਿੱਤਾ ਇਹਦੇ ਵਿੱਚ ਕਿ ਬਿਕਰਮਾਜੀਤ ਸੰਸਕ੍ਰਿਤ ਲਾਗੂ ਕਰਨਾ ਚਾਹੁੰਦਾ ਸੀ ਤੇ ਸਲਵਾਹਨ ਜਿਹੜਾ ਉਹ ਪ੍ਰਾਕ੍ਰਿਤ ਨੂੰ ਕਾਇਮ ਰੱਖਣ ਦੇ ਹੱਕ 'ਚ ਸੀ। ਤਾਂ ਇਹ ਲੜਾਈ ਤੇ ਅੱਜ ਵੀ ਮੌਜੂਦ ਹੈ, ਅੱਜ ਵੀ ਜਾਰੀ ਹੈ। ਇਹ ਲੜਾਈ ਅੱਜ ਚਾਹੇ ਅਲਜੇਸ਼ ਤੇ ਲੋਰੇਨ ਦੇ ਵੇਲੇ ਦੇ ਕਬਜ਼ੇ ਦੇ ਵੇਲੇ ਇਹ ਗੱਲਾਂ ਵਾਪਰੀਆਂ ਹੋਣ, ਜਾਂ ਕਿ ਜਦੋਂ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਢਾਕਾ ਯੂਨੀਵਰਸਿਟੀ ਦੇ ਵਿੱਚ ਇਹ ਕਿਹਾ ਕਿ ਭਾਈ ਬੰਗਾਲੀਓ ਹੁਣ ਤੁਸੀਂ ਉਰਦੂ ਪੜ੍ਹਨ ਲਈ ਤਿਆਰ ਹੋ ਜਾਓ, ਤਾਂ ਇਹ ਜਾਂ ਹੁਣ ਜਿਹੜੀ ਹੈ ਇਸ ਵੇਲੇ ਅੱਜ ਵੀ ਜਿਹੜੀ ਹੈ ਹਿੰਦੁਸਤਾਨ ਦੇ ਵਿੱਚ ਹਿੰਦੀ ਦੀ ਜਿਹੜੇ ਪ੍ਰਚਾਰ ਪ੍ਰਸਾਰ ਲਈ ਗੱਲ ਹੋ ਰਹੀ ਹੈ, ਜਾਂ ਪਾਕਿਸਤਾਨ ਦੇ ਵਿੱਚ ਜਿਹੜੀ ਹੈ ਉਹ ਪੰਜਾਬੀ ਕਿਵੇਂ ਕਿਨਾਰੇ ਤੇ ਹਾਸ਼ੀਏ ਤੇ ਚਲੇ ਗਈ ਉਰਦੂ ਨੂੰ ਲੈ ਕੇ, ਔਰ ਇਹਦੇ ਚੋਂ ਹੀ ਸਾਨੂੰ ਪਤਾ ਲੱਗਦਾ ਕਿ ਲਾਹੌਰੀਏ ਜਿਹੜੇ ਸੀਗੇ ਇਹਨਾਂ ਨੇ ਆਪਣੀ ਬੌਧਿਕਤਾ ਦਾ ਜਿਹੜੀ ਹੈ ਜਿਹਨੂੰ ਕਹਿੰਦੇ ਆ ਪ੍ਰੋਜੈਕਟ, ਉਹਦੀ ਜ਼ਿੰਮੇਦਾਰੀ ਇਹਨਾਂ ਨੇ ਉਰਦੂ ਵਾਲਿਆਂ ਨੂੰ ਤੇ ਬੰਗਾਲ ਵਾਲਿਆਂ ਨੂੰ ਦਿੱਤੀ ਹੋਈ ਸੀ। ਇਹਨਾਂ ਕੋਲ ਪੰਜਾਬੀਆਂ ਦੀ ਇੱਕ ਵਿਸ਼ੇਸ਼ਤਾ ਬੜੀ ਅਜੀਬ ਹੈ ਕਿ ਉਂਝ ਬੜੇ ਦਲੇਰ ਵੀ ਆ, ਚੁਸਤ ਵੀ ਆ, ਸਾਰਾ ਕੁੱਝ, ਪਰ ਦਿਮਾਗ ਦੇ ਕੰਮ ਨੂੰ ਲੈ ਕੇ ਕਈ ਵਾਰੀ ਇਹ ਆਪਣਾ ਕੰਮ ਆਊਟਸੋਰਸ ਕਰ ਦਿੰਦੇ ਆ, ਬਈ ਜੋ ਦੂਜੇ ਇਹਨਾਂ ਨੂੰ ਕਹਿ ਕਵਾ ਜਾਣ, ਇਹਨਾਂ ਬਾਰੇ ਲਿਖ ਜਾਣ, ਜੋ ਇਹਨਾਂ ਦਾ ਸਿਲੇਬਸ ਬਣਾ ਜਾਣ, ਜੋ ਇਹਨਾਂ ਨੂੰ ਪੜ੍ਹਾ ਜਾਣ, ਉਹ ਵਚਨ ਕਹਿ ਕੇ ਇਹ ਜਿਹੜੇ ਨੇ ਉਹ ਬਣ ਜਾਂਦੇ ਆ। ਟ੍ਰਿਬਿਊਨ ਦਾ ਜੇ ਟ੍ਰਿਬਿਊਨ ਬਣੀ ਤਾਂ ਉਹਦਾ ਐਡੀਟਰ ਵੀ ਇਹਨਾਂ ਬੰਗਾਲ ਤੋਂ ਲਿਆਂਦਾ, ਤੇ ਜੋ ਜੋ ਵੀ ਹੈਗਾ ਅੰਗਰੇਜ਼ਾਂ ਨੇ, ਸਾਰੀ ਦੀ ਸਾਰਾ ਜਿਹੜਾ ਸਾਡਾ ਮਨੋਵਿਗਿਆਨ ਹੈ ਬੜਾ ਲੰਮਾ ਸਮਾਂ, ਸਾਡੇ ਪੰਜਾਬੀ ਦੇ ਬੜੇ ਸਿਰਮੌਰ ਜਿਹੜੇ ਬੁੱਧੀਜੀਵੀ ਅਤੇ ਸਿਰਮੌਰ ਜਿਹੜੇ ਲੇਖਕ ਨੇ, ਗੁਰਬਖਸ਼ ਸਿੰਘ ਪ੍ਰੀਤਲੜੀ ਵਰਗੇ, ਜਿਨ੍ਹਾਂ ਨੇ ਮਤਲਬ ਬਾਅਦ ਦੇ ਵਿੱਚ ਆਧੁਨਿਕ ਪੰਜਾਬ ਦੀ ਜਿਹੜੀ ਆ ਉਹਦੇ ਪੜ੍ਹਾਈ ਲਿਖਾਈ 'ਚ ਬੜਾ ਯੋਗਦਾਨ ਪਾਇਆ, ਉਹਨਾਂ ਦਾ ਜਿਹੜਾ ਮਨ ਸੀਗਾ, ਉਹਨਾਂ ਦਾ ਜਿਹੜਾ ਮਸਤਕ ਸੀ, ਉਹਨਾਂ ਦਾ ਚਿੰਤਨ ਸੀ, ਉਹ ਸਾਰੇ ਦਾ ਸਾਰਾ ਅੰਗਰੇਜ਼ਾਂ ਨੇ ਉਹਨੂੰ ਬੰਨਿਆ ਸੀਗਾ। ਉਹਨਾਂ ਦੀ ਸੋਚ ਨੂੰ ਜਿਹੜਾ ਵੇ ਅੰਗਰੇਜ਼ਾਂ ਨੇ ਜਿਹੜਾ, ਜਿੰਨਾ ਪੜ੍ਹਿਆ ਲਿਖਿਆ ਬੰਦਾ ਸੀ ਅਕਾਦਮੀ ਰੂਪ ਚ, ਜਿੰਨਾ ਖਾਂਦਾ ਪੀਂਦਾ ਪੰਜਾਬੀ ਸੀ, ਪੜ੍ਹਿਆ ਲਿਖਿਆ ਪੰਜਾਬੀ ਸੀਗਾ, ਉਨਾ ਹੀ ਜ਼ਿਆਦਾ ਉਹ ਮਾਨਸਿਕ ਤੌਰ ਤੇ ਗੁਲਾਮ ਸੀਗਾ, ਤੇ ਜਿੰਨਾ ਕੋਈ ਸਮਾਜਿਕ ਉਹਦੇ ਵਿੱਚ ਜਿਹੜੀ ਹੈਗੀ ਹਾਇਰਾਰਕੀ ਉਹਦੇ ਚ ਨੀਵਾਂ ਸੀਗਾ, ਔਰ ਉਹ ਸੀਗਾ ਉਹਦੇ ਜੇਬ ਚ ਪੈਸੇ ਥੋੜੇ ਸੀਗੇ, ਪੜ੍ਹਾਈ ਘੱਟ ਸੀਗੀ, ਸਮਾਜਿਕ ਦਰਜਾ ਅਖੌਤੀ ਰੂਪ ਚ ਨੀਵਾਂ ਸੀ, ਓਨਾ ਹੀ ਉਹ ਖਿਆਲ ਉਹਦਾ ਖਿਆਲ ਜਿਹੜਾ ਹੈਗਾ ਉਹ ਓਨਾ ਹੀ ਉਹ ਬੁਲੰਦ ਸੀਗਾ, ਜਿਹੜਾ ਘੱਟ ਪੜ੍ਹਿਆ ਸੀ ਉਹ ਬੁਲੰਦ ਸੀ। ਜਿਵੇਂ ਕਿ ਬਾਬਾ ਗੁਰਦੇਵ ਸਿੰਘ ਕਾਮਾਗਾਟਾ ਮਾਰੂ ਘੱਟ ਪੜ੍ਹਿਆ ਸੀਗਾ, ਉਹ ਆਪਣੀ ਕਿਤਾਬ ਦੇ ਵਿੱਚ 1920-21 ਦੇ ਵਿੱਚ ਜਿਹੜੀ ਉਹ ਕਿਤਾਬ ਲਿਖ ਰਿਹਾ ਜ਼ੁਲਮੀ ਕਥਾ,
ਉਹਦੇ ਚ ਵਾਇਸ ਰਾਏ ਬਾਰੇ ਲਫ਼ਜ਼ ਲਿਖਦਾ ਨਮਕ ਹਰਾਮ। ਵਾਇਸ ਰਾਏ ਨੂੰ ਜਿਹਨੂੰ ਅਸੀਂ ਕਹਿੰਦੇ ਨਾ ਨੂਨ ਆਫ ਇੰਪੀਰੀਅਲਿਜ਼ਮ, 1920-21 ਜਿਹੜਾ ਟਾਈਮ ਹੈਗਾ ਨੂਨ ਆਫ ਇੰਪੀਰੀਅਲਿਜ਼ਮ, ਪੂਰੇ ਜੋਬਨ ਤੇ ਹੈ ਉਸ ਵੇਲੇ ਸਾਮਰਾਜ। ਤੇ ਗੁਰਦੇਵ ਸਿੰਘ ਕਾਮਾਗਾਟਾ ਮਾਰੂ ਜਿਹੜਾ ਸਰਹਾਲੀ ਦਾ ਹੀ ਹੈ, ਪਰਮਜੀਤ ਜੀ ਦੇ ਜਿੱਥੇ ਪੜ੍ਹਾਉਂਦੇ ਨੇ ਉਸੇ ਪਿੰਡ ਦਾ, ਔਰ ਉਹ ਆਪਣੀ ਕਿਤਾਬ ਦੇ ਵਿੱਚ ਵਾਇਸ ਰਾਏ ਨੂੰ ਨਮਕ ਹਰਾਮ ਕਹਿੰਦਾ। ਉਹ ਕਹਿੰਦਾ ਕਿ ਨਮਕ ਹਰਾਮ ਹੈ, ਤਨਖਾਹ ਸਾਥੋਂ ਲੈਂਦਾ, ਸਾਡੀ ਇਹਨੇ ਕੈਨੇਡਾ ਚ ਗੱਲ ਹੀ ਨੀ ਕੀਤੀ। ਤਾਂ ਉਹਦੇ ਮੁਕਾਬਲੇ ਤੇ ਗੁਰਬਖਸ਼ ਸਿੰਘ ਪ੍ਰੀਤਲੜੀ ਕਹਿੰਦਾ ਕਿ ਜੀ ਜੇ ਅੰਗਰੇਜ਼ ਸਾਡੇ ਤੇ ਰਾਜ ਕਰਦੇ ਨੇ ਤੇ ਕਸੂਰ ਹੀ ਸਾਡਾ, ਅੰਗਰੇਜ਼ ਤੇ ਕਿਸੇ ਦੇ ਕੰਮ ਚ ਦਖਲ ਹੀ ਨੀ ਦੇਣਾ ਚਾਹੁੰਦੇ, ਅਸੀਂ ਸਿਵਿਲਾਈਜ਼ਡ ਨਹੀਂ ਹੈਗੇ। ਸੋ ਉਹ ਮਨੋਵਿਗਿਆਨ ਕਿੱਥੋਂ ਆਇਆ? ਉਹ ਮਨੋਵਿਗਿਆਨ ਜਿਹੜਾ ਸੀਗਾ ਇਹੀ ਜਿਹੜੀ ਸੀਗੀ, ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਹਿੰਦੁਸਤਾਨ ਦੀ ਇਹ ਪੂਰੇ ਕਲੋਨੀਅਲ ਪੀਰੀਅਡ ਜਿਹੜੇ ਅੰਗਰੇਜ਼ ਜਿਹੜੇ ਨੇ ਉਹ ਲੈਸ ਦੈਨ 1%। ਸ਼ੇਖਰ ਬੰਦੋਪਾਧਿਆਏ ਨੇ ਆਪਣੀ ਕਿਤਾਬ 'ਚ 0.6 ਇਹਨਾਂ ਦੀ ਪਰਸੈਂਟੇਜ ਲਿਖੀ ਹੋਈ ਆ ਭਾਰਤੀ ਆਬਾਦੀ ਦੇ ਲਿਹਾਜ਼ ਨਾਲ। ਤੇ ਇਹ 0.6% ਲੋਕ ਜਿਹੜੇ ਨੇ ਇਹਨਾਂ ਨੇ ਕਿਵੇਂ ਸਾਨੂੰ ਜਿਹੜਾ ਵੇ ਉਹ ਆਪਣਾ ਮਤਲਬ ਚਲਾਇਆ, ਉਹਦੇ ਚ ਉਹੀ ਸੀਗਾ ਜਿਹੜਾ ਅਸੀਂ ਨੈਨ ਸੁਖੋਰਾਂ ਦੀ ਕਿਤਾਬ ਚ ਪੜ੍ਹਦੇ ਹਾਂ, ਨੈਚੁਰਲ ਲੀਡਰਸ ਆਫ ਸੋਸਾਇਟੀ। ਉਹ ਜਿਹੜੇ ਇਹ ਸਾਰੇ ਜਿਹੜੇ ਨੇ ਉਹ ਦੌਲੂ ਦੇ ਦੌਲਤਾਨ ਨੇ ਬਣਾ ਕੇ, ਤੇ ਸਾਡਾ ਖੇਮ ਸਿੰਘ ਬੇਦੀ ਜਿੰਨੇ ਵੀ ਹੈਗੇ ਨੇ ਉਹ ਮੁਆਫੀਆਂ ਮੰਗ ਰਹੇ ਨੇ, ਜਿਹਨਾਂ ਨੇ ਜੇ ਪੰਜਾਬ ਨੇ ਖਿਲਾਫਤ ਅੰਦੋਲਨ ਦੇ ਵਿੱਚ ਆਪਣੀ ਆਵਾਜ਼ ਉਠਾਈ, ਤੇ ਜਿੰਨੇ ਪੀਰ ਤੇ ਜਿੰਨੇ ਜਿਹੜੇ ਹੈਗੇ ਨੇ ਉਹ ਸਾਰੇ ਉਹ ਮੁਆਫੀਆਂ ਮੰਗ ਰਹੇ ਕਿ ਜਨਾਬ ਇਹ ਤੇ ਸਾਡਾ ਤੇ ਕੰਮ ਹੀ ਨੀ ਹੈਗਾ, ਅਸੀਂ ਤੇ ਜਿਹੜਾ ਅਮਾਨੁੱਲਾ ਵੀ ਜਿਹੜਾ ਮੂਰਖ ਹੈ, ਤੇ ਸਾਰੀਆਂ ਗੱਲਾਂ ਜਿਹੜੀਆਂ ਨੇ। ਸੋ ਸਾਡਾ ਪੰਜਾਬ ਦੇ ਵਿੱਚ ਜਿੰਨਾ ਵੀ ਕੋਈ ਸੰਪੰਨ ਵਰਗ ਸੀਗਾ ਉਹਨੂੰ ਮਾਨਸਿਕ ਤੌਰ ਤੇ ਬਹੁਤ ਜ਼ਿਆਦਾ ਡਰਾਇਆ ਗਿਆ। ਅੱਜ ਵੀ ਇਹੀ ਹੈ, ਅੱਜ ਵੀ ਜਿੰਨੀ ਛੇਤੀ ਸਥਾਪਤੀ ਦੇ ਨਾਲ ਰਲਣ ਵਾਸਤੇ ਜਿਹੜਾ ਉਹ ਸਥਾਪਤ ਵਰਗ ਹੈ, ਚਾਹੇ ਸਾਡਾ ਕੈਪਟਨ ਅਮਰਿੰਦਰ ਸਿੰਘ ਹੋਵੇ, ਕੋਈ ਵੀ ਹੋਵੇ, ਕਿਤੇ ਵੀ ਹੈ, ਹਮੇਸ਼ਾ ਵਾਸਤੇ ਅਸੀਂ ਇੱਕ ਇਤਿਹਾਸ ਦੀ ਜਿਹੜੀ ਹੈ ਉਹ ਵੇਖਦੇ ਹਾਂ ਕਿ ਉਹ ਦੁਹਰਾਇਆ ਜਾਂਦਾ। ਹਿਊਮਨ ਕੰਡੀਸ਼ਨ ਸੇਮ ਹੈ, ਹਮੇਸ਼ਾ ਹੀ ਉਹੀ ਲੜਾਈਆਂ ਰਹਿਣਗੀਆਂ, ਉਹੀ ਨਾਬਰੀ ਦੀ ਗੱਲ ਰਹੇਗੀ, ਉਹੀ ਓਨਰ ਦੀ ਗੱਲ ਜਿਹੜੀ ਹੈ ਉਹ ਰਹੇਗੀ, ਤਾਂ ਉਹੀ ਗੱਲ ਜਿਹੜੀਆਂ ਨੇ। ਪਰ ਕਮਾਲ ਦੀ ਗੱਲ ਇਹ ਕਿ ਨੈਣ ਸਿੰਘ ਹੋਰਾਂ ਨੇ ਜਿਹੜੇ ਹਵਾਲੇ ਨੇ ਉਹ ਇਹਨਾਂ ਦੇ ਇੰਨੇ ਡਾਈਵਰਸ ਨੇ, ਮਹਾਰਾਣੀ ਜਿੰਦਾਂ ਦੀਆਂ ਚਿੱਠੀਆਂ ਵੀ ਉਹ ਇਸਤੇਮਾਲ ਕਰ ਰਹੇ ਨੇ ਇਹਦੇ ਚ, ਔਰ ਜਦੋਂ ਕਹਿੰਦੀ ਹੈ ਕਿ 2-4 ਨਮਕ ਹਰਾਮਾਂ ਨੂੰ ਰੱਖ ਲੈ ਤੇ ਬਾਕੀ ਪੰਜਾਬ ਨੂੰ ਫਾਹੇ ਲਾ ਦੇ, ਇਹ ਜਿਹੜੀ ਆ ਬੁਲੰਦੀ ਜਿਹੜੀ ਕਿਰਦਾਰ ਦੀ ਹੈ ਉਹ ਸਾਡੀਆਂ ਅੱਜ ਦੀਆਂ ਟੈਕਸਟ ਬੁੱਕਸ ਤੇ ਕਿਤੇ ਵੀ ਨਹੀਂ ਉਹਦਾ ਇਹ ਇਸ ਤਰੀਕੇ ਨਾਲ ਇਹ ਲਾਈਨ ਜਿਹੜੀ ਹੈ ਸਾਨੂੰ ਮਿਲਦੀ। ਇਹਦੇ ਨਾਲ ਹੀ ਫਿਰ ਉਹਨਾਂ ਨੇ ਜਿਵੇਂ ਲੋਕ ਵਾਰਾਂ ਦੇ ਮਾਧਿਅਮ ਨਾਲ ਗੱਲ ਕੀਤੀ ਹੈ, ਔਰ ਹਰ ਲਫ਼ਜ਼ ਲੋਹੜੀ ਜਿਹੜੀ ਹੈ ਉਹ ਆਪਣੇ ਆਪ ਦੇ ਵਿੱਚ ਉਹਦਾ ਅਰਥ ਕੀ ਹੈ, ਹਰ ਲਫ਼ਜ਼ ਜਿਹੜਾ ਹੈਗਾ ਵਾ ਭਾਸ਼ਾ। ਨੈਣ ਸਿੰਘ ਹੋਰੀ ਜਿਹੜੀ ਹੈ ਉਹ ਸਾਡੇ ਤੱਕ ਇੱਕ ਗੱਲ ਪਹੁੰਚਾ ਦਿੰਦੇ ਆ ਕਿ ਭਾਸ਼ਾ ਤੋਂ ਬਿਨਾਂ ਜੇ ਤੁਸੀਂ ਬੀਤੇ ਨੂੰ ਸਮਝਣ ਦੀ ਕੋਸ਼ਿਸ਼ ਕਰੋਗੇ ਤੇ ਇਹਦੇ ਨਾਲ ਦੀ ਮੂਰਖਤਾ ਕੋਈ ਨਹੀਂ ਹੈ। ਸੋ ਭਾਸ਼ਾ ਜਿਹੜੀ ਹੈ, ਭਾਸ਼ਾ ਦੀਆਂ ਰਮਜ਼ਾਂ ਤੇ ਉਹਨਾਂ ਰਮਜ਼ਾਂ ਨੂੰ ਪੜਚੋਲਣਾ, ਇਤਿਹਾਸ 'ਚ ਬੰਦਿਆਂ ਦੀ ਮਹੱਤਵ ਤਾਂ ਹੈ ਹੀ ਹੈ, ਥਾਵਾਂ ਦਾ ਮਹੱਤਵ ਵੀ ਹੈ, ਪਰ ਉਹ ਬੰਦਿਆਂ ਤੇ ਥਾਵਾਂ ਦੀ ਗੱਲ ਕਰਦਿਆਂ ਜੇਕਰ ਸਾਨੂੰ ਇਹ ਪਤਾ ਹੀ ਨਹੀਂ ਲੱਗਦਾ ਕਿ ਉਹ ਭਾਸ਼ਾ ਜਿਹੜੀ ਹੈ ਜਿਹੜੀ ਸਾਡੇ ਤੱਕ ਉਦੋਂ ਤੋਂ ਲੈ ਕੇ ਅੱਜ ਤੱਕ ਆ ਰਹੀ ਹੈ ਉਹਦਾ ਅਸਲ ਕੀ ਹੈ, ਉਹਦੇ ਪਿੱਛੇ ਜਿਹੜੀ ਹੈ ਉਹ ਕਿੱਥੋਂ ਨਿਕਲਦੀ ਹੈ, ਉਹਦਾ ਪ੍ਰਸੰਗ ਕਿਵੇਂ ਬਦਲਦਾ ਹੈ, ਔਰ ਉਹ ਸਾਡਾ ਸਾਰਾ ਜਿਹੜਾ ਸਾਹਿਤ ਹੈ, ਸਾਡਾ ਪੁਰਾਣ ਹੈ, ਸਾਡੀ ਜਿਹੜੀ ਹੈ ਉਹ ਕਿਵੇਂ ਉਹਨਾਂ ਜੁੜਦਾ, ਤਾਂ ਉਹੀ ਇਹਦੀ ਜਿਹੜੀ ਹੈ ਨਾ ਇਸ ਕਿਤਾਬ ਦਾ ਜਟਿਲ, ਬਹੁਤ ਜਟਿਲ ਕਿਤਾਬ ਹੈ, ਇਹਦੀ ਸਾਈਜ਼ ਜਿਹੜਾ ਉਹਦੇ ਉਹ ਵੱਡਾ ਨਹੀਂ ਹੈ, ਉਹਦਾ ਇੱਕ ਇੱਕ ਪੈਰਾਗ੍ਰਾਫ ਜਿਹੜਾ ਉਹਦੇ ਵਿੱਚ ਜਿਵੇਂ ਬੜੇ ਵੱਡੇ ਵੱਡੀਆਂ ਘਟਨਾਵਾਂ ਨੂੰ ਇਹਦੇ ਚ ਸਮੇਟਿਆ ਹੋਇਆ, ਵੱਡੇ ਵੱਡੇ ਵਿਚਾਰਾਂ ਨੂੰ ਜਿਹੜਾ ਉਹ ਥੋੜੀ ਜਿਹੀ ਜਗ੍ਹਾ ਦੇ ਵਿੱਚ ਗੱਲ ਕੀਤੀ ਹੈ, ਕਿਉਂਕਿ ਬਹੁਤ ਸਾਰਾ ਗੱਲ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਗਈ ਹੈ। ਸੋ ਇਹ ਕਿਤਾਬ ਇੱਕ ਬੜਾ ਲੰਮਾ ਚੌੜਾ ਬਣਦੀ ਹੈ, ਦਸਤਾਵੇਜ਼ ਬਣਦੀ ਹੈ, ਔਰ ਉਸੇ ਤਰ੍ਹਾਂ ਜਿਵੇਂ ਕਿ ਪੁਰਾਣੇ ਸਾਡੇ ਕੋਲ ਕ੍ਰਿਸ਼ਨਾ ਸੋਤੀ, ਤੁਲਨ ਹੈਦਰ, ਰਾਂਗੇ ਰਾਘਵ,
ਇਹਨਾਂ ਦੇ ਮਿਆਰ ਦੀ ਜਿਹੜੀ ਹੈ ਉਸ ਤਰ੍ਹਾਂ ਦਾ ਇਤਿਹਾਸ ਦਾ ਜਿਹੜਾ ਇਹਨਾਂ ਨੇ ਗੱਲ ਕੀਤੀ ਹੈ। ਸੋ ਸਾਡੇ ਲਈ ਫਿਰ ਇਹ ਹੈ ਕਿ ਪਰਮਜੀਤ ਜੀ ਬਿਨਾਂ ਇਹ ਕਿਤਾਬ ਸਾਡੇ ਤੱਕ ਅਸੀਂ ਜਿੰਨਾ ਮਰਜ਼ੀ ਕਹੀਏ ਇਸ ਤੋਂ ਬਿਨਾਂ ਇਹ ਸੰਭਵ ਨਹੀਂ ਸੀਗੀ। ਤੇ ਇਹਨੂੰ ਕਿਤਾਬ ਨੂੰ ਹੋਰ ਵੀ ਬਰੀਕੀ ਨਾਲ ਇਹਦੇ ਤੇ ਚਰਚਾ ਕਰਨੀ ਔਰ ਇਹਨੂੰ ਪੜ੍ਹਿਆ ਜਾਣਾ ਲੋੜੀਦਾ। ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਤੁਸੀਂ ਇਸ ਕਿਤਾਬ ਨਾਲ ਸੰਬੰਧਿਤ ਇਹਦੀ ਭਾਸ਼ਾ ਸ਼ੈਲੀ, ਹਿਸਟਰੀ, ਇਸ ਨਾਲ ਜੁੜੇ ਫੈਕਟਸ ਔਰ ਇਸ ਕਿਤਾਬ ਦੇ ਵਿੱਚ ਜਿਹੜੇ ਜਿਹੜੇ ਡਿਵਾਈਸਿਸ ਕੰਮ ਕੀਤੇ ਨੇ ਔਰ ਜਿਵੇਂ ਜਿਵੇਂ ਤੁਸੀਂ ਇਹਦੇ ਵਿੱਚ ਡਿਸਕੋਰਸ ਮਾਰਕ ਕੀਤੇ ਨੇ, ਉਹ ਆਪਣੇ ਆਪ ਦੇ ਵਿੱਚ ਹੀ ਇੱਕ ਆਪਣੇ ਆਪ ਦੇ ਵਿੱਚ ਇੱਕ ਚਰਚਾ ਹੈ, ਕਿਉਂਕਿ ਬਹੁਤ ਸਾਰੀਆਂ ਗੱਲਾਂ ਸੀਗੀਆਂ ਜਿਹੜੀਆਂ ਘੱਟ ਸਮੇਂ 'ਚ ਨਹੀਂ ਹੋ ਸਕਦੀਆਂ। ਔਰ ਕਿਤਾਬ ਕਿਉਂਕਿ ਆਰਕਾਈਵ ਵੀ ਹੈ, ਦਸਤਾਵੇਜ਼ ਵੀ ਹੈ ਔਰ ਲੀਨੀਅਰਿਟੀ ਨੂੰ ਤੋੜਦੀ ਹੈਗੀ ਹੈ ਹਿਸਟਰੀ ਦੀ। ਔਰ ਕਮਾਲ ਦੀ ਗੱਲ ਤਾਂ ਇਹ ਹੈ ਕਿ ਤੁਸੀਂ ਵੀ ਸਰ ਉਹੀ ਗੱਲ ਕੀਤੀ ਕਿ ਹਾਕਮੀ ਧਿਰ ਦੀ ਪਛਾਣ ਕਰਨੀ ਬਹੁਤ ਜ਼ਰੂਰੀ ਹੈ। ਉਦਾਹਰਣ ਦੇ ਤੌਰ ਤੇ ਉਧਰਲੇ ਪਾਕਿਸਤਾਨ ਦੇ ਆਮ ਲੋਕ ਜੋ ਸਾਡੇ ਵਾਂਗ ਨੇ, ਉਹ ਅੱਜ ਵੀ ਇਸ ਗੱਲ ਦੇ ਇੰਤਜ਼ਾਰ ਕਰਦੇ ਨੇ ਕਿ ਭਾਰਤ ਵਾਲੇ ਕਦੋਂ ਇੱਥੇ ਆਉਣਗੇ, ਚਾਹੇ ਉਹ ਕਰਤਾਰਪੁਰ ਦਾ ਜਿਹੜਾ ਕੋਰੀਡੋਰ ਖੁੱਲਿਆ ਹੈਗਾ। ਜਿਹੜੇ ਆਮ ਲੋਕ ਨੇ ਉਹ ਸਾਈਕਲਾਂ ਤੇ ਜਾ ਕੇ ਉੱਥੇ ਪੰਜਾਬੀ ਨੂੰ ਮਿਲਣ ਆ ਰਹੇ ਨੇ, ਕਿਉਂਕਿ ਪੰਜਾਬੀ ਵਿਛੜੇ ਹੋਏ ਨੇ ਉਹਨਾਂ ਕੋਲ। ਇਹਦੀ ਇੱਕ ਮਿਸਾਲ ਲਊਂਗਾ ਕਿ ਪੰਜਾਬ ਲਹਿੰਦੇ ਪੰਜਾਬ ਦੇ ਵਿੱਚ ਅੱਜ ਕੱਲ੍ਹ ਬਲੌਗਰ ਬਹੁਤ ਹੋ ਗਏ ਨੇ, ਯੂਟਿਊਬ ਬਲੌਗਰ, ਔਰ ਇੱਕ ਇੱਕ ਪਿੰਡ ਦੇ ਵਿੱਚ ਦਸ ਦਸ ਗਿਆਰਾਂ ਗਿਆਰਾਂ ਬਲੌਗਰ ਨੇ। ਮੈਂ ਇੱਕ ਦੋ ਵਾਰੀ ਉਹਨਾਂ ਨੂੰ ਮੈਸੇਜ ਕੀਤਾ, ਆਈ ਐਮ ਫਰੋਮ ਇੰਡੀਆ, ਅੱਛਾ ਕੰਮ ਕਰ ਰਹੇ ਹੋ। ਵਿਦ ਇਨ 5 ਮਿੰਟਸ ਉਹ ਖੁਸ਼ ਹੋਏ ਤੇ ਜਦੋਂ ਮੈਂ ਉਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਕੀਤਾ, ਉਹਨਾਂ ਨੇ ਸਪੈਸ਼ਲੀ ਮੇਰਾ ਨਾਮ ਲਿਆ ਕਿ ਹਮੇ ਇੰਡੀਆ ਸੇ ਮੈਸੇਜ ਆਇਆ ਹੈ। ਉਰਦੂ ਬੋਲ ਰਿਹਾ ਸੀਗਾ, ਸ਼ੇਖੂਪੁਰਾ ਦਾ ਮੁੰਡਾ। ਮੈਨੂੰ ਲੱਗਿਆ ਕਿ ਇਹਨਾਂ ਚ ਕਿੰਨਾ ਖਲੂਸ ਹੈ। ਮੈਂ ਇਹਨਾਂ ਨੂੰ ਪੁੱਛਿਆ ਮੈਸੇਜ ਥਰੂ ਕਿ ਤੁਸੀਂ ਸਾਨੂੰ ਲਾਈਕ ਕਰਦੇ ਹੋ, ਕਹਿੰਦਾ ਯਾਰ ਪੰਜਾਬੀ ਭਰਾ ਆਇਆ ਤੂੰ, ਫਿਰ ਸਹੀ ਮੇਰੇ ਵਾਲੀ ਪੰਜਾਬੀ ਤੇ ਆ ਗਿਆ ਜੋ ਲਹਿੰਦਾ ਪੰਜਾਬ, ਕਹਿੰਦਾ ਯਾਰ ਤੂੰ ਮੇਰਾ ਹੀ ਭਰਾ ਹੈਗਾ। ਫੂਡ ਰਿਐਕਸ਼ਨ ਦੇਖੋ ਲੋ ਉਹਨਾਂ ਦੇ, ਇੰਡੀਅਨ ਫੂਡ ਨੂੰ ਸਰਚ ਕਰਕੇ ਦੇਖਦੇ ਨੇ ਉਹ। ਸਿੱਧੂ ਮੂਸੇਵਾਲੇ ਦੇ ਫੈਨ ਨੇ, ਅੰਮ੍ਰਿਤ ਮਾਨ ਦੇ ਫੈਨ ਨੇ, ਸ਼ਾਹਰੁਖ ਖਾਨ ਦੇ ਫੈਨ ਨੇ, ਉਹਨਾਂ ਦੇ ਹਰ ਵਿਆਹ ਦੇ ਵਿੱਚ ਇੱਧਰ ਦੇ ਗਾਣੇ ਚੱਲਦੇ ਨੇ। ਤੋ ਮੈਨੂੰ ਲੱਗਦਾ ਵਿਛੜੇ ਅਸੀਂ ਗਏ ਹਾਂ। ਹਾਕਮੀ ਧਿਰ ਨੂੰ ਕੋਈ ਫਰਕ ਨਹੀਂ ਪੈਣਾ, ਜੋ ਹਾਕਮੀ ਧਿਰ ਇੱਧਰਲੇ ਪੰਜਾਬ ਨਾਲ ਕਰ ਰਹੀ ਹੈ ਉਹੀ ਹਾਕਮੀ ਧਿਰ ਉੱਧਰਲੇ ਪੰਜਾਬ ਨਾਲ ਕਰ ਰਹੀ ਹੈ, ਇਹ ਸਾਂਝਾ ਸੂਤਰ ਆ। ਪਰ ਇਹਦੀ ਪੜਚੋਲ ਕੋਈ ਨਹੀਂ ਕਰੇਗਾ, ਕਿਉਂਕਿ ਤੁਸੀਂ ਬਿਲਕੁਲ ਸਹੀ, ਸਾਡੇ ਪਹਿਲੇ ਬੁਲਾਰੇ ਮੀਸ਼ਾ ਜੀ ਨੇ ਬੜੀ ਸੋਹਣੀ ਗੱਲ ਕਹੀ ਕਿ ਸਾਨੂੰ ਚਸ਼ਮਾ ਇਹੋ ਜਿਹਾ ਪਵਾਤਾ ਗਿਆ। ਔਰ ਇਹ ਗੱਲ ਡਾਕਟਰ ਅਮਰਪ੍ਰੀਤ ਹੋਣਾ ਵੀ ਬੜੀ ਸੋਹਣੀ ਗੱਲ ਕੀਤੀ, ਸਾਡੀਆਂ ਅੱਖਾਂ ਦੇ ਅੱਗੇ ਐਨਕ ਤਾਂ ਸੀਗੀ, ਹੁਣ ਪੱਟੀ ਇੰਨੀ ਕੁ ਜ਼ਿਆਦਾ ਸਖ਼ਤ ਬੰਨ ਦਿੱਤੀ ਗਈ ਹੈਗੀ, ਸਾਨੂੰ ਪਤਾ ਹੀ ਨਹੀਂ ਹੈਗਾ ਹੋ ਕੀ ਰਿਹਾ ਹੈਗਾ। ਔਰ ਜਿੱਥੋਂ ਤੱਕ ਭਾਸ਼ਾ ਦੀ ਗੱਲ ਹੈਗੀ ਹੈ ਤਾਂ 2010 ਦੇ ਵਿੱਚ ਯੂਨੈਸਕੋ ਨੇ ਇੱਕ ਰਿਪੋਰਟ ਪਾਈ ਸੀਗੀ ਕਿ ਭਾਰਤ ਦੇ ਵਿੱਚ ਜਿਹੜੀਆਂ ਭਾਸ਼ਾਵਾਂ ਨੇ, ਜਿਹੜੀਆਂ ਓਰੀਜਨਲ ਭਾਸ਼ਾਵਾਂ ਨੇ, ਉਹਨਾਂ ਲਈ ਖਤਰਾ ਹੈਗਾ। ਮੈਨੂੰ ਲੱਗਦਾ ਭਾਸ਼ਾ ਇੱਕ ਦਿਨ 'ਚ ਜਾਂ ਦੋ ਦਿਨਾਂ 'ਚ ਜਾਂ ਸਾਲ 'ਚ ਖਤਮ ਨਹੀਂ ਹੁੰਦੀ। ਭਾਸ਼ਾ ਨੂੰ ਜੇ ਮਾਰਨਾ ਹੈ ਉਹਦੇ ਵਿੱਚੋਂ ਗਿਆਨ ਬਾਹਰ ਕੱਢ ਦਿਓ, ਉਹਦੇ ਵਿੱਚੋਂ ਰੋਜ਼ਗਾਰ ਬਾਹਰ ਕੱਢ ਦਿਓ, ਭਾਸ਼ਾ ਆਪਣੇ ਆਪ ਡੀਫਾਲ ਹੋ ਜਾਊਗੀ। ਪਰ ਜੇਕਰ ਮੈਂ ਰਸੂਲ ਹਮਜ਼ਾ ਤੋਂ ਉਹਦਾ ਹਵਾਲਾ ਲਵਾਂ ਜਿਹੜਾ ਮੇਰਾ ਦਾਗਿਸਤਾਨ ਲਿਖਦਾ, ਉਹ ਕਹਿੰਦਾ ਜੇਕਰ ਕਿਸੇ ਨੂੰ ਗਾਲ ਕੱਢਣੀ ਹੋਵੇ ਤਾਂ ਉਹਨੂੰ ਕਹਿੰਦੇ ਜਾ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਏ। ਇੱਕ ਪਾਸੇ ਇਹ ਚੀਜ਼ ਹੈ। ਸੋ ਮੈਨੂੰ ਲੱਗਦਾ ਕਿ ਜੇਕਰ ਸਾਹਿਤ ਨੂੰ ਇਹ ਮੰਨ ਲਿਆ ਜਾਂਦਾ ਕਿ ਇਹ ਸਿਰਫ ਕਲਪਨਾ ਦੇ ਆਧਾਰ ਤੇ ਹੈਗਾ ਜਾਂ ਅਲੰਕ੍ਰਿਤ ਭਾਸ਼ਾ ਹੁੰਦੀ ਹੈ, ਤਾਂ ਫਿਲੋਸਫਰ ਜੈਕ ਡੈਰੀਡਲ ਬੜੀ ਸੋਹਣੀ ਗੱਲ ਕਰਦਾ ਹੈਗਾ, ਕਹਿੰਦੇ ਵੀ ਜੇ ਲਿਟਰੇਚਰ ਨੂੰ ਤੁਸੀਂ ਅਲੰਕ੍ਰਿਤ ਮੰਨਦੇ ਹੋ ਤਾਂ ਹਿਸਟਰੀ ਤਾਂ ਫਿਲੋਸਫੀ ਵੀ ਤਾਂ ਅਲੰਕ੍ਰਿਤ ਕਿ ਇਤਿਹਾਸ ਦੇ ਵਿੱਚ ਨਾਇਕ ਨੂੰ ਬਣਾਉਣਾ ਹੈਗਾ, ਨਾਇਕ ਉਹੀ ਹੋਊਗਾ ਜਿਹਦੀ ਸੱਤਾ ਤੁਰ ਹੋਏਗੀ, ਤਾਂ ਇਸ ਹਰਾਰਕੀ ਨੂੰ ਤੋੜਨਾ ਬੜਾ ਜ਼ਰੂਰੀ ਹੈ ਮੈਨੂੰ ਲੱਗਦਾ। ਤੋ ਬਹੁਤ ਬਹੁਤ ਸ਼ੁਕਰੀਆ ਅਮਰਪ੍ਰੀਤ ਸਿੰਘ ਜੀ ਕਿ ਤੁਸੀਂ ਸਾਡੇ ਨਾਲ ਜੁੜੇ ਔਰ ਆਪਣੇ ਮੁੱਲਵਾਨ ਇਸ ਕਿਤਾਬ ਦੇ ਹਵਾਲਾ ਦਿੱਤੀਆਂ ਔਰ ਬਖੂਬੀ ਜਿਹੜੇ ਵੱਖੋ ਵੱਖਰੇ ਪ੍ਰਵਚਨ ਉਭਰ ਕੇ ਆਏ ਨੇ। ਮੈਨੂੰ ਲੱਗਦਾ ਇਹ ਕਿਤਾਬ ਸਾਡੇ ਪੂਰਵੀ ਪੰਜਾਬ ਦੇ ਸਿਲੇਬਸ ਦਾ ਹਿੱਸਾ ਜ਼ਰੂਰ ਹੋਣੀ ਚਾਹੀਦੀ ਹੈ, ਤਾਂ ਕਿ ਹਿਸਟਰੀ ਦੇ ਟੁੱਟੇ ਹੋਏ ਲੋਕਾਂ ਨੂੰ ਹਿਸਟਰੀ ਦਾ ਉਹ ਚਿਹਰਾ ਪਤਾ ਲੱਗ ਸਕੇ ਜਿਹੜਾ ਚਿਹਰਿਆਂ ਨੇ ਸਾਡੇ ਕੋਲੋਂ ਮਾਨਵਤਾ ਛੁਪਾਈ ਰੱਖੀ। ਔਰ ਹੁਣ ਮੈਂ ਗੁਜ਼ਾਰਿਸ਼ ਕਰੂੰਗਾ ਸਾਡੇ ਅੱਜ ਦੇ ਪ੍ਰੋਗਰਾਮ ਦੇ ਕਨਵੀਨਰ ਡਾਕਟਰ ਰਵੇਲ ਸਿੰਘ ਜੀ ਕਿ ਉਹ ਵੀ ਇਸ ਕਿਤਾਬ ਦੇ ਸੰਬੰਧ ਵਿੱਚ ਆਪਣੀ ਟਿੱਪਣੀ ਕਰਨ। ਡਾਕਟਰ ਰਵੇਲ ਸਰ ਜੀ, ਮੋਸਟ ਵੈਲਕਮ ਸਰ। ਡਾਕਟਰ ਰਵੇਲ ਸਰ, ਮਨੀਸ਼ ਆਪਾਂ ਨੂੰ ਨੈਣ ਸੁਖਣਾ ਨੂੰ ਸੁਣਨਾ ਚਾਹੀਦਾ, ਨੈਣ ਸੁਖਣਾ ਸੁਣਨਾ ਸੀ। ਚਲੋ ਠੀਕ ਹੈ ਜੀ, ਚਲੋ ਨੈਣ ਸੁਖਣਾ ਨਹੀਂ ਕਰਦੇ।
ਸਾਡੇ ਬੜੇ ਹੀ ਖਲੂਸ ਨਾਲ ਅਸੀਂ ਤੁਹਾਨੂੰ ਸੱਦਾ ਦਿੰਦੇ ਹਾਂ ਸਰ ਜੀ ਆਇਆਂ ਨੂੰ। ਔਰ ਪਰਸਨਲੀ ਤੌਰ ਤੇ ਮੈਂ ਆਪਣੇ ਵੀ ਕਈ ਐਕਸਪੀਰੀਅੰਸ ਸ਼ੇਅਰ ਕਰੂੰਗਾ ਬਾਅਦ ਚ, ਪਰ ਇਸ ਕਿਤਾਬ ਦੇ ਲਈ ਮੈਂ ਤੁਹਾਨੂੰ ਬਹੁਤ 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 ਮੁਬਾਰਕਾਂ ਦਿੰਦਾ ਹੈਗਾ। ਔਰ ਮੈਂ ਚਾਹੁੰਦਾ ਕਿ ਤੁਸੀਂ ਆਓ ਤੇ ਆਪਣੀ ਇਸ ਪੁਸਤਕ ਦੇ ਸਿਰਜਣਾ ਪਲਾਂ ਨੂੰ ਸਾਡੇ ਨਾਲ ਸਾਂਝੇ ਕਰੋ ਨੈਣ ਸੁਖਦੇ। ਮੋਸਟ ਵੈਲਕਮ ਸਰ, ਬੜੀ ਬੜੀ ਮਿਹਰਬਾਨੀ, ਵੈਲਕਮ ਜੀ, ਸਭ ਸੱਜਣਾਂ ਦੀ, ਸਭ ਵੀਰਾਂ ਦੀ। ਤੁਸੀਂ ਬਹੁਤ ਸਾਰੀ ਮੇਰੀ ਸਿਫਤ ਕਰ ਦਿੱਤੀ, ਬਹੁਤ ਹੀ ਜ਼ਿਆਦਾ। ਤੇ ਬਾਕੀ ਦੇਖੋ, ਜਿਹੜਾ ਮੈਂ ਅਸਲ ਦੇ ਵਿੱਚ ਤੇ ਮੈਂ ਕਹਾਣੀ ਲਿਖਣ ਵਾਲਾ, ਕਹਾਣੀਆਂ ਲਿਖਣਾ ਕੋਈ, ਮੈਂ ਕੋਈ ਹਿਸਟੋਰੀਓਗ੍ਰਾਫੀ ਜਾਂ ਐਂਥਰੋਪੋਲੋਜੀ ਜਾਂ ਆਰਕਿਆਲੋਜੀ ਦਾ ਤਾਂ ਨਹੀਂ ਉਸ ਤਰ੍ਹਾਂ। ਤੇ ਇਹ ਕੰਮ ਤੇ ਉਹਨਾਂ ਦਾ ਕਰਨ ਵਾਲਾ ਹੈ, ਕਿਉਂਕਿ ਜੇ ਸਾਡੀ ਜਿਹੜੀ ਹਿਸਟਰੀ, ਜਿਹੜਾ ਮੈਨੂੰ ਫੀਲ ਹੁੰਦਾ ਨਾ, ਬਹੁਤ ਜ਼ਿਆਦਾ ਸਾਂਝੀ ਕਰ ਰਿਹਾ ਆਪਣੀ ਗੱਲ, ਕਿ ਸਾਡੀ ਜਿਹੜੀ ਹਿਸਟਰੀ ਹੈ ਨਾ, ਉਹ ਲਿਖੀ ਨਹੀਂ ਗਈ ਪੰਜਾਬ ਦੀ। ਅਸੀਂ ਇੰਡੀਆ ਦੀ ਲਿਖੀ ਹਿਸਟਰੀ ਦੇ ਵਿੱਚੋਂ ਕੁਝ ਹਿੱਸੇ ਲੱਭ ਲੈਂਦੇ ਹਾਂ ਤੇ ਅਸੀਂ ਉਹਨੂੰ ਫਿਰ ਆਪਣੀ ਹਿਸਟਰੀ ਸਮਝਣ ਲੱਗ ਪੈਂਦੇ ਹਾਂ। ਜਿੰਨੀ ਵੀ ਅਸੀਂ ਹਿਸਟਰੀ ਹੁਣ ਤੱਕ ਮੈਂ ਵੇਖੀਏ ਲਿਖੀ ਗਈ ਹੈ ਪੰਜਾਬ ਦੀ, ਉਹ ਇੰਡੀਅਨ ਹਿਸਟਰੀ ਦੇ ਵਿੱਚੋਂ ਹੀ ਉਹਦਾ ਕੁਝ ਹਿੱਸਾ ਜਿਹੜਾ ਹੈ ਉਹ ਅਸੀਂ ਲੈ ਲੈਂਦੇ ਹਾਂ ਤੇ ਅਸੀਂ ਕਹਿੰਦੇ ਹਾਂ ਕਿ ਇਹ ਸਾਡੀ ਹਿਸਟਰੀ ਹੈ। ਅਸੀਂ ਆਪਣੇ ਤੌਰ 'ਤੇ ਕੋਈ ਵੱਡੀ ਖੋਜ ਨਹੀਂ ਕੀਤੀ। ਹੁਣ ਜਿਸ ਤਰ੍ਹਾਂ ਅਮਰਪ੍ਰੀਤ ਸਿੰਘ ਹੋਰਾਂ ਨੇ ਘੋੜੇ ਦੀ ਗੱਲ ਕੀਤੀ, ਅਸੀਂ ਕਦੀ ਵੀ ਨਹੀਂ ਸੋਚਿਆ ਕਿ ਵੇਖੋ ਸ਼ਾਹਜਹਾਨ ਦੇ ਵੇਲੇ ਦੀ ਕਹਾਣੀ ਹੈ ਜਿਹੜੀ ਸੋਹਣੀ ਮਹੀਵਾਲ ਦੀ ਕਹਾਣੀ। ਹੁਣ ਉਹ ਖੁਰਾਸਾਨ ਤੋਂ ਉਹ ਘੜੇ ਲੈਣ ਆ ਰਿਹਾ ਕੋਈ ਖਰੀਦਾਰ, ਤੇ ਇੱਥੇ ਜੋ ਕੁਝ ਵੀ ਵਾਰਦਾਤ ਹੋਈ, ਇਸ਼ਕ ਹੋਇਆ ਜਾਂ ਜੋ ਕੁਝ, ਉਸ ਦੀ ਨਹੀਂ ਮੈਂ ਗੱਲ ਕਰ ਰਿਹਾ, ਪਰ ਇਹ ਪਤਾ ਲੱਗਦਾ ਕਿ ਘੜੇ ਲੈਣ ਆਉਂਦੇ ਸਨ ਲੋਕ ਖੁਰਾਸਾਨ ਤੋਂ, ਬਲਖ ਬੁਖਾਰੇ ਤੋਂ, ਤੇ ਉਹਨੂੰ ਅਸੀਂ ਬੜੀ ਆਸਾਨੀ ਨਾਲ ਜੋੜ ਸਕਦੇ ਹਾਂ ਹੜੱਪੇ ਵਿੱਚ ਜਿਹੜੀਆਂ ਸਭ ਤੋਂ ਜ਼ਿਆਦਾ ਟਿਕਰੀਆਂ ਮਿਲੀਆਂ ਉਹ ਘੜਿਆਂ ਦੀਆਂ ਸਨ। ਤੇ ਉੱਥੋਂ ਸਾਫ਼ ਨਜ਼ਰ ਆਉਂਦਾ ਹੈ ਕਿ ਕਿਸੇ ਵੇਲੇ ਦੇ ਵਿੱਚ ਦੁਨੀਆਂ ਦੇ ਵਿੱਚ ਇੱਥੋਂ ਦੇ ਘੜੇ ਬੜੇ ਮਸ਼ਹੂਰ ਰਹੇ ਹੋਣਗੇ, ਔਰ ਲੋਕ ਦੂਰੋਂ ਦੂਰੋਂ ਘੜੇ ਲੈਣ ਇੱਥੇ ਆਉਂਦੇ ਹੋਣਗੇ ਜਿਹੜੇ ਸ਼ਾਹਜਹਾਨ ਬਾਦਸ਼ਾਹ ਦੇ ਵੇਲੇ ਤੱਕ ਰਿਹਾ। ਪਰ ਅਸੀਂ ਕਿਧਰੇ ਵੀ ਹਿੱਸੇ ਵਿੱਚ ਨਹੀਂ ਵੇਖਦੇ ਕਿ ਕਿਧਰੇ ਸਾਨੂੰ ਇੰਝ ਦੀ ਕੋਈ ਲੱਭੇ ਕਿ ਬਈ ਇਸ ਤਰ੍ਹਾਂ ਦੀ ਹੈ ਜਿਹੜੀ ਸਾਡੀ ਦਸਤਕਾਰੀ ਸੀ, ਜਿਹੜੀ ਸਾਡੀ ਕਾਰੀਗਰੀ ਸੀ ਸਾਡੇ ਲੋਕਾਂ ਦੀ, ਉਹਦੇ ਉੱਤੇ ਕੁਝ ਲਿਖਿਆ ਸਾਨੂੰ ਨਹੀਂ ਮਿਲਦਾ ਕਿ ਕਿਸ ਤਰ੍ਹਾਂ ਕਿੱਥੋਂ ਕਿੱਥੋਂ ਲੋਕ ਆਉਂਦੇ ਸਨ, ਕਿਵੇਂ ਕਿਵੇਂ ਘੜੇ ਇੱਥੋਂ ਜਾਂਦੇ ਹੋਣਗੇ। ਜਿਹੜਾ ਘੁਮਾਰ ਅਸੀਂ ਕਹਿੰਦੇ ਹਾਂ ਅੱਜ ਲਫ਼ਜ਼, ਜਾਂ ਘੁਮਿਆਰ, ਇਹ ਬੇਸਿਕਲੀ ਕੁੰਭਹਾਰ ਹੈ, ਕੁੰਭਹਾਰ ਜਿਹੜੇ ਰੋਗ ਨਹੀਂ ਮਟਕੇ ਬਣਾਏ ਜਾਂਦੇ ਸਨ, ਜਿਹੜੇ ਬੜੀ ਦੂਰ ਤੱਕ ਜਾਂਦੇ ਸਨ, ਉਹਨਾਂ ਨੂੰ ਕੁੰਭ ਕਿਹਾ ਜਾਂਦਾ ਸੀ। ਜਿਹੜਾ ਤੁਹਾਡਾ ਮੇਲਾ ਕੁੰਭ ਲੱਗਦਾ ਬਹੁਤ ਮਸ਼ਹੂਰ, ਉਹ ਵੀ ਬੇਸਿਕਲੀ ਲਫ਼ਜ਼ ਕੁੰਭ। ਤੇ ਉਹ ਅੱਗੇ ਜਾ ਕੇ ਤੇ ਅਸੀਂ ਉਹ ਜਿਹੜਾ ਇਸੇ ਤਰ੍ਹਾਂ, ਫਿਰ ਮੈਂ ਕਈ ਦਫ਼ਾ ਹੁਣ ਅਸੀਂ ਇਹ ਪੜ੍ਹਨੀ ਆ ਬਹੁਤ ਸਾਰੀਆਂ ਕਿਤਾਬਾਂ ਦੇ ਵਿੱਚ ਅਸੀਂ ਪੜ੍ਹਿਆ ਕਿ ਲਾਹੌਰ ਦੀ ਈਵਨ ਹਿਸਟਰੀ ਅਸੀਂ ਪੜ੍ਹੀ, ਕਿ ਰਾਮ ਦੇ ਦੋ ਪੁੱਤਰ ਸਨ, ਲਵ ਔਰ ਕਸੂ, ਉਹਦੇ ਇੱਕ ਦੇ ਨਾਂ ਤੇ ਕਸੂਰ ਏ ਤੇ ਇੱਕ ਦੇ ਨਾਂ ਤੇ ਲਾਹੌਰ ਏ। ਪਰ ਕਦੀ ਵੀ ਅਸੀਂ ਨਹੀਂ ਖੋਜਿਆ ਇਹਨੂੰ ਕਿ ਕਿਆ ਸੱਚ ਏ ਜਾਂ ਐਵੇਂ ਹੀ ਗੱਲ ਕਰ ਦਿੱਤੀ ਗਈ ਹੈ ਕੁਝ ਜ਼ਬਾਤੀ ਜਿਹੀ। ਅਕਬਰ ਬਾਦਸ਼ਾਹ ਦੇ ਵੇਲੇ ਜਦੋਂ ਬ੍ਰਾਹਮਣਾਂ ਨੂੰ ਉਹ ਖੁਸ਼ ਕਰ ਰਿਹਾ ਸੀ, ਜਿਸ ਤਰ੍ਹਾਂ ਸਾਰੇ ਮਜ਼ਹਬਾਂ ਦੇ ਨੂੰ ਖੁਸ਼ ਕਰ ਰਿਹਾ ਸੀ, ਤੇ ਇਸੇ ਤਰ੍ਹਾਂ ਉਹਨਾਂ ਬ੍ਰਾਹਮਣਾਂ ਨੂੰ ਵੀ ਖੁਸ਼ ਕਰਨ ਵਾਸਤੇ ਇੱਕ ਕਹਾਣੀ ਘੜੀ ਗਈ, ਇੱਕ ਉੱਥੇ ਬਕਾਇਦਾ ਕਿਲ੍ਹੇ ਦੇ ਵਿੱਚ ਬੈਠ ਕੇ, ਕਿ ਇੰਜ ਹੋਇਆ ਹੋਏਗਾ ਕਿ ਰਾਮ ਦਾ ਇੱਕ ਪੁੱਤਰ ਸੀ ਲਹੂ ਔਰ ਇੱਕ ਕਸੂ, ਔਰ ਉਹਦੇ ਤੋਂ ਇਸ ਤਰ੍ਹਾਂ ਕਸੂਰ ਜਿਹੜਾ ਉਹ ਕਸਰ ਤੁਮੇ, ਕਸਰ ਅਰਬੀ ਦਾ ਲਫ਼ਜ਼ ਹੈ, ਉਹਦਾ ਨਾਂ ਹੈ ਮਹੱਲ, ਔਰ ਸਿੰਗੂਲਰ ਜਿਹੜਾ ਉਹ ਕਸਰ ਹੈ, ਔਰ ਜਦੋਂ ਪਲੂਰਲ ਬਣਦਾ ਤਾਂ ਕਸੂਰ ਬਣ ਜਾਂਦਾ। ਤੇ ਉਹ 800 ਸਾਲ ਜਾਂ ਜ਼ਿਆਦਾ ਤੋਂ ਜ਼ਿਆਦਾ 1000 ਸਾਲ ਦੀ ਹਿਸਟਰੀ ਹੋਏਗੀ ਕਸੂਰ ਸ਼ਹਿਰ ਦੀ। ਇਸੇ ਤਰ੍ਹਾਂ ਜਿਹੜਾ ਲਾਹੌਰ ਸ਼ਹਿਰ ਹੈ, ਬਹੁਤ ਪੁਰਾਣਾ ਨਹੀਂ ਸ਼ਹਿਰ, ਜਿੰਨਾ ਹੁਣ ਸਾਡੇ ਕਈ ਲੋਕ ਜਜ਼ਬਾਤੀ ਹੋ ਕੇ, ਅਸੀਂ ਪੰਜਾਬੀ ਬੜੇ ਜਜ਼ਬਾਤੀ ਹੋ ਕੇ ਐਗਜੈਜੀਰੇਸ਼ਨ ਬਹੁਤ ਜ਼ਿਆਦਾ ਕਰ ਦਿੰਦੇ ਹਾਂ ਕਈ ਦਫ਼ਾ, ਤੇ ਕਈ ਦਫ਼ਾ ਕਿਸੇ ਗੱਲ ਨੂੰ ਮੰਨਦੇ ਹੀ ਨਹੀਂ। ਉਹ ਅਸੀਂ ਇਹਨੂੰ 1000 ਸਾਲ ਦੀ ਕਹਿ ਦਿੰਦੇ ਹਾਂ ਕਿ ਲਾਹੌਰ ਦੀ ਤਾਰੀਖ ਵੀ ਪਤਾ ਨਹੀਂ ਕਿੰਨੇ, ਲਾਹੌਰ ਦੀ ਤਾਰੀਖ ਵੀ 1000-1200 ਤੋਂ ਪੁਰਾਣੀ ਨਹੀਂ। ਜਿਹੜੇ ਸਾਡੇ ਸਭ ਤੋਂ ਪੁਰਾਣੇ ਸ਼ਹਿਰ ਨੇ, ਜਿਸ ਤਰ੍ਹਾਂ ਸਾਡੇ ਦੋ ਵੱਡੀਆਂ ਸਿਵਿਲਾਈਜੇਸ਼ਨ ਹੁੰਦੀਆਂ ਸਾਡੀਆਂ, ਕਿਸੇ ਨੂੰ ਪਤਾ ਕਿ ਹੜੱਪਨ ਸਿਵਿਲਾਈਜੇਸ਼ਨ ਸੀ ਔਰ ਗੰਧਾਰਾ ਸਿਵਿਲਾਈਜੇਸ਼ਨ ਸੀ, 1000 ਸਾਲਾਂ ਪੁਰਾਣੀਆਂ। ਫਿਰ ਉਹਨਾਂ 'ਚ ਕਈ ਸ਼ਹਿਰ ਸਨ, ਜਿਹੜਾ ਰਿਗਵੇਦ 'ਚ ਇੱਕ ਸ਼ਹਿਰ ਦਾ ਜ਼ਿਕਰ ਆਉਂਦਾ, ਉਹ ਬੇਰਾ ਸੀ, ਉਹ ਦਰਿਆ ਜੇਹਲਮ ਦੇ ਕੰਢੇ ਦੇ ਉੱਤੇ ਇੱਕ ਛੋਟਾ ਜਿਹਾ ਸ਼ਹਿਰ। ਪਰ ਜਦੋਂ ਬਾਦਸ਼ਾਹਾਂ ਨੂੰ ਜਿਹੜੀਆਂ ਥਾਵਾਂ ਵਾਰਾ ਖਾਂਦੀਆਂ ਨੇ, ਉਹ ਜਦੋਂ ਉੱਥੇ ਆਪਣੀਆਂ ਰਾਜਧਾਨੀਆਂ ਬਣਾਉਂਦੇ ਨੇ, ਤਾਂ ਉਹੀ ਸ਼ਹਿਰ ਵੱਡੇ ਬਣ ਜਾਂਦੇ ਨੇ। ਫਿਰ ਅਸੀਂ ਉਹਨਾਂ ਦੇ ਨਾਲ ਹੀ ਜੋੜ ਦਿੰਦੇ ਹਾਂ ਕਿ ਇਹ ਸ਼ਹਿਰ ਦੁਨੀਆਂ ਦਾ ਸਭ ਤੋਂ ਪੁਰਾਣਾ ਸ਼ਹਿਰ ਹੈ, ਇਹ ਸ਼ਹਿਰ ਦੁਨੀਆਂ ਦਾ ਸਭ ਤੋਂ ਵਧੀਆ ਸ਼ਹਿਰ ਹੈ।
ਤੇ ਜਿਹੜੀਆਂ ਆਵਾਮ ਨਾਲ ਲੋਕਾਈ ਦੇ ਨਾਲ ਜੁੜੀਆਂ ਗੱਲਾਂ ਹੁੰਦੀਆਂ ਨੇ ਉਹ ਫਿਰ ਅਕਸਰ ਸਾਡੀਆਂ ਹਿਸਟਰੀ ਦੇ ਵਿੱਚੋਂ ਗੁਆਚ ਜਾਂਦੀਆਂ ਨੇ ਔਰ ਉਹ ਹਿਸਟਰੀ ਜਿਹੜੀ ਹੈ ਉਹ ਤੇ ਫਤਹਿਨਾਮਾ ਹੀ ਹੁੰਦਾ ਦੇਖੋ ਬਾਦਸ਼ਾਹਾਂ ਦਾ ਕਿਸੇ ਵੀ ਬਾਦਸ਼ਾਹ ਇੱਕ ਬਾਦਸ਼ਾਹ ਜਾਂਦਾ ਤੇ ਦੂਸਰਾ ਬਾਦਸ਼ਾਹ ਦਾ ਇਹ ਹਿਸਟਰੀ ਹੈ ਨਾ ਸਾਰੀ ਤੇ ਪਹਿਲਾਂ ਇਹ ਬਾਦਸ਼ਾਹ ਸਨ ਫਿਰ ਇਹ ਬਾਦਸ਼ਾਹ ਹੈ ਫਿਰ ਇਹ ਬਾਦਸ਼ਾਹ ਉਹਦੇ 'ਚ ਲੋਕ ਤਾਂ ਕੋਈ ਨਹੀਂ ਹੁੰਦੇ ਲੋਕ ਤਾਂ ਕਿਧਰੇ ਨਹੀਂ ਸਨ ਦੇਖਦੇ ਇੱਥੇ ਅਸਾਂ ਉਹਦੇ ਉੱਤੇ ਕੋਈ ਕੰਮ ਨਹੀਂ ਕੀਤਾ ਵੀ ਲੋਕ ਕਿੱਥੇ ਸਨ ਵੇਖੋ ਇਹਦੇ ਤੇ ਜਿਸ ਤਰ੍ਹਾਂ ਐਡਵਰਡ ਸਈਦ ਦਾ ਕੰਮ ਹੈ ਓਰੀਐਂਟਲਿਜ਼ਮ ਜਾਂ ਅਸੀਂ ਦੇਖਦੇ ਹਾਂ ਤੁਹਾਡੇ ਇੰਡੀਆ ਦੀ ਸਪੀਵਕ ਇੱਕ ਹੈ ਬੀਬੀ ਹੋਮੀ ਬਾਬਾ ਇਹਨਾਂ ਲੋਕਾਂ ਨੇ ਕੰਮ ਕੀਤਾ ਹੈ ਕਾਫੀ ਗ੍ਰੈਮਾਟੋਲੋਜੀ ਦਰਿਦਾ ਦੀ ਜਿਹੜੀ ਬੁੱਕ ਲੋਕਾਂ ਨੇ ਇਸ ਤਰ੍ਹਾਂ ਸੋਚਿਆ ਕਿ ਹਿਸਟਰੀ ਇਸ ਤਰ੍ਹਾਂ ਦੀ ਵੀ ਹੋਣੀ ਚਾਹੀਦੀ ਜਾਂ ਜਿਸ ਤਰ੍ਹਾਂ ਹਾਰਵਰਡ ਜ਼ੈਨ ਦਾ ਕੰਮ ਹੈ ਪੀਪਲਸ ਹਿਸਟਰੀ ਆਫ ਯੂਨਾਈਟਿਡ ਸਟੇਟਸ ਲੋਕਾਂ ਨੇ ਸੋਚਿਆ ਕਿ ਲੋਕ ਕਿਸ ਤਰ੍ਹਾਂ ਰਹੇ ਲੋਕਾਂ ਨੇ ਉਹਦੇ ਤੇ ਕੰਮ ਕੀਤਾ ਪਰ ਅਸਾਂ ਪੰਜਾਬੀਆਂ ਨੇ ਕੋਈ ਕੰਮ ਨਹੀਂ ਕੀਤਾ ਤੇ ਮੈਂ ਵੀ ਇਹ ਜਦੋਂ ਕਿਤਾਬ ਤੇ ਮੈਂ ਸੋਚਿਆ ਵੀ ਨਹੀਂ ਸੀ ਕਿ ਮੈਂ ਇਸ ਤਰ੍ਹਾਂ ਦੀ ਕੋਈ ਕਿਤਾਬ ਲਿਖਾਂ ਮੈਂ ਤੇ ਨਾਵਲ ਜਾਂ ਫਿਕਸ਼ਨ ਜਾਂ ਕਹਾਣੀਆਂ ਇਸ ਤਰ੍ਹਾਂ ਦੀ ਕੁਝ ਲਿਖਣਾ ਹੀ ਚਾਹ ਰਿਹਾ ਸਾਂ ਤੇ ਇਹ ਮਟੀਰੀਅਲ ਮੈਂ ਇਕੱਠਾ ਕੀਤਾ ਇੱਕ ਨਾਵਲ ਵਾਸਤੇ ਨਾ ਇਹ ਜਿਹੜੀ ਸਾਰੀ ਕਿਤਾਬ ਤੇ ਲਿਖਦਿਆਂ ਲਿਖਦਿਆਂ ਇੱਕ ਤੇ ਮੈਨੂੰ ਇੱਕ ਵਾਰੀ ਤਬੀਅਤ ਮੇਰੀ ਐਵੇਂ ਖਰਾਬ ਹੋਈ ਤੇ ਮੈਨੂੰ ਇੰਝ ਲੱਗਾ ਕਿ ਮੈਂ ਮਰ ਇਹ ਮੇਰਾ ਪਤਾ ਨਹੀਂ ਨਾਵਲ ਮੈਂ ਕਦੋਂ ਲਿਖਣਾ ਤੇ ਮੈਂ ਕੋਈ ਜਿਹੜਾ ਹੋਰ ਹੀ ਲਿਖਣਾ ਇੱਕ ਤੇ ਅਸੀਂ ਨਾਵਲ ਲਿਖਣਾ ਮੈਨੂੰ ਬਹੁਤ ਮੁਸ਼ਕਲ ਲੱਗ ਰਿਹਾ ਸੀ ਬੜਾ ਲੰਬਾ ਪ੍ਰੋਸੀਜਰ ਹੋਏਗਾ ਮੈਨੂੰ ਇੰਝ ਲੱਗ ਰਿਹਾ ਸੀ ਤੇ ਮੈਂ ਕਿਹਾ ਕਿ ਮੇਰਾ ਬਲੱਡ ਪ੍ਰੈਸ਼ਰ ਇੱਕ ਵਾਰੀ ਹਾਈ ਹੋਇਆ ਤੇ ਮੈਂ ਆਖਿਆ ਕਿਤੇ ਮੈਂ ਮਰਨਾ ਜਾਵਾਂ ਤੇ ਕੌਣ ਜੋੜੇਗਾ ਸਾਰੇ ਮਟੀਰੀਅਲ ਨੂੰ ਤੇ ਮੈਂ ਉਹ ਸਾਰਾ ਉਹਨੂੰ ਇਸ ਤਰ੍ਹਾਂ ਕਿਤਾਬ ਜਿਹੜੀ ਇਹਨੇ ਬਣਾ ਦਿੱਤੀ ਇੱਕ ਕਿਤਾਬ ਦੀ ਕਿੰਨੀ ਵੈਲਿਊ ਹੈ ਤੇ ਪੜ੍ਹਨ ਵਾਲੇ ਦੱਸ ਸਕਦੇ ਨੇ ਜਾਂ ਹਿਸਟੋਰੀਓਗ੍ਰਾਫੀ ਜਾਂ ਜਿਹੜੇ ਮੈਂ ਦੇਖੇ ਹਿਸਟੋਰੀਅਨ ਦੱਸ ਸਕਦੇ ਨੇ ਮੈਨੂੰ ਨਹੀਂ ਮੈਂ ਬਿਲਕੁਲ ਮੈਂ ਹਿਸਟੋਰੀਅਨ ਨਹੀਂ ਹਾਂ ਮੈਂ ਕਹਿ ਸਕਦਾ ਕਿ ਮੈਂ ਮਟੀਰੀਅਲ ਇਕੱਠਾ ਕਰਕੇ ਜ਼ਰੂਰ ਦਿੱਤਾ ਕੋਈ ਇਹਦੇ 'ਤੇ ਸ਼ਾਇਦ ਇਹਨੂੰ ਵੇਖ ਕੇ ਅਤੇ ਹਿਸਟਰੀ ਦੀ ਬੁੱਕ ਲਿਖ ਲਵੇ ਕਿ ਜਿਸ ਤਰ੍ਹਾਂ ਸਾਡੀਆਂ ਚੀਜ਼ਾਂ ਗੁਆਚੀਆਂ ਨੇ ਮਤਲਬ ਤੁਸੀਂ ਦੇਖੋ ਨਾ ਸਾਨੂੰ ਤਾਂ ਕੋਈ ਅਸੀਂ ਜਜ਼ਬਾਤੀ ਹੋ ਕੇ ਕਈ ਦਫ਼ਾ ਬੜੀਆਂ ਗੱਲਾਂ ਕਰਦੇ ਹਾਂ ਬੜੇ ਨਾਅਰੇ ਲਾਉਂਦੇ ਹਾਂ ਪੰਜਾਬ ਦੇ ਹੱਕ ਵਿੱਚ ਵੀ ਸਾਡਾ ਪੰਜਾਬ ਸਾਡਾ ਫਲਾਣਾ ਬਾਬਾ ਬੜਾ ਵੱਡਾ ਸਾਡਾ ਬੜਾ ਜੋਗੀ ਫਲਾਣਾ ਬੜਾ ਵੱਡਾ ਸਾਡਾ ਪਰ ਅਸੀਂ ਕਦੀ ਆਪਣੇ ਵੱਲੋਂ ਨਹੀਂ ਵੇਖਦੇ ਅਸੀਂ ਕੀ ਹਾਂ ਅਸੀਂ ਜੇ ਉਹ ਸਾਰੇ ਵੱਡੇ ਸਨ ਤਾਂ ਅਸੀਂ ਵੱਡੇ ਕਿਉਂ ਨਹੀਂ ਅਸੀਂ ਤਾਂ ਅੱਜ ਦੇਖੋ ਆਪਣਾ ਹਰ ਸਭ ਕੁਝ ਗਵਾ ਰਹੇ ਹਾਂ ਗੁਆਚ ਰਿਹਾ ਹਰ ਆਉਣ ਵਾਲੇ ਦਿਨ ਨਾਲ ਸਾਡਾ ਕੁਝ ਖੁਰ ਹੁਣ ਦੇਖੋ ਰਾਜਾ ਪੋਰਸ ਜਿਹੜਾ ਮੈਂ ਕਦੀ ਵੀ ਕਿਸੇ ਰਾਜੇ ਦੀ ਜਾਂ ਬਾਦਸ਼ਾਹ ਦੀ ਵੇਲ ਹੋਕਣ ਦੇ ਹੱਕ ਵਿੱਚ ਨਹੀਂ ਨਾ ਹੀ ਉਹ ਵੇਲ ਹੋਕਣ ਦੇ ਕਾਬਲ ਹੁੰਦੇ ਨੇ ਜਿਹੜੇ ਵੀ ਰਾਜੇ ਹੁੰਦੇ ਨੇ ਮਹਾਰਾਜੇ ਹੁੰਦੇ ਨੇ ਉਹ ਜ਼ੁਲਮ ਕਰਕੇ ਹੀ ਰਾਜ ਹੁੰਦਾ ਹੈ ਜੋ ਕੁਝ ਅਸੀਂ ਅੱਜ ਤੱਕ ਵੇਖਿਆ ਉਹ ਭਾਵੇਂ ਕਿੱਡੇ ਤੋਂ ਕਿੱਡਾ ਵੀ ਚੰਗਾ ਵੀ ਕੋਈ ਰਾਜਾ ਹੋਇਆ ਤੇ ਉਹਨੂੰ ਜ਼ੁਲਮ ਕਰਨਾ ਹੀ ਪੈਂਦਾ ਪਤਾ ਨਹੀਂ ਹੈ ਵੀ ਸ਼ਾਇਦ ਰਾਜਿਆਂ ਦੀ ਉਹਨਾਂ ਨੂੰ ਜ਼ੁਲਮ ਹੀ ਕਰਕੇ ਲੋਕਾਂ ਨੂੰ ਆਪਣਾ ਗੁਲਾਮ ਬਣਾ ਕੇ ਹੀ ਉਹ ਤੁਸੀਂ ਉਹਨਾਂ ਨੂੰ ਬੰਨ ਕੇ ਰੱਖ ਸਕਦੇ ਹੋ ਤੇ ਹੁਣ ਇੱਥੇ ਸ਼ੇਰ ਸ਼ਾਹ ਸੂਰੀ ਦੇ ਵੇਲੇ ਦਾ ਇੱਕ ਕਿਸੇ ਜਗ੍ਹਾ ਦੇ ਉੱਤੇ ਕਤਬਾ ਸੀ ਜਿਹਦੇ ਵਿੱਚ ਇਹ ਲਿਖਿਆ ਸੀ ਕਿ ਜਿਹੜਾ ਰਾਜਾ ਪੋਰਸ ਸੀ ਉਹਦੇ ਦੋ ਪੁੱਤਰ ਸਨ ਇੱਕ ਦਾ ਨਾਂ ਕੇਤੂ ਸੀ ਔਰ ਇੱਕ ਦਾ ਨਾਂ ਇਸ ਤਰ੍ਹਾਂ ਇੱਕ ਰੋਹਤ ਸੀ ਔਰ ਇੱਕ ਕੇਤੂ ਔਰ ਇੱਕ ਨੇ ਇੱਕ ਸ਼ਹਿਰ ਵਸਾਇਆ ਉਹਦਾ ਨਾਂ ਸੀ ਕੇਤੂ ਕਟਾਸ ਬਣਿਆ ਹੁਣ ਪਹਿਲਾਂ ਉਹ ਕੇਤੂ ਵਾਸੀ ਔਰ ਇੱਕ ਦਾ ਨਾਂ ਰੋਹਤ ਵਾਸੀ ਉਹ ਰੋਹਤਾਸ ਬਣਿਆ ਹੁਣ ਉਹ ਜਿਹੜਾ ਕਤਬਾ ਉਹ ਕਿਸੇ ਨੇ ਪਤਾ ਨਹੀਂ 2-3 ਹਜ਼ਾਰ ਦਾ ਵੇਚ ਛੱਡਿਆ ਔਰ ਪਤਾ ਨਹੀਂ ਕਿੱਥੇ ਗਿਆ ਕਤਬਾ ਕਿਸੇ ਨੂੰ ਪਤਾ ਨਹੀਂ ਇਹ ਪਤਾ ਲੱਗਦਾ ਕਿ ਕਈਆਂ ਲੋਕਾਂ ਨੇ ਪਾਕਿਸਤਾਨ ਬਣਨ ਤੋਂ ਬਾਅਦ ਵੀ ਉਹ ਕਤਬਾ ਸੀ 60s ਤੱਕ ਵੀ ਉਹ ਕਤਬਾ ਸੀ ਇੱਕ ਥਾਂ ਤੇ ਲੱਗਾ ਪਰ ਉਹ ਕਤਬਾ ਕਿੱਥੇ ਗਿਆ ਕੋਈ ਪਤਾ ਨਹੀਂ ਇੱਥੇ ਚੂਨੀਆਂ ਦੇ ਵਿੱਚ ਟੋਡਰਮਲ ਦੀ ਹਵੇਲੀ ਦੇ ਬਾਹਰ ਇੱਕ ਕਤਬਾ ਸੀ ਉਹ 10-12 ਸਾਲ ਪਹਿਲਾਂ ਕਿਸੇ ਨੇ ਵੇਚ ਦਿੱਤਾ 3,500 ਰੁਪਏ ਦਾ ਤੇ ਹਰ ਆਉਣ ਵਾਲੇ ਦਿਨ ਅਸੀਂ ਏਡੀ ਬੇਦਰਦੀ ਦੇ ਨਾਲ ਆਪਣੇ ਚੀਜ਼ਾਂ ਨੂੰ ਗਵਾ ਰਹੇ ਹਾਂ ਉਹਨਾਂ ਦੀ ਨਹੀਂ ਸੰਭਾਲ ਨਹੀਂ ਕਰ ਰਹੇ ਤੇ ਫਿਰ ਬਿਹਤਰ ਹੈ ਇਹ ਕਿ ਜੇ ਸਾਨੂੰ ਜੋ ਕੁਝ ਕਿੱਧਰ ਲੱਭਦਾ ਹੈ ਤੇ ਅਸੀਂ ਉਹਨੂੰ ਕਦਮ ਲਿਖਦੇ ਜਾਈਏ ਇਹ ਲਿਖਾਰੀ ਦੇ ਬਸ ਵਿੱਚ ਤੇ ਇਹ ਹੀ ਹੋ ਸਕਦਾ ਹੈ ਸਿਆਸਤ ਬਹੁਤ ਵੱਡੇ ਨੇ ਉਹ ਸਾਡੇ ਬਸ ਵਿੱਚ ਨਹੀਂ ਕਿ ਅਸੀਂ ਉਹਨਾਂ ਨੂੰ ਬਾਰਡਰਾਂ ਨੂੰ ਜਾਂ ਬੈਰੀਅਰਸ ਜਾਂ ਜੋ ਕੁਝ ਬਾਉਂਡਰੀਜ਼ ਹੈ ਨੇ ਅਸੀਂ ਉਹਨਾਂ ਨੂੰ ਤੇ ਨਹੀਂ ਅਸੀਂ ਕਰ ਸਕਦੇ ਪਰ ਅਸੀਂ ਰਲ ਮਿਲ ਕੇ ਹੁਣ ਦੇਖੋ ਅੱਜ ਜਦੋਂ ਅਸੀਂ ਪੁਰਾਣੀ ਬਹੁਤ ਸਾਰੀ ਹਿਸਟਰੀ ਪੜ੍ਹਨੇ ਹਾਂ ਤੇ ਉਹਦੇ ਵਿੱਚ ਸਾਨੂੰ ਬਹੁਤ ਮੁਗਾਲ ਤੇ ਸਿਰਫ ਇਸ ਵਾਸਤੇ ਲੱਗਦੇ ਨੇ ਕਿ ਉਸ ਵੇਲੇ ਤੇ GT ਰੋਡ ਕੋਈ ਨਹੀਂ ਸੀ ਹੁੰਦੀ ਜਿਹੜੀ ਸਾਡੀ ਹੈ ਉਸ ਵੇਲੇ ਤੇ ਰਾਹ ਹੀ ਹੋਰ ਸਨ ਕਿ ਕਿੱਧਰੋਂ ਲੋਕ ਆਉਂਦੇ ਸਨ ਸਾਰੇ ਫਕੀਰ ਪਹਿਲਾਂ ਉੱਚ ਹੀ ਕਿਉਂ ਆਉਂਦੇ ਸਨ ਔਰ ਉੱਚ ਤੋਂ ਹੀ ਫਿਰ ਪੂਰੇ ਪੰਜਾਬ ਵਿੱਚ ਕਿਉਂ ਫੈਲਦੇ ਸਨ ਉਹ ਕਿਹੜੇ ਪਾਸਿਓਂ ਆਉਂਦੇ ਸਨ
ਹੁਣ ਅਸੀਂ ਜੀ ਟੀ ਸਾਡੇ ਜ਼ਿਹਨ ਚ ਇੱਕਦਮ ਜੀ ਟੀ ਡਾਉਂਟ ਆਉਂਦਾ ਕਾਬਲ ਤੋਂ ਪਿਸ਼ਾਵਰ ਆਉਂਦੇ ਹੋਣਗੇ, ਪਿਸ਼ਾਵਰ ਤੋਂ ਲਾਹੌਰ ਆਉਂਦੇ ਹੋਣਗੇ ਤੇ ਇਸ ਤਰ੍ਹਾਂ ਅੱਗੇ ਜਾਂਦੇ ਹੋਣਗੇ, ਪਰ ਨਹੀਂ ਪੁਰਾਣੇ ਬਿਲਕੁਲ ਹੋਰ ਤਰ੍ਹਾਂ ਚਨਿਓਟ ਸਹਿਰ ਸ਼ਹਿਰ ਜਿਹੜਾ ਸੀ ਉਹ ਚੀਨ ਤੱਕ ਦੇ ਲੋਕ ਉੱਥੇ ਆਉਂਦੇ ਸਨ, ਕਿਹੜੇ ਰਾਹ ਤੋਂ ਆਉਂਦੇ ਸਨ ਸਾਨੂੰ ਅੱਜ ਨਹੀਂ ਪਤਾ। ਇਸੇ ਤਰ੍ਹਾਂ ਈਰਾਨ ਤੋਂ ਕਿਹੜੇ ਰਸਤੇ ਆਉਂਦੇ ਸਨ, ਜਾਂ ਜਦੋਂ ਮਹਿਮੂਦ ਗਜ਼ਨੀ ਆਇਆ ਉਹ ਉੱਧਰੋਂ ਜਿਹੜੇ ਬਾਦਸ਼ਾਹ ਆਉਂਦੇ ਰਹੇ ਉਹ ਕਿਹੜੇ ਰਾਹਾਂ ਤੋਂ ਆਉਂਦੇ ਰਹੇ, ਅਸੀਂ ਅੱਜ ਉਹਨੂੰ ਉਸੇ ਤਰ੍ਹਾਂ ਦੇਖ ਰਹੇ। ਫਿਰ ਅੱਗੋਂ ਪਾਰਟੀਸ਼ਨ ਹੋ ਗਿਆ, ਬਾਅਦ ਵੰਡ ਤੋਂ ਬਾਅਦ ਹੁਣ ਤਾਂ ਵੈਸੇ ਹੀ ਚੀਜ਼ਾਂ ਬਹੁਤ ਗੁਆਚ ਗਈਆਂ, ਹੁਣ ਤੇ ਬਹੁਤ ਔਖਾ ਹੋ ਗਿਆ ਲੱਭਣਾ। ਜੋ ਕੁਝ ਥੋੜਾ ਬਹੁਤ ਲੱਭ ਸਕਦਾ ਜਾਂ ਅਸੀਂ ਉਹਨੂੰ ਸੰਭਾਲ ਸਕਦੇ ਹਾਂ ਉਸ ਰਲ ਮਿਲ ਕੇ, ਜੋ ਥੋੜਾ ਥੋੜਾ ਕੁਝ ਮੈਨੂੰ ਪਤਾ ਹੈ ਕੁਝ ਤੁਹਾਨੂੰ ਪਤਾ ਹੈ, ਤੇ ਹਿਸਟਰੀ ਸਾਡੀ ਗੁਆਚੀ ਉਹ ਕਿਸੇ ਕਿਤਾਬਾਂ ਵਿੱਚ ਲਿਖੀ ਕੋਈ ਨਹੀਂ, ਤੇ ਉਹ ਰਲ ਮਿਲ ਕੇ ਹੀ ਅਸੀਂ ਆਪਣੇ ਬਜ਼ੁਰਗਾਂ ਕੋਲ ਜੋ ਸੁਣਿਆ ਹੋਏਗਾ। ਹੁਣ ਤੇ ਅੱਜ ਕੱਲ੍ਹ ਤੇ ਬਜ਼ੁਰਗ ਵੀ ਜਿਹੜੇ ਨੇ ਹੁਣ ਮਤਲਬ ਅਸੀਂ ਹੁਣ ਆਪ ਬਜ਼ੁਰਗ ਹੋ ਗਏ ਹਾਂ ਵੈਸੇ, ਤੇ ਉਹ ਵਿਚਾਰੇ ਬਹੁਤ ਸਾਰੇ ਜਿਸ ਤਰ੍ਹਾਂ ਉਹ ਕਿਹਾ ਅੱਗੇ ਅਮਨਪ੍ਰੀਤ ਸਿੰਘ ਹੋਰਾਂ ਕੇ ਹੋਰ ਵੀ ਬੜੇ ਪਵਾੜੇ ਪੈ ਗਏ ਨਾ, ਕਿ ਹੁਣ ਦੇਖੋ ਇੱਥੇ ਇੱਕ ਬਾਬਾ ਸੀ ਤੇ ਉਹ ਮੈਨੂੰ ਕਹਿੰਦਾ ਹੁੰਦਾ ਸੀ ਕਿ ਨਾਦਰ ਸ਼ਾਹ ਦੇ ਨਾਲ ਦੋ ਸਾਡੇ ਬਜ਼ੁਰਗ ਲੜੇ ਸਨ, ਦੋ ਦਾ ਮੈਨੂੰ ਨਾਮ ਹੀ ਦੱਸਦਾ ਸੀ। ਮੈਨੂੰ ਐਵੇਂ ਬਾਰ ਬਾਰ ਫਿਰ ਮੈਂ ਜਾਣ ਲੱਗ ਪਿਆ, ਮੈਂ ਬਾਰ ਬਾਰ ਉਹਨੂੰ ਪੁੱਛਾਂ ਇਹਦੇ ਕੋਲ ਕੋਈ ਹੋਰ ਗੱਲ ਪੁੱਛਾਂ ਹੋਰ ਪੁੱਛਾਂ। ਇੱਕ ਦਿਨ ਉਹਦੇ ਪੁੱਤਰਾਂ ਨੂੰ ਪਤਾ ਲੱਗਾ ਕਿ ਇੱਥੇ ਨਾ ਕੋਈ ਬੰਦਾ ਆਉਂਦਾ, ਬਾਰ ਬਾਰ ਸਾਡੇ ਪਿਓ ਕੋਲ ਉਹਦੇ ਅੱਗੇ ਗੱਲਾਂ ਪੁੱਛਦਾ, ਤੇ ਪਤਾ ਨਹੀਂ ਉਹਨਾਂ ਨੇ ਇਹਦੇ 'ਚ ਕਿਉਂ ਇਨਸਲਟ ਫੀਲ ਕੀਤੀ ਕਿ ਅਸੀਂ ਨਾਦਰ ਸ਼ਾਹ ਅਸੀਂ ਵੀ ਮੁਸਲਮਾਨ ਸਾਂ ਤੇ ਨਾਦਰ ਸ਼ਾਹ ਸਰ ਨਾਲ ਸਾਨੂੰ ਲੜਨੀ ਨਹੀਂ ਸੀ ਚਾਹੀਦਾ। ਮਤਲਬ ਇੰਜ ਤੇ ਉਹਦੇ ਬੱਚਿਆਂ ਨੇ ਮੈਨੂੰ ਕੋਈ ਗੱਲ ਕੀਤੀ, ਮੈਂ ਬੜਾ ਹੈਰਾਨ ਹੋਇਆ ਕਿ ਮੈਂ ਆਖਿਆ ਤੇ ਬੜੀ ਇੱਕ ਤੁਹਾਡੇ ਹੱਕ ਵਿੱਚ ਗੱਲ ਜਾਂਦੀ ਸੀ ਕਿ ਵੀ ਤੁਹਾਡੇ ਨਾਦਰ ਸ਼ਾਹ ਜਿਹੜਾ ਕਿ ਜ਼ਾਲਮ ਹੈ, ਇੰਨਾ ਜ਼ਾਲਮ ਕਿ ਜਦੋਂ ਉਹ ਗਿਆ ਤੇ ਇੱਕ ਏਡੀ ਖੌਫਨਾਕ ਗੱਲ ਦਾ ਮੈਨੂੰ ਮਤਲਬ ਇੱਕ ਕਿਸੇ ਦੇ ਫੈਮਿਲੀ ਦੇ ਵਿੱਚ ਲਿਖੀ ਕਿਤਾਬ ਪਈ ਹੈ, ਉਹ ਕਿਸੇ ਨਾਲ ਸ਼ੇਅਰ ਨਹੀਂ ਕਰਦੇ। ਵੈਸੇ ਤੁਹਾਡੇ ਦਿੱਲੀ ਦੇ ਵਿੱਚ ਕਿਸੇ ਨੇ ਉਹ ਸਾਰੀ ਕਿਤਾਬ ਫੋਟੋ ਸਟੇਟ ਕਰਾ ਕੇ ਲੈ ਗਏ ਨੇ, ਸ਼ਾਇਦ ਛਪ ਜਾਏ, ਕਿ ਜਦੋਂ ਨਾਦਰ ਸ਼ਾਹ ਇੱਥੋਂ ਗਿਆ ਤੇ ਉਹਨੇ ਇੰਨੇ ਕਿ ਔਰਤਾਂ ਦੇ ਨਾਲ ਰੇਪ ਕੀਤੇ ਕਿ ਧੀਆਂ ਜਿਹੜੀਆਂ ਸਨ ਜਾਂ ਭੈਣਾਂ ਜਿਹੜੀਆਂ ਸਨ ਖੁੱਲ੍ਹ ਕੇ ਤੇ ਨਹੀਂ ਸਨ ਦੱਸ ਸਕਦੀਆਂ ਕਿ ਸਾਡੇ ਨਾਲ ਕੀ ਹੋਇਆ, ਤੇ ਫਿਰ ਬਹਾਨਾ ਲਾਉਂਦੀਆਂ ਸਨ ਕਿ ਮੈਨੂੰ ਜਿੰਨ ਚੰਬੜ ਗਈ। ਉਹਨੂੰ ਖੌਫ ਆਉਂਦਾ ਸੀ, ਉਹਨੂੰ ਰਾਤੀ ਨੀਂਦਰ ਨਹੀਂ ਸੀ ਆਉਂਦੀ, ਉਹ ਚੀਖਾਂ ਮਾਰਦੀਆਂ ਸਨ। ਤੇ ਫਿਰ ਕੁਝ ਲੋਕ ਸਨ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਕੁਤਬ, ਹਰ ਇਲਾਕੇ ਦੇ ਵਿੱਚ ਘੱਟੋ ਘੱਟ ਚਾਰ ਕੁਤਬ ਹੁੰਦੇ ਸਨ ਜਿਹੜੇ ਉਹਨਾਂ ਲੜਕੀਆਂ ਦੇ ਜਿੰਨ ਕੱਢਦੇ ਸਨ, ਤੇ ਉਹਨਾਂ ਕੁਤਬਾਂ ਦੀ ਹੀ ਇੱਕ ਔਲਾਦ ਦੇ ਵਿੱਚੋਂ ਕਿਸੇ ਦੇ ਕੋਲ ਮੈਂ ਇੱਕ ਕਿਤਾਬ ਹੱਥ ਦੀ ਲਿਖੀ ਵੇਖੀ ਜਿਹਦੇ ਵਿੱਚ ਇਹ ਸਾਰੀ ਗੱਲ ਲਿਖੀ। ਤੇ ਹੁਣ ਅਸੀਂ ਉਸ ਜ਼ਾਲਮ ਨੂੰ ਵੀ ਕਹਿਣਾ ਚਾਹ ਰਹੇ ਹਾਂ ਕਿ ਉਹ ਮੁਸਲਮਾਨ ਸੀ ਤੇ ਅਸੀਂ ਮੁਸਲਮਾਨ, ਸਾਨੂੰ ਤਾਂ ਉਹਦੇ ਨਾਲ ਲੜਨਾ ਨਹੀਂ ਸੀ ਚਾਹੀਦਾ। ਤੇ ਇਸ ਤਰ੍ਹਾਂ ਦੇ ਹੁਣ ਧਰਮਾਂ ਦੀ ਜਿਹੜੀ ਹੈ ਸਾਡੇ ਤੇ ਛਾਪ ਬਹੁਤ ਵੱਧਦੀ ਜਾ ਰਹੀ, ਪੰਜਾਬ ਬਹੁਤ ਪਿੱਛੇ ਰਹਿ ਗਿਆ। ਦੇਖੋ ਗੰਧਾਰਾ ਦੇ ਉੱਤੇ ਵੀ ਜਿਹੜੇ ਲੋਕ ਰਿਸਰਚ ਕਰਨ ਵਾਸਤੇ ਆਉਂਦੇ ਨੇ ਬੁੱਧ ਮਤ ਦੇ ਹਵਾਲੇ ਨਾਲ ਆਉਂਦੇ ਨੇ, ਮੈਂ ਕਈਆਂ ਨੂੰ ਮਿਲਿਆ, ਉਸ ਬੁੱਧ ਮਤ ਦੇ ਹਵਾਲੇ ਦੇ ਨਾਲ ਕੋਈ ਗੱਲਾਂ ਖੋਜ ਰਹੇ ਹੁੰਦੇ ਨੇ, ਧਰਤੀ ਦੀ ਨਹੀਂ ਮਤਲਬ ਕੋਈ ਗੱਲ ਹੁੰਦੀ। ਇਸੇ ਤਰ੍ਹਾਂ ਅੱਜ ਅਸੀਂ ਵੀ ਆਪਣੇ ਆਪਣੇ ਧਰਮਾਂ ਦੇ ਵਿੱਚ ਵੰਡੇ ਗਏ ਹਾਂ, ਔਰ ਹਰ ਆਉਣ ਵਾਲੇ ਦਿਨ ਉਹ ਜਿਹੜੀਆਂ ਸਾਡੀਆਂ ਪਛਾਣਾਂ ਨੇ ਇੰਨੀਆਂ ਜ਼ਿਆਦਾ ਸਾਡੇ ਉੱਤੇ ਹੋ ਰਹੀਆਂ ਨੇ ਕਿ ਹੁਣ ਬਹੁਤ ਔਖਾ ਹੋ ਗਿਆ ਉਹਨਾਂ 'ਚੋਂ ਬਾਹਰ ਨਿਕਲਣਾ ਅਤੇ ਬਾਹਰ ਨਿਕਲ ਕੇ ਸੋਚਣਾ। ਜਿਹੜੀ ਮਿਸ਼ਾ ਜੀ ਉਹਨਾਂ ਨੇ ਗੱਲ ਕਹੀ ਕਿ ਇਹ ਗੱਲਾਂ ਲਿਖਣ ਦੀ ਕੀਮਤ ਵੀ ਦੇਖੋ ਤਾਂ ਦੇਣੀ ਹੀ ਪਏਗੀ, ਔਰ ਜਿਹੜਾ ਸੱਚ ਦੇਖੋ ਆਖਰ ਸੱਚ ਨੇ ਸਾਹਮਣੇ ਆਉਣਾ ਹੀ ਹੋਇਆ ਨਾ, ਬਾਬਾ ਨਾਨਕ ਦਾ ਕਿ ਕੂੜ ਨਖੁੱਟੇ ਨਾਨਕਾ ਉੜਕ ਸੱਚ ਉੜਕ, ਤੇ ਵੇਖੋ ਸੱਚ ਹੀ ਰਹਿਣਾ। ਪਰ ਅਸੀਂ ਉਹਦੇ ਵਿੱਚ ਕੀ ਹਿੱਸਾ ਪਾ ਰਹੇ ਹਾਂ, ਕੀ ਅਸੀਂ ਲੁਕ ਕੇ ਜਾਂ ਔਖਾ ਕੰਮ ਲੱਗ ਰਿਹਾ ਤੇ ਅਸੀਂ ਕਿਤੇ ਬਹਿ ਜਾਈਏ, ਇੰਜ ਤੇ ਨਹੀਂ ਹੋਣਾ। ਵੇਖੋ ਪੀਰ ਮੁਰਾਦੀ ਇਹਦਾ ਇੱਕ ਕਿੱਸਾ ਹੈ, ਮੈਨੂੰ ਬਹੁਤ ਹੀ ਮੈਂ ਉਹਨੂੰ ਲੱਭਿਆ, ਅਸੀਂ ਨਿੱਕੀਆਂ ਹੁੰਦਿਆਂ ਗਲੀ ਦੇ ਵਿੱਚ ਫਕੀਰਾਂ ਨੂੰ ਗਾਉਂਦਿਆਂ ਸੁਣਿਆ ਪੀਰ ਮੁਰਾਦੀ ਦਾ ਕਿੱਸਾ। ਹੁਣ ਪੀਰ ਮੁਰਾਦੀ ਦਾ ਕਿੱਸਾ ਹੈ ਵੇ, ਉੱਥੋਂ ਮੈਨੂੰ ਇੰਝ ਲੱਗਦਾ ਕਿ ਜਿਸ ਵਕਤ ਹਿੰਦੂ ਸ਼ਾਹੀਆ ਦਾ ਵੇਲਾ ਨਾ ਉਸ ਵੇਲੇ ਦਾ ਕਿੱਸਾ ਹੋਏਗਾ। ਨਾਮ ਵਿੱਚ ਇਸੇ ਤਰ੍ਹਾਂ ਦੇ ਨੇ, ਸਹਿਪਾਲ ਜਾਂ ਸਲਪਾਲ ਰਾਜਾ ਹੁੰਦਾ ਜਿਹਦੇ ਨਾਲ ਪੀਰ ਮੁਰਾਦੀ ਦੀ ਲੜਾਈ ਹੁੰਦੀ ਹੈ। ਇਹ ਮਹਿਮੂਦ ਗਜ਼ਨਵੀ ਤੋਂ ਕੁਝ ਦੇਰ ਪਹਿਲਾਂ ਦਾ ਵਾਕਿਆ ਲੱਗਦਾ। ਤੇ ਹੁਣ ਉਹ ਇੱਕ ਫਕੀਰ ਹੈ ਪੀਰ ਮੁਰਾਦੀ ਆ ਕਿ ਜਿਹੜਾ ਉਹ ਜਨੀਓ ਪਾਉਂਦਾ, ਜਿਹੜਾ ਹਿੰਦੂਆਂ ਦਾ ਬ੍ਰਾਹਮਣ ਜਿਹੜੇ ਪਾਉਂਦੇ ਸਨ, ਮੱਥੇ ਵਿੱਚ ਤਿਲਕ ਲਾਉਂਦਾ ਜਿਸ ਤਰ੍ਹਾਂ ਬ੍ਰਾਹਮਣ ਲਾਉਂਦੇ ਨੇ ਤਿਲਕ, ਔਰ ਨਮਾਜ਼ ਪੜ੍ਹਦਾ। ਤੇ ਹੁਣ ਇੱਕ ਹੀ ਬੰਦੇ ਦੇ ਵਿੱਚ ਜਦੋਂ ਰਾਜੇ ਨੂੰ ਇਹ ਪਤਾ ਲੱਗਾ ਕਿ ਕੋਈ ਇੱਕ ਬੰਦਾ ਕਲੀਅਰ ਨਹੀਂ, ਉਹ ਪਤਾ ਨਹੀਂ ਲੱਗ ਰਿਹਾ ਕਿ ਉਹ ਹਿੰਦੂ ਹੈ ਕਿ ਮੁਸਲਮਾਨ, ਉਹਦਾ ਇਹ ਕਲੀਅਰ ਨਾ ਹੋਣਾ ਉਹਦਾ ਜੁਰਮ ਬਣ ਗਿਆ, ਉਹਨੂੰ
कतल करके किले की दीवारां दे विच उन्हों दबिया गया, दफन किया गया, उहदे उत्ते किले की दीवार रखी गई कि मेरा राज सलामत तां रहेगा जे इंज दे बंदे ना आउण। ਉਹ ਰਿਆਇਆ ਬਾਦਸ਼ਾਹ ਰਿਆਇਆ ਉਹ ਚਾਹ ਰਹੇ ਹੁੰਦੇ ਨੇ ਜਿਹੜੀ ਕਲੀਅਰ ਹੋਵੇ, ਵੰਡੀ ਹੋਵੇ, ਮੈਂ ਹਿੰਦੂ ਹਾਂ, ਮੈਂ ਮੁਸਲਮਾਨ ਹਾਂ, ਮੈਂ ਸਿੱਖ ਹਾਂ। ਮੈਂ ਇਹ ਗੱਲ ਨਹੀਂ ਕਰ ਰਿਹਾ ਕਿ ਕੋਈ ਹਿੰਦੂ ਸਿੱਖ ਜਾਂ ਮੁਸਲਮਾਨ ਨਾ ਹੋਵੇ, ਮੈਂ ਇਹ ਨਹੀਂ ਕਹਿ ਰਿਹਾ। ਮੈਂ ਕਹਿ ਰਿਹਾ ਕਿ ਜਿਸ ਤਰ੍ਹਾਂ ਹੁੰਦਾ ਕਿ ਜੋ ਜੋ ਹੈ ਉਹ ਹੈ ਬਸ। ਮੈਂ ਅਗਰ ਪੰਜਾਬ ਦਾ ਹਾਂ ਤੇ ਮੈਂ ਪਹਿਲਾਂ ਪੰਜਾਬੀ ਹਾਂ, ਬਿਲਕੁਲ। ਮੇਰਾ ਜਿਹੜਾ ਪਹਿਲਾ ਗੀਤ ਹੋਣਾ ਚਾਹੀਦਾ ਹੈ ਧਰਤੀ ਵਾਸਤੇ ਹੋਣਾ ਚਾਹੀਦਾ, ਜਿਸ ਧਰਤੀ ਨੇ ਮੈਨੂੰ ਜੰਮਿਆ, ਜਿਸ ਧਰਤੀ ਵਿੱਚ ਮੈਂ, ਜਿਸ ਧਰਤੀ ਵਿੱਚ ਮੈਂ ਖੇਡਿਆ, ਜਿਸ ਧਰਤੀ 'ਚ ਮੈਂ ਮਰਨਾ। ਤੇ ਮੇਰਾ ਪਹਿਲਾ ਗੀਤ, ਮੇਰਾ ਆਖਰੀ ਗੀਤ ਇਹ ਹੀ ਹੋਣਾ ਚਾਹੀਦਾ। ਬਾਕੀ ਦੁਨੀਆਂ ਗੁਜ਼ਾਰਨ ਵਾਸਤੇ, ਦੁਨੀਆਂ ਵਿੱਚ ਰਹਿਣ ਵਾਸਤੇ ਕੋਈ ਧਰਮ ਤਾਂ ਕਬੂਲ ਕਰਨਾ ਹੀ ਪੈਂਦਾ, ਕਿਉਂਕਿ ਹਰ ਬੰਦਾ ਇੰਨਾ ਸਿਆਣਾ ਤਾਂ ਨਹੀਂ ਹੁੰਦਾ, ਆਪਣੇ ਆਪ ਹੀ ਉਹ ਜੀ ਲਵੇ, ਉਹਨੂੰ ਕਿਸੇ ਦਾ ਫਾਲੋਅਰ ਤਾਂ ਬਣਨਾ ਹੀ ਪੈਂਦਾ ਫਿਰ। ਤੇ ਉਹ ਵੇਖੋ ਹੁਣ ਰਿਗਵੇਦ, ਰਿਗਵੇਦ ਅਸੀਂ ਬੜੀ ਜਲਦੀ ਨਾਲ ਰਿਗਵੇਦ, ਰਿਗ ਮਹਾਭਾਰਤ, ਅਸੀਂ ਇਸ ਤਰ੍ਹਾਂ ਦੀਆਂ ਕਿਤਾਬਾਂ, ਪਰ ਸਾਡਾ ਪੰਜਾਬ ਉਹਨਾਂ ਦੇ ਵਿੱਚ ਕਿੱਥੇ ਹੋਵੇ? ਅਸੀਂ ਹੋ ਸਕਦਾ ਹੈ ਅਮਨਪ੍ਰੀਤ ਦੱਸ ਸਕਦੇ ਨੇ, ਜਾਂ ਮਿਸ਼ਾ ਜੀ, ਜਾਂ ਡਾਕਟਰ ਮਹਿੰਦਰ ਸਿੰਘ, ਤਾਂ ਤੁਸੀਂ ਦੱਸ ਸਕਦੇ ਹੋ ਕਿ ਮੈਨੂੰ ਨਹੀਂ ਇਸ ਤਰ੍ਹਾਂ ਦੀਆਂ ਕਿਤਾਬਾਂ ਮਿਲੀਆਂ ਕਿ ਅਸੀਂ ਹੁਣ ਜਿਹੜੀ ਮਹਾਭਾਰਤ ਉਹਨੂੰ ਦੇਖੀਏ ਤੇ ਅਸੀਂ ਵੇਖਣਾ ਉਹਦੇ ਵਿੱਚ। ਹੁਣ ਦੋਵੇਂ ਹੀ ਸਾਡੇ ਦੋ ਤਰ੍ਹਾਂ ਨੇ ਪੰਜਾਬ ਦੇ, ਕੋਰੂ ਵੀ ਸਾਡੇ ਦੋ ਤਰੇ ਨੇ ਔਰ ਪਾਂਡੂ ਵੀ ਸਾਡੇ ਦੋ ਤਰੇ। ਹੁਣ ਜਿਹੜੇ ਕੋਰੂ ਨੇ ਉਹ ਜਿਹੜੇ ਨੇ ਉਹਨਾਂ ਦੀ ਮਾਂ ਗੰਧਾਰੀ ਹੈ ਤੇ ਉਹਨਾਂ ਦੀ ਮਦਰੀ ਹੈ। ਉਹ ਜਿਹੜੀ ਉਹ ਜੇਹਲਮ ਔਰ ਸਿੰਧ ਦੇ ਵਿਚਕਾਰ ਜਿਹੜਾ ਗੰਧਾਰਾ ਹੈ ਉੱਥੋਂ ਦੀ ਹੈ, ਕੋਰਵਾਂ ਦੀ ਮਾਂ। ਔਰ ਜਿਹੜੀ ਆਪਣਾ ਪੰਜਾਬ ਚਨਾਬ ਔਰ ਜੇਹਲਮ ਦੇ ਦਰਮਿਆਨ ਦਾ ਜਿਹੜਾ ਇਲਾਕਾ ਹੈ ਮਦਰਾ, ਉੱਥੋਂ ਦੀ ਮਦਰੀ। ਹੁਣ ਉਹ ਅਸਾਂ ਔਰ ਉਹਨਾਂ ਦੇ ਨਾਲ ਜਿਹੜੇ ਲੜਨ ਵਾਸਤੇ ਉਹਨਾਂ ਦੇ ਨਾਨਕੇ ਗਏ, ਕਈ ਰਾਜੇ ਉਹਦੇ ਵਿੱਚ ਜ਼ਿਕਰ ਆਉਂਦਾ ਕਿ ਕਈ ਰਾਜੇ ਮਹਾਰਾਜੇ ਗਏ ਉਹਨਾਂ ਦੇ ਨਾਲ ਆਪਣੇ ਦੋਤਰਿਆਂ ਦੀ ਹਮਾਇਤ ਵਾਸਤੇ। ਅਸਾਂ ਕਦੀ ਨਹੀਂ ਲੱਭਿਆ ਉਹਦੇ ਵਿੱਚੋਂ ਕਿ ਸਾਡਾ ਪੰਜਾਬ ਜਿਹੜਾ ਹੈ ਉਹ ਕਿੱਥੇ ਕਿੱਥੇ ਕਿਵੇਂ ਕਿਵੇਂ ਉਹਦੇ ਵਿੱਚ ਖਿਲ ਰਿਹਾ ਹੈ। ਇਸੇ ਤਰ੍ਹਾਂ ਵੇਖੋ ਰਾਜ ਤਰੰਗਣੀ ਹੈ ਬੁੱਕ, ਫਿਰ ਬਹੁਤ ਗਜ਼ਨਵੀ ਤੋਂ ਬਾਅਦ ਖੈਰ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਮਿਲ ਜਾਂਦੀਆਂ ਨੇ, ਕਿਤਾਬੁਲ ਹਿੰਦ, ਤਬਕਾਤੇ ਨਾਸਰੀ, ਬਾਬਰੀ, ਤੂਜ ਕੇ ਜਹਾਂਗੀਰੀ, ਬਹੁਤ ਕੁਛ, ਖੁਲਾਸਾ ਤੋਂ ਤਵਾਰੀਖ ਤੱਕ ਜਿਹੜੀ ਰਣਜੀਤ ਸਿੰਘ ਦੇ ਜ਼ਮਾਨੇ ਚ, ਸਾਨੂੰ ਬਹੁਤ ਕੁਛ ਮਿਲ ਜਾਂਦਾ ਹੈ ਉਹਨਾਂ ਵੇਲਿਆਂ ਦੇ ਵਿੱਚ। ਪਰ ਜਿਹੜਾ ਸਾਡਾ ਬਹੁਤ ਪਿਛੋਕੜ, ਜਿਹੜਾ ਜਿਹਨੂੰ ਹਜ਼ਾਰਾਂ ਸਾਲਾਂ ਦੇ ਵਿੱਚ ਜਿਹੜੀਆਂ ਸਾਡੀ ਸਿਵਿਲਾਈਜੇਸ਼ਨ ਸਨ ਦੋ ਬਹੁਤ ਵੱਡੀਆਂ, ਉਹਨਾਂ ਦਾ ਬਹੁਤ ਕੁਝ ਗੁਆਚ ਗਿਆ। ਜਿਹੜੀਆਂ ਈਵਨ ਸਾਡੀਆਂ, ਮੈਨੂੰ ਤਾਂ ਇਹ ਵੀ ਲੱਗਦਾ ਹੈ ਕਿ ਸੁਪਰਸਟੀਸ਼ਨਸ, ਜਿਹਨਾਂ ਨੂੰ ਅੱਜ ਅਸੀਂ ਬਹੁਤ ਬੁਰਾ ਕਹਿੰਦੇ ਹਾਂ, ਸੁਪਰਸਟੀਸ਼ਨਸ ਨੂੰ ਵੀ ਖੋਜਣਾ ਚਾਹੀਦਾ ਕਿ ਇਹ ਕਿਉਂ ਬਣੀਆਂ ਸੁਪਰਸਟੀਸ਼ਨ, ਜਾਂ ਲੋਕੀ ਇੰਝ ਕਿਉਂ ਸੋਚਦੇ ਸਨ, ਇਹ ਜਿੰਨ ਭੂਤ ਕੀ ਸਨ, ਇਹ ਪਰੀਆਂ ਕੀ, ਜੋ ਵੀ ਲੋਕਾਂ ਦੇ ਅੰਦਰ ਲੋਕਾਂ ਦੇ ਵਹਿਮ ਭਰਮ ਸਨ, ਉਹ ਵੀ ਕਿਉਂ, ਉਹਨਾਂ ਦੇ ਬਾਰੇ ਵੀ ਗੱਲ ਹੋਣੀ ਚਾਹੀਦੀ ਹੈ। ਉਹਨਾਂ ਨਾਲ ਵੀ ਸਾਡੀ ਸਮਝ, ਸੋਚ ਕਿੱਥੋਂ ਕਿੱਥੋਂ ਗੁਜ਼ਰੀ ਹੋਏਗੀ, ਉਹਨਾਂ ਦੇ ਨਾਲ ਸਾਨੂੰ ਨਾ ਪਤਾ ਲੱਗਦਾ, ਉਹਨਾਂ ਦੇ ਉੱਤੇ ਵੀ ਗੱਲ। ਜਿਹੜੀ ਪੰਜ ਪੀਰ ਜਿਹੜਾ ਇਹਦੇ ਵਿੱਚ ਇੱਕ ਪੋਰਸ਼ਨ ਨੇ, ਉਹ ਸਾਰਾ ਮੈਂ ਉਹਨਾਂ, ਉਹ ਜਿਹੜੇ ਲੋਕ ਜੋ ਸੋਚਦੇ ਸਨ, ਖਾਸ ਤੌਰ ਤੇ ਉਹ ਲੋਕ ਜਿਹੜੇ ਆਮ ਤੌਰ ਤੇ ਫਾਲੋਅਰ ਹੀ ਹੁੰਦੇ ਨੇ, ਉਹ ਕਦੀ ਚੂੜੇ, ਉਹ ਚੂੜੇ ਚਮਾਰ ਜਾਂ ਗਗੜੇ ਜਾਂ ਜਿਹੜੇ ਸਾਂਸੀ ਜਾਂ ਜਿਹੜੇ ਇਹ ਲੋਕ ਹੁੰਦੇ ਨੇ, ਉਹਨਾਂ ਦੇ ਵਿੱਚੋਂ ਉਹ ਲੋਕ ਨਹੀਂ ਜੰਮਦੇ ਜਿਹਨਾਂ ਦੇ ਅਸੀਂ ਆਮ ਤੌਰ ਤੇ ਪਿੱਛੇ ਲੱਗ ਜਾਂਦੇ ਹਾਂ, ਤੇ ਉਹ ਵਿਚਾਰੇ ਤੇ ਆਮ ਤੌਰ ਦੇ ਉੱਤੇ ਬਿਲਕੁਲ ਥੱਲੇ ਰਹਿ ਰਹੇ ਹੁੰਦੇ ਨੇ, ਉਹਨਾਂ ਦੇ ਬਾਰੇ ਅਸੀਂ ਕਦੀ ਸੋਚਦੇ ਵੀ ਨਹੀਂ, ਉਹ ਕਿਵੇਂ ਸੋਚਦੇ ਸਨ। ਪੰਜ ਪੀਰਾਂ ਦਾ ਜਿਹੜਾ ਹੈ ਸਾਰਾ ਨਾ, ਉਹਨਾਂ ਦੇ ਵਿੱਚ ਕਿਸ ਤਰ੍ਹਾਂ ਚੀਜ਼ਾਂ ਨੂੰ ਮੰਨਿਆ ਜਾਂਦਾ ਸੀ ਤੇ ਉਹਨਾਂ ਦੇ ਨਾਲ ਮੈਂ ਉਸ ਤਰ੍ਹਾਂ, ਫਿਰ ਜਿਸ ਤਰ੍ਹਾਂ ਮਿਸ਼ਾ ਜੀ ਉਹਨਾਂ ਨੇ ਗੱਲ ਕੀਤੀ ਕਿ ਉਹ ਮੈਨੂੰ ਅੱਜ ਵੀ ਕਈ ਵਾਰੀ ਖਾਬਾਂ ਵਿੱਚ ਜਾਂ ਇਸ ਤਰ੍ਹਾਂ ਖਿਆਲਾਂ ਵਿੱਚ ਵੀ ਮੇਰੇ ਆਉਂਦਾ ਕਿ ਜਿਹੜਾ ਲੜਾਈ ਨਹੀਂ ਮੁੱਕੀ ਉਹ ਇੰਦਰਾ ਦੀ ਔਰ ਵਰਿਤਰਾ ਦੀ, ਉਹ ਜਿਸ ਥਾਂ ਦੇ ਉੱਤੇ ਇੰਦਰਾ ਔਰ ਵਰਿਤਰਾ ਆਪਸ ਵਿੱਚ ਲੜ ਰਹੇ ਸਨ, ਉਸੇ ਥਾਂ ਤੇ ਹੀ ਮੁਹੰਮਦ ਖਾਂ ਖਰਲ ਔਰ ਬਰਕਰੀ ਲੜ ਰਹੇ ਸਨ, ਐਗਜ਼ੈਕਟ ਥਾਂ। ਜਿਸ ਵਕਤ ਅੰਗਰੇਜ਼ ਆ ਰਿਹਾ ਤੇ ਜਿਹੜਾ ਮੁਹੰਮਦ ਖਾਂ ਖਰਲ ਹੈ ਉਹ ਉਹਨਾਂ ਦੇ ਨਾਲ ਲੜ ਰਿਹਾ ਹੈ, ਤੇ ਉਹ ਬਿਲਕੁਲ ਉਹੀ ਥਾਂ ਹੈ ਰਾਵੀ ਦਾ ਕੰਡਾ ਜਿੱਥੇ ਉਹ ਲੜ ਰਹੇ ਸਨ ਇੰਦਰਾ ਔਰ ਵਰਿਤਰਾ, ਤੇ ਲੜਾਈ ਨਹੀਂ ਅਜੇ ਵੀ ਨਹੀਂ ਮੁੱਕੀ, ਬਿਲਕੁਲ ਹੋਰ ਤਰ੍ਹਾਂ ਲੜਾਈ ਹੋ ਰਹੀ ਹੈ। ਹੁਣ ਉਸ ਤਰ੍ਹਾਂ ਉਹ ਤੀਰਾਂ ਤਲਵਾਰਾਂ ਨਾਲ ਨਹੀਂ ਲੜਾਈ ਹੋ ਰਹੀ,
ਹੁਣ ਹੋਰ ਤਰ੍ਹਾਂ ਦੀਆਂ ਬੰਬਾਰੀਆਂ ਹੋ ਰਹੀਆਂ ਨੇ, ਹੋਰ ਤਰ੍ਹਾਂ ਦੇ ਨਾਲ ਮਾਰਿਆ ਜਾ ਰਿਹਾ, ਹੋਰ ਤਰ੍ਹਾਂ ਲੋਕਾਂ ਨੂੰ ਜਿੱਤਿਆ ਜਾ ਰਿਹਾ, ਹੋਰ ਤਰ੍ਹਾਂ ਲੋਕਾਂ ਨੂੰ ਆਪਣੀ ਰਿਆਇਆ ਬਣਾਇਆ ਜਾ ਰਿਹਾ। ਤੇ ਅਸੀਂ ਕਦੋਂ ਜਾਗਾਂਗੇ, ਮਤਲਬ ਸਮਝ ਨਹੀਂ ਆਉਂਦੀ ਕਿ ਪਤਾ ਨੀ ਜਾਗਾਂਗੇ ਵੀ ਕਿ ਨਹੀਂ, ਜਾਗਣਾ ਵੀ ਪਤਾ ਨੀ ਸਾਡੇ ਵੱਸ ਵਿੱਚ ਹੈ ਕਿ ਨਹੀਂ। ਅਸੀਂ ਮਾਣ ਬਹੁਤ ਜ਼ਿਆਦਾ ਹੱਦ ਤੋਂ ਜ਼ਿਆਦਾ ਫੁੰਡ ਜਾਂਦੇ ਹਾਂ ਬਹੁਤ ਕਈ ਦਫ਼ਾ ਨਾ, ਤੇ ਪਰ ਧਿਆਨ ਇਸ ਪਾਸੇ ਨਹੀਂ ਦਿੰਦੇ ਕਿ ਨਹੀਂ ਬਹੁਤ ਕੁਝ ਖੁਰਪੁਰ ਰਿਹਾ, ਬਹੁਤ ਕੁਝ ਵਿਗੜ ਰਿਹਾ। ਪਾਰਟੀਸ਼ਨ ਹੋਈ, ਉਹ ਕਹਿ ਰਹੇ ਸਨ ਹੁਣੇ ਆਰਿਆਨ ਮਾਨ ਹੋਰੀ ਕਿ ਇੱਕ ਦੂਜੇ ਨੂੰ ਅਸੀਂ ਬੜੇ ਪਿਆਰ ਦੇ ਮੈਸੇਜ ਕਰ ਰਹੇ ਹਾਂ, ਇੱਕਦਮ ਫਿਰ ਕੀ ਹੁੰਦਾ, ਕਿਉਂ ਮੈਸੇਜ ਉਹ ਇੱਕਦਮ ਮੁੱਕ ਕਿਉਂ ਜਾਂਦਾ, ਫਿਰ ਅਸੀਂ ਇੱਕ ਦੂਜੇ ਨੂੰ ਵੱਢਣ ਕਿਵੇਂ ਲੱਗ ਪੈਂਦੇ, ਅਸੀਂ ਕਿਉਂ ਸਾਡੀ ਸੋਚ ਸਾਡੇ ਅਸੀਂ ਅੰਦਰੋਂ ਕਿਉਂ ਏਡੇ ਮਜ਼ਬੂਤ ਨਹੀਂ ਕਿ ਐਵੇਂ ਕੋਈ ਸਾਨੂੰ ਯੂਜ਼ ਕਰ ਜਾਂਦਾ। ਅਸੀਂ ਜਿਹੜੇ ਇਹ ਤਾਂ ਕੁਝ ਵੀ ਨਹੀਂ, ਤੁਸੀਂ ਮੈਸੇਜ ਦੀ ਗੱਲ ਕਰ ਰਹੇ ਹੋ, ਇੱਥੇ ਤਾਂ ਇਸ ਤਰ੍ਹਾਂ ਵੀ ਹੋਇਆ ਕਿ ਇੱਕ ਦਾਦੇ ਦੀ ਔਲਾਦ, ਇੱਕ ਦਾਦੇ ਦੀ ਔਲਾਦ, ਕੁਝ ਸਿੱਖ ਸਨ ਕੁਝ ਮੁਸਲਮਾਨ, ਉਹਨਾਂ ਨੇ ਇੱਕ ਦੂਜੇ ਨੂੰ ਵੱਢਿਆ। ਐਸੀ ਵੀ ਇੱਥੇ ਇੱਕ ਫੈਮਿਲੀ ਦੀ ਕਹਾਣੀ ਹੈ, ਔਰ ਅੱਜ ਵੀ ਉਸ ਫੈਮਿਲੀ ਕੋਲ ਬੜਾ ਅਰੂਜ ਹੈ, ਅੱਜ ਵੀ ਉਹ ਰੂਲ ਕਰ ਰਹੇ ਨੇ ਲੋਕ, ਕਿ ਉਹਨਾਂ ਦਾ ਬਾਬਾ ਜਿਹੜਾ ਸੀ ਉਹ ਮੁਸਲਮਾਨ ਹੋ ਗਿਆ ਉਸੇ ਰਾਤ ਨੂੰ 47 ਦੇ ਵਿੱਚ ਨਾ, ਤੇ ਅਗਲੇ ਦਿਨ ਉਹਨੇ ਸਾਰੇ ਆਪਣੇ ਰਿਸ਼ਤੇਦਾਰਾਂ ਨੂੰ ਵੱਢ ਦਿੱਤਾ, ਆਪਣੇ ਜਿਹੜੇ ਸਿੱਖ ਰਿਸ਼ਤੇਦਾਰ ਸਨ ਉਹਨਾਂ ਸਾਰਿਆਂ ਨੂੰ ਵੱਢ ਦਿੱਤਾ। ਅੱਜ ਵੀ ਉਹ ਇੱਕ ਬੜੀ ਇੱਜ਼ਤਦਾਰ ਫੈਮਿਲੀ ਹੈ, ਹੁਣ ਮੁਸਲਮਾਨ ਨੇ ਸ਼ਹਿਰ ਦੇ ਵਿੱਚ, ਪੂਰੇ ਸ਼ਹਿਰ ਦੇ ਵਿੱਚ ਉਹਨਾਂ ਦੀਆਂ ਪ੍ਰਾਪਰਟੀਆਂ ਨੇ ਸਾਰੀਆਂ। ਤੇ ਉਹ ਜਿਹੜੀ ਸਾਡੇ ਅੰਦਰ ਸਾਨੂੰ ਸਾਡੇ ਬਾਬਿਆਂ ਨੇ, ਸਾਡੇ ਫਕੀਰਾਂ ਨੇ, ਸਾਡੇ ਜੋਗੀਆਂ ਨੇ ਸਾਨੂੰ ਜੋ ਕੁਝ ਦਿੱਤਾ, ਉਹ ਇੱਕਦਮ ਭੁੱਲ ਕਿਵੇਂ ਜਾਂਦਾ ਸਾਨੂੰ, ਅਸੀਂ ਕਿਵੇਂ ਮਤਲਬ ਭੁੱਲ ਕਿਵੇਂ ਜਾਂਦੇ ਹਾਂ ਸਾਡੇ ਅੰਦਰ ਉਹ, ਜੇ ਸਾਡੇ ਅੰਦਰ ਉਹ ਲੱਥਾ ਹੁੰਦਾ, ਸਾਡੇ ਅੰਦਰ ਉਹ ਵੱਸਿਆ ਹੁੰਦਾ, ਤੇ ਕਿਉਂ ਹੁੰਦਾ ਇੱਕਦਮ ਕਿ ਅਸੀਂ ਇੱਕ ਦੂਜੇ ਨੂੰ ਵੱਢਣ ਲੱਗ ਪੈਂਦੇ, ਅਸੀਂ ਅਸੀਂ ਉਸ ਉਹਨੂੰ ਪਛਾਣੇ ਹੀ ਨਹੀਂ ਜਿਹੜਾ ਸਾਡਾ ਦੁਸ਼ਮਣ ਸਾਡੇ ਅੰਦਰ ਵੜ ਗਿਆ ਸੀ। ਅੱਜ ਵੀ ਸਾਡੇ ਅੰਦਰ ਹੈ ਕੋਈ ਦੁਸ਼ਮਣ, ਉਹ ਜਦੋਂ ਚਾਹੁੰਦਾ ਸਾਨੂੰ ਲੜਾ ਦਿੰਦਾ, ਜਦੋਂ ਚਾਹੁੰਦਾ ਸਾਡੀ ਦੋਸਤੀ ਕਰਾ ਦਿੰਦਾ, ਅਸੀਂ ਇੱਕਦਮ ਸਾਡੇ ਵੀਜ਼ੇ ਖੁੱਲ ਜਾਂਦੇ ਨੇ, ਇੱਕਦਮ ਸਾਡੇ ਵੀਜ਼ੇ ਬੰਦ ਹੋ ਜਾਂਦੇ ਨੇ, ਸਾਡੇ ਆਪਣੇ ਵੱਸ ਵਿੱਚ ਹੀ ਕੁਝ ਨਹੀਂ। ਮਤਲਬ ਇਹ ਕਿਉਂ ਅਸੀਂ ਆਪਣੇ ਆਪ ਨੂੰ ਪਛਾਣ ਨਹੀਂ ਪਾ ਰਹੇ ਆਪਣੀ ਧਰਤੀ ਨੂੰ, ਵੀ ਧਰਤੀ ਤੇ ਕੋਈ ਆਵੇ ਲਕੀਰਾਂ ਮਾਰ ਜਾਵੇ ਸਾਡੇ ਪੁੱਛੇ ਬਿਨਾਂ ਹੀ, ਔਰ ਅਸੀਂ ਫਿਰ ਕਦੀ ਉਹਨਾਂ ਲਕੀਰਾਂ ਨੂੰ ਚੈਲੰਜ ਹੀ ਨਾ ਕਰੀਏ, ਇੰਜ ਕਿਉਂ ਹੁੰਦਾ? ਇਹ ਸੋਚਣ ਵਾਲੀ ਗੱਲ ਹੈ। ਔਰ ਸਭ ਤੋਂ ਇੰਜ ਕਿਉਂ ਹੁੰਦਾ ਕਿ ਅਸੀਂ ਆਪਣੀ ਧਰਤੀ ਨੂੰ ਭੁਲਾ ਦਿੱਤਾ, ਅਸੀਂ ਆਪਣੀ ਧਰਤੀ ਦੀ ਤਾਰੀਖ ਨੂੰ ਭੁਲਾ ਦਿੱਤਾ, ਅਸੀਂ ਆਪਣੀ ਧਰਤੀ ਆਪਣੀ ਆਪਣੀ ਚੀਜ਼ਾਂ ਨੂੰ ਨਹੀਂ ਸੰਭਾਲਿਆ, ਹਰ ਆਉਣ ਵਾਲੇ ਦਿਨ ਸਾਡੀ ਜਿਹੜੀ ਧਰਤੀ ਗੁਆਚ ਰਹੀ ਹੈ। ਵੇਖੋ ਪੰਜਾਬ ਕੋਈ ਸਿਰਫ ਪੰਜ ਦਰਿਆ ਨਹੀਂ, ਇਹਦੀਆਂ ਹੋਰ ਬਹੁਤ ਸਾਰੀਆਂ ਰਮਜ਼ਾਂ ਨੇ, ਬਹੁਤ ਸਾਰੀਆਂ ਕਹਾਣੀਆਂ ਨੇ, ਸਾਡਾ ਹਜ਼ਾਰਾਂ ਸਾਲਾਂ ਦਾ ਵਿਰਸਾ ਹੈ ਇਹਦੇ ਵਿੱਚ। ਵੈਸੇ ਤਾਂ ਹੁਣ ਪੰਜਾਬ ਨੂੰ ਪੰਜਾਬ ਆਖਣਾ ਵੀ ਬੜਾ ਅਜੀਬ ਜਿਹਾ ਲੱਗਦਾ ਹੈ, ਨਾ ਤੁਹਾਡੇ ਕੋਲ ਪੰਜ ਦਰਿਆ ਨੇ ਤੇ ਨਾ ਸਾਡੇ ਕੋਲ ਪੰਜ ਦਰਿਆ ਨੇ, ਫਿਰ ਵੀ ਅਸੀਂ ਕਹੀ ਜਾਂਦੇ ਹਾਂ ਪੰਜ ਪੰਜਾਬ ਅਸੀਂ ਕਹੀ ਜਾਂਦੇ ਹਾਂ, ਤੇ ਜੇ ਅਸੀਂ ਕਹੀ ਜਾਣਾ ਉਹਨੂੰ ਪੰਜਾਬ ਤੇ ਕੁਝ ਨਾ ਕੁਝ ਤੇ ਫਿਰ ਉਹਦਾ ਵਾਸਤੇ ਕੁਝ ਕਰੀਏ, ਕੁਝ ਨਾ ਕੁਝ ਤੇ ਉਹਨੂੰ ਉਹ ਉਸ ਕਿਤਾਬ ਨੂੰ ਜਿਹਦੇ ਕਿਤਾਬ ਦੇ ਜਿਹੜੇ ਸਾਰੇ ਉਹ ਜਿਹੜੀ ਪੁਸਤਕ ਵਰਕੇ ਖਿਲਰ ਗਏ ਨੇ ਉਹਨੂੰ ਜੋੜੀਏ, ਫਿਰ ਉਸ ਪੰਜਾਬ ਨੂੰ ਬਣਾਈਏ, ਤੇ ਫਿਰ ਅਸੀਂ ਦੁਨੀਆਂ ਨੂੰ ਦੱਸ ਸਕੀਏ ਕਿ ਇਹ ਪੰਜਾਬ ਹੈ, ਇਹ ਅਸੀਂ ਹਾਂ, ਸਾਡੇ ਬਾਬੇ ਐਡੇ ਸੋਹਣੇ ਸਨ, ਅਸੀਂ ਵੀ ਸੋਹਣੇ ਹਾਂ। ਹੁਣ ਅਸੀਂ ਹਮੇਸ਼ਾ ਗੱਲਾਂ ਇਹ ਕਰ ਰਹੇ ਹਾਂ ਵੀ ਮੇਰਾ ਉਹ ਬਾਬਾ ਬੜਾ ਵਧੀਆ ਸੀ, ਮੇਰਾ ਉਹ ਜੋਗੀ ਬੜਾ ਵਧੀਆ ਸੀ, ਮੇਰਾ ਉਹ ਪੀਰ ਬੜਾ ਵਧੀਆ ਸੀ, ਪਰ ਅਸੀਂ ਉਂਝ ਨਹੀਂ, ਅਸੀਂ ਕਿਉਂ ਉਂਝ ਨਹੀਂ ਰਹੇ? ਤੇ ਇਹ ਸੋਚਣ ਵਾਲੀ ਗੱਲ ਹੈ, ਤੇ ਇਹ ਕੰਮ ਹੈ ਨਹੀਂ, ਉਹਦੀ ਕੀਮਤ ਤੇ ਦੇਣੀ ਹੀ ਪਵੇਗੀ ਤੁਹਾਨੂੰ, ਕੁਝ ਨਾ ਕੁਝ ਆਪਣੇ ਆਪਣੇ ਥਾਂ ਤੇ ਰਹਿ ਕੇ ਗੱਲਾਂ ਤਾਂ ਸਖ਼ਤ ਹੀ ਕਰਨੀਆਂ ਪੈਣਗੀਆਂ, ਕਿਉਂਕਿ ਜੋ ਸਰਕਾਰਾਂ ਜੋੜਦੀਆਂ ਨੇ ਉਹ ਪਵਿੱਤਰ ਜਿਹਾ ਬਣ ਜਾਂਦਾ, ਉਹਨੂੰ ਚੈਲੇਂਜ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ। ਹੁਣ ਜਿਹੜੀ ਸਾਡੀ ਹਿਸਟਰੀ ਜਿਹੜੀ ਲਿਖੀ ਜਾ ਚੁੱਕੀ ਹੈ ਕਿਤਾਬਾਂ ਦੇ ਵਿੱਚ, ਉਹਨੂੰ ਅਗਰ ਮੈਂ ਚੈਲੇਂਜ ਕਰਾਂਗਾ ਉਹ ਸੌਖਾ ਨਹੀਂ, ਤੁਸੀਂ ਹੋਵੋ ਮੈਂ ਹਾਂ, ਉਹ ਇਹ ਪਾਕਿਸਤਾਨ ਇੰਡੀਆ ਕੋਈ ਐ ਨਹੀਂ ਕਿ ਅਜੀਬ ਲੱਗ ਰਿਹਾ ਕੁਝ ਸੱਜਣਾਂ ਨੂੰ ਇਹ ਕਹਿੰਦੇ ਆ ਕਿ ਮੈਂ ਲਾਹੌਰ ਚ ਬਹਿ ਕੇ, ਬਈ ਤੁਹਾਡੇ ਚ ਲਿਖਣਾ ਕਿਹੜਾ ਹੁਣ ਆਸਾਨ,
ਤੁਹਾਡੇ ਪਾਸੇ ਲਿਖਣਾ ਸੱਚ ਬਿਲਕੁਲ ਠੀਕ ਹੈ ਜਿਵੇਂ ਮੇਰੇ ਪਾਸੇ ਵੀ ਦੇਖੋ ਨਾ ਜੋ ਅਕਬਰ ਬਾਦਸ਼ਾਹ ਨੂੰ ਜੋ ਆਲ ਇੰਡੀਆ ਮੁਸਲਿਮ ਲੀਗ ਨੇ ਵਡਾਇਆ ਜੀ ਬੜਾ ਬਾਦਸ਼ਾਹ ਸੀ ਤੇ ਅੰਗਰੇਜ਼ਾਂ ਨੇ ਵਡਾਇਆ ਔਰ ਫਿਰ ਸਾਡੀ ਮੁਸਲਿਮ ਲੀਗ ਨੇ ਵੀ ਬੜਾ ਵਡਿਆਇਆ ਮੈਂ ਨਿੱਕਿਆਂ ਹੁੰਦਿਆਂ ਤੋਂ ਜਿਹੜਾ ਸਾਡੇ ਗਾਉਣ ਵਾਲੇ ਹੁੰਦੇ ਸਨ ਮਿਸਰੀ ਸ਼ਾਹ ਦਾ ਕਿੱਸਾ ਗਾਉਂਦੇ ਸਨ ਤੇ ਉਹ ਜਿਹੜਾ ਗਾਉਣ ਵਾਲਾ ਸੀ ਵਿੱਚ ਕੁਝ ਦੇਰ ਰੁਕ ਕੇ ਤੇ ਅਕਬਰ ਬਾਦਸ਼ਾਹ ਨੂੰ ਗਾਲਾਂ ਕੱਢਦਾ ਸੀ ਗੰਦੀਆਂ ਕੋਈ ਏਡਾ ਬਾਦਸ਼ਾਹ ਜਿਹਨੇ ਸਾਡਾ ਦੁੱਲਾ ਭੱਟੀ ਮਾਰ ਦਿੱਤਾ ਜਿਹਨੇ ਸਾਡਾ ਮਿਸਰੀ ਸ਼ਾਹ ਕਿੰਨੇ ਲੋਕਾਂ ਨੂੰ ਮਾਰ ਦਿੱਤਾ ਪਰ ਸਾਨੂੰ ਕਿਤਾਬਾਂ ਵਿੱਚ ਇਹ ਪੜ੍ਹਾਇਆ ਗਿਆ ਅਸਾਂ ਫਿਰ ਮੁਗਲ ਆਜ਼ਮ ਫਿਲਮ ਵੀ ਬਣਾਈ ਮੁਗਲ ਆਜ਼ਮ ਪੈਸਾ ਲਾਇਆ ਪਹਿਲਾਂ ਬਲੈਕ ਐਂਡ ਵਾਈਟ ਸੀ ਫਿਰ ਉਹਨੂੰ ਰੰਗੀਨ ਕੀਤਾ ਲਾਹੌਰ ਚ ਬਹਿ ਕੇ ਇੱਕ ਬੰਦਾ ਸਾਰੀ ਕਹਾਣੀ ਅਕਬਰ ਬਾਦਸ਼ਾਹ ਦੀ ਅਨਾਰਕਲੀ ਦੀ ਕਹਾਣੀ ਲਾਹੌਰ ਵਿੱਚ ਬਹਿ ਕੇ ਇਮਤਿਆਜ਼ ਅਲੀ ਤਾਜ ਨਾਂ ਦਾ ਬੰਦਾ ਲਿਖ ਰਿਹਾ ਉਹਦੀ ਕੋਈ ਹਿਸਟਰੀ ਦਾ ਤਾਰੀਖ ਦਾ ਹਵਾਲਾ ਹੀ ਨਹੀਂ ਇੰਜ ਦਾ ਕੋਈ ਇਸ਼ਕ ਹੋਇਆ ਬਿਲਕੁਲ ਡਿਫਰੈਂਟ ਕਹਾਣੀ ਸੀ ਅਨਾਰਕਲੀ ਦੀ ਕਹਾਣੀ ਇੱਥੋਂ ਦਾ ਕਿੱਸਾ ਵਿਖਦਾ ਰਿਹਾ ਬੜੀ ਮੁੱਦਤ ਤੱਕ ਅੱਜ ਤੋਂ 30 ਸਾਲ ਪਹਿਲਾਂ ਤੱਕ ਵੀ ਕਿ ਅਨਾਰਕਲੀ ਦਾ ਕਿੱਸਾ ਕੀ ਸੀ ਪਰ ਕਿਸੇ ਨੇ ਉਸ ਕਿੱਸੇ ਵੱਲ ਧਿਆਨ ਨਹੀਂ ਦਿੱਤਾ ਇਮਤਿਆਜ਼ ਅਲੀ ਤਾਜ ਦਾ ਨਾਂ ਦਾ ਬੰਦਾ ਸਹਾਰਨਪੁਰ ਤੋਂ ਤੁਹਾਡੇ ਪਾਸਿਓਂ ਆ ਕੇ ਇੱਥੇ ਲਾਹੌਰ ਦੇ ਵਿੱਚ 1858 ਦੇ ਵਿੱਚ ਆ ਕੇ ਉਹ ਫੈਮਿਲੀ ਵਸੀ ਮੌਲਵੀ ਮੁਮਤਾਜ਼ ਅਲੀ ਉਹਦਾ ਨਾਂ ਦਾ ਪੁੱਤਰ ਸ਼ਾਹ ਪੰਜਾਬ ਉਹਨਾਂ ਨੂੰ ਇੱਕ ਅੰਗਰੇਜ਼ਾਂ ਨੇ ਬਕਾਇਦਾ ਜਿਹਦੇ ਅੱਗੇ ਉਹ ਆਏ ਨਾ ਕਾਣਾ ਰਾਜਾ ਵਾਲੀ ਗੱਲ ਬਾਰੇ ਦੇ ਵਿੱਚ ਜਿਹੜੇ ਉਹ ਲਿਖੇ ਗਏ ਪੰਡਿਤ ਮਨ ਫੂਲ ਨਾਂ ਸੀ ਸ਼ਾਇਦ ਉਸ ਬੰਦੇ ਦਾ ਜਿਹੜਾ ਦਿੱਲੀ ਤੋਂ ਆਇਆ ਤੇ ਤੁਹਾਡੇ ਬਹੁਤ ਸਾਰੇ ਮੁਹਾਵਰੇ ਇਸ ਤਰ੍ਹਾਂ ਦੇ ਬਣੇ ਕਿ ਕਾਣਾ ਰਾਜਾ ਔਰ ਚੌਪਟ ਨਗਰੀ ਔਰ ਬਹੁਤ ਸਾਰੇ ਮੁਹਾਵਰੇ ਸਾਡੀਆਂ ਜ਼ੁਬਾਨਾਂ ਦੇ ਵਿੱਚ ਆਏ ਉਹ ਕਿਹੜਾ ਸੀ ਕਾਣਾ ਰਾਜਾ ਕੌਣ ਕਿਹਨੂੰ ਹੁਣ ਕਿਹਾ ਜਾ ਰਿਹਾ ਸੀ ਉਹ ਹੀ ਸੀ ਤੇ ਉਹ ਆ ਕੇ ਲੋਕ ਝੂਠ ਬਣਾ ਕੇ ਉਹਨਾਂ ਦੇ ਝੂਠ ਪੁੱਗ ਗਏ ਸਾਡੇ ਸੱਚ ਵੀ ਲੁੱਕ ਗਏ ਔਰ ਜਿਹੜੇ ਲੁਕਵੇ ਵੀ ਕੀ ਗੁਆਚ ਰਹੇ ਨੇ ਹੁਣ ਅਸੀਂ ਰਲ ਮਿਲ ਕੇ ਹੀ ਥੋੜ੍ਹਾ ਥੋੜ੍ਹਾ ਉਹਨੂੰ ਲੱਭ ਸਕਦੇ ਹਾਂ ਇਹ ਮੇਰੀ ਕਿਤਾਬ ਦਾ ਮੈਨੂੰ ਕੋਈ ਇੰਜ ਦਾ ਮਾਣ ਨਹੀਂ ਕਿ ਕੋਈ ਬਹੁਤ ਵੱਡੀ ਕਿਤਾਬ ਹੈ ਤੁਸੀਂ ਇੱਜ਼ਤ ਦਿੱਤੀ ਤੁਸੀਂ ਇੱਜ਼ਤ ਨਾਲ ਮੈਨੂੰ ਬੁਲਾਇਆ ਅਸਾਂ ਗੱਲਾਂ ਬਾਤਾਂ ਕੀਤੀਆਂ ਸਾਰਾ ਕੁਝ ਵੀ ਹੈ ਪਰ ਇਹਦੇ ਉੱਤੇ ਮੈਨੂੰ ਉਸ ਤਰ੍ਹਾਂ ਦਾ ਨਹੀਂ ਕਿ ਮੈਂ ਕਹਾਂ ਕਿ ਬਹੁਤ ਜੋ ਮੇਰੇ ਕੋਲ ਜੁੜਿਆ ਮੈਂ ਉਹਨੂੰ ਇੱਕ ਥਾਂ 'ਤੇ ਇਸ ਕਿਤਾਬ ਦੀ ਸ਼ਕਲ ਵਿੱਚ ਦੇ ਦਿੱਤਾ ਇਸ ਕਿਤਾਬ ਨੂੰ ਸਾਹਮਣੇ ਰੱਖ ਕੇ ਹੋ ਸਕਦਾ ਕੋਈ ਬਹੁਤ ਅੱਛੀ ਕਿਤਾਬ ਕੋਈ ਲਿਖ ਸਕੇ ਕਿਤਾਬ ਦਾ ਮਟੀਰੀਅਲ ਹੈ ਇਹ ਥੋੜ੍ਹਾ ਜਿਹਾ ਕੋਈ ਦੱਸੇਗੀ ਵੀ ਇਹਦੇ ਵਿੱਚ ਇੰਜ ਇੰਜ ਦੀਆਂ ਗੱਲਾਂ ਲੱਭ ਲਵੋ ਤੇ ਸੋਚ ਲਵੋ ਹਿਸਟਰੀ ਦੀ ਜਿਸ ਤਰ੍ਹਾਂ ਇੱਕ ਹਿਸਟਰੀ ਦੀ ਕਿਤਾਬ ਲਿਖੀ ਜਾਣੀ ਚਾਹੀਦੀ ਹੈ ਅੱਜ ਕੱਲ੍ਹ ਬੜੇ ਤਰੀਕੇ ਆ ਗਏ ਨੇ ਮਹਿੰਦਰ ਸਿੰਘ ਡਾਕਟਰ ਸਾਹਿਬ ਦੱਸ ਸਕਦੇ ਨੇ ਸਾਨੂੰ ਕਿ ਬਹੁਤ ਸਾਇੰਟੀਫਿਕ ਤਰੀਕੇ ਆ ਗਏ ਹਿਸਟਰੀ ਨੂੰ ਲਿਖਣ ਦੇ ਇੰਜ ਲੱਗਦਾ ਜਿਵੇਂ ਤੁਹਾਡੇ ਸਾਹਮਣੇ ਵੇਲਾ ਆ ਗਿਆ ਇੰਜ ਇੰਜ ਦੇ ਤਰੀਕੇ ਦੇ ਨਾਲ ਲੋਕ ਸਾਬਤ ਕਰ ਦਿੰਦੇ ਨੇ ਹੁਣ ਮੈਂ ਤੇ ਸਾਰੇ ਮਾਈ ਬਾਬਿਆਂ ਨੂੰ ਵੀ ਮਿਲਿਆ ਉਹ ਵੀ ਹੁਣ ਮਰਦੇ ਜਾ ਰਹੇ ਨੇ ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਉਹਨਾਂ ਦੇ ਇੰਟਰਵਿਊ ਰਿਕਾਰਡ ਹੋ ਜਾਣ ਕਿ ਅਸੀਂ ਉਹਨਾਂ ਦੀਆਂ ਗੱਲਾਂ ਕਮ ਸੇ ਕਮ ਸੁਣ ਪਰ ਉਹ ਇੱਕ ਬੰਦੇ ਤੇ ਬਸ ਦੀ ਗੱਲ ਨਹੀਂ ਹੁਣ ਤੁਹਾਡੇ ਤੇ ਬਾਬੇ ਨਾਨਕ ਦੇ ਬਾਰੇ ਬਹੁਤ ਸਾਰੀਆਂ ਗੱਲਾਂ ਇੱਥੋਂ ਦੇ ਡੂਮਾ ਦੇ ਕੋਲ ਐਸੀਆਂ ਕਹਾਣੀਆਂ ਨੇ ਜਿਹੜੀਆਂ ਤੁਹਾਡੀਆਂ ਕਿਤਾਬਾਂ ਵਿੱਚ ਨਹੀਂ ਬਹੁਤ ਵਧੀਆ ਵਧੀਆ ਬਹੁਤ ਚੰਗੀਆਂ ਚੰਗੀਆਂ ਗੱਲਾਂ ਸਭ ਗੁਰੂਆਂ ਦੇ ਬਾਰੇ ਚ ਫਕੀਰਾਂ ਦੇ ਬਾਰੇ ਜੋਗੀਆਂ ਦੇ ਬਾਰੇ ਜਿਹੜੀਆਂ ਹਰ ਆਉਣ ਵਾਲੇ ਦਿਨ ਗੁਆਚ ਰਹੀਆਂ ਨੇ ਉਹਨਾਂ ਨੂੰ ਰਿਕਾਰਡ ਕਰ ਲਈਏ ਰਲ ਮਿਲ ਕੇ ਤੇ ਇੰਜ ਹੀ ਬਹਿ ਕੇ ਇੱਕ ਦੂਜੇ ਨਾਲ ਸਾਂਝੀਆਂ ਕਰ ਲਵੀਏ ਬਾਕੀ ਬੜੀ ਮਿਹਰਬਾਨੀ ਤੁਸੀਂ ਇੰਨਾ ਟਾਈਮ ਨੂੰ ਦਿੱਤਾ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਨੈਨਸੁਖ ਜੀ ਤੁਸੀਂ ਬੜੀ ਹੀ ਬਾਵਾਕੀ ਦੇ ਨਾਲ ਇਸ ਕਿਤਾਬ ਦੇ ਪ੍ਰਸੰਗ ਦੇ ਵਿੱਚ ਪਹਿਲੂ ਤੀਨ ਸਾਡੇ ਨਾਲ ਸਾਂਝੇ ਕੀਤੇ ਔਰ ਕੁਛ ਨਵੀਆਂ ਚੀਜ਼ਾਂ ਤੁਹਾਡੇ ਕੋਲ ਦੇਖਣ ਨੂੰ ਮਿਲੀਆਂ ਔਰ ਇੱਕ ਗੱਲ ਮੈਨੂੰ ਤੁਹਾਡੀ ਬਹੁਤ ਵਧੀਆ ਲੱਗੀ ਕਿ ਇਹ ਕਿਤਾਬ ਅਗਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹਿਸਟਰੀ ਲਿਖਣਾ ਚਾਹੁੰਦਾ ਹੋਵੇਗਾ ਇਮਾਨਦਾਰੀ ਨਾਲ ਤਾਂ ਇਹ ਕਿਤਾਬ ਉਸਦੇ ਲਈ ਸਭ ਤੋਂ ਵੱਡਾ ਸੋਰਸ ਹੋਏਗੀ ਇਸ ਕਿਤਾਬ ਦੇ ਹਵਾਲੇ ਨਾਲ ਇੱਕ ਹਿਸਟਰੀ ਦੇ ਨਵੇਂ ਪਹਿਲੂ ਤੋਂ ਦੁਆਰਾ ਪੁਨਰ ਪ੍ਰਚਾਰ ਸਾਨੂੰ ਕਰਨੀ ਪਊਗੀ ਕਿ ਅਸੀਂ ਟੁੱਟੇ ਕਿਉਂ ਦੂਸਰੀ ਗੱਲ ਜਿਹੜੀ ਆਈਡੈਂਟੀਟੀ ਦਾ ਹੈਗਾ ਮਸਲਾ ਬਾਕੀ ਜੋ ਸਾਡੇ ਕੋਲ ਹੈ ਅਸੀਂ ਉਹ ਵੀ ਨਹੀਂ ਹਜੇ ਤੱਕ ਸਾਂਭ ਰਹੇ ਔਰ ਇਹ ਵੇਲਾ ਦੂਰ ਨਹੀਂ ਹੋਏਗਾ ਜਦੋਂ ਅਸੀਂ ਆਪਣੀ ਆਈਡੈਂਟੀਟੀ ਨੂੰ ਬਚਾਉਣ ਦੇ ਲਈ ਕਿਸ ਹੱਦ ਤੱਕ ਜਾਵਾਂਗੇ ਇਸ ਦੀ ਵੀ ਕੋਈ ਗੁੰਜਾਇਸ਼ ਨਹੀਂ ਤਾਂ ਲੱਭ ਰਹੀ ਪਰ ਮੈਨੂੰ ਲੱਗਦਾ ਹੈ ਕਿ ਅਗਰ ਦੋਨੋਂ ਧਰਤੀਆਂ ਆਪਣੇ ਆਪ ਨੂੰ ਇਸ ਗੱਲ ਨਾਲ ਸਹਿਮਤ ਹੋ ਜਾਵੇ ਕਿ ਹਾਕਮੀ ਧਿਰ ਦਾ ਮਕਸਦ ਸਿਰਫ ਜ਼ੁਲਮ ਕਰਨਾ ਹੀ ਹੁੰਦਾ ਜੋ ਤੁਸੀਂ ਕਿਹਾ ਔਰ ਇਹ ਜ਼ੁਲਮ ਸ਼ੁਰੂ ਵੀ ਹੁੰਦਾ ਆ ਰਿਹਾ ਤੇ ਅੱਜ ਤੱਕ ਬਰਕਰਾਰ ਹੈ ਤਾਂ ਮੈਨੂੰ ਲੱਗਦਾ ਹੈ ਕਿ ਇਸ ਜ਼ੁਲਮ ਤੋਂ ਥੋੜਾ ਪਿੱਛਾ ਹਟ ਕੇ ਮਾਨਵਤਾ ਨਜ਼ਰੀਏ ਤੋਂ ਜਿਹੜੇ ਸਾਡੇ ਮਨੁੱਖੀ ਕਿਰਦਾਰ ਨੇ ਉਹਨਾਂ ਕਿਰਦਾਰਾਂ ਨੂੰ ਮਜ਼ਬੂਤੀ ਦੇਣੀ ਪਊਗੀ ਕਿਉਂਕਿ ਜਦੋਂ ਤੱਕ ਸਾਡੇ ਕਿਰਦਾਰ ਮਜ਼ਬੂਤ ਨਹੀਂ ਹੋਣਗੇ ਸਾਂਝ ਦਾ ਪੈਣਾ ਬੜਾ ਮੁਸ਼ਕਿਲ ਹੋਏਗਾ
जो पहचान हो जूगी मैनू लगता है कि फिर लकीर लकीर बार्डर नहीं हो गए। बहुत बहुत शुक्रिया नैन सुख जी। खीर च मैं बड़े ही प्यार और सत्कार योग बुलारे विद्वान डॉक्टर रवेल सिंह जी, मैं चाहूंगा कि वो इस किताब के संबंध में कोई ना कोई टिप्पणी जरूर दें सर। मोस्ट वेलकम सर। थैंक यू मनीष। दरअसल मैं किताब तो पढ़ी नहीं, पर मैं जो एस सुनिया तिना बुलारिया तो डॉक्टर मीशा तो अमनप्रीत तो और खास करके खुद नैन सुख हुरां तो उत्तों पढ़ सुन के मैं एक क्रियोसिटी जरूर जागी है कि यह किताब पढ़नी चाहिए। मेरे ख्याल है कि साडा जिहड़ा मकसद ये होंगे कि किताब में इंट्रोड्यूस करिए और लोगों में क्रियोसिटी जागे, और जो मेरे च क्रियोसिटी जागी है तो जेडे होर जुड़े हुए लोग हैं उनसे भी जागी होगी कि किताब पढ़नी चाहिए है। और जिन्हिया मैं गल्लां सुनिया उन्होंने जेडे मैनू कुछ गल्लां नुकते समझ आए तुहाडियां टिप्पणियां तो तुहाडे विचारां तो विश्लेषण तो कि एक तो जिहड़ी गल भाषा की कर रहे थे ना अमनप्रीत होनी, भाषा का तो मसला साढ़े दोनों पास ही बहुत वड्डा आ कि वह बहुत फारसी नेड़े होंदे गए, असी बहुत संस्कृत नेड़े होंदे गए, और जिहड़ी साडी सर्वसांझी वालता की भाषा सी जिवें मैं अपने मैनूं याद है कि मेरा प्यो उन्हूं वंडदा पर उन्हूं वंड की गल कहते उन्हूं नहीं सी पता लगता हुंदा, वह हमेशा तकसीम कहिंदे सी। और मैनूं लगता है कि जिहड़ा पार्टीशन का प्रोसेस ना तकसीम ही है, वह वंड नहीं हैगा, वंडदा होर पासे नूं तुरी जा रही है। इस तरह के अनेक लफ्ज़ है जिहड़े उस जिहड़ा सांझे कल्चर नूं दे विच समाए हुए सी, जिहड़े असीं हौली हौली एक सानूं एक दूजे तों दूर कर रहे हैं। और दूजी गल जिहड़ी इस किताब के संबंध में जिवें आपां इहनूं पोर्ट्रेट किया कि ये दुश्मन की पछाण ते दोस्तां की शनाखत जिहड़ी कर रही है, निशानदेही कर रही है। मैनूं लगता कि जिहड़ी हिस्टरी की रीराइटिंग ऑफ हिस्टरी की गल है, वह जिहड़े नवे आ रहे हैं टूल्स जिहदे विच हिस्टरी लिखण की गल, न्यू हिस्टोरिसिज्म जिहनूं असीं कह रहे हैं, नव इतिहासवादी जिहड़े लोग है वह जदों लिटरेचर ते हिस्टरी का संबंध जोड़ते हैं वो उस वेले कहिंदे कि लिटरेचर जां हिस्टरी दोनों भी कल्ले कल्ले अपने आप विच लिखे ही नहीं जा सकते। इतिहास विचों सानूं लिटरेचर लभणा पैगा, लिटरेचर विचों इतिहास लभणा पैगा, और क्योंकि राइटर जिहड़ा हैगा जो इतिहासकार है वह तो वेले की हुकूमत के दबाव हेठ लिख सकता है, पर जदों कोई साहित्यकार रचना कर रहा उहदे कोल बहुत सारे टूल्स होंदे आ साहित्यकार कोल जिहड़े इतिहासकार कोल नहीं होंदे। इतिहासकार ने फैक्ट्स देने होंदे आ, ते साहित्यकार दे कोल बहुत सारे टूल्स है जिन्हों असी सिमलीज कहने, जिन्हों असी मैटाफोर्स कहने, उहदे राहीं इन्नियां वड्डियां गल्लां कह जांदा जिहदे पिछले जिहनूं डीकोड करके हिस्टरी नूं रीराइट किया जा सकता है। और मैनूं लगता कि इह किताब जिहड़ी आ इह इस पासे वल इक बहुत वड्डा कदम है कि जिवें तुसीं दस्सिया कि मैं तां पढ़ी नहीं किताब ते बहुत सारे हवाले आ इहदे च पोएटिकल हवाले जिहड़े हैगे उहनां नूं जदों डीकोड किया जावे ਜਾਂ ਇਸ ਤਰ੍ਹਾਂ ਦੀ ਹੋਰ ਪੋਇਟਰੀ ਲੱਭ ਕੇ ਉਹਨੂੰ ਡੀਕੋਡ ਕਰਕੇ ਜਿਹੜੀ ਹਿਸਟਰੀ ਨੂੰ ਦੁਬਾਰਾ ਲਿਖਾਉਣਾ ਜਿਹੜਾ ਜਾਂ ਲਿਖਣਾ ਤਾਂ ਕੋਈ, ਕਿਉਂਕਿ ਵੈਸਟ ਵਿੱਚ ਲਿਖੀਆਂ ਜਾ ਰਹੀ ਹੈ ਹਿਸਟਰੀ, ਫਰੈਂਚ ਲੋਕ ਲਿਖ ਰਹੇ ਆ, ਜਰਮਨ ਵਾਲੇ ਲਿਖ ਰਹੇ ਆ, ਅਮੈਰੀਕਨ ਲਿਖ ਰਹੇ ਆ ਇਹਨਾਂ ਨਵੇਂ ਟੂਲਸ ਦੇ ਨਾਲ, ਕਿ ਉਹਨਾਂ ਨੇ ਉਹਨਾਂ ਨੂੰ ਤੱਥਾਂ ਨੂੰ ਜਦੋਂ ਹਿਸਟਰੀ ਦੇ ਤੱਥਾਂ ਨੂੰ ਸਾਹਿਤ ਦੇ ਜਿਹੜੀਆਂ ਮੈਟਾਫੋਰਸ ਨਾਲ ਮਿਲਾ ਕੇ ਵੇਖਿਆ ਤਾਂ ਉਹਨਾਂ ਨੂੰ ਸਮਝ ਆਈ ਕਿ ਤਾਂ ਗੱਲ ਹੀ ਕੋਈ ਹੋਰ ਸੀ, ਕਿ ਵੇਲੇ ਦਾ ਜਿਹੜਾ ਬਾਦਸ਼ਾਹ ਆ ਵੇਲੇ ਦਾ ਹਾਕਮ ਹੈ ਉਹ ਤੇ ਧੱਕੇ ਨਾਲ ਲਿਖਵਾ ਲੇਗਾ ਕੁਛ ਵੀ। ਮੈਂ ਇਸ ਤਰ੍ਹਾਂ ਦੀ ਇੱਕ ਡਾਇਰੀ ਮੇਰੇ ਇੱਕ ਵਾਰ ਹੱਥ ਆਈ ਜਦੋਂ ਸ਼ੇਰਸ਼ਾਹ ਸੂਰੀ ਤੇ ਮੈਨੂੰ ਕਿਸੇ ਨੇ ਕੰਮ ਕਰਨ ਲਈ ਕਿਹਾ, ਤੇ ਮੈਂ ਸ਼ੇਰਸ਼ਾਹ ਸੂਰੀ ਨੇ ਆਪਣੇ ਜਿਹੜਾ ਲਾਸਟ ਮੁਗਲ ਬਾਦਸ਼ਾਹ ਬਹਾਦਰ ਜ਼ਫ਼ਰ ਦੇ ਉੱਤੇ ਕੰਮ ਕਰਨ ਲਈ ਕਿਹਾ, ਤੇ ਬਹਾਦਰ ਜ਼ਫ਼ਰ ਦੀ ਕੋਈ ਡਾਇਰੀ ਲਿਖ ਰਿਹਾ ਸੀ, ਔਰ ਮੁਹੰਮਦਾਂ ਨੇ ਉਹ ਡਾਇਰੀ ਮੈਨੂੰ ਮੇਰੇ ਇੱਕ ਦੋਸਤ ਅਨੀਸ ਸਾਜ਼ ਵੀ ਉਹਨਾਂ ਨੇ ਦਿੱਤੀ, ਉਹ ਡਾਇਰੀ ਦੇਵਨਾਗ ਦੀ ਛਪੀ ਹੋਈ ਹੈ। ਔਰ ਜਦੋਂ ਉਸ ਡਾਇਰੀ ਨੂੰ ਮੈਂ ਪੜ੍ਹਿਆ ਤੇ ਉਹਦੇ ਪਿੱਛੇ ਮੈਨੂੰ 1857 ਦੀ ਸਮਝ ਤੇ ਆਈ ਜਾਈ, ਉਹਦੇ ਨਾਲ ਨਾਲ ਮੈਨੂੰ ਹੋਰ ਬੜੀ ਸਮਝ ਆਈ ਆਲੇ ਦੁਆਲੇ ਦੀ, ਆਲੇ ਦੁਆਲੇ ਦੇ ਕਲਚਰ ਦੀ ਸਮਝ ਆਈ, ਉਸ ਵੇਲੇ ਦੇ ਹਵਾਲਿਆਂ ਦੀ ਹਿਸਟਰੀ ਦੀ ਸਮਝ ਆਈ ਕਿ ਉਸ ਵੇਲੇ ਵਾਪਰ ਕੀ ਰਿਹਾ ਸੀ ਜਿਹੜਾ ਕਿ ਹਿਸਟਰੀ ਵਿੱਚ ਨਹੀਂ ਸਾਨੂੰ ਨਜ਼ਰ ਆ ਰਿਹਾ ਸੀ। ਸੋ ਮੈਨੂੰ ਇਹ ਲੱਗਦਾ ਕਿ ਹਿਸਟਰੀ ਇੱਕ ਸੋਰਸ ਬੁੱਕ ਹੋਣ ਦੇ ਨਾਲ ਨਾਲ ਇੱਕ ਬਹੁਤ ਵੱਡੀ ਪ੍ਰੇਰਨਾ ਸਰੋਤ ਬਣੇਗੀ ਹਿਸਟੋਰੀਅਨਸ ਲਈ ਵੀ ਤੇ ਲਿਟਰੇਚਰ ਵਾਲਿਆਂ ਲਈ ਵੀ, ਕਿਉਂਕਿ ਜਿਵੇਂ ਅਸੀਂ ਅਮਨ ਨੇ ਹੁਣੀ ਫੜਿਆ ਉਹਦਾ ਕੱਚੇ ਘੜੇ ਦਾ ਮੈਟਾਫਰ ਫੜਿਆ, ਏਦਾਂ ਦੇ ਮੈਟਾਫਰ ਤੇ ਲੱਖਾਂ ਮੈਟਾਫਰ ਸਾਡੇ ਲਿਟਰੇਚਰ ਚ ਪਏ,
ਖਾਸ ਕਰਕੇ ਜਦੋਂ ਭਾਸ਼ਾ ਦੀ ਗੱਲ ਅਸੀਂ ਕਰਦੇ ਹਾਂ ਤੇ ਭਾਸ਼ਾ ਜਦੋਂ ਗੁਰੂ ਪੀਰ ਜਾਂ ਜਿਹੜੇ ਮਡੀਵਲ ਲਿਟਰੇਚਰ ਦੇ ਜਿੰਨੇ ਸਾਡੇ ਲੇਖਕ ਹੈ, ਭਾਵੇਂ ਉਹ ਸੂਫੀ ਹੈ, ਭਾਵੇਂ ਕਿੱਸਾਕਾਰ ਹੈ, ਭਾਵੇਂ ਸੰਤ ਹੈ, ਭਾਵੇਂ ਗੁਰੂ ਸਾਹਿਬਾਨ ਹੈ, ਉਹਨਾਂ ਸਾਰਿਆਂ ਦੀ ਜਿਹੜੀ ਭਾਸ਼ਾ ਆ ਉਹ ਇੰਨੇ ਸਿਆਣੇ ਆ ਸਾਰੇ ਬਾਬੇ, ਤੇ ਉਹਨਾਂ ਨੇ ਉਸ ਵੇਲੇ ਦੀ ਹਕੂਮਤ ਦੀ ਭਾਸ਼ਾ ਸੰਸਕ੍ਰਿਤ ਆ ਜਾਂ ਫਾਰਸੀ ਆ, ਦੋਨੇ ਉਹ ਭਾਸ਼ਾਵਾਂ ਨੂੰ ਛੱਡ ਕੇ ਲੋਕਾਂ ਦੀ ਭਾਸ਼ਾ ਜਾ ਕੇ ਲਿਖ ਰਹੇ, ਲੋਕਾਂ ਦੀ ਆਮ ਭਾਸ਼ਾ ਚ ਲਿਖ ਰਹੇ। ਔਰ ਜਿਹੜਾ ਉਹਨਾਂ ਦੀ ਲੋਕਾਂ ਦੀ ਭਾਸ਼ਾ ਵਿੱਚ ਲਿਖਿਆ ਹੋਇਆ, ਲੋਕਾਂ ਦੇ ਈਡੀਅਮ ਚ ਲਿਖਿਆ ਹੋਇਆ ਲਿਟਰੇਚਰ ਹੈ, ਉਹਦੇ ਪਿੱਛੇ ਜਿਹੜਾ ਇਤਿਹਾਸ ਪਿਆ ਉਹਨੂੰ ਅਸੀਂ ਡੀਕੋਡ ਕਰਨਾ, ਮੈਨੂੰ ਲੱਗਦਾ ਕਿ ਇਸ ਕਿਤਾਬ ਤੋਂ ਸਾਨੂੰ ਇੱਕ ਇਸ ਤਰ੍ਹਾਂ ਦੀ ਸੇਧ ਮਿਲੇਗੀ, ਤੁਹਾਨੂੰ ਇੱਕ ਸਾਨੂੰ ਇੱਕ ਰਸਤਾ ਨਜ਼ਰ ਆਉਂਦਾ ਕਿ ਉਸ ਰਸਤੇ ਦੇ ਰਾਹੀਂ ਅਸੀਂ ਉਸ ਹਿਸਟਰੀ ਦੇ ਤੱਕ ਪਹੁੰਚ ਸਕਦੇ ਹਾਂ ਜਿਹੜੀ ਹਿਸਟਰੀ ਹੁਣ ਤੱਕ ਤੋਂ ਲੁਕੋਈ ਗਈ। ਔਰ ਹਿਸਟਰੀ ਲੁਕਾਉਣ ਦਾ ਮਤਲਬ ਇਹੀ ਹੁੰਦਾ। ਮੇਰੇ ਜਦੋਂ ਬੋਲੇ ਸੀ ਅਮਨ ਹੁਣੀ ਬੋਲੇ ਸੀ, ਜਾਂ ਜਦੋਂ ਫਿਰ ਮਿਸ਼ਾ ਜੀ ਬੋਲੇ ਸੀ, ਜਦੋਂ ਕਹਿੰਦੇ ਕਿ ਆਰੀਅਨਸ ਨੇ ਜਿਹੜੇ ਫਲਾਣੇ ਫਲਾਣੇ ਮਾਰ ਦਿੱਤੇ ਔਰ ਦਲਿਤ ਜਿਹੜੇ ਆ ਉਹਨਾਂ ਨੂੰ ਦਬਾ ਲਿਆ ਜਾਂ ਦਾਸ ਬਣਾ ਲਿਆ, ਤਾਂ ਮੈਨੂੰ ਫਿਰ ਉਸ ਵੇਲੇ ਲੱਗਿਆ ਕਿ ਸਿਆਸਤ ਕਿੱਡੀ ਵੱਡੀ ਆ। ਸਿਰਫ ਇੰਨੀ ਗੱਲ ਚ ਮੈਨੂੰ ਸਿਆਸਤ ਸਮਝ ਆਈ ਕਿ ਜੇ ਪੰਡਿਤ ਮਨੂ ਜਿਹੜਾ ਹੈ, ਪੰਡਿਤ ਮਨੂ ਦੀ ਸਿਮਰਤੀ ਲਿਖਣ ਪਿੱਛੇ ਕਿੱਡੀ ਵੱਡੀ ਪੋਲੀਟਿਕਸ ਹੈ। ਉਹ ਪੋਲੀਟਿਕਸ ਸਾਰੀ ਆਰੀਅਨਸ ਤੇ ਨੇਟਿਵ ਦੀ ਪੋਲੀਟਿਕਸ ਹੈਗੀ ਹੈ ਕਿ ਨੇਟਿਵ ਨੂੰ ਤੁਸੀਂ ਕਿਵੇਂ ਦਬਾਉਣਾ ਹੈ, ਇਨਵੈਡਰਸ ਨੇ ਕਿਵੇਂ ਦਬਾਉਣਾ, ਉਹਦੇ ਵਿੱਚ ਇੱਕ ਬਹੁਤ ਵੱਡਾ ਗ੍ਰੰਥ ਲਿਖਿਆ ਜਾਂਦਾ। ਔਰ ਉਸ ਗ੍ਰੰਥ ਦੇ ਰਾਹੀਂ ਤੁਸੀਂ ਏਡਾ ਸਾਡਾ ਬ੍ਰੇਨ ਵਾਸ਼ ਕਰ ਦਿੰਦੇ ਹੋ ਕਿ ਅਸੀਂ ਕਿੰਨੇ ਹਜ਼ਾਰਾਂ ਸਾਲ ਬਾਅਦ ਵੀ ਉਹਨਾਂ ਤੱਥਾਂ ਨੂੰ ਫੜਨ ਦੇ ਕਾਬਲ ਹੀ ਨਹੀਂ ਰਹਿੰਦੇ, ਹਜ਼ਾਰਾਂ ਸਾਲ ਬਾਅਦ ਵੀ ਸਾਨੂੰ ਉਸ ਪੋਲੀਟਿਕਸ ਦੀ ਸਮਝ ਨਹੀਂ ਆ ਰਹੀ। ਔਰ ਇਹ ਕਿਤਾਬ ਇਸ ਕਰਕੇ ਮੈਂ ਕਹਿੰਦਾ ਕਿ ਕਲਚਰਲ ਹਿਸਟਰੀ ਦੀ ਕਿਤਾਬ ਹੈ, ਇਹ ਪੋਲੀਟੀਕਲ ਹਿਸਟਰੀ ਦੀ ਕਿਤਾਬ ਵੀ ਹੈ, ਲਿਟਰੇਰੀ ਹਿਸਟਰੀ ਦੀ ਕਿਤਾਬ ਵੀ ਹੈ। ਸੋ ਇਸ ਕਰਕੇ ਇਹਨੂੰ ਆਪਾਂ ਇੱਕ ਇੱਕ ਕਿਸੇ ਇੱਕ ਜੋਨਰ ਚ ਨਹੀਂ ਬਣ ਸਕਦੇ ਇਹੋ ਜਿਹੀ ਕਿਤਾਬ। ਇਹ ਜਿਹੜੀ ਜਿਹਨੂੰ ਅਸੀਂ ਇੰਟਰ ਡਿਸਿਪਲਨਰੀ ਜਿਹੜੀਆਂ ਗੱਲਾਂ, ਜਿਹੜਾ ਹੁਣ ਦਾ ਜਿਹੜਾ ਲਿਟਰੇਚਰ ਕਰ ਰਿਹਾ, ਜਿਹੜਾ ਪੋਸਟ ਮਾਡਰਨ ਲਿਟਰੇਚਰ ਜਿਹੜਾ ਕਰ ਰਿਹਾ, ਮੈਨੂੰ ਲੱਗਦਾ ਕਿ ਪੋਸਟ ਮਾਡਰਨਿਟੀ ਦੀ ਸਭ ਤੋਂ ਵਧੀਆ ਟੈਕਸਟ ਹੈ ਸਾਡੇ ਜ਼ਮਾਨੇ 'ਚ, ਸਾਡੇ ਦਿਨਾਂ 'ਚ ਜਿਹੜੀ ਆਈ ਹੈ। ਔਰ ਇਹਦਾ ਜੀ ਆਇਆ ਕਹਿਣਾ ਉਹਨੂੰ ਬਣਦਾ। ਔਰ ਮੈਂ ਮਿਸ਼ਾ ਜੀ ਨੂੰ ਵੀ ਵਧਾਈ ਦਿੰਦਾ ਕਿ ਉਹਨਾਂ ਨੇ ਸਾਨੂੰ ਇਹ ਕਿਤਾਬ ਸਾਨੂੰ ਦਰਸ਼ਨ ਕਰਾਏ, ਸਾਡੇ ਇਸ ਪੰਜਾਬ ਨੂੰ ਕਿਤਾਬ ਪੜ੍ਹਨ ਲਾਇਆ, ਕਿਉਂਕਿ ਇਹ ਜੇ ਉੱਧਰ ਰਹਿ ਜਾਂਦੀ ਤੇ ਬਹੁਤ ਵੱਡਾ ਧੱਕਾ ਹੋਣਾ ਸੀ ਪੰਜਾਬ ਦੇ ਨਾਲ। ਔਰ ਜੋ ਅਮਨਪ੍ਰੀਤ ਹੋਣਾ ਨੇ ਜੋ ਉਹਨਾਂ ਬਾਰੇ ਗੱਲਾਂ ਕੀਤੀਆਂ, ਔਰ ਖਾਸ ਕਰਕੇ ਨੈਣ ਸੁਖਰ ਜੀ ਤਾਂ ਕਮਾਲ ਨੇ ਕਿ ਉਹਨਾਂ ਕੋਲ ਤੇ ਖਜ਼ਾਨਾ, ਮੈਨੂੰ ਲੱਗਦਾ ਕਿ ਉਸ ਨੌਲੇਜ ਦਾ, ਜਿਹੜੀ ਨੌਲੇਜ ਸਾਡੇ ਕੋਲੋਂ ਦੂਰ ਹੋ ਗਈ, ਸਾਡੀ ਪੀੜ੍ਹੀ ਤੋਂ ਦੂਰ ਹੋ ਗਈ ਸੀ, ਉਸ ਨੌਲੇਜ ਦਾ ਖਜ਼ਾਨਾ। ਔਰ ਬਾਬੇ ਜੇ ਨੈਣ ਸੁਖ ਜੀ ਜੇ ਤੁਸੀਂ ਨਹੀਂ ਲਿਖ ਪਾ ਰਹੇ ਤਾਂ ਘੱਟੋ ਘੱਟ ਉਹਨੂੰ ਰਿਕਾਰਡ ਕਰ ਦਿਓ, ਜਿੰਨਾ ਕੁਛ ਤੁਹਾਡੇ ਕੋਲ ਹੈਗਾ ਉਹਨੂੰ ਆਡੀਓ ਤੇ ਵੀਡੀਓ ਤੇ ਰਿਕਾਰਡ ਕਰਕੇ ਛੱਡ ਦਿਓ, ਆਪਣੇ ਆਪ ਕੋਈ ਬਾਅਦ ਵਿੱਚ ਵੇਖ ਲਏਗਾ ਜਦੋਂ ਅਸੀਂ ਨਹੀਂ ਹੋਵਾਂਗੇ ਤਾਂ। ਸੋ ਬਹੁਤ ਬਹੁਤ ਸ਼ੁਕਰੀਆ, ਹੁਣ ਡਾਕਟਰ ਸਾਹਿਬ ਧੰਨਵਾਦ ਕਰਨਗੇ ਔਰ ਅਗਲੇ ਪ੍ਰੋਗਰਾਮਾਂ ਬਾਰੇ ਦੱਸਣਗੇ ਡਾਕਟਰ ਮਹਿੰਦਰ ਸਿੰਘ। ਚਰਚਾ ਲੰਬੀ ਹੋ ਗਈ, ਇਸ ਕਰਕੇ ਮੈਂ ਬਹੁਤਾ ਨਹੀਂ ਬੋਲਣਾ ਚਾਹਾਂਗਾ, ਲੇਕਿਨ ਨੈਣ ਸੁਖ ਦੀ ਗੱਲ ਮੈਂ ਰਿਪੀਟ ਕਰਨਾ ਚਾਹਾਂਗਾ ਕਿ ਅਸੀਂ ਪੰਜਾਬੀਆਂ ਨੂੰ ਪੰਜਾਬੀ ਹੋ ਕੇ ਸੈਲੀਬ੍ਰੇਟ ਕਰੀਏ। ਕੱਲ ਡਾਨ ਵਿੱਚ ਆਰਟੀਕਲ ਛਪਿਆ ਹਰਗੋਬਿੰਦ ਖੁਰਾਨਾ ਬਾਰੇ, ਗੱਲ ਜ਼ਿਕਰ ਨਹੀਂ ਕਰਦੇ ਪਾਕਿਸਤਾਨੀ, ਕਿਉਂ ਜੀ ਉਹ ਪਾਕਿਸਤਾਨੀ ਹੈ। ਔਰ ਗਵਰਨਮੈਂਟ ਕਾਲਜ ਲਾਹੌਰ ਦਾ ਪੜਿਆ ਹੋਇਆ ਪੰਜਾਬ ਸਾਂਝੇ ਪੰਜਾਬ ਦੀ, ਇਸ ਪੰਜਾਬ ਦੀ ਨਹੀਂ ਸੀ, ਤੁਹਾਡੇ ਪੰਜਾਬ ਦੀ ਸੀ ਨਾ। ਉਹਨੂੰ ਮਾਣ ਹੋਣਾ ਚਾਹੀਦਾ ਕਿ ਸਾਡਾ ਪੰਜਾਬੀ ਜਿਹੜਾ ਨੋਬਲ ਲੋਰੀਟ ਬਣ ਗਿਆ, ਪਰ ਕਿਉਂਕਿ ਉਹ ਨਹੀਂ ਰਿਹਾ, ਤੁਹਾਡਾ ਪੰਜਾਬੀ ਦਾ ਹੈਗਾ ਨਾ, ਲੋਰੀਅਤ ਹੈਗਾ, ਗਵਰਨਮੈਂਟ ਕਾਲਜ ਦਾ ਵਿਦਿਆਰਥੀ ਹੈ, ਪੰਜਾਬ ਲਾਹੌਰ ਦਾ ਵਿਦਿਆਰਥੀ ਹੈ, ਸੈਲੀਬ੍ਰੇਟ ਕਰੀਏ ਕਿ ਨਹੀਂ। ਅੱਖਾਂ ਬੰਦ ਨੇ ਜਿਵੇਂ ਅਮਨ ਬਿੰਦ ਗਿਆ ਤੁਸੀਂ ਕਿਹਾ, ਤੁਹਾਡੇ ਮੈਨੂੰ ਸੱਚੀ ਗੱਲ ਹੈ, ਮੈਂ ਬਹੁਤ ਇੰਜੋਏ ਕੀਤਾ ਕਿ ਓਰਲ ਹਿਸਟਰੀ ਜਿਹੜੀ ਹੈ ਨਾ, ਇਹ ਰਿਕਾਰਡਿੰਗ ਬੜੀ ਜ਼ਰੂਰੀ ਹੈ ਜਿਹੜੀ ਤੁਸੀਂ ਕਰਦੇ ਕੰਮ ਕਰ ਗਏ। ਅਸੀਂ ਕੋਸ਼ਿਸ਼ ਕਰਾਂਗੇ ਕੋਈ ਨੌਜਵਾਨ ਵਿਦਵਾਨ ਲੱਭ ਕੇ ਸਕਾਲਰ ਲਾਈਏ ਕਿ ਤੁਹਾਡੇ ਤੋਂ ਸਿੱਖ ਕੇ ਅਸੀਂ ਵੀ ਜਿਹੜੇ ਨੇ ਬਜ਼ੁਰਗ ਸਾਡੇ ਚੱਲ ਰਹੇ ਨੇ ਉਹਨਾਂ ਦੀ ਓਰਲ ਰਿਕਾਰਡਿੰਗ ਕਰ ਲਈਏ, ਤਾਂ ਕਿ ਕਿਉਂਕਿ ਉਹ ਸੱਚੀ ਕਹਾਣੀਆਂ ਤੁਸੀਂ ਲਿਖੀਆਂ ਨੇ ਤੁਹਾਡੇ, ਕਿਉਂਕਿ ਇਸ ਲਿਖਣ ਲਈ ਫੈਕਟਸ ਚਾਹੀਦੇ ਨੇ, ਤੁਹਾਡੇ ਫੈਕਟਸ ਸੁੱਚੇ ਨੇ, ਸੱਚੇ ਤੇ ਸੁੱਚੇ ਨੇ, ਤਾਂ ਚੰਗੀ ਹਿਸਟਰੀ ਲਿਖੀ ਤੁਸੀਂ। ਮੈਂ ਪੜ੍ਹਿਆ ਤੁਸੀਂ ਆਲਾ ਸਿੰਘ ਬਾਰੇ ਲਿਖਿਆ, ਵੀ ਧਾੜਵੀ ਸੀ, ਧਾੜਵੀ ਸੀਗੇ ਨੀ ਮਹਾਰਾਜਾ ਆਲਾ ਸਿੰਘ, ਧਾੜਵੀ ਸੀ ਨਾ, ਕਿ ਧਾੜਵੀ ਸੀਗਾ, ਕੈਪਟਨ ਦੀ ਰਾਜ ਵੀ ਧਾੜਵੀ ਸੀਗਾ ਸੀਗਾ। ਸੈਨੀ ਵੀ ਤੁਹਾਡਾ ਧੰਨਵਾਦ, ਤੁਸੀਂ ਸਾਨੂੰ ਜਗਾਇਆ। ਅਗਲੇ ਦੋ ਪ੍ਰੋਗਰਾਮ ਮੈਂ ਅਨਾਊਂਸ ਕਰਨਾ ਚਾਹਾਂਗਾ। ਪਿਛਲਾ ਪੂਰਾ ਸਾਲ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਤੇ ਲੈਕਚਰ ਕਰਵਾਏ, ਔਰ ਲੈਕਚਰ ਡਿਫਰੈਂਟ ਤਰੀਕੇ ਨਾਲ, ਉਹ ਨਹੀਂ ਜਿਵੇਂ ਕਿ ਆਮ ਇੰਟਰਪ੍ਰੀਟੇਸ਼ਨ ਕਿ ਜੀ ਮੁਸਲਿਮ ਨੇ ਸਿੱਖ ਨੂੰ ਮਾਰਿਆ, ਉਹ ਨਹੀਂ ਗੱਲ ਹੈਗੀ। ਤੇ ਇੱਕ ਖਾਸ ਜਿਹੜੀ ਗੱਲ ਅਗਲੀ ਵਾਰੀ ਹੋਏਗੀ, ਇਹ ਪੰਜਾਬ ਦੇ ਵਿੱਚ ਨਾ ਅਸੀਂ ਕਰਾ ਰਹੇ ਹਾਂ ਫਰੀਡਮ ਸਟਰਗਲ ਦੇ ਕੰਮ, 75 ਸਾਲ ਹੋ ਗਏ ਨੇ ਆਜ਼ਾਦੀ ਦੇ, ਤੇ ਅਗਲਾ ਲੈਕਚਰ ਜਿਹੜਾ ਇਸ ਮਹੀਨੇ ਚ ਹੋਏਗਾ, ਅਗਲੇ ਮਹੀਨੇ ਹੋਏਗਾ,
ਹੋਏਗਾ, ਟੁਟੇਜਾ ਸਾਹਿਬ ਦਾ ਲੈਕਚਰ ਹੋਏਗਾ, ਪੰਜਾਬ ਐਂਡ ਇੰਡੀਆ ਸਟਰਗਲ ਫਾਰ ਫਰੀਡਮ। ਇੱਕ ਬੜਾ ਭੁਲੇਖਾ ਪਾਇਆ ਹੋਇਆ ਹੈਗਾ ਨੇ ਕਿ ਪੰਜਾਬੀ ਜਿਹੜੇ ਸੀ ਉਹ ਲੋਇਲ ਸੀ, ਵਫ਼ਾਦਾਰ ਸੀ ਅੰਗਰੇਜ਼ਾਂ ਦੇ। ਕਿਹੜੇ ਪੰਜਾਬੀ? ਲੈਂਡ ਲਾਰਡ ਮਹਾਰਾਜੇ ਹੋਣਗੇ ਨਾ, ਜਿੰਨੇ ਵੀ ਮਹਾਰਾਜੇ ਨੇ ਅੱਜ ਕੱਲ੍ਹ ਖਾਂਦੇ ਪੀਂਦੇ ਬੰਦੇ ਨੇ, ਜਿਹੜੇ ਸਿਸਟਮ ਉਹਦੇ ਨਾਲ ਲੋਇਲਟੀ ਕਰ ਦਿੰਦੇ ਹੈਗੇ, ਲੋਕਾਂ ਦੀ ਲੋਇਲਟੀ ਜਿਹੜੀ ਹੈ ਉਹਨੂੰ ਚੈਲੰਜ ਕੀਤਾ। ਇੱਕ ਲੇਡੀ ਹੈ, ਡੋਲਸ ਡੋਮਿਨ, ਉਹਨੇ ਸਟੱਡੀ ਕੀਤਾ ਇੰਡੀਆ ਸਟੱਡੀ ਇਨ ਦੀ ਰੋਲ ਆਫ ਦਾ ਸਿੱਖਸ ਇਨ ਦਾ ਪੀਪਲਸ ਅਪਰਾਈਜ਼ਿੰਗ 1957-59। ਯੂਨਿਟ ਰਿਕਾਰਡਸ ਦੇ ਜਿਹੜਾ ਪਹਿਲਾ ਬੰਦਾ ਜਿਹੜਾ ਉਹਨਾਂ ਨੇ ਫਾਂਸੀ ਲਾਇਆ ਉਹ ਸੀ ਮੋਹਰ ਸਿੰਘ ਰੋਪੜ ਦਾ, ਕਹਿੰਦੇ ਸਿੱਖ ਲੋਇਲ ਸੀਗੇ, ਸਿੱਖਾਂ ਨੇ ਹਿੱਸਾ ਨਹੀਂ ਲਿਆ ਆਜ਼ਾਦੀ ਵਿੱਚ। ਸੋ ਹੁਣ ਇਸ ਕਰਕੇ ਅਗਲਾ ਜਿਹੜਾ ਪੂਰਾ ਜਿਹੜਾ ਇੱਕ ਸਾਲ ਹੈ ਪੰਜਾਬ ਤੇ ਅਸੀਂ ਗੱਲ ਕਰਾਵਾਂਗੇ। ਅਗਲੇ ਮਹੀਨੇ ਕਿਤਾਬ ਜਿਹੜੀ ਚਰਚਾ ਹੋਏਗੀ ਉਹ ਜਿਹੜੀ ਅਗੇਨ ਵੈਰੀ ਪ੍ਰਾਊਡ ਪੰਜਾਬੀ ਡਾਕਟਰ ਨਰਿੰਦਰ ਸਿੰਘ ਕਪਾਨੀ, ਦ ਮੈਨ ਹੂ ਬੈਂਟ ਲਾਈਟ, ਹਾਊ ਇਜ ਮਿਸ ਇਜ ਨੋਬਲ ਲੋਰੀਅਰ ਦੈਟ ਇਜ ਡਿਫਰੈਂਟ ਪੋਲੀਟਿਕਸ, ਤੇ ਰੁਪਿੰਦਰ ਸਿੰਘ ਟ੍ਰਿਬਿਊਨ ਵਾਲੇ, ਡਾਕਟਰ ਆਨੰਦ ਤੇ ਕਮਲਜੀਤ ਸਿੰਘ ਆਨੰਦ ਕਰਨਗੇ। ਇੱਕ ਵਿਸ਼ੇਸ਼ ਲੈਕਚਰ ਕਰਾਵਾਂਗੇ ਪੂਰਨ ਸਿੰਘ ਤੇ ਪ੍ਰੋਫੈਸਰ ਯਾਦਿੰਦਰ ਸਿੰਘ ਲੈਕਚਰ ਦੇਣਗੇ ਪ੍ਰੋਫੈਸਰ ਪੂਰਨ ਸਿੰਘ ਦੇ 17 ਫਰਵਰੀ ਨੂੰ। ਤੇ ਮੈਂ ਬੇਨਤੀ ਕਰਾਂਗਾ ਕਿ ਤੁਸੀਂ ਇਹ ਜੁਆਇਨ ਕਰਨਾ ਆਨਲਾਈਨ, ਤੇ ਮੈਨੂੰ ਖੁਸ਼ੀ ਹੁੰਦੀ ਦੱਸ ਕੇ ਕਿ ਅੱਜ ਦਾ ਲੈਕਚਰ ਜਿਹੜਾ ਵੈਰੀ ਲਾਰਜਲੀ ਅਟੈਂਡਡ। ਮੈਨੂੰ ਡਰ ਸੀਗਾ ਕਿ ਨਹੀਂ ਅਸੀਂ ਕਰੋਨਾ ਕਰਕੇ ਦਫ਼ਤਰ ਬੰਦ ਹੈ, ਰਿਮਾਇੰਡਰ ਨਹੀਂ ਦੇ ਸਕੇ, ਕਿ ਲਾਰਜਲੀ ਅਟੈਂਡਡ ਲੈਕਚਰ। ਇਸ ਕਰਕੇ ਤੁਹਾਡੇ ਸਾਰਿਆਂ ਦਾ ਧੰਨਵਾਦ, ਥੈਂਕ ਯੂ ਵੈਰੀ ਮਚ। ਥੈਂਕ ਯੂ ਸਰ, ਸ਼ੁਕਰੀਆ ਜੀ।